ਮੈਂ ਅਸਲ ਮੁਰਾਦ ਤੇ ਤੁਸੀਂ ਵੇਖ ਰਹੇ ਹੋ ਅਸਲ ਮੁਰਾਦ ਚੈਨਲ ਸਾਂਵਾਂ ਦਾ ਵਜੇ ਕੜੇ ਆਲ ਨਹੀਂ ਮੇਰਾ ਪਿਆ ਘਰ ਆਇਆ ਹੋ ਹਲ ਨਹੀਂ ਮੇਰਾ ਪਿਆ ਘਰ ਆਇਆ ਲੋ ਜੀ ਅੱਜ ਮੈਂ ਤਾਂ ਮੁਲਾਕਾਤ ਕਰਵਾਨੀ ਹੈ ਇੱਕ ਐਸੀ ਸ਼ਖਸੀਅਤ ਨਾਲ ਸ਼ੌਬੇਸਦੀ ਕਿ ਜਿਨਾਂ ਨੂੰ ਮੈਂ ਰੋਹਾਨੀ ਤੌਰ ਤੇ ਮੁਰਸ਼ਿਦ ਵੀ ਕਹਿੰਦਾ ਔਰ ਇਹਨਾਂ ਨੂੰ ਮੁਰਸ਼ਿਦ ਕਿਉਂ ਕਹਿਣਾ ਵਾ ਇਹ ਇਨਸ਼ਾ ਅੱਲਾਹ ਤਾਲਾ ਉਹਨਾਂ ਨਾਲ ਜਿਹੜੇ ਗੱਲਬਾਤ ਕਰਾਂਗੇ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਇਹਦੀ ਵੀ ਵਿਵਸਾਤ ਕਰਦੇ ਆ ਅਗਰ ਜੀ ਉਹਨਾਂ ਦੀ ਪਰਫਾਰਮੈਂਸ ਨੂੰ ਵੇਖਿਆ ਜਾਏ ਤੇ ਹੁਣ ਮੈਂ ਕਹਾਂ ਕਿ ਜੀ ਉਹ ਸਾਡੇ ਪਾਕਿਸਤਾਨ ਦੀ ਸੱਭਿਆਚਾਰ ਦਾ ਚਿਹਰਾ ਨੇ ਤੇ ਇਹ ਵੀ ਬਡੀ ਇੱਕ ਨਾਰਮਲ ਜੀ ਗੱਲ ਹੈ ਅਗਰ ਮੈਂ ਕਹਾਂ ਕਿ ਉਹ ਹਰ ਮੈਦਾਨ ਦੇ ਫੰਦੇ ਮੈਦਾਨ ਦੇ ਫਾਤਿਹਆ ਨੇ ਇਹ ਵੀ ਇੱਕ ਨਾਰਮਲ ਗੱਲ ਨਹੀਂ ਜੀ ਅਗਰ ਮੈਂ ਕਹਾਂ ਕਿ ਉਹ ਗਮਗਿਨ चेहरे ਉਤੇ ਮੁਸਕਰਾਹਟਾਂ ਔਰ ਰੂਹ ਚ ਤੱਕ ਉਤਰ ਜਾਣਾ ਲਈ ਗੱਲ ਇਹ ਵੀ ਇੱਕ ਨਾਰਮਲ ਗੱਲ ਏ ਅਗਰ ਜੇ ਮੈਂ ਕਹਾਂ ਕਿ ਉਹਨਾਂ ਨੇ ਫੰਦੇ ਇਤਬਾਰ ਦੇ ਨਾਲ ਸਿਰਫ ਪਾਕਿਸਤਾਨ ਹੀ ਨਹੀਂ ਆਪਣੀ ਫੀਲਡ ਦੀ ਵੀ ਬੜੀ ਖidmat ਕੀਤੀ ਇਹ ਵੀ ਇੱਕ ਨਾਰਮਲ ਗੱਲ ਏ ਇਸ ਨਾਲ ਗੱਲਾਂ ਕਰੀ ਜਾਵਾਂਗਾ ਤੇ ਇਹ ਦੋਸਤਾਂ ਚੋਂ ਸ਼ਫੀਕ ਦੋਸਤ ਨੇ ਇਹ ਵੀ ਨਾਰਮਲ ਗੱਲ ਏ ਇਹ ਸਟਾਰਾਂ ਚੋਂ ਸੁਪਰਸਟਾਰ ਨੇ ਸੁਪਰਸਟਾਰ ਨੇ ਇਹ ਵੀ ਨਾਰਮਲ ਗੱਲ ਏ ਜਿਨੀ ਕਿ ਮੈਂ ਕਿਹੜੇ ਪਾਸੇ ਜਾਵਾਂ ਮੈਂ ਬੜਾ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਇੰਟਰੋਡਕਸ਼ਨ ਕਰਾਂ ਉਹਨਾਂ ਦਾ ਤਾਰਫ ਕਰਾਵਾਂ ਲੇਕਿਨ ਇਹ ਸਾਰੀਆਂ ਗੱਲਾਂ ਮੈਨੂੰ ਉਂਜੀ ਹੀ ਕਰਵਾਇਤੀ ਜਿਹਾ ਜਿਵੇਂ ਜੁਮਲਾ ਹੁੰਦਾ ਕਿ ਸੂਰਜ ਨੂੰ ਚਰਾਗ ਦਿਖਾਉਣ ਵਾਲੀ ਗੱਲ ਏ ਤੇ ਇਸ ਕਰਕੇ ਮੈਂ ਸਿਰਫ ਹੈ ਕਮਾਂਗਾ ਕਿ ਕੁਝ ਫਨਕਾਰ ਹੁੰਦੇ ਨੇ ਜਿਹੜੇ ਜ਼ਿਹਨ ਉਤੇ ਰਾਜ ਕਰਦੇ ਨੇ ਔਰ ਉਹ ਫਨਕਾਰ ਜਿਹੜੇ ਨੇ ਉਹ ਜ਼ਿਹਨ ਦਾ ਖਮਾਰ ਹੁੰਦਾ ਨਾ ਉਹ 5-10 ਮਿੰਟ ਚ ਨਿਕਲ ਵੀ ਜਾਂਦਾ ਹੁੰਦਾ ਕੁਸ਼ਵਨ ਕਾਰ ਨੇ ਜਿਹੜੇ ਦਿਲਾਂ ਤੇ ਰਾਜ ਕਰਦੇ ਨੇ ਦਿਲਾਂ ਤੇ ਰਾਜ ਕਰਨ ਵਾਲੇ ਫਨਕਾਰ ਦੀ ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਤੀਸਰੀ ਜਨਰੇਸ਼ਨ ਦੇ ਵਿੱਚ ਵੀ ਮੱਦਮ ਹੋ ਗਏ ਆਫ ਹੋ ਜਾਂਦੇ ਨੇ ਲੇਕਿਨ ਕੁਝ ਐਸੇ ਫਨਕਾਰ ਨੇ ਜਿਨ੍ਹਾਂ ਨੂੰ ਅਸੀਂ ਲੇਜੈਂਡ ਕਹਿੰਦੇ ਆ ਉਹ ਲੇਜੈਂਡ ਫਨਕਾਰ ਜਿਹੜੇ ਨੇ ਨਾ ਉਹ ਰੂਹ ਦੇ ਵਿੱਚ ਸਰਾਇਤ ਕਰ ਜਾਂਦੇ ਨੇ ਉਹ ਫਾਇਦੇਗਾ ਕਿ ਜਦ ਤੱਕ ਅੱਲਾ ਪਾਕ ਦੀ ਇਹ سلسلہ ਮੇਲਾ ਲੱਗਾ ਆ ਉਦੋਂ ਤੱਕ ਉਹ ਹਿਸਟਰੀ ਦੀ ਸ਼ਕਲ ਦੇ ਵਿੱਚ ਜ਼ਿੰਦਾ ਰਹਿੰਦੇ ਨੇ ਉਹ ਇਲਾਮ ਇਕਬਾਲ ਹੋਣ ਉਹ ਅਸਦੁੱਲਾਹ ਖਾਨ ਗਾਲਿਬ ਹੋਣ ਜਾਂ ਕੋਈ ਸਹਿਸਦਾਨ ਹੋਵੇ ਆਪਣੇ ਆਪਣੇ ਸ਼ੋਭੇ ਦੇ ਵਿੱਚ ਕੋਈ ਪੇਂਟਰ ਹੋਵੇ ਕੋਈ ਸ਼ਾਇਰ ਹੋਵੇ ਕੋਈ ਫਨਕਾਰ ਐਕਟਰ ਹੋਵੇ ਕੋਈ ਸਿੰਗਰ ਹੋਵੇ ਮੈਡਮ ਨੂਰ ਜਾਨ ਨੇ ਮੁਹੰਮਦ ਰਫੀਸ ਨੇ ਇੱਕ ਕਲਾਸ ਉਹ ਆ ਜਾਂਦੀ ਹੈ ਜਿਹੜੀ ਰੂਹਾਂ ਸਰਾਇਤ ਕਰ ਜਾਂਦੀ ਹੈ ਅੱਜ ਮੈਂ ਮੇਰੇ ਇਸ ਪ੍ਰੋਗਰਾਮ ਨੂੰ ਬਹੁਤ ਵੱਡਾ ਇਜ਼ਾਜ਼ ਮੈਂ ਸਮਝਦਾ ਹਾਂ ਕਿ ਇਸ ਪ੍ਰੋਗਰਾਮ ਦੇ ਮੇਰੇ ਇਸ ਚੈਨਲ ਦੇ ਮੱਥੇ ਦਾ ਝੂਮਰ ਜਿਹੜਾ ਕਵਾਜਤ تشریف ਲੈ ਕੇ ਆਏ ਨੇ ਫੰਦੇ ਹਰ میدان ਦੇ ਫਾਤਿਹ ਨਾਸਰ ਚਨੀਓਟੀ ਅਸਲਾਮੁਅਲੈਕਮ ਮੁਰਸ਼ਦ ਵਾਅਲੈਕਮ ਸਲਾਮ ਭਾਈਨਾ ਅੱਛਾ ਸਭ ਤੋਂ ਪਹਿਲੇ ਤਾਂ ਮਾਫਰਤ ਹੈ ਕਿ ਥੋੜਾ ਮੇਰਾ ਗਲਾ ਡਿਸਟਰਬ ਹੈ ਤੇ ਬਾਕੀ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਤੁਸੀਂ ਮੇਰੇ ਵੱਡੇ ਭਰਾ ਹੋ ਤੁਸੀਂ ਬਹੁਤ ਸਾਰੀ ਚੀਜ਼ਾਂ ਮੇਰੇ ਬਾਰੇ ਜਿਹੜੀ ਤੁਸੀਂ ਨੇ ਲੇਕਿਨ ਤੁਹਾਡਾ ਜਿਹੜਾ ਮਕਾਮ ਹੈ ਉਹ ਮੇਰੇ ਮੇਰਾ ਦਿਲ ਜਾਣਦਾ ਹੈਗਾ ਕਿ ਤੁਸੀਂ ਸਾਡੀ ਜਾਨ ਹੋ ਤੁਸੀਂ ਸਾਡੀ ਸ਼ਾਨ ਹੋ ਅੱਲਾਹ ਖੈਰ ਕਰੇ ਤੁਹਾਡਾ ਸ਼ੁਕਰੀਆ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਬੁਲਾਇਆ ਹੈ ਬਲਕਿ ਤੁਸੀਂ ਮੈਨੂੰ ਕਿਹਾ ਹੈ ਕਿ ਕਦੀ ਕਨੇ ਕੋ ਹੋ ਜਾਂਦਾ ਸੀ ਕਦੀ ਅੱਗੇ ਪਿੱਛੇ ਔਰ ਮੈਂ ਇੰਨਾ ਸ਼ਰਮਿੰਦਾ ਸੀ ਨਾ ਅੱਜ ਅਸਲ ਤੇ ਮੈਂਨਤ ਸ਼ਰਮਿੰਦੀ ਨੂੰ ਦੂਰ ਕਰਨ ਲਈ ਆਇਆ ਹੈ ਅੱਲਾਹ ਬਾਦਰ ਨੇ ਕਹਿੰਦੇ ਕਿ ਨਾਸਬ ਇਨਲ ਅਮੂਮਨ ਟਾਈਮ ਚੁੱਕੇ ਨੇ ਦੀ ਮਸੂਫੀਅਤ ਇਸ ਜ਼ਿਆਦਾ ਤੇ ਉਹ ਚੁੱਕੇ ਚੜ੍ਹਦੇ ਪੰਜਾਬ ਦੀਆਂ ਜਿਹੜੀਆਂ ਫਿਲਮਾਂ ਨੇ ਫਿਰ ਲੈਂਦੇ ਪੰਜਾਬ ਦੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ 'ਚ ਤੁਹਾਨੂੰ ਪਤਾ ਹੀ ਬਹੁਤ ਜ਼ਿਆਦਾ ਬਿਜ਼ੀ ਨੇ ਔਰ ਜ਼ਿਆਦਾ ਟਾਈਮ ਇਹਨਾਂ ਦਾ ਯੂਕੇ ਕੈਨੇਡਾ ਇਸ ਤਰੀ ਗੁਜ਼ਰ ਰਹੇ ਹੈ ਔਰ ਬਸ ਟਾਈਮਿੰਗ ਹੁੰਦੀ ਰਹੀ ਲੇਕਿਨ ਸਾਡੇ ਰਾਬਤੇ ਦੇ ਤੁਸੀਂ ਇਹਨਾਂ ਦੇ ਕਲਿੱਪਸ ਵੀ ਦੇਖਦੇ ਨੇ ਕਦੀ ਇੰਗਲੈਂਡ ਤੋਂ ਕਦੀ ਅਦਰ ਉਦਰ ਤੇ ਬਾਕੀ ਗੱਲਾਂ ਖਰਾਬ ਵਾਕਈ ਕੱਲ ਇਹਨਾਂ ਨੇ ਚੁੱਕੇ ਉਹਨਾਂ ਨਵਾਂ ਪ੍ਰੋਗਰਾਮ ਜਿਹੜਾ ਸਾਡਾ ਚੱਲ ਰਿਹਾ ਹੈ ਇਹ ਸੁਨੋ ਟੀਵੀ ਦੇ ਉੱਤੇ ਇਹ ਮਸਤੀਆਂ ਉਸ ਪ੍ਰੋਗਰਾਮ ਦਾ ਹੁਣ ਇਹ ਨਮਾਇਆ ਹਿੱਸਾ ਨੇ ਤੇ ਕੱਲ ਉਹਦੀ ਰਿਕਾਰਡਿੰਗ ਤੇ ਨਸਪਾ ਜੈਨੀ ਸੀ ਕਿ ਉਹ ਡਸਟ ਅਲਰਜੀ ਤੇ ਕੱਲ ਬਿਲਕੁਲ ਹੀ ਗੱਲਾਂ ਇਹਨਾਂ ਦਾ ਬੰਦ ਸੀ ਅੱਜ ਥੋੜਾ ਜਿਹਾ ਗੱਲ ਕਰਨ ਜੋਗੇ ਹੋਏ ਨੇ ਤੇ ਇਹਨਾਂ ਦੀ ਮਿਹਰਬਾਨੀ ਅੱਜ ਤਸ਼ਰੀਫ ਲੈ ਕੇ ਆਏ ਨੇ ਤੇ ਅੱਛਾ ਮਸਤੀਆਂ ਪ੍ਰੋਗਰਾਮ ਦੀ ਵੀ ਗੱਲ ਕਰਨੇ ਆ ਹਾਂਜੀ ਹਾਂਜੀ ਕਰ ਦੋ ਤੋ ਕਰ ਦਿਓ ਸ਼ੁਰੂ ਹੋਇਆ ਹੁਣ ਉਹਦੀ ਜਰਾ ਲੇਟ ਕਰਾਂਗੇ ਉਹਦੀ ਜਰਾ ਲੇਟ ਕਰਾਂਗੇ ਬਿਲਕੁਲ ਠੀਕ ਹੈ ਹਾਂ ਉਹ ਚੁਕੇ ਬੜੀ ਅੱਛੀ ਗੱਲ ਲਈ ਗਈ ਐਸਐਲਏ ਜਿਹੜੀ ਟੈਲੀਵਿਜ਼ਨ ਦੀ ਸਕਰੀਨ ਸੀ ਉਹ ਬੜੀ ਪਿਆਸੀ ਸੀ ਤੁਹਾਡੇ ਤੋਂ ਔਰ ਉਸ ਤੋਂ ਜ਼ਿਆਦਾ ਪਿਆਸ ਤੁਹਾਡੇ ਫੈਨਸ ਦੇ ਹੋਂਟਾਂ ਤੇ ਸੀ ਕਿ ਕਿਹੜਾ ਵੇਲਾ ਆਵੇ ਸੀ ਇਹਨਾਂ ਨੂੰ ਘਰ ਬੈਠੇ ਉਸ ਸਕਰੀਨ ਤੋਂ ਦੇਖੀ ਚੁਗੋ ਤੇ ਸਾਡੀਆਂ ਬਹੁਤ ਸਾਰੀਆਂ ਭੈਣਾਂ ਆਂ ਸਾਡੀਆਂ ਸਾਡੇ ਬੱਚੇ ਫੈਮਲੀਆਂ ਸਾਡੀਆਂ ਬੱਚੀਆਂ ਸਾਡੀਆਂ ਫੈਮਲੀਆਂ ਚੁਕੇ ਉਹ ਤੁਹਾਨੂੰ ਇੱਕ ਆਪਣਾ ਹਿੱਸਾ ਸਮਝਦੀਆਂ ਉਹ ਬਹੁਤ ਜ਼ਿਆਦਾ ਅਸੀਂ ਜਾਣੇ ਨਾ ਪੁੱਛਦੇ ਜਣ ਕਿ 나సర్ ਭਾਈ 나సర్ ਭਾਈ ਨਜ਼ਰ ਨਹੀਂ ਆ ਰਹੇ ਤੇ ਉਹ ਅੱਲਾ ਦਾ ਸ਼ੁਕਰ ਹੈ ਕਿ ਸੁਣੋ ਮਸਤੀਆਂ اور আলম 나సర్ ਚਨੋਟੀ ਸਾਹਿਬ ਉਹਦੇ ਚ ਉਹ ਤਾਂ ਨਜ਼ਰ ਆ ਰਹੇ ਨੇ ਅਛਾ 나సర్ ਸਾਹਿਬ ਅਸੀਂ ਐਵੀ ਗੱਲ ਸ਼ੁਰੂ ਕਰਨੇ ਆਂ ਬਚਪਨ ਤੋਂ ਹਾਂਜੀ ਪੈਦਾ ਹੋਏ ਜ਼ਾਹਰੇ ਤੁਹਾਡੇ ਨਾਮ ਨਾਲ ਇੱਕ ਮਨਸੂਬੇ ਲੋਗੀ ਜਾਨ ਦੇ ਚਨੀਓਟ ਚੋੜ ਹੋਜੀ ਔਰ ਉਸ ਤੋਂ ਬਾਅਦ ਤੁਸੀਂ ਪਰਵਾਨਚੜੇ ਚਨੀਓਟ ਦੇ ਵਿੱਚ ਇੱਕ ਸਫਰ ਸੀ ਉਹ ਤੁਸੀਂ ਤੈਅ ਕੀਤਾ ਔਰ ਉਸ ਤੋਂ ਬਾਅਦ ਲਾਹੌਰ ਆ ਗਏ ਬਚਪਨ ਦੇ ਵਿੱਚ ਸਭ ਤੋਂ ਪਹਿਲੇ ਜਦੋਂ ਤੁਸੀਂ ਪੰਗੂੜੇ ਚ ਸੋ ਇਹ ਤੁਹਾਡੀ ਪਛਾਣ ਦੇ ਵਿੱਚ ਕਿਹੜਾ ਸਭ ਤੋਂ ਪਹਿਲੇ ਇੱਕ ਐਸਾ ਰਿਸ਼ਤਾ ਆਇਆ ਇਕੋ ਸੱਚੇ ਬੱਚੇ ਦੀ ਮੈਂ ਫੀਲਿੰਗ ਜਾਨਣਾ ਚਾਹਾਂਗਾ ਕਿ ਜਿਹੜਾ ਪਹਿਚਾਨ ਦੇ ਵਿੱਚ ਰਿਸ਼ਤੇ ਆਨੇ ਸ਼ੁਰੂ ਹੁੰਦੇ ਨੇ ਉਹ ਕਿਸ ਤਰ੍ਹਾਂ ਤਰਤੀਬ ਸ਼ੁਰੂ ਹੋਈ ਦੇਖੋ ਤੁਹਾਨੂੰ ਹਸਨ ਭਾਈ ਜਦੋਂ ਨਹੀਂ ਵੀ ਸਮਝਉਂਦੀ ਨਾ ਹਾਂ ਤੇ ਮਾਂ ਤੇ ਤੁਹਾਡੀ ਪਹਿਚਾਨ ਹੀ ਹੁੰਦੀ ਇਹ ਰਿਸ਼ਤਾ ਤਾਂ ਤੁਹਾਡੇ ਪੈਦਾ ਹੋਣ ਦੇ ਨਾਲ ਹੀ ਤੁਹਾਡੀ ਪਹਿਚਾਨ ਹੀ ਆ ਜਾਂਦਾ ਹੈ ਤੇ ਉਸ ਬਾਅਦ ਵਾਲਦ ਸਾਬ ਜਦੋਂ ਤੁਸੀਂ ਥੋੜਾ ਜਿਹਾ ਮਤਲਬ ਕਿ ਜਦੋਂ ਸਮਝ ਆਣ ਲੱਗਦੀ ਹੈ ਨਾ ਪਹਿਲੇ ਨੰਬਰ ਤੇ ਇਹ ਕਿ ਉਹ ਪੰਗੋੜੇ ਵਾਲੀ ਗੱਲ ਤੇ ਆਏ ਨਹੀਂ ਸੀ ਹੂੰ ਪੰਗੂੜਾ ਉਦੋਂ ਹੈ ਨਹੀਂ ਸੀ ਸਾਡੇ ਘਰ ਅੱਛਾ ਹਾਂਜੀ ਤੇ ਉਹ ਫਿਰ ਜਦੋਂ ਹਲਕੀ ਜਿਹੀ ਸਮਝ ਆਈਏ ਉਹ ਮਤਲਬ ਕਿ ਮੈਂ ਕੋਈ 11-12 ਸਾਲ ਦੀ ਉਮਰ ਹੂੰ ਹੂੰ ਉਸ ਵਾਰ ਸਿਰਫ ਘਰ ਦੇ ਹਾਲਾਤ ਦੀ ਸਮਝ ਆਈ ਹੂੰ ਕਿ ਉਹ ਹਾਲਾਤ ਇਹ ਜਿਹਾ ਸਨ ਕਿ ਜਿਸ ਬੰਦਾ ਸੋਚਦਾ ਹੁੰਦਾ ਹੈ ਕਿ ਯਾਰੇ ਇਹ ਇਹ ਹਾਲਾਤ ਕਿਵੇਂ ਠੀਕ ਹੋਣਗੇ ਹੂੰ ਹੂੰ ਇਹ ਪਹਿਲਾ ਜਿਹੜੀ ਚੀਜ਼ ਮੈਂ ਜਿਹੜੀ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਜਿੰਨੂੰ ਮੈਂ ਨਾ ਸੰਜੀਦਗੀ ਨਾਲ ਸੋਚਿਆਗਾ ਫੋਕਸ ਹੋਇਆ ਜਿਹੜਾ ਪਹਿਲੀ ਵੇਖ ਕੇ ਬਾਈ ਨਹੀਂ ਕਬੀ ਐ ਜੀ ਉਦੋਂ ਮੈਂ ਨਾ ਪੜਦਾ ਸੀ ਤੀਸਰੀ ਜਮਾਤ ਸੀ ਮੇਰੇ ਖਿਆਲ ਵਿੱਚ ਉਦੋਂ ਤੇ ਉਹ ਕਰਦੇ ਹਾਲਾਤ ਵੇਖ ਕੇ ਨਾ ਮੈਨੂੰ ਲੱਗਿਆ ਕਿ ਮੈਨੂੰ ਨਹੀਂ ਪੜਨਾ ਚਾਹੀਦਾ ਅੱਛਾ ਹਾਂ ਜੀ ਇਹ 11-12 ਸਾਲ ਦਾ ਸੀ ਮੈਂ ਹੂੰ ਮੈਂ ਇੱਕ ਮਤਲਬ ਐਸੀ ਚੀਜ਼ ਦੇਖੀ ਮੈਂ ਕਿਹਾ ਇਹ ਘਰ ਦੇ ਵਿੱਚ ਇਹ ਸਿਸਟਮ ਹੁੰਦਾ ਨਾ ਕਿ ਜਦੋਂ ਸਾਡੇ ਘਰ ਅੰਬ ਆਉਂਦੇ ਸੀ ਨਾ ਹੂੰ ਹੂੰ ਤੇ ਸਾਡੀ ਮਾਂ ਮੁਜਾਰਤ ਬੰਦੀ ਸੀ ਕਿ ਦੱਸੋ ਤੁਹਾਡਾ ਉਪਯੋਗ ਕੀ ਲੈ ਕੇ ਆਇਆ ਹੋਏਗਾ ਹਾਂ ਯਾਨੀ ਕਿ ਕਿੰਨੇ ਅਰਸੇ ਬਾਅਦ ਆਂਦੇ ਹੋਣਗੇ ਹੂੰ ਹੂੰ ਇਹ ਦੋ ਚਾਰ ਚੀਜ਼ਾਂ ਨਾ ਇੰਜ ਉਹ ਵਜਦੀਆਂ ਸਨ ਹਾਂ ਹਾਂ ਮੈਂ ਫੈਸਲਾ ਕਰ ਲਿਆ ਜੀ ਮੈਂ ਤੇ ਪੜਨਾ ਨਹੀਂ ਹੈਗਾ ਹੂੰ ਔਰ ਜੀ ਮਾਂ ਫਿਰ ਹੁੰਦਾ ਕਿ ਉਹਨਾਂ ਦੇ ਜਿੰਨੇ ਜੋਗੇ ਹੋਣ ਖੁਸ਼ ਹੁੰਦੀ ਉਹ ਮੇਰਾ ਬੱਚਾ ਪੜ ਜਾਏ ਹੂੰ ਤੇ ਉਹ ਮੈਂ ਕਿਹਾ ਜੀ ਮੈਂ ਤੇ ਕੰਮ ਕਰਨਾ ਹੈ। ਉਹਖੀਰ ਮੇਰੇ ਵਾਲਦ ਸਾਹਨੇ ਕਿਹਾ ਚਲੋ ਜ਼िद ਕਰ ਰਹੇਗਾ। ਤੇ ਉਹ ਮੈਂ ਫਿਰ 12 ਸਾਲ ਦੀ ਉਮਰ ਦੇ ਵਿੱਚ ਨਾ ਫਰਨੀਚਰ ਦਾ ਕੰਮ ਸ਼ੁਰੂ ਕਰਦਾ ਸੀ। ਅੱਛਾ ਕਿਉਂਕਿ ਚਨੇਓਰਟੀ ਕਿ ਇੰਡਸਟਰੀ ਹੈ ਤੇ ਚੱਲਦੀ। ਔਰ ਬੜਾ ਵੀਆਈਪੀ ਹੈ ਉਹ ਹੁਣ ਦੇ ਉਹ। ਤੁਮ ਉਹ ਮੈਨੂੰ ਅਜੇ ਵੀ ਯਾਦ ਹੈ ਕਿ ਕੋਈ 500 ਰੁਪਏ ਜਿਹੜਾ ਹਫ਼ਤਾ ਮੇਰਾ ਲੱਗ ਗਿਆ ਮੇਰੇ ਉਸਤਾਦ ਕੋਲ। ਹੂੰ ਹੂੰ। ਉਹ ਮੈਂ ਉਹ 500 ਰੁਪਏ ਆਪਣੀ ਮਾਂ ਦੇ ਹੱਥ 'ਚ ਅਗਰ ਰੱਖੇ ਨੇ। ਹਾਂ। ਤੇ ਉਹ ਇਨੀ ਜ਼ਿੰਦਗੀ ਨਾਲ ਮੈਂ ਉਹ ਕੰਮ ਕੀਤਾ ਕਿ ਮੈਂ ਢੇਡ ਪੁੰਨ ਦੋ ਸਾਲਾਂ ਚ ਕਾਰੀਗਰ ਬਣ ਗਿਆ ਸੀ ਅੱਛਾ ਯਾਨੀ ਕਿ 53 ਰੁਪਏ ਦਿਹਾੜੀ ਲੈਣ ਵਾਲਾ ਬਣ ਗਿਆ ਸੀ ਵਾਹ 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 ਤੇ ਲੱਗ ਗਿਆ ਆਪਣੇ ਮਾਪੇ ਉਹਦੇ ਨਾਲ ਅਵਨ ਪਿਓ ਦੇ ਨਾਲ ਵਾਹ ਇਹ ਮੇਰਾ ਇਹ ਮੇਰਾ ਬਚਪਨ ਇਹ ਤੁਹਾਡਾ ਬਚਪਨ ਰਿਹਾ ਅੱਛਾ ਜਦੋਂ 5 ਰੁਪਏ ਪਹਿਲੀ ਕਮਾਈ ਦੇ ਉਸ ਮਾਂ ਦੀ ਤਲੀ ਦੇ ਉੱਤੇ ਆਏ ਉਹ ਇਹ ਸੋਚਦੇ ਆ ਕਿ ਪੁੱਤਰ ਨੇ ਇਹ ਹਾਲਾਤ ਵੇਖੇ ਔਰ ਇਹਨੇ ਇੱਕ ਡਾ ਵੱਡਾ ਡਿਸੀਜਨ ਇਹਨੂੰ ਸੈਕਰੀਫਾਈ ਕੀਤਾ ਕਿ ਮੈਂ ਪੜ੍ਹਾਈ ਨਹੀਂ ਮੈਂ ਕੋਈ ਕੰਮ ਸਿੱਖਾਂਗਾ ਤਾਂ ਕਿ ਆਪਣੇ ਘਰ ਦਾ ਇੱਕ ਸਹਾਰਾ ਬਣਾ ਉਹ 5 ਰੁਪਏ ਜਦੋਂ ਹੱਥੇ ਰੱਖੇ ਮਾਂ ਜੀ ਦੀ ਕੀ ਫੀਲਿੰਗ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਕਿਉਂ ਨਹੀਂ ਪੜ੍ਹਨਾ ਚਾਹੁੰਦਾ ਅੱਛਾ ਕਿ ਇਹਦੀ ਵਜ੍ਹਾ ਐ ਇਸ ਵਜ੍ਹਾ ਆ ਸੀ ਕਿ ਅੱਜ 5 ਰੁਪਏ ਕਮਾ ਕੇ ਮੇਰੇ ਹੱਥ ਤੇ ਪੁੱਤਰ ਨੇ ਆਪਣੀ ਪਹਿਲੀ ਕਮਾਈ ਰੱਖੀ ਹੈ ਤੇ ਜੀ ਉਹ ਅਸਲ ਤੇ ਨਾ ਮੈਂ ਅਜ ਤੱਕ ਇਹ ਗੱਲ ਕਿਸੇ ਚੈਨਲ ਤੇ ਤੇ ਆ ਇਹ ਗੱਲ ਮੈਂ ਨਾ ਰਾਤ ਨੂੰ ਸੁੱਤਾ ਸੀ ਹੂੰ ਚੋ ਨਾ ਮੈਨੂੰ ਕਿਸੇ ਮੰਨ ਲੇ ਕੇ ਦੋਸਤ ਯਾਰ ਹੁੰਦੇ ਨਾ ਜਿਵੇਂ ਬੰਦਾ ਕਹਿੰਦਾ ਕਿ ਭਈ ਇੱਥੇ ਜ਼ਕਾਤ ਲੈਂਦੇ ਨੇ ਹੂੰ ਹੂੰ ਉਹ ਉਹਨੇ ਕਿਹਾ ਕਿ ਤੇ ਜ਼ਕਾਤ ਲੈਂਦੇ ਨੇ ਹੂੰ ਹੂੰ ਮੈਨੂੰ ਨਾ ਉਹ ਮਤਲਬ ਗੱਲ ਇੰਜ ਹੋਈ ਕਿ ਬਈ ਬੱਚਾ ਸੀ ਕਿੱਧਰ ਵੀ ਜਨ ਮੈਂ ਕਹ ਸੀ ਜ਼ਕਾਤ ਲੈਣੇ ਹੂੰ ਹ ਇਹ ਫੈਸਲਾ ਉਸ ਦਿਨ ਮੈਂ ਕੀਤਾ ਸੀ ਆ اچھا 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 ਕੰਮ ਕਰੰਦਾ ਵਾ 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 ਅੱਛਾ ਯਾਨੀ ਕਿ ਇਹ ਗੱਲ ਫੀਲ ਹੋਈ ਤੁਹਾਨੂੰ ਮੈਨੂੰ ਕਿ ਯਾਰ ਵਾ ਵਾ ਤੇ ਉਹ ਮਾਂ ਜੀ ਫਿਰ ਉਹ ਪੈਸਿਆਂ ਹੱਥ ਖਿੱਚ ਕੇ ਜ਼ਕੀਨਨ ਮੈਂ ਨਾ ਅਸੀਨ ਲਾਇਆ ਹੋਣਾ ਹਸਨ ਭਾਈ ਮੈਂ ਮਤਲਬ ਕਿ ਇਹ ਆਪਣੇ ਮਾਂ ਪਿਓ ਦੇ ਮੂੰਹ ਚ ਇਹ ਗੱਲ ਸੁਣੀ ਹੋਈ ਏ ਜਦੋਂ ਆਪਣੀ ਭੈਣਾਂ ਦੇ ਵਿਆਹ ਕਰਦੇ ਮੇਰੇ ਭਰਾ ਦਾ ਵੀ ਵਿਆਹ ਹੋ ਗਿਆ ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਥੇ ਐਕਟਰ ਬੰਨਣਾ ਹੈ ਇਹ ਮੈਂ ਆਪਣੇ ਮਾਂ ਔਰ ਆਪਣੇ ਬਾਪ ਦੇ ਮੂੰਹ 'ਚ ਗੱਲ ਸੁਣੀ ਕਿ ਤੂੰ ਜੋ ਮਰਜ਼ੀ ਕਰਨਾ ਕਰ ਅਸੀਂ ਤੇਰੇ ਤੇ ਰਾਜ਼ੀ ਹਾਂ ਵਾ 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 ਸਮਝ ਲੱਗ ਗਈ ਨਾ ਕਿ ਉਸ ਵਾਰ ਮੈਂ ਮਤਲਬ ਲਾਹੌਰ ਆ ਗਿਆ ਹਾਂ ਹਾਂ ਉਹ ਵੀ ਮਾਂ ਨੂੰ ਕਹਿ ਕੇ ਕਿ ਲਾਹੌਰ ਜਿਹੜਾ ਨਾ ਉੱਥੇ ਦਿਹਾੜੀ ਬੜੀ ਵਧੀਆ ਮਿਲਦੀ ਅੱਛਾ ਹਾਂ ਇੱਥੇ ਫਿਰ ਮਸਤ ਇਕਬਾਲ ਰੋਡ ਜਨਰਲ ਹਸਪੀਟਲ ਦੇ ਸਾਹਮਣੇ ਦਾ ਹਾਂ ਹਾਂ ਉਥੇ ਇੱਕ ਵਰਕਸ਼ਾਪ ਹੈ ਉਥੇ ਮੈਂ 150-200 ਰੁਪਏ ਦਿਹਾੜੀ ਤੇ ਹਾਂ ਕੰਮ ਕਰਦਾ ਰਿਹਾ ਉਥੇ ਸ਼ਰੀਫ ਸਾਹਿਬ ਨੇ ਜਿਹੜੇ ਉਥੋਂ ਦੇ ਓਨਰ ਸਨ ਹਾਂ ਹਾਂ ਤੇ 4 ਵੇ ਤੱਕ ਦਿਹਾੜੀ ਲਾਣੀ ਅੱਛਾ 4 ਵੇ ਉਥੋਂ ਨਿਕਲਣਾ ਹਾਂ ਬੈਗਨ ਤੇ ਬੈਣ ਤੇ আলমਰਾ ਉਥੇ ਸਟ੍ਰਗਲ ਅੱਛਾ ਇਹ ਫਿਰ ਇਧਰ ਇਧਰ ਸਟ੍ਰਗਲ ਹੋਈ ਅੱਛਾ ਬਚਪਨ ਦੇ ਵਿੱਚ ਇਹ ਕਿਉਂਕਿ ਜਿਸ ਤਰ੍ਹਾਂ ਇਸ ਤਰ੍ਹਾਂ ਹਾਲਾਤ ਦਾ ਇੱਕ ਡਿਸੀਜਨ ਲੈ ਕੇ ਬੰਦਾ ਗਲਤ ਤੇ ਫੋਕਸ ਕਰਦਾ ਤੇ ਉਹ ਜਿਹੜੀਆਂ ਛੋਟੀ ਛੋਟੀ ਸ਼ਰਾਰਤਾਂ ਹੁੰਦੀਆਂ ਨੇ ਬਚਪਨ ਦੇ ਵਿੱਚ ਇੱਕ ਬੱਚੇ ਦੀਆਂ ਉਹ ਰੁਹੀਆਂ ਜਾਂ ਐਸੀ ਗੱਲ ਦੀ ਨਜ਼ਰ ਹੋ ਗਈ ਹੈ ਉਹ ਵੀ ਉਹ ਸ਼ਰਤਾਂ ਮੰਤਰੇ ਐਨੀਆ ਨਹੀਂ ਹੋਈਆਂ ਹੋਈਆਂ ਹੈ ਨੇ ਹਾਂ ਜਿਸ ਤਰ੍ਹਾਂ ਨਾਰਮਲ ਉਹ ਸ਼ਰਤਾਂ ਉਹਨਾਂ ਸ਼ਰਤਾਂ ਦਾ ਨਾ ਉਹ ਤੋਂ ਥੋੜਾ ਪਿੱ ਥੋੜਾ ਪਿੱਛੇ ਚਲਾ ਜਾਈ ਰਹਾ 12 ਸਾਲ ਤੋਂ 10 ਸਾਲ ਆਈਏ ਉਸਨੇ ਕੁਛ ਛੋਟੀ ਮੋਟੀ ਸ਼ਰਤਾਂ ਤੇ ਉਸ ਬਾਅਦ ਫੋਕਸ ਹੀ ਹੋ ਗਿਆ ਮੇਰਾ ਅੱਛਾ ਇਹ ਚੀਜ਼ ਦਾ ਬਾਕੀ ਖੇਡਣਾ ক্রিকেট ਖੇਡਣਾ ਦੋਸਤਾਂ ਨਾਲ ਜਾਣਾ ਮਜ਼ਾਕ ਕਰਨਾ ਸਾਰਾ ਉਹ ਜਿਹੜੀ ਇੱਕ ਅੰਦਰ ਦਾ ਉਹ ਇੱਕ ਨਹੀਂ ਅੰਦਰ ਦਾ ਇੱਕ ਐਸੀ ਐਕਟਰ ਵੀ ਸੀ ਨਾ ਉਹ ਵੀ ਐਸੀ ਨਾ ਹਾਂ ਹਾਂ ਤੇ ਉਹ ਐਟਮਾ ਕਰਨਾ ਅੱਛਾ ਹਾਂ ਇੱਕਦਿਸ਼ਾਦੀ ਤੇ ਮੱਲੇ ਚ ਇੱਕ ਦੂਸਰੇ ਨਾਲ ਉਸ ਤਰ੍ਹਾਂ ਦੀ ਹਾਸਾ ਖੇਡਾ ਉਹ ਵਾਲਾ ਇਹਦੀ ਕਿ ਉਦੋਂ ਅਕੇ ਐਸੀ ਕਿ ਮੈਂ ਕੋਈ ਪ੍ਰੋਫੈਸ਼ਨਲੀ ਨਹੀਂ ਲੇਕਿਨ ਉਹ ਚੁੱਕੇ ਟੈਲੈਂਟ ਇੱਕ ਅੰਦਰ ਸੀ ਕਿ ਉਹ ਅੱਲਾਹ ਪਾਕ ਨੇ ਗੱਲ ਪਾਈ ਸੀ ਉਹ ਗਾਇਬ ਕਰੇ ਸ਼ਖਸ ਦੇ ਵਿੱਚ ਜ਼ੇਨ ਹੈ ਸੀ ਉਹ ਨਿਕਲਦਾ ਸੀ ਜ਼ੇਨ ਹੈ ਸੀ ਹਾਂ ਟਾਰਗੇਟ ਹੈ ਸੀ ਕਿ ਐਕਟਰ ਬੰਨਾ ਅੱਛਾ ਵਾਲਾ ਸਭ ਸਖਤ ਤਬੀਅਤ ਦੇ ਸੰਨ ਜਾਂ ਨਰਮ ਤਬੀਅਤ ਦੇ ਮੇਰੇ ਵਾਲਾ ਸਭ ਨਾ ਬਹੁਤ ਹੀ ਨਰਮ ਤਬੀਅਤ ਦੇ ਸੰਨ ਅੱਛਾ ਯਾਨੀ ਕਦੀ ਵੀ ਨਹੀਂ ਮਤਲਬ ਛਿੜਕ ਵੀ ਨਹੀਂ ਮਾਰੀ ਹਾਂ ਹਾਂ ਉਹ ਉਥੇ ਸਬੋ ਨਾ ਕੀ ਦਿਨ ਦਾ ਟਾਈਮ ਚਨੇ ਲਾਂਦੇ ਸੰਨ ਛਾਬਾ ਚਨੇ ਲਾਂਦੇ ਨਾਸ਼ਤਾ ਹਾਂ ਹਾਂ ਇੱਕ ਜਗ੍ਹਾ ਉਥੇ ਨਾ ਤਰਖਾਨ ਵਾਲਾ ਚੌਕ ਹੈਗਾ ਸਾਡੇ ਉੱਥੇ ਨਾ ਖੂਬਸੂਰੇ ਸੂਰੇ ਤੁੰਬ ਦਾ ਕਾਰੀਗਰ ਦੁਕਾਨਾਂ ਵਰਕਸ਼ਾਪਾਂ ਖੁੱਲ੍ਹਦੀਆਂ ਉੱਥੇ ਅੱਬਾ ਉਹ ਲੰਦਾ ਹੁੰਦਾ ਸੀ ਨਾਸ਼ਤਾ ਤੇ ਉਸ ਤੋਂ ਬਾਅਦ ਉਹ ਮਤਲਬ ਕਿ ਕੁਝ ਲੋ ਉਧਰ ਵੀ ਦਸ ਇੱਕ ਵੇਲੇ ਹੋ ਜਾਂਦੇ ਸਨ ਫਿਰ ਬੱਚਿਆਂ ਦੇ ਸਕੂਲ ਦੇ ਅੱਗੇ ਬਾਰਨਾ ਤੇ ਟਾ ਟਾਫੀਆਂ ਛਾਬਾ ਸਕੂਲ ਦੇ ਬੱਚਿਆਂ ਦੀਆਂ ਚੀਜ਼ਾਂ ਫਿਰ ਉਹ ਲੰਦੇ ਹੁੰਦੇ ਸਨ ਅਬਾ ਅਬਾ ਅੱਛਾ ਇਹ profession ਜਿਹੜਾ ਨਾ ਇਹ ਰਜ਼ਕ ਦਾ ਜਿਹੜਾ ਹੈ ਕਿ ਤੁਸੀਂ ਕੋਈ ਸਵੇਰ ਸਵੇਰ ਉੱਠ ਕੇ ਅਜਾ ਗੋ ਤੇ ਇਹ ਬੱਚੇ ਆਸਤੇ ਬੰਦਾ ਕਰ ਰਿਆ ਹੁੰਦਾ ਹੈ ਕਿ ਵੀ ਚਾਰ ਪੈਸੇ ਆਸੇ ਲੇਕਿਨ ਇਹ ਰੱਬ ਦਾ ਇੱਕ سلسلہ ਹੈ ਇਹ ਕੁਝ profession ਐਸੇ ਨੇ ਜਿਸ ਤਰ੍ਹਾਂ ਉਸਤਾਦ ਦਾ profession ਮੌਲਮ ਦਾ ਮਸਜਿਦ ਇਮਾਮ ਦਾ ਬੇਸ਼ੱਕ ਇਸ ਲਈ ਅੱਲਾਹ ਪਾਕ ਦੇ ਦਿੱਤੇ ਹੋਏ ਰਿਜ਼ਕ ਦੇ ਵਿੱਚੋਂ ਇੱਕ ਹੱਥ ਐਸਾ ਹੁੰਦਾ ਹੈ ਜਿਹੜਾ ਤਕਸੀਮ ਕਰਦੇ ਆ ਹੁੰਦੇ ਜੀ ਠੀਕ ਹੈ ਇਹ ਬੜਾ ਬਰਕਤ ਕੰਮ ਹੈ ਬਿਲਕੁਲ ਔਰ ਇਹ ਅੱਲਾਹ ਪਾਕ ਇਹ ਖੁਸ਼ ਨਸੀਬਾਂ ਦੇ ਸੱਚੇ ਜੇ ਕੰਮ ਆਂਦੇ ਨੇ ਜਿਹੜੇ ਉਹਨਾਂ ਦੇ profession ਵੀ ਬਣ ਜਾਂਦੇ ਬਿਲਕੁਲ ਤੇ ਉਹ ਫਿਰ ਪਿਆਰ ਮੁਹੱਬਤ ਵਿੱਚ ਖਾਣਾ ਖਿਲਾਣਾ ਖਿਲਾਣਾ اور پلانا اے تے وہ ਕੰਮ ਹੈਗਾ ਕਿ ਜਿਹੜਾ ਅਗਰ ਅਸੀਂ ਦੇਖਿਆ ਜਾਈਏ ਕਿ ਜਿਨ੍ਹਾਂ ਦੀ ਅਸੀਂ উম্মਤਾਂ صلی اللہ علیہ وسلم ਉਹਨਾਂ ਦੇ ਵੀ ਅਗਰ ਪਿੱਛੇ ساری ਗੱਲ ਤੇ ਉਹ ਖਾਨਾ ਕਾਬਾ ਦੇ ਵਿੱਚ ਖਿਲਾਣਾ ਪਿਲਾਣਾ ਹਾਜੀਆਂ ਨੂੰ ਜ਼ਮਜ਼ਮ ਪਿਲਾਣਾ ਖਾਨੇ اونਟ ਜ਼ਿਬਾਹ ਕਰਕੇ ਉਹਨਾਂ ਨੂੰ ਖਿਲਾਣਾ ਇਦਕੀ ਹਾਸ਼ਮ ਹਾਸ਼ਮੀ ਅਸਲ ਅਸਲ ਭਾਈ ਪਤਾ ਗੱਲ ਕੀ ਗਈ ਤੁਹਾਡੀ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਹਮ ਮੈਂ ਮੇਰਾ ਤਜਰਬਾ ਹੈਗਾ ਮੈਨੂੰ ਤਾਂ ਮੇਰੇ ਮਾਲਕ ਅੱਲਾਹ ਬਾਗ ਸਭ ਤੇ ਰਹਿਮਤ ਕਰੇ ਲੇਕਿਨ ਜਦੋਂ ਤੁਸੀਂ ਆਪਣੀ ਇਹ ਸੋਚ ਰੱਖ ਲੈਂਦੇ ਹੋ ਜਿਹੜੀ ਇਹ ਸੋਚ ਉਹ ਰੱਖ ਲੈਂਦੇ ਹੋ ਕਿ ਮੈਂ ਮੇਰਾ ਇਹਨਾਂ ਮੇਰੀ ਇੰਨੀ ਆਮਦਨੀ ਹੈ ਮੈਂ ਇਸੇ ਆਮਦਨੀ ਦੇ ਵਿੱਚੋਂ ਇਹਨਾਂ ਤੁਸੀਂ ਕਹਿੰਦੇ ਕਿ ਮੈਂ ਦੇਣਾ ਹੈਗਾ ਹਮ ਮੈਂ ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਈ ਘਰ ਚੱਲ ਕੇ ਆਵੇ ਹਮ ਹਮ ਤੁਸੀਂ ਤਾਂ ਕਿਸੇ ਦੇ ਘਰ ਵੀ ਜਾ ਸਕਦੇ ਚੱਲ ਕੇ ਹੂੰ ਕੋ ਤੁਹਾਨੂੰ ਪਤਾ ਹੁੰਦਾ ਤੁਹਾਡਾ ਹਾਲਤ ਵਾਲਾ ਤੁਹਾਡੇ ਦੋਸ ਸਬਾਬ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਪਤਾ ਹੁੰਦਾ ਕਿਹੜਿਆ ਕਿਸ ਮੌਲੇ ਚ ਤੁਹਾਨੂੰ ਇਲਮ ਹੁੰਦਾ ਹੂੰ ਇਹ ਤਰੱਕੀ ਤੱਕ ਬੜਾ ਵਧੀਆ ਰਸਤਾ ਆਏਗਾ ਹੂੰ ਹੂੰ ਵੰਡਣ ਵਾਲਾ ਨਾ ਤੁਸੀਂ ਵੰਡਦੇ ਜਾਓਗੇ ਨਾ ਇਮਾਨਤ ਤੁਹਾਡੀ ਤਰੱਕੀ ਕੋਈ ਰੋਕ ਹੀ ਨਹੀਂ ਸਕਦਾ ਮੈਂ ਉਹੀ ਕਹਿੰਦਾ ਕਿ ਇਹ ਕੁਦਰਤ ਲੋਕ ਪਹਿਲੇ ਤੇ ਕੰਮ ਦੇਖੋ ਕਿ ਜਿਹੜੀ ਹਾਕ ਹਾਲ ਦਾ ਲੁਕਮਾ ਤੁਹਾਡੇ ਮੂੰਹ ਚ ਆਂਦਾ ਸੀ ਬਿਲਕੁਲ ਉਹ ਪਹਿਲੇ ਕਈਆਂ ਦਾ ਉਹ ਕੰਮ ਬਿਜ਼ਨਸ ਉਹ ਕਾਰੋਬਾਰ ਉਹ ਸਾਰਿਆਂ ਦਾ ਢਿੱਡ ਭਰ ਕੇ ਸਦੇ ਸਦੇ ਉੱਠੇ ਭੁੱਖੇ ਲੋਕਾਂ ਦਾ ਮੈਂ ਉਸ ਤੋਂ ਬਾਅਦ ਆ ਕੇ ਤੁਹਾਡੇ ਮੂੰਹ ਚ ਅੱਲਾਹ ਪਾਕ ਉਹ 7 ਦਿਨਾਂ ਦਾ ਰਜ਼ਕ ਦੇ ਦਿੱਤਾ ਮੈਂ ਤੁਹਾਨੂੰ ਦੱਸਣਾ ਕਿ ਮੇਰੇ ਵਾਲਦ ਸਾਹਿਬ ਜਿਹੜੇ ਨਾ ਮਤਲਬ ਸਾਨੂੰ ਕਮੀ ਕਿਸੇ ਚੀਜ਼ ਦੀ ਨਹੀਂ ਹੁੰਦੀ ਕਿ ਜਿੰਨੇ ਜੁਗਾ ਕੋਈ ਹੁੰਦਾ ਨਾ ਬੰਦਾ ਕੋਈ ਵੀ ਅਸਰ ਨਹੀਂ ਕਿ ਜਦੋਂ ਆਪਣੀ ਔਲਾਦ ਦੀ ਨਾ ਕਰਦਾ ਹੋਵੇ ਹਾਂ ਲੇਕਿਨ ਮੈਨੂੰ ਕਮੀ ਨਹੀਂ ਸੀ ਲੇਕਿਨ ਮੈਨੂੰ ਸਿਰਫ ਅੰਦਰ ਇਹ ਗੱਲ ਸੀ ਕਿ ਮੈਂ ਹਾਂ ਨਾਲ ਰਲ ਜਾਵਾਂ ਨਾਲ ਰਲ ਜਾਵਾਂ ਦੇਖੋ ਉਹ ਸੀ ਦਾ ਉਹ ਚੀਜ਼ ਜਿਹੜੀ ਸੀ ਜਿਹੜੀ ਤੁਹਾਡੀ ਤਾਲੀਮ ਹੈ ਤੁਹਾਡੀ ਜਲਦੀ ਕਿਤੇ ਕੋਈ ਬੰਦਾ ਵੀ ਨਹੀਂ ਪੜ ਸਕਦਾ ਕਿ ਪੜਿਆ ਲਿਖਿਆ ਹੈ ਜਾਂ ਨਹੀਂ ਹੈ ਇਹ ਤਾਂ ਤੁਸੀਂ ਆਪਣੀ ਜ਼ੁਬਾਨ ਨਾਲ ਕੋਈ ਸੱਚ ਦੱਸੋ ਵੀ ਮੈਂ ਤੇ ਇੰਨਾ ਪੜਿਆ ਬਿਲਕੁਲ ਜਾਂ ਕੋਈ ਦੋਸਤ ਆਲਾ ਦਵਾਲਾ ਜਿਹੜਾ ਬਹੁਤ ਕਰੀਬੀ ਤੁਹਾਡੇ ਆ ਉਹਨਾਂ ਪਤਾ ਵੀ ਨਹੀਂ ਪੜਿਆ ਲੇਕਿਨ ਇਹ ਜਿਹੜੀ ਚੀਜ਼ ਇੱਕ ਹੈ ਨਾ ਕਿ ਔਲਾਦ ਜਿਹੜੀ ਅਗਰ ਆਪਣੇ ਜਿਸ ਸਜ਼ੀਤ ਨਾਲ ਵੀ ਬਹੁਤ ਜ਼ਿਆਦਾ ਚੀਜ਼ਾਂ ਵੀ ਹੁੰਨ ਬਹੁਤ ਜ਼ਿਆਦਾ ਤੁਹਾਡੇ ਕੋਲ ਆ ਵੀ ਜਿਸ ਲਈ ਪੁੱਤਰ ਨਾਲ ਰਲਦਾ ਨਾ ਤੇ ਉਸਨੇ ਕੋਈ ਪਿਓ ਨੂੰ ਕੋਈ ਹੋਰ ਹੀ ਖੁਸ਼ੀ ਹੁੰਦੀ ਸਰ ਔਰ ਇਹ ਜਿਹੜੀ ਖੁਸ਼ੀ ਹੈ ਨਾ ਇਹ ਨਾ ਮਾਪੇ ਨੂੰ ਦੇਣਾ ਤੁਹਾਡੇ ਵਾਸਤੇ ਨਾ ਔਲਾਦ ਕੋਲੋਂ ਇਹ ਖੁਸ਼ੀ ਲੈਣਾ ਮਾਪੇ ਦੇ ਵਾਸਤੇ ਇਸ ਡਾਇਰੈਕਟਲੀ ਉਸ ਅੱਲਾਹ ਪਾਕ ਦਾ ਕਰਮ ਹੈ ਬੇਸ਼ੱਕ ਕਿ ਉਹ ਉਸ ਬੱਚੇ ਨੂੰ ਇਹ ਤੋਫੀਕ ਦੇ ਦੇਿਆ ਕਿਉਂਕਿ ਉਸ ਲਈ ਨਹੀਂ ਤੁਹਾਨੂੰ ਪਤਾ ਉਸ ਲਈ ਇੱਕ ਜਜ਼ਬਾ ਹੈ ਲੇਕਿਨ ਕਿ ਕਿੰਨੀ ਵੱਡੀ ਖਿਦਮਤ ਕਰ ਰਹੇ ਹੋ ਤੁਸੀਂ ਜਿਵੇਂ ਬਾਰਡਰ ਦੇ ਉੱਤੇ ਜਾ ਕੇ ਆਪਣੇ ਮੁਲਕੋ ਕੌਮ ਦੀ ਹਫਾਜ਼ਤ ਕਰਨ ਲਈ ਇੱਕ ਫੌਜੀ ਜਵਾਨ ਆਪਣੀ ਜਾਨ ਦਾ ਨਜ਼ਰਾਨਾ ਦਿੰਦਾ ਹੈ ਉਹਨ ਉਸ ਕੇਵਲ ਕਰਨਾਸਤੇ ਤੇ ਇਹ ਤੇ ਉਹ ਗੱਲ ਹੈ ਜਿਦੇ ਉੱਥੇ ਆਨਲ ਬੰਦੇ ਨੂੰ ਸ਼ਹਾਦਤ ਜੈਸਾ ਰਤਬਾ ਮਿਲਦਾ ਹੈ ਤੇ ਇਸ ਕਰਕੇ ਇਹ ਕਿਵੇਂ ਬੰਦਾ ਕਰ ਸਕਦਾ ਹੈ ਰੱਬ ਜਿੰਨੂੰ ਦਵੇ ਤੇ ਉਹ ਮਾਪੇ ਕਿੱਡੇ ਚੰਗੇ ਹੋਣਗੇ ਕਿ ਅੱਲਾਹ ਪਾਕ ਨੇ ਜਿਹਦੀ ਔਲਾਦ ਦੇ ਜ਼ਿਹਨ ਦੇ ਵਿੱਚ ਆ ਪਾਤਾ ਕਿ ਨਹੀਂ ਯਾਰ ਮੈਂ ਆਪਣੇ ਪਿਓ ਦੀ ਬਾਹ ਬਣ ਬੇਸ਼ੱਕ ਮੇਰੀ ਮਾਂ ਦੇ ਜਿਹੜੇ ਅੰਬ ਨੇ ਇਹ ਮੁਕਨੇ ਨਹੀਂ ਚਾਹੀਦੇ ਇੱਥੇ ਰੋਜ਼ ਫਰੂਟ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਾਂ ਕਿ ਮੈਂ ਬੱਚਿਆਂ ਦਾ ਆਪਣੇ ਤਾਂ ਕੀ ਉਹਨਾਂ ਨੇ ਦਾਦਾ ਤਾਂ ਨਹੀਂ ਵਖਿਆ ਹਾਂ ਦਾਦੀ ਤੇ ਉਹਨਾਂ ਨੇ ਵਖੀ ਦਾਦੀ ਤੇ ਮੇਰੀ ਮਾਂ ਨੇ ਮੇਰਾ ਜਿੰਨਾ ਕਰੂ ਜਾਇ ਉਹ ਵੀ ਵਖਿਆ ਹਰ ਚੀਜ਼ ਇੱਥੇ ਸੰਗੋਲੀ ਤਾਨੂੰ ਸਾਰਾ ਹੀ ਪਤਾ ਹੈ ਹੁਣ ਉਹਨਾਂ ਦਾਦਾ ਨਹੀਂ ਵੇਖਿਆ ਹੂੰ ਹੂੰ ਤੇ ਜੋ ਛੋਟੇ ਜਿਹੇ ਸਨ ਨਾ ਤਾਂ ਮੈਨੂੰ ਨਾ ਕਹਿੰਦੇ ਨਾ ਕਿ ਦਾਦਾ ਉਹ ਕੀ ਕਰਦੇ تھے ਤੋ ਗੱਡੀ ਚ ਮੈਂ ਨਾਲ ਬੈਠੇ ਨ ਤੇ ਹੁਣ ਮੈਨਾਂ ਛਾਬੇ ਵਾਲਾ ਲੱਭ ਰਿਆ ਕਿਹਨਾਂ ਇੱਕ ਬਾਲਟ ਉਹ ਆ ਅੱਛਾ ਮੈਂ ਛਾਬੇ ਵਾਲਾ ਲੱਭ ਰੇ ਤੇ ਮੈਂ ਕੋ ਉਹ ਵੇਖ ਨਜ਼ਰ ਆਇਆ ਮੈਂ ਕਿਹਾ ਇੱਕ ਦਮ ਮੈਂ ਕਿਹਾ ਉਹ ਉਹ ਮੈਂ ਕਿਹਾ ਉਹ ਦੇਖ ਰਹੇ ਹੋ ਹਾਂ ਹਾਂ ਕਹਿੰਦੇ ਹਾਂ ਮਰਵਾ ਤੇ ਬਕਾਰ ਸੀ ਮੈਂ ਕਿਹਾ ਇਹ تمہارا ਦਾਦਾ ਹੈ ਹਾ ਵਾ 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 ਮੈਂ ਕਹਾਂ ਇਹ ਜਿਹੜਾ ਹੈ ਨਾ ਬੰਦਾ ਇਹ ਤੁਹਾਡਾ ਦਾਦਾ ਹੈਗਾ ਜੀ ਜੀ ਇਹ ਕੰਮ ਕਰਦੇ ਵਾ 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 ਉਹ ਇਸ ਲਈ ਹੈਗਾ ਕਿ ਨਾ ਕਿ ਇਹ ਨਾ ਕਿ ਕੱਲ ਨੂੰ ਮਾਸ਼ਾ ਅੱਲਾ ਕਿਸੇ ਮਗਾਮ ਤੇ ਉੱਤੇ ਉਹ ਕਹਿੰਨ ਕਿ ਸਾਡਾ ਪਿਓ ਤੇ ਜ਼ਗੀਰਦਾਰ ਸੀ ਚ ਨਿਯੋੜਦਾ ਉਹ ਤੇ ਬੰਦਾ ਗੱਲਾਂ ਕਰਨੇ ਇੱਥੇ ਤੇ ਉਹ ਪੁੱਛ ਗੱਲਾਂ ਦਸੀ ਜਗੀਰਦਾਰ ਸਤ ਨਹੀਂ ਇਹ ਵੀ ਫੈਸਲਾ ਕਰ ਲੈਣੇ ਕਿਉਂਕਿ ਜਾਗੀਰਦਾਰ ਹੋਣਾ ਇਹ ਜਿਹੜੀ ਜ਼ਮੀਨੀ ਜਾਗੀਰ ਇਹ ਉਹ ਜਾਗੀਰਦਾਰ ਥੋੜਾ ਉਹ ਜਾਗੀਰਦਾਰ ਹੁੰਦਾ ਇਹ ਤੇ ਉਹ ਜਜ਼ਬਾ ਹੈ ਉਹ جنੂਨ ਹੈ ਉਹ ਸ਼ੌਕ ਹੈ ਉਹ ਮੁਹੱਬਤ ਹੈ ਤੁਸੀਂ ਤੁਹਾਡੀ ਜਾਗੀਰ ਕੀ ਹੈ ਜਿਸ ਬੰਦੇ ਦੀ ਜਾਗੀਰ ਮਾਂ ਔਰ ਬਾਪ ਹੋਵੇ ਜਿਹੜਾ ਉਹਦੀ ਖidmat ਉਹਦੀ ਹਫਾਜ਼ਤ ਆਸਤੇ ਅੱਲਾ ਪਾਕ ਉਹ ਤੇ ਡਿਊਟੀ ਲਗਾ ਦੇਣਾ ਉਸ ਤੋਂ ਵੱਡਾ ਕੋਈ ਜਾਗੀਰਦਾਰ ਹੈ ਦੁਨੀਆ ਤੇ ਹੈਗਾ ਤੇ ਮੈਨੂੰ ਕੱਢ ਕੇ ਦਿਖਾ ਦੇ ਮੈਂ ਕਹਿੰਦਾ ਅਸਰભાઈ ਮੇਰੀ ਜ਼ਿੰਦਗੀ ਦਾ ਮੇਰੀ ਲਾਈਫ ਦੀ ਇੱਕ ਦਿਨ ਐਸਾ ਸੀ ਜਦ ਬੜਾ ਖੁਸ਼ੀ ਦਾ ਸੀ ਕਿ ਮੈਂ ਗੱਡੀ ਲਈ ਹੁੰਦਾ ਸੀ ਅੱਛਾ ਮੈਂ ਸ਼ੋਰੂਮ ਤੋਂ ਕਢਾ ਕੇ ਤੇ ਸਿੱਧਾ ਚਨੇਉੜ ਗਿਆ ਹੂੰ ਮੈਂ ਉੱਥੇ ਜਾ ਕੇ ਗੱਡੀ ਖੜੀ ਕੀਤੀ ਜਿੱਥੇ ਮੇਰਾ ਪੋਛਾ ਬਲੰਦਾ ਸੀ ਹਾ ਹਾ ਗੁੱਡ ਉਥੇ ਮੈਂ ਕੋਈ ਥੋੜੀ ਦੁਨੀਆ ਇਕੱਠੀ ਹੋ ਗਈ ਉਥੇ ਮੈਂ ਖਲੋਤਾ ਤੇ ਜਿਹਨੋਂ ਉਹਨਾਂ ਨੇ ਕਿ ਠੰਡੀ ਹਵਾ ਇਹ ਇੱਕ ਵਾਹ ਵਾਹ ਜਿਸਕੂਨ ਮਿਲਿਆ ਆਹ ਇਹ ਸਕੂਨ ਉਸ ਦੌਰ ਦੇ ਟੇਰਾਂ ਤੇ ਬਹਿ ਕੇ ਨਹੀਂ ਆ ਸਕਦਾ ਆ ਨਹੀਂ ਸਕਦਾ ਯਾਨੀ ਕਿ ਮੈਂ ਜਿਹੜਾ ਆਪਣੇ ਵਾਲਾ ਸਨ ਉਹਨਾਂ ਦੇ ਮੇਰੇ ਵਾਲਾ ਸਾਹਿਬ ਦੇ ਦਸਤਕਾਰ ਸਨ ਯਾਨੀ ਕਿ ਇਹ ਦਸਕਾ ਕੇ ਜਿਹੜੇ ਹੱਥੀ ਕਰਕੇ ਹਾਂ ਔਰ ਮੇਰੇ ਵਾਲਦ ਸਾਹਿਬ ਨੇ ساری ਜ਼ਿੰਦਗੀ ਜਦ ਤੱਕ ਉਹ ਦੁਨੀਆ ਤੋਂ ਫੌਤ ਨਹੀਂ ਹੋਏ ਉਹ ਤੋਂ ਉਹ ਤੋਂ 2-3 ਮਹੀਨੇ ਪਹਿਲੇ ਉਸ ਮਸ਼ੀਨ ਤੋਂ ਉਹ ਹਟੇ ਨੇ ਜਿੱਥੇ ਉਹ ساری ਜ਼ਿੰਦਗੀ ਉਹਨਾਂ ਨੇ ਉਸ ਮਸ਼ੀਨ ਤੇ ਖਲੋ ਕੇ ਕੰਮ ਕੀਤਾ ਹੈ ਹਾਲਾਂਕਿ ਗੋ ਕਿ ਅੱਲਾਹ ਬਾਣੀ ਕਰਮ ਕੀਤਾ ਆਪਣੀ ਉਮ ਲੱਗ ਗਈਆਂ ਮਸ਼ੀਨਾਂ ਸਾਰੇ ਕੰਮ ਕਰ ਅੱਛਾ ਵੇ ਸਾਡੇ ਅਸੀਂ ਸਾਦੇ ਭਰਾ ਉਸ ਕੰਮ ਨੂੰ ਕਰ ਦੇ ਦੇ ਅਸੀਂ ਵੀ ਹਫਤਾ ਲੈ ਲੈਣੇ ਉਹਨੇ ਸਬ ਐ ਬੈਸਾ ਨਾ ਹਫਤਾ ਵੀ ਦਿਨ ਉਹ ਮਸ਼ੀਨ ਅੱਜ ਵੀ ਸਾਡੇ ਘਰ ਪਈ ਹੈ ਉਸ ਮਸ਼ੀਨ ਦੇ ਉੱਤੇ ਅੱਜ ਵੀ ਖਲੋ ਕੇ ਮੈਂ ਸਾਡੇ ਵਿਹੜੇ ਚ ਪਈ ਹੈ ਗੁਜਰਾਣ ਲਈ ਉਹ ਮੈਂ ਵੀ ਮੇਰਾ ਭਰਾ ਵੀ ਸੀ ਕਿਸੇ ਲਈ ਮੈਂ ਉਹਨੂੰ ਚੁੰਮਣਾ ਵਾਂ ਮੇਰੇ ਉਸ ਮਸ਼ੀਨ ਨੂੰ ਮੇਰੇ ਬਾਪ ਦੇ ਹੱਥ ਲੱਗੇ ਨੇ ਉਹ ਉਹ ਮੇਰੇ ਬਾ ਉਹ ਮਸ਼ੀਨ ਹੈ ਜਿੱਥੇ ਖੂਨ ਪਸੀਨਾ ਰੋੜ ਕੇ ਸਾਡੇ ਬਾਪ ਨੇ ਸਾਨੂੰ ਪਾਲਿਆ ਪੋਸਿਆ ਉਦੋਂ ਮੈਂ ਇਹ ਤੇ ਸਾਡਾ ਅਹਿਸਾਸ ਹੈ ਇੱਕ ਤੇ ਉਦੋਂ ਇੱਕ ਇੱਕ ਬੜੀ ਨਾ ਚੀਜ਼ ਸੀ ਮੱਲੇਦਾਰੀ ਹਾਂ ਬੜੀ ਕਾਉਂਟ ਕਰਦੀ ਸੀ ਤੁਹਾਨੂੰ ਕੋਈ ਬੰਦਾ ਨਦਰਜੀ ਸੀ ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਸੀ ਉਹ ਕਸਾਈਆਂ ਦਾ ਘਰ ਸੀ ਅੱਛਾ ਉਹ ਕਿਰਾਇਆ ਨਹੀਂ ਸੀ ਲੈਂਦੇ ਅੱਛਾ ਠੀ ਫਿਰ ਤੁਹਾਡਾ ਜਿਹੜਾ ਆਲਾਦ ਵਾਲਾ ਮਹੱਲਾ ਹੈ ਨਾ ਉਹ ਇੱਕ ਬੜਾ ਸਪੋਰਟਿੰਗ ਜਿਹਾ ਹੁੰਦਾ ਹੈ ਉਦੋਂ ਤੇ ਇੰਜ ਹੀ ਹੁੰਦਾ ਸੀ ਕਿ ਕਾਰਾਂ ਡੇ ਪੱਕੀ ਤੇ ਕੋਲੀ ਕੋਲੀ ਖਾਣ ਦਾ ਐ ਸਾਰੀਆਂ ਜਗ੍ਹਾ ਸਾਰਿਆਂ ਦੇ ਆ ਜਾਂਦੇ ਇਹ ਤੇ ਮੈਂ ਵੀ ਛੋਟਾ ਹੁੰਦੇ ਆ ਅਭੀ ਉਹ ਘਰ ਆਏ ਆ ਤਾਂ ਲੱਗਾ ਇੰਜ ਕਿ ਅਸੀਂ ਪਤਾ ਨਹੀਂ ਉਹ ਮੌਲਵੀ ਦੇ ਬੱਚੇ ਆ ਕਿ ਇੱਕ ਮੰਜੀ ਤੇ ਐਨਾ ਸਾਲ ਕੀ ਹੋਇਆ ਜੀ ਉਹ ਉਹ ਰਿਸ਼ਤੇ ਹੁੰਦੇ ਸਨ ਫੁੱਫੀ ਉਹਨੇ ਭੇਜਿਆ ਰਾਲਾ ਉਹਨੇ ਭੇਜਿਆ ਅਮਸੀ ਉਹਨੇ ਭੇਜਿਆ ਚਾਚੀ ਨੇ ਭੇਜਿਆ ਹਾਂਜੀ ਤੇ ਕੋਈ ਜਨਯੂਟ ਸਾਡੇ ਕੋਈ ਰਿਸ਼ਤੇਦਾਰ ਨਹੀਂ ਸੀ ਜਨਯੂਟ 'ਚ ਮੇਰਾ ਕੋਈ ਰਿਸ਼ਤੇਦਾਰ ਹੂੰ ਹੂੰ ਸਿਰ ਸਾਡਾ ਘਰ ਸੀ ਤੇ ਮੇਰੇ ਚਾਚੇ ਦਾ ਵਾਹ ਦੋ ਘਰ ਕਿਉਂਕਿ ਮੀਆਂ ਪਿੱਛੇ ਮੇਹਾਂ ਵਾਲੀ ਤੁਸੀਂ ਜੀ ਪਿੱਛੇ ਸਾਰਾ ਖਾਨਦਾਨ ਉਧਰ ਹੀ ਸੀ ਅੱਛਾ ਵਾਲਦਾ ਸਾਹਿਬ ਦਾ ਤੇ ਜੋ ਮੇਰੇ ਆਸਤੇ ਵੀ ਏਸੀ ਅੱਜ ਮੌਕਾ ਮਿਲਿਆ ਤੇ ਵਾਲਦਾ ਨੂੰ ਚੁੱਕੇ ਅਮੀ ਜੀ ਨੂੰ ਤੇ ਮੈਂ ਵੀ ਵੇਖਿਆ ਉਹਨਾਂ ਦੀ ਆਦਤ ਨੂੰ ਵੀ ਉਹਨਾਂ ਦਾ سلسلہ ਉਸਾਰਾ ਇੱਕ ਮੇਰੇ ਸਾਹਮਣੇ ਹੈ ਤੇ ਉਹਨਾਂ ਦੀ ਸ਼ਫਕਤ ਉਹਨਾਂ ਦੀ ਮੁਹੱਬਤ ਔਰ ਤੁਹਾਡੇ ਆਸਤੇ ਦੁਆਵਾਂ ਅੱਛਾ ਇੱਕ ਉਹ ਜੁਮਲਾ ਬੋਲਦੇ ਹੁੰਦੇ ਸਨ ਜਿਹੜਾ ਕਿ ਸਾਡੇ ਸੁਪਰਸਟਾਰ ਇਫਤਖਾਰ ਠਾਕਰ ਦਾ وجہ ਸ਼ੋਹਰਤ ਬਣਿਆ ਹਾਂ ਜੀ ਉਹ ਝੂਠ ਮਾਰਦਾ ਹਾਂਜੀ ਐ ਠਾਕਰ ਸਾਹਿਬ ਨੇ ਰੱਬਾ ਇਸ਼ਕ ਨਾ ਹੋਵੇ ਦੇ ਜੁਮਲਾ ਗਿਆ ਜਦ ਇਹ ਉਹ ਜੁਮਲਾ ਹਿੱਟ ਹੋਇਆ ਔਰ ਉਸ ਤੋਂ ਬਾਅਦ ਇੱਕ ਪਛਾਣ ਬਣ ਗਈ ਹਾਂਜੀ ਇਹ ਜੁਮਲਾ ਤੇ ਮੈਂ ਮਾਜੀ ਦੇ ਮੂੰਹ ਕਈ ਵਾਰੀ ਸੁਣਿਆ ਸੀ ਉਹ ਅੰਮੀ ਕਹਿੰਦੀ ਹੁੰਦੀ ਸੀ ਅਸਲ ਤੇ ਨਾ ਅੰਮੀ ਜਿਹੜੀਆਂ ਮੇਰੇ ਵੱਡੇ ਭਰਾ ਦਾ ਨਾਮ ਇਫਤਖਾਰ ਹੈ ਅੱਛਾ ਤੇ ਕਿਉਂਕਿ ਉਹ ਹੁੰਦੇ ਸਨ ਉੱਥੇ ਫੈਸਲਾਬਾਦ ਹੂੰ ਹੂੰ ਉੱਥੇ ਕ੍ਰੀਸ ਐਂਡ ਮਿਲ ਸੀ ਕੋਈ ਉੱਥੇ ਕਪੜੇ ਦੇ ਮਿਲੇ ਕੰਮ ਕਰਦੇ ਹੁਣ ਵੀ ਕਰਦੇ ਨੇ ਉਹ ਉਹਨਾਂ ਦੇ ਬੱਚੇ ਉੱਥੇ ਤੇ ਉਹ ਇਹ ਤਾਂ ਠਾਕਰ ਦਾ ਨਾਮ ਇਫਤਖਾਰ ਸੀ ਹਾਂ ਉਹ ਤੋਂ ਸਾਡੀ ਸਟ੍ਰਗਲ ਦੀ ਇਕੱਠੀ ਸੀ ਡਰਾਮਾ ਕਰਕੇ ਆਣਾ ਤੇ ਅਮੀ ਨੂੰ ਜਰਾ ਪਿਆਰ ਹੀ ਬੋਲ ਸੀ ਪਿਆਰ ਹੀ ਬੋਲ ਸੀ ਅਮੀ ਨੇ ਕਿਹਾ ਸੀ ਕਿ ਮੈਂ ਅਮੀ ਨੇ ਕਿਹਾ ਸੀ ਤੇਰੇ ਤੋਂ ਪਹਿਲੇ ਲਿਟਰੇਟ ਹੋ ਲੈ ਇਹ ਵੀ ਕਿਹਾ ਬਿਲਕੁਲ ਅੱਛਾ ਉਹ ਹੋਇਆ ਪੋਸ ਬਾਬ ਪੁੱਤਰ ਤੂੰ ਠੀਕ ਤੇ ਉਹ ਤੁਹਾਨੂੰ ਪਤਾ ਹੈਗਾ ਠਾਕਰ ਇਹ ਅਗਲੇ ਦੇ ਅੰਦਰ ਹੀ ਮੜ ਜਾਂਦਾ ਹੈ ਐਸਾ ਹੀ ਇਹ ਖੁਦ ਰਿਸ਼ਤੇ ਆ ਤੇ ਤਰਸੇ ਇਸ ਹਨਾ ਯਾਨੀ ਕਿ ਅਲਗ ਦ੍ਰਿਸ਼ਟੀ ਹੁੰਦੇ باوجود ਦੇ ਬੜੀ ਕੱਲਿਆਂ ਉਸਨੇ ਵਿਆਹ ਨਹੀਂ ਸੀ ਉਹਦੋਂ ਨਹੀਂ ਸੀ ਹੋਈ ਰਿਸ਼ਤੇ ਆ ਤੇ ਇਹ ਇੱਕ ਇਹ ਕੁਝ ਅਸੀਂ ਕੁਝ ਗੋਫਲਤ ਕਰਦੇ ਨਾ ਇਹ ਚੀੜਾ ਜਿਆ ਉਹ ਗਫਲਤ ਵੀ ਨਹੀਂ ਕਰਦਾ ਮਗਰ ਤੁਸੀਂ ਅਗਰ ਤੁਸੀਂ ਇਹਦੀ ਜ਼ਿੰਮੇ ਕੋ ਕੰਮ ਲਾਤੇ ਨਾ ਤੇ ਇਹਨੇ ਕਹਤਾ ਕਿ ਹਾਂ ਉਹ ਹੋਏਗਾ ਠੀਕ ਆਪੇ ਕਰ ਤੱਕ ਹਮ ਚੀਨੀ ਮਤਲਬ ਆਟਾ ਫਲਾਨੀ ਚੀਜ਼ ਸੂਜੀ ਇਹ ਚੀਜ਼ਾਂ ਜਿਹੜੀਆਂ ਨਾ ਇਹ ਮਤਲਬ ਕੋਈ ਚੀਜ਼ਾਂ ਤਰ ਤੁਸੀਂ ਜ਼ਿੰਮੇ ਲਾਉਣਾ ਤੇ ਉਹ ਫਿਰ ਇਹ ਕਰਕੇ ਆਉਂਦਾ ਹੈ ਮੈਂ ਦਿਲ ਕਰੇ ਪਾਣੀ ਵਾਲੀ ਮੋਟਰ ਖਿਚਣ ਵਾਲੀ ਇਹਨੇ ਖੋਲੀ ਹੋਵੇ ਕਿ ਵੀ ਐ ਮੈਂ ਠੀਕ ਨਹੀਂ ਹੈ ਹਾਂ ਬਾਅਦ ਪਤਾ ਲੱਗੀ ਕਿ ਨਹੀਂ ਬਾਅਦ ਪਤਾ ਲੱਗੇ ਇਹਨੇ 500 ਰੁਪਏ ਲਿਆ ਉਹਨਾਂ ਕੋਲ ਇਹਦੀ ਬਗੈਰ ਮੈਂ ਕੋਈ ਕੰਮ ਨਹੀਂ ਕਰਦਾ ਉਹ ਤਾਂ ਪਤਾ ਨਹੀਂ ਸਾਨੂੰ ਕਿਵੇਂ ਬਗੈਰ ਵੇਸੇ ਮਿਲ ਲੈਂਦਾ ਅੱਲਾਹ ਦੀ ਕਿਸਮ ਉਹ ਕਹਿੰਦੇ ਨਜ਼ੀਰ ਨੇ ਕਹਿੰਦੇ ਸੀ ਦੇਖੋ ਜੀ ਮੈਂ ਤੁਹਾਨੂੰ ਮਿਲਣਾ ਹੈ ਹਾਂ ਅੱਧਾ ਘੰਟਾ ਦੇਗਾ ਤੇ ਮੈਂ ਘਰੋਂ ਨਿਕਲਾਂਗਾ ਤੇ ਤੁਹਾਡਾ ਟਾਈਮ ਸ਼ੁਰੂ ਹੋ ਜਾਣਾ ਤੇ ਇੰਨੇ ਪੈਸੇ ਲਵਾਂਗਾ ਮੈਂ ਠੀਕ ਹੈ ਯਾਨੀ ਕਿ ਜਿਹੜੀ ਉਹਨੇ ਗੱਲ ਕੀਤੀ ਉਹਦਾ ਘੰਟਾ ਰਸਤੇ ਚ ਹੀ ਹੋ ਰਿਹਾ ਔਰ ਇੱਕ ਕਮਰਸ਼ਲ ਔਰ ਇੱਕ ਕਮਰਸ਼ਲ ਗੱਲ ਲਗੀ ਪਤਾ ਕੀ ਗਿਆ ਇੱਕ ਚੀਜ਼ਾਂ ਨਾ ਕਿੰਨੇ ਬੰਦੇ ਨੂੰ ਲੱਗਦਾ ਹੋਵੇਗਾ ਨਹੀਂ ਤੇ ਉਹ ਸਹੀ ਕਰਦਾ ਹੈ ਬਿਲਕੁਲ ਨਹੀਂ ਠੀਕ ਕਰਦਾ ਦੇਖੋ profession ਨਹੀਂਗਾ ਉਹ ਬਿਲਕੁਲ ਠੀਕ ਕਰ ਰਹੇ ਨੇ ਔਰ ਜਿੱਥੇ ਉਹਨੂੰ ਪਤਾ ਹੈ ਜਿਹੜੇ ਲੋਕ ਡਿਜ਼ਰਵ ਕਰਦੇ ਨੇ ਜਿੱਥੇ ਉਹਨੇ ਉੱਥੇ ਉਹ ਹੱਥੋਂ ਖਰਚ ਕਰਕੇ ਕਰਦੇ ਆ ਉਹ ਮੈਂ ਕਹਿੰਦਾ ਕੀ ਇਹ ਦੇਖੋ ਨਾ ਕੈਸੀ ਗੱਲ ਲਈ ਅੱਬਾ ਜੀ ਜਵਾਬ⣿ਮ ਸਾਹਿਬ ਹਾਂ ਤੇ ਇਫਤਖਾਰ ਠਾਕਰ ਹੂੰ ਜਵਦ ওয়ਸੀਮ ਸਾਹਿਬ ਨੂੰ ਇਤਰਾਮਨ ਅਸੀਂ ਸਾਡੇ ਮੈਂ ਤਾਂ ਖੈਰ ਉਹਨਾਂ ਨੂੰ ਅੰਮੀ ਜੀ ਕਹਿਣਾ ਬਾਕੀ ਉਹ ਅੱਬਾ ਜੀ ਵੀ ਨੇ ਤੇ ਅੰਮੀ ਸੀ ਜਵਦ ওয়ਸੀਮ ਸਾਹਿਬ ਸਰੀ ਆਰਟਿਸਟ ਜੀ ਮਤਲਬ ਮੈਂ ਮਤਲਬ ਦਿਲੋਂ ਦੁਆਵਾਂ ਦਿੰਦਾ ਅੱਬਾ ਜੀ ਨੂੰ ਜਵਦ ওয়ਸੀਮ ਸਾਹਿਬ ਨੂੰ ਤੇ ਠਾਕੁਰ ਸਾਹਿਬ ਨੂੰ ਹਾਂ ਕਿ ਜਿਨ੍ਹਾਂ ਨੇ ਰੱਬ ਦਾ ਕਾਰੋਖਾਇਆ ਆਹਾ ਵਾ 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 ਇਹ ਇਹ ਕੀ ਚੀਜ਼ ਵੀ ਪਿੱਛੇ ਪੈਣ ਵਾਲੀ ਗੱਲ ਹੁੰਦੀ ਹੈ ਹਾਂ ਕਹਿਣ ਵਾਲੀ ਹੁੰਦਾ ਵਾ ਵਾ ਬਿਲਕੁਲ ਸਹੀ ਹੈ ਉਹ ਤੁਹਾਡਾ ਸੱਜਣ ਹੈ ਜੇ ਤੁਹਾਨੂੰ ਇਹੋ ਜੀ ਗੱਲ ਕਰੇ ਇਹ ਤੋਂ ਨੁੱਦਰ ਕਹਿੰ ਕੇ ਯਾਰ ਕੀ ਤੇ ਉਹ ਨਾ ਇਸੇ ਤਰ੍ਹਾਂ ਹੋਇਆ ਕਿ ਮੈਂ ਕਿਹਾ ਲਓ ਜੀ ਆ ਪਾਸਪੋਰਟ ਇਹ ਪੈਸੇ ਤੇ ਉਹ ਹੁਸਾਰਾ ਕੁਝ ਹੁੰਦਾ ਗਿਆ ਤੇ ਹੁੰਦਾ ਗਿਆ ਤੇ ਜਦੋਂ ਵੀਜ਼ਾ ਲੱਗਣਾ ਸੀ ਤੇ ਵੀਜ਼ਾ ਲੱਗਾ ਹੀ ਨਹੀਂ ਜਦੋਂ ਵੀਜ਼ਾ ਨਹੀਂ ਲੱਗਾ ਤੇ ਤੁਹਾਨੂੰ ਪਤਾ ਹੈ ਕਿ ਅਸੀਂ ਜਿਹੋ ਜਿਹੇ ਹੈ ਅਸੀਂ ਸੋਚੀ ਪੈ ਗਿਆ ਕਿ ਖਬਰੇ ਕੋਈ ਮਸਲਾ ਹੈ ਕੋਈ ਮਸਾਇਲਾ ਲੇਕ ਬੰਦੇ ਨੂੰ ਦੋ ਤਿੰਨ ਦਿਨ ਨੀਂਦ ਨਹੀਂ ਆ ਸਕਦੀ ਸੀ ਆ ਸਕਦੀ ਕਿ ਪਤਾ ਨਹੀਂ ਮਨਜ਼ੂਰੀ ਨਹੀਂ ਸਾਡੇ ਦੇ ਸੀਦਾ ਰਹੀ ਜ਼ੇਹਨ ਜਾਣਾ ਫੌਰਨ ਕਿ ਕੋਈ ਗਲਤੀ ਕੋਈ ਬਸ ਹੀ ਉਹ ਤੇ ਉਹਨੇ ਮੈਨੂੰ ਕਿਹਾ ਕਿ ਅੱਜ ਹੀ ਨਿਕਿਆ ਨਾ ਯਾਰ ਇਹ ਪੈਸੇ ਮੈਂ ਕਰ ਯਾਰ ਕੋਲ ਹੀ ਰੱਖ ਲੈ ਅਗਲੇ ਸਾਲ ਹੂੰ ਇਹ ਨਹੀਂ ਮਲੇਣੇ ਵਾਪਸ ਅੱਜ ਹੁਣ ਉਹਨੇ ਕਿ ਸ਼ਨਾਖਤੀ ਕਾਰਡੇ ਕੋਈ ਮਸਲਾ ਹੈਗਾ ਉਹ ਮੈਂ ਸ਼ਨਾਖਤੀ ਕਾਰਡ ਨਾ ਆਪਣੀ ਜੇਬੇ ਪਾਲਿਆ ਉਹ ਸਾਲ ਗੁਜ਼ਰ ਗਿਆ ਉਹਨੇ ਕਿ ਸ਼ਨਾਖਤੀ ਕਾਰਡ ਮੈਂ ਖੈਲ ਲਾ ਹੂੰ ਲੱਗ ਗਿਆ ਵੀਜ਼ਾ ਹਾਂ ਹਾਂ ਉਹ ਕਿਸੇ ਨਾ ਕਿਸੇ ਦਾ ਠੀਕ ਰਾਇ ਸੀ ਮੈਂ ਕਿਹਾ ਨਹੀਂ ਹੋਈ ਸੀ ਵਾਹ ਪਿਛਲੀ ਵਾਰੀ ਮਨਜ਼ੂਰੀ ਨਹੀਂ ਸੀ ਹਾਂ ਬਸ ਇਹ ਬਾਤ ਹੈ ਹਾਂ ਉਹ ਮੈਨੂੰ ਅਸਰ ਵੀ ਉਹ ਅਗਲੀ ਵਾਰੀ ਵੀ ਕਿਹਾ ਮੈਂ ਕਿਹਾ ਜੇ ਹੋਣ ਵੀ ਨਾ ਹੋਏ ਨਾ ਤੇ ਮੇਰੀ ਜਗ੍ਹਾ ਤੇ ਕੋਈ ਜਾਂਦਾ ਹੋਵੇ ਇਸ ਮਾਮਲੇ ਤੋਂ ਰਹਿ ਰਿਹਾ ਹੋਵੇ ਤੋ ਭੇਜ ਦਿਓ ਉਹਨੂੰ ਵਾਹ ਵਾਹ ਇਹ ਉਹ ਮਕਬੂਲ ਹੱਜ ਹੋ ਗਿਆ ਤੇ ਕਿ ਮੈਂ ਕਹਿੰਦਾ ਕਿ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਤੁਹਾਡੇ ਕੋਲ ਤੇ ਪਾਸਪੋਰਟ ਹੋ ਜਾਣਾ ਠਾਕਰ ਸਾਹਿਬ ਨੇ ਜਿਸ ਤਰ੍ਹਾਂ ਚੁੱਕੇ ਮਨਜ਼ੂਰੀ ਉਧਰ ਹੀ ਹੁੰਦੀ ਹੈ ਲੇਕਿਨ ਵਸੀਲਾ ਠਾਕਰ ਸਾਹਿਬ ਬਣਦੇ ਹੈ ਕਿ ਤੁਹਾਡਾ ਕੋਈ ਜਵਾਦ ਵਸੀਮ ਸਾਹਿਬ ਬਣਦੇ ਬਲਕਿ ठाकुर साहब नु मैं कहवांगा के ओ इस तरह के मैं ना यूरोप इंग्लैंड ਤੁਹਾਨੂੰ ਪਤਾ ਹੈ ਕਿ ਸ਼ਹਿਰ ਇਕੱਠੇ ਹੀ ਟੂਰ ਹੈਗਾ ਸੀ ਜਿੱਥੇ ਵਿੱਕੀ ਸਾਹਿਬ ਉਹਦੇ ਹਸਣਾ ਮੇਰੇ ਕੋਲ ਜ਼ਬਰਦਸਤ ਨਾ ਪਾਸਪੋਰਟ ਮੰਗਿਆ ਕਿ ਵੀ ਉਹ ਜਾਣਾ ਟੂਰ ਦੇਤੇ ਤੇ ਦੇ ਦੇ ਵੀਜ਼ੇ ਆਸਤੇ ਭੇਜਣਾ ਅੱਛਾ ਮੈਂ ਘਰ ਆ ਕੇ ਕਿਹਾ ਮੈਂ ਕਿਹਾ ਯਾਰ ਪਾਸਪੋਰਟ 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 ਨਹੀਂ ਲੱਭ ਰਿਆ ਕਾਰ ਦੇ ਵਿੱਚ ਮੈਂ ਬੜਾ ਪਰੇਸ਼ਾਨ ਮੈਂ ਕਿਹਾ ਦੇਖੋ ਇਧਰ ਦੂਸਰੇ ਦਿਨ ਤੀਸਰੇ ਦਿਨ ਨੂੰ ਮੇਰੀ ਬੇਟੀ ਨੂੰ ਕਿਹਾ ਕਿ ਬੇਟੀ ਮੇਰੀ ਕਹਿੰਦੀ ਕੀ ਹੈ ਮੈਂ ਕਿਹਾ ਪਾਸਪੋਰਟ ਨਹੀਂ ਮਿਲਿਆ ਕਹਿੰਦੀ ਉਹ ਤਾਂ ਠਾਕਰਾਂਕਲ ਲੈ ਗਏ ਹੋਏ ਮੈਂ ਕਿਹਾ ਠਾਕਰਾਂਕਲ ਲੈ ਗਏ ਹੋਏ हां अच्छा तो वो कब लेके गया वो कह रहे आए थे पिछले दिन वो किसी तरह कोई बाहर का प्रोग्राम है तो जो घर में ऐसा ही है घर दे भी थाने पता कि ठाकर दा था, तडा घर मेरा घर नहीं सिद्धांत वो किधर आया वे आके चलो भी बेटा दियो भाभी दियो तो पासपोर्ट लेके चला गया तो उन्होंने भी कुछ एचा जिक्र नहीं किया कि पता ही होना न वो खैर मेनू पता लग गया कि वो ते भाईजान ठाकर से मैं कह ठाकर साहब वो पासपोर्ट किथे जे वो देना है ज़वेर साहब ਕਹਿੰਦੇ ਉਹ ਛੱਡ ਜੁੰਡੇ ਇੰਗਲੈਂਡ ਅਮਰੀਕਾ ਦਾ ਟੂਰ ਮੈਂ ਕਿਹਾ ਕੀ ਹੈ ਉਹ ਵੀਜ਼ਾ ਹਜ ਤੇ ਮੈਂ ਕਿਹਾ ਹੈ ਹਾਂ ਤੇ ਮੈਂ ਕਿਹਾ ਉਹ ਤਿਆਰੀ ਤੋਂ ਵੀ ਕੁਝ ਨਹੀਂ ਉਹ ਕਹਿੰਦੇ ਨਹੀਂ ਕੁਝ ਨਹੀਂ ਹਾਂਜੀ ਕਫਨ ਆਸ ਤੇ ਵੀ ਕਪੜਾ ਮੈਂ ਬੈਗ ਜਪਾਤਾ ਜਿਹੜਾ ਦੂਤ ਹੈ ਆਵੇ ਜੰਦ ਜੰਪੇ ਹੋ ਕੇ ਲੈ ਕੇ ਆਣਾ ਤੇ ਯਾਨੀ ਕਿ ਉਹ ਐਸਾ ਬੰਦਾ ਅੱਛਾ ਅਸੀਂ ਗੱਲ ਕਰ ਰਹੇ ਸਾਂ ਝੂਠ ਮਾਰਦਾ ਹਾਂ ਜੀ ਕਿ ਇਹ ਜੁਮਲਾ ਮੈਂ ਮਾਜੀ ਦੇ ਮੂੰਹੋਂ ਕਈ ਵਾਰੀ ਸੁਣੀ ਹੈ ਇਹ ਤੇ ਠਾਕਰ ਦੇ ਮੂੰਹੋਂ ਹੈ ਹਿਟੋ ਰੇ ਇਹਦੇ ਵਿੱਚ ਕੀ ਗੱਲ ਹੈ ਇਹ ਮੈਂ ਮੈਂ ਜਰਾ ਪੁੱਛਣਾ ਚਾਹ ਰਿਹਾ ਹਾਂ ਅਸਲ ਤੇ ਉਹ ਫੈਮਲੀ ਦੀ ਕੋਈ ਗੱਲਾਂ ਹੁੰਦੀਆਂ ਨੇ ਨਾ ਜੀ ਹਾਂ ਜਿਵੇਂ ਅੰਮੀ ਦਾ ਉਹਨਾਂ ਦੇ ਮਨ ਮੇਰਾ ਉਹ ਵੱਡਾ ਭਰਾ ਹੈ ਉਹ ਇਫਤਖਾਰ ਉਹ ਛੜ ਪੁੱਤਰ ਝੂਠ ਮਾਰਦਾ ਹੈ ਇਹ ਮੇਰਾ ਕਹਿਤਾ ਹਾਂ ਉਹ ਇਹ ਇਹ ਨਾ ਉਹ ਫਿਕਰ ਹੈ ਨਾ ਇਹ ਇਹਨੇ ਪੇ ਕਰ ਲਿਆ ਅੱਛਾ ਉਹਨੂੰ ਜਿਸਲੇ ਉਹ ਡਰਾਮਾ ਲੱਗਾ ਹਾਂ ਇਹਨੇ ਉਹ ਦਿਸ ਅੱਲਾ ਜਨਨ ਸੀ ਕਰ ਮੇਰਾ ਸੋਨਾ ਬਰਾ ਤਾਰਕ ਟੈਡੀ ਹਾਂ ਅੱਲਾ ਅੱਲਾ ਪਾਕ ਨੂੰ ਕਰਵਾ ਕਰਵਾ ਜੰਨਤ ਦੇ ਵਿੱਚ ਉਹਦਾ ਮੁਕਾਮ ਉਹ ਤਾਰਕ ਦੀ ਹਰ ਗਲਤ ਕੋ ਕਹਿ ਦੇਵੇ ਝੂਠ ਮਾਰਦਾ ਹੈ ਇਹਨੂੰ ਕਿਉਂ ਬਤਾਇਆ ਤਾਂ ਉੱਥੇ ਆਇਆ ਨਹੀਂ ਸੀ ਅੱਛਾ ਉਹ ਇਹਨੂੰ ਵੀ ਨਹੀਂ ਸੀ ਪਤਾ ਕਿ ਇੰਨਾ ਹਿੱਟ ਹੋ ਜਾਣਾ ਹੈ ਉਹ ਤੇ ਜਿਹੜੇ ਵੀਡੀਓ ਆਇਆ ਉਸ ਡਰਾਮੇ ਦਾ ਵਿਕੀ ਬਾਈ ਡਾਇਰੈਕਟਰ ਸਨ ਉਹਦੇ ਉਹ ਉਦੋਂ ਜਦੋਂ ਵੀਡੀਓ ਆਇਆ ਉਹ ਨਾ ਉਹਨੇ ਪੁੱਟ ਤੂੜਾਂ ਦਿੱਤੀਆਂ ਤੂੜਾਂ ਪੁੱਟ ਦਿੱਤੀ ਇੱਕ ਰਾਤ ਦੇ ਵਿੱਚ ਮੈਂ ਅਗਰ ਕਿਸੇ ਨੂੰ ਹੋਰ ਵੀ ਬੰਦੇ ਬਹੁਤ ਐਸੇ ਨੇ ਦੇਖ ਰਾਤ ਸਟਾਰ ਬਣੇ ਸਟਾਰ ਬਣਨਾ ਠਾਕੁਰ ਜੀ ਠਾਕੁਰ ਸਾਹਿਬ ਵੀ ਬਿਲਕੁਲ ਐਸੇ ਹੀ ਅੱਛਾ ਇਹਦਾ ਮਤਲਬ ਹੈ ਕਿ ਅੰਮੀ ਜੀ ਦੇ ਮੂੰਹੋਂ ਇੱਕ ਗੱਲ ਨਿਕਲ ਗਈ ਉਹ ਬੱਚਿਆਂ ਨੇ ਕਹਿੰਦੇ ਝੂਠ ਮਾਰਦਾ ਝੂਠ ਮਾਰਦਾ ਕਿ ਰੰਦੇਈ ਮੇਰਾ ਸੀ ਰੰਦੇਈ ਤੁਹਾਡੇ ਵਾਲਾ ਸੀ ਇਹ ਪਿਕ ਕੀਤਾ ਉਹ ਜੁਮਲਾ ਉਹ ਸ਼ਾਇਦ ਉਹੀ ਗੱਲ ਜਿਹੜੀ ਉਹਦੇ ਮੂੰਹੋਂ ਦੁਆ ਨਿਕਲੀ ਕਿ ਤੇਰੇ ਤੋਂ ਪਹਿਲੇ ਉਹ ਵੀ ਅਮਾ ਜੀ ਨੇ ਜਿਹੜੀ ਤੇ ਉਹੀ ਉਹਨਾਂ ਦਾ ਹੀ ਮੂੰਹ ਨਿਕਲੇਆ ਜੁਮਲਾ ਉਹ ਠਾਕਰ ਸਾਹਮਣੇ ਰੂਟੀਨ ਚੁੱਥੇ ਕਿਆ ਤੇ ਉਹਦੇ ਚੱਲਾ ਪਾਕ ਨੇ ਬਰਕਤ ਪਾ ਦਿੱਤੀ ਔਰ ਬਰਕਤ ਹੀ ਲੱਗਦੀ ਸੀ ਇਹ ਮੈਂ ਗੱਲ ਐਸ ਕਰਕੇ ਕੀਤੀ ਏ ਕਿ ਠਾਕਰ ਸਾਹਮਣੇ ਕਿਆ ਦੇਖੋ ਕਿਸੀ ਬਰਕਤ ਏ ਔਰ ਵਿੱਚ ਬਾਰੀਕ ਗੱਲ ਏ ਠਾਕਰ ਸਾਹਮਣੇ ਵੀਡੀਓ ਵੀ ਇਸ ਗੱਲ ਦੀ ਦਲੀਲ ਲੈ ਕੇ ਵੀ ਠਾਕਰ ਸਾਹਮਣੇ ਜੁਮਲਾ ਬੋਲੇ ਆ ਮੂੰਹ ਦੋ ਤਿੰਨ ਵਾਰੀ ਹਾਂਜੀ ਝੂਠ ਮਾਰਦਾ ਹਾਂਜੀ ਤੇ ਪਬਲਿਕ ਚ ਅਜ ਤੱਕ ਹੀਟੇ ਝੂਠ ਬੋਲਦਾ ਬਿਲਕੁਲ ਹੁਣ ਇਹਦੇ 'ਚ ਤੁਸੀਂ ਕੀ ਕਰ ਲੋਗੇ ਕਿ ਪਬਲਿਕ ਐਂ ਕਹਿੰਦੀ ਝੂਠ ਬੋਲ ਰਹੀ ਹੈ ਇਹ ਕਰਮ ਹਦਾ ਇਹ ਉਹ ਇਹ ਰੱਬ ਦਾ ਕਰਮ ਹੈਗਾ ਇਹ ਫਿਰ ਗੱਲ ਲਿੰਕ ਹੁੰਦੀ ਹੈ ਕਿ ਇਹ ਵੀ ਕਿਸੇ ਹੋਰ ਮੂੰਹ 'ਚੋਂ ਗੱਲ ਨਿਕਲੀ ਹੋਈ ਇਹ ਇਹਦਾ ਫੇਮ ਜਿਹੜਾ ਵੇ ਇੱਕਦਰੋਂ ਹੋਰ ਦਵਾ ਦੇ ਚਾਹੇ ਬੇਸ਼ੱਕ ਬੇਸ਼ੱਕ ਇਹਦੇ ਮੂੰਹ 'ਚ ਪਿਆ ਬਗਰਨਾ ਐਜ਼ ਇਟ ਇਜ਼ ਇਹ ਪਬਲਿਕ ਐਂ ਚ ਬੋਲ ਰਹੀ ਹੁੰਦੀ ਹਾਂਜੀ ਬਿਲਕੁਲ ਝੂਠ ਬੋਲਦਾ ਬੋਲ ਰਹੀ ਹੈ ਹਾਏ ਅੱਛਾ ਮਾਜਦੀਆਂ ਗੱਲਾਂ ਮੈਨੂੰ ਯਾਦ ਆ ਗਏ ਉਹ ਲੰਮੇ ਉਤੇ ਜ਼ਿਕਰ-ਏ-ਖੈਰ ਹੁੰਦਾ ਰਹੇਗਾ ਅੱਛਾ ਅਸੀਂ ਆ ਗਏ ਸਾਂ ਕਿ ਵੀ ਤੁਸੀਂ ਉਸ ਤੋਂ ਬਾਅਦ ਫੀਲਡ ਦੇ ਵਿੱਚ ਹਾਂਜੀ ਆ ਗਏ ਔਰ ਸ਼ੌਕ ਚੁਕੇ ਸ਼ੁਰੂ ਤੋਂ ਹੀ ਸੀ ਇਹ ਐਕਟਿੰਗ ਦਾ ਕਿ ਕਰਨਾ ਹੈ ਉਹਨ ਇੱਥੇ ਤੁਸੀਂ ਕੰਮ ਵੀ ਕਰ ਰਹੇ ਹੋ ਤੇ ਸਟਰਗਲ ਜਾਰੀ ਕੀਤੀ ਹਾਂਜੀ ਇਸ ਸਟਰਗਲ ਦਾ ਥੋੜਾ ਜਿਹਾ ਸਾਨੂੰ ਆਪਣੇ ਤੌਰ ਤੇ ਜ਼ਰਾ ਮੁਖਤਸਰ ਜਿਹਾ ਇਸ ਸਟਰਗਲ ਇੰਨੀ ਚੱਲਦੀ ਰਹੀ ਹੈ ਸੰਨ ਭਾਈ ਉੱਥੋਂ ਆਏ ਚੱਲ ਗਏ ਪਪਾਲਾਉਦੀਨ ਸਾਹਿਬ ਜਿਸਨ ਆਪਣੇ ਥੀਏਟਰ ਦੇ ਡਾਇਰੈਕਟਰ ਡਾਇਰੈਕਟਰ ਉਹਨਾਂ ਨੇ ਡਰਾਮਾ ਉੱਤੇ ਆਪਣਾ ਫੈਸਲਾਬਾਦ ਮਹਾਰਾਜਾ ਟਿਟਰ ਜੀ ਕੋਠੀਕਾਰ ਤੇ ਨੌਕਰ ਮੇਰਾ ਪਹਿਲਾ ਡਰਾਮਾ ਸੀ ਉਹ ਜਿਹਦੇ ਕਰੈਕਟਰ ਸੀ ਉਹ ਤੇ ਸਖਾਵਤ ਮੈਂ ਉਹ ਫਿਰ ਮੈਂ ਉੱਥੇ ਹੀ ਰਹਿ ਗਿਆ ਫੈਸਲਾਬਾਦ ਹੀ ਉਹ ਫਿਰ ਚੇਂਜ ਹੁੰਦਿਆਂ ਉੱਥੇ ਡਰਾਮਾ ਆਇਆ ਮੈਂ 16 ਮਰਜ਼ਗੀ ਜਿਹਦੇ ਚਮਾਨੂ ਲਖਾਂ ਸਾਹਿਬ تشਰੀਰ ਲਾਏ ਤਸ਼ਰੀਫ ਲੈ ਫੈਸਲਾ ਫੈਸਲਾਬਾਦ ਸ਼ਿਰਾਜ਼ ਸ਼ਿਰਾਜ਼ ਥੀਏਟਰ ਸ਼ਿਰਾਜ਼ ਥੀਏਟਰ ਸ਼ਿਰਾਜ਼ ਥੀਏਟਰ ਫੈਸਲਾਬਾਦ ਤਾਰਿਕ ਜੀ ਦੇ ਸਾਰੇ 16 ਬਰਸ ਹਾਂਜੀ ਉਸ ਡਰਾਮੇ ਦੇ ਵਿੱਚ ਉਹ ਇੱਕ ਕੈਰੈਕਟਰ ਉਹਨਾਂ ਨੇ ਮੈਨੂੰ ਦਿੱਤਾ ਉਹਦੇ ਵਿੱਚ ਮੈਂ ਸੀ ਵਿਕੀ ਬਾਈ ਸੀ ਸਖਾਵਤਨਾ ਸੀ ਹਾਂ ਔਰ ਮੈਂ ਹਲਕ ਗਜ਼ਾਲਾ ਉਹਨਾਂ ਦੇ ਨਾਲ ਉਹ ਪ੍ਰੋਡੂਸਰ ਸਨ ਉਹ ਪ੍ਰੋਡੂਸਰ ਸਨ ਉਹ ਟਾਈਟਲ ਰੋਲ 16 ਬਰਸ ਕੀ ਉਹ ਪ੍ਰੋਡੂਸਰ ਰੋਲ ਕਰ ਰਹੇ ਸਨ ਉਹ ਪ੍ਰੋਡੂਸਰ ਸਨ ਠੀਕ ਉਸ ਡਰਾਮੇ ਚ ਜਿਹੜਾ ਨਾ ਮੈਂ ਹਟੋਇਆ ਪਹਿਲੇ ਦਿਨ ਹੀ ਉਹ ਮੈਂ ਕੰਟੀਨਿਉਟੀ ਅਮਾਨ ਸਾਹਿਬ ਤੇ ਰੱਖ ਲਈ ਉਹ ਮਤਲਬ ਇਸ ਤਰ੍ਹਾਂ ਪਹਿਲੇ ਦਿਨ ਜਦੋਂ ਡਰਾਮਾ ਹੋ ਗਿਆ ਤਾਂ ਅਮਾਨ ਸਾਹਿਬ ਨੇ ਮੇਰਾ ਹੱਥ ਖੜਾ ਕਰਤਾ ਵਾਹ ਵਾਹ ਪਹਿਲੇ ਦਿਨ ਪਹਿਲੇ ਦਿਨ ਦੂਸਰੇ ਦਿਨ ਮੇਂ ਤੀਸਰੇ ਦਿਨ ਮੇਂ ਚੌਥੇ ਦਿਨ ਮੇਂ ਤੇ ਉਹਨੂੰ ਟੈਨਸ਼ਨ ਨਹੀਂ ਸੀ ਕਿ ਕੱਲ ਕੀ ਇਹਦਾ ਕੀ ਜਵਾਬ ਬਸ ਫਿਰ ਪੰਜਵੇਂ ਦਿਨ ਬਾਅਦ ਸਾਡੀਆਂ ਧੂਣਾ ਪੁੱਟੀਆਂ ਉਹਨਾਂ ਨੇ ਅਮਾਨ ਸਾਹਿਬ ਹਾਂਜੀ ਆਓ ਇੰਜ ਹੀ ਕਰ ਲਓ ਮੇਰੀ ਕੰਟੀਨਿਉਟੀ ਸਾਰੀ ਕਿੱਧਰ ਦੀ ਕਿੱਧਰ ਚਲੀ ਗਈ ਕੋਖ ਨਹੀਂ ਸਮਝ ਆਇਆ ਕੀ ਹੋਇਆ ਜਦੋਂ ਬੱਬਰ ਸ਼ੇਰ ਬਾਹਰ ਆਇਆ ਤੇ ਬਸ ਉਸ ਬਾਅਦ ਸਾਡੇ ਰੈਕਟ ਹੀ ਸਨ ਬਿਲਕੁਲ ਫਿਰ ਸਾਡੇ ਹੱਥ ਧੋਣਾ ਫੜੀਆਂ ਇੱਥੇ ਬੈਠੋ ਕਰੋ ਉਹਨਾਂ ਦਾ ਬੜਾ ਉਹ ਫਿਰ ਉਹਨਾਂ ਦਾ ਅਮਾਨ ਸਾਹਿਬ ਨਾਲ ਮੁਲਾਕਾਤ ਸੀ ਪਹਿਲੀ ਉਹਨਾਂ ਦਾ ਜ਼ਿਕਰ ਕਰਨਾ ਇੱਥੇ ਓਏ ਹੋਏ ਹੋਏ ਜੀ ਉੱਥੇ ਤੇ ਇੰਜ ਦੇ ਕਿਉਂਕਿ ਰੱਬ ਨੇ ਉਹਨਾਂ ਦੇ ਜ਼ਿਮੇ ਇੱਕ ਡਿਊਟੀ ਲਈ ਸੀ ਕਿ ਤੂੰ ਦੇਣਾ ਤਾਂ ਮੈਂ ਲਾਣਾ ਤੂੰ ਹੈ ਰਿਜ਼ਕ ਦੇਣਾ ਮੈਂ ਅਮਾਰੂਲਾ ਲਾਣਾ ਤੋਂ ਹੈ ਲਾਣਾ ਤੋਂ ਜੇ ਦਾਤ ਖੜਾ ਕੀਤਾ ਤਾਂ ਲੱਗ ਗਿਆ ਜੇ ਦਾਤ ਖੜਾ ਕੀਤਾ ਲੱਗ ਗਿਆ ਅੱਛਾ ਦੇਖੋ ਮੈਂ ਥੋੜੀ ਜੀ ਵਜ਼ਾਹਤ ਕਰਦੇ ਆ ਕਿ ਨਾਸਰ ਚੌਧਰੀ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਮਾਨ ਸਾਹਿਬ ਦੇ ਹਵਾਲੇ ਦੇ ਨਾਲ ਕਿ ਅਮਾਨ ਸਾਹਿਬ ਚੁਕੇ ਉਹ ਬੋਰ ਸਨ ਜਿਹਦੇ ਤੇ ਸਾਰੇ ਹੀ ਪੀਂਗਾ ਪਾਉਂਦੇ ਸਨ ਆ ਕੇ ਜਾਂ ਅਮਾਨੁੱਲਾ ਸਾਹਿਬ ਉਹ ਇੱਕ ਕੁੰਦਨ ਸਨ ਬੇਸ਼ੱਕ ਜਿਤਨਾ ਹਰ ਫਨਕਾਰ ਰਗੜ ਕੇ ਤੇ ਸੋਨਾ ਬਣ ਜਾਂਦਾ ਸੀ ਇਸ ਕਰਕੇ ਉਹਨੂੰ ਹੀ ਕੋਈ ਟੱਚ ਕਰਦਾ ਸੀ ਤੇ ਉਹਦਾ ਨਾਮ ਹੁੰਦਾ ਸੀ ਉਹ ਮਾਨਸਾਹਬ ਨੂੰ ਚੁਕੇ ਜਰਾਵੀ ਬੰਦਾ ਜਿਸ ਤਾਰਿਕ ਜਵੇਦ ਸਭ ਉਹਨਾਂ ਨੇ ਵੀ ਪਹਿਲੀ ਰਾਤ ਮਾਨਸਾਹਬ ਦੇ ਅੱਛਾ ਮਾਨਸਾਹਬ ਦਾ ਦੇਖੋ ਕਿੱਡੇ ਵੱਡੇ ਆਦਮੀ ਉਹਨਾਂ ਨੇ 2-4 ਦਿਨ ਉਹ ਦੇਖਣਾ ਹੈ ਉਹਦਾ ਪੂਰੀ ਹਾਈਪ ਜਦੋਂ ਬਣ ਜਣੀ ਹੈ ਤੇ ਫਿਰ ਉਹਨਾਂ ਨੇ ਆਪਣੀ ਕੋਈ ਤਾਰਿਕ ਜਵੇਦ ਸਭ ਮੰਨ ਲਖੇ ਉਹਨਾਂ ਨੇ ਮੂੰਹ ਜੋ ਕਹਿ ਦਿੱਤਾ ਨਾ ਉਹ ਹਮੇਸ਼ਾ ਬੁਰਾ ਹੋਇਆ ਉਹਨਾਂ ਨੇ ਉਦੋਂ ਹਾਂ ਉਦੋਂ ਹੀ ਮੈਨੂੰ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਇਸ ਤੀ ਦਾ ਕਿ ਪਹਿਲੇ ਉਹਨਾਂ ਨੇ ਕਿਹਾ ਵੇ ਇੰਨੇ ਸਾਲ ਬਾਅਦ ਆ ਤੂੰ ਕੁਝ ਘੱਟ ਕਰ ਹਾਂ ਹਾਂ ਇੰਨਾ ਕਰ ਕਮਾਨ ਸਾਹਿਬ ਤਾਂ ਕਿਸੇ ਕਹਿੰਦੇ ਉਹ ਫਿਰ ਇੱਕ ਦਿਨ ਮੈਨੂੰ ਤਾਰਾ ਸਾਨੂੰ ਜੱਫੀ ਪਾਲੀ ਕਹਿੰਦੇ ਜੋ ਮਰਜ਼ੀ ਕਰ ਹਾਂ ਹਾਂ ਹੁਣ ਤੂੰ ਨਹੀਂ ਰੋਕ ਸਕਦਾ ਵੀ ਤਾਰਾ ਜੀ ਤਾਰਕ ਸਾਹਿਬ ਇਨ ਮਤਲਬ ਇੰਨੀ ਸਿਖਲਾਈ ਇਨਾ ਕੁ ਕਮਸ ਆਇਆ ਖਾਇ ਅੱਛਾ ਮੇਰੇ ਮੇਰੇ ਉਹ ਸਾਰੇ ਉਸ ਸਾਰੇ ਉਸ ਤਰੀਏ ਨੇ ਸਾਨੂੰ ਉਹਨਾਂ ਨੇ ਉਸਤਾਦ ਬੜੇ ਵਧੀਆ ਦਿੱਤੇ ਨੇ ਉਸਤਾਦ ਮਤਲਬ ਕਿ ਮੈਂ ਇਹ ਕਹਿੰਨਾ ਕਿ ਕਿਸੇ ਨਸੀਬਾ ਲੈ ਕਿ ਉਸ ਦੌਰ ਦੇ ਜਿਹੜਾ ਬੰਦਾ ਜਿਹੜਾ ਵੀ ਸੀ ਨਾ ਉਹ ਬੰਦਾ ਬਹੁਤ ਵਧੀਆ ਤੁਸੀਂ ਆਹ ਸਰਗਰ ਤੇ ਵਧੀਆ ਆਏ ਸਨ ਇਨਸਾਨ ਬੜੇ ਵਧੀਆ ਅੱਛਾ ਸੀ ਉਹ ਉਸਤਾਦ ਬੜਾ ਵੱਡਾ ਤੇ ਜੀ ਤਾਰਕ ਜੀ ਸਾਹਿਬ ਠੀਕ ਹੈ ਜੀ ਅਮਾਨullah ਸਾਹਿਬ ਹਮ ਮਸਾਨਾ ਸਾਹਿਬ ਬੱਬੂ ਸਾਹਿਬ ਯਾਨਕੀ ਜਿਨਨੂੰ ਵੇਖ ਕੇ ਨਾ ਇੱਕ ਸੁਇਲਾਮੂ ਸਾਹਿਬ ਜਿਨਨੂੰ ਵੇਖ ਕੇ ਨਾ ਬੰਦਾ ਸੋਚਦਾ ਹੁੰਦਾ ਸੀ ਨਾ ਕਿ ਯਾਰ ਉਹ ਲੱਗਦੇ ਹੀ ਪਿਆਰੇ ਸਨ ਕਿ ਵਸੀਮ 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 ਭਾਈ ਬੰਦ ਬੰਦ ਲੱਗਦਾ ਉਹ ਮਰੇ ਉਹਨਾਂ ਦੇ ਚਿਹਰੇ ਵਸੀਮ ਸਾਹਿਬ ਦੇ ਮੇਰੇ ਚਿਹਰਾ ਆ ਜਾਂਦਾ ਤੇ ਮੈਂ ਐ ਮੈਨੂੰ ਲੱਗਦਾ ਸਾਹਮਣੇ ਤੇ ਮੈਂ ਇਹੀ ਕਰਨ ਲੱਗ ਪੈਣਾ ਐ ਬਾਈ ਇਹਨੇ ਕਿ ਉਹ ਐਸੇ ਪ੍ਰਕਾਰ ਦੇ ਨਾਲ ਅਜ ਵੀ ਖਿਆਲ ਹੁੰਦਾ ਤੇ ਤੁਰਤ ਖੁਸ਼ ਹੋਇਆ ਮੈਂ ਕਹਿੰਦਾ ਕਿ ਉਹ ਦੌਰ ਸਮਾਂ ਸਾਡਾ ਇਹ ਬੜਾ ਸਖਲਾਈ ਖੁਸ਼ ਨਸੀਬੀ ਖੁਸ਼ ਨਸੀਬੀ ਕਿ ਮਤਲਬ ਕਿ ਪ੍ਰਾਪਰ ਸਖਾਂਦੇ ਸਨ ਹਾਂ ਹਾਂ ਫਿਰ ਉਹ ਜਿਵੇਂ ਸਨ ਤੇ ਫਿਰ ਜਦੋਂ ਅੱਥੇ ਚੜਿਆ ਉਮਰ ਬਾਈ ਦੇ ਆਹ ਹਾਂ ਉਮਰ ਸ਼ਰੀਫ ਸਾਹਿਬ ਦੇ ਹਾਂਜੀ ਫਿਰ ਫਿਰ ਜੋ ਮਤਲਬ ਇਹ ਨਸੀਬਾਂ ਦੀ ਗੱਲ ਹੈ ਕਿ ਉਹਨਾਂ ਬੰਦਿਆਂ ਨੇ ਕੰਮ ਕੀਤਾ ਹੈਗਾ ਹੂੰ ਤੇ ਫਿਰ ਉਹ ਜਿਹੜੀ ਸਿਖਲਾਈ ਸੀ ਹਮਮ ਉਮਰ ਭਾਈ ਵਾਲੀ ਆਹ ਫਿਰ ਉਮਰ ਭਾਈ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਕੰਮ ਕੀਤਾ ਔਰ ਬੜੀ ਸਿਖਲਾਈ ਦੇਖੋ ਨਾ ਕੈਸੇ ਕੈਸੇ ਉਸਤਾਦ ਮਿਲੇ ਭਾਈ ਜਿਹੜੀ ਗੱਲ ਦੱਸੀ ਹੈ ਨਾ ਉਹ ਮੰਨ ਲਓ ਕਿ ਸਾਨੂੰ ਤੇ ਹੋਗਾ ਕਿ ਸਾਨੂੰ ਤੇ ਉਹ ਕਹਿੰਦੇ ਨਾ ਦੋਬਲ ਚੀਜ਼ਾਂ ਮਿਲੀਆਂ ਨੇ ਕਿ ਇੱਕੋ ਪਾਇਦੇ ਕਿ ਅਮਾਨ ਸਾਰ ਨੂੰ ਕਹਿੰਦਾ ਤੇ ਉਮਰ ਭਾਈ ਨਾਲ ਵੀ ਕੀਤਾ ਹਮ ਉਮਰ ਭਾਈ ਤੁਹਾਨੂੰ ਪਤਾ ਹੈ ਇਸ ਉਸਤਾਦ ਹੋਣ ਦੇ ਨਾਤੇ ਉਹਨਾਂ ਜਿਹੜਾ ਸਿਖਾਣਾ ਸੀ ਨਾ ਹਾਂ ਉਹਨਾਂ ਨੇ ਜਿਹੜੀ ਮਤਲਬ ਸਿਚੁਏਸ਼ਨ ਖੇਡਣਾ ਰੋਲ ਖੇਡਣਾ ਉਹ ਅੱਜ ਤੱਕ ਸਾਡੀ ਜ਼ਿੰਦਗੀ ਕੰਮ ਆਇਆ ਬਿਲਕੁਲ ਨਹੀਂ ਕਿ ਸਾਰਾ ਕੁਝ ਉਹ ਸਿੱਧੀ ਗੱਲ ਵੀ ਡਾਇਰੈਕਟ ਜੁਗਤਾ ਵੀ ਸਿਚੁਏਸ਼ਨ ਕਾਮੇਡੀ ਵੀ ਉਹ ਵੀ ਚੰਗੇ ਵੈਰੀ ਗੁੱਡ ਬਾਡੀ ਲੈਂਗੁਏਜ ਦੇ ਨਾਲ ਵੀ ਅੱਛਾ ਮਤਲਬ ਕਿ ਉਹ 16 ਬਰਸ ਦੀ ਤੋਂ ਬਾਅਦ ਫਿਰ ਉਹ ਐਸੇ ਤੇ ਚੁਕ ਮੈਨੂੰ ਇਸ 16 ਬਰਸ ਕੀ ਦਾ ਇਸ ਕਰਕੇ ਵੀ ਉਹ ਸਾਰਾ ਮੇਰੇ ਸਾਹਮਣੇ ਕਿ ਉਸ ਵਗਲੇ ਡਰਾਮੇ ਦੀਆਂ ਫਿਰ ਮੈਂ ਦੋ ਤਿੰਨ ਦਿਨ ਪਹਿਲੇ ਰੈਸਲ ਆ ਗਈ ਡਰਾਮਾ ਦੇਖਿਆ ਵੀ ਔਰ ਤੁਹਾਡਾ ਰੋਲ ਔਰ ਇੱਕ ਬੜਾ ਮਾਹੌਲ ਫਿਰ ਕੋ ਹੁਸਨ ਦੀ ਸਰਕਾਰ ਹੁਸਨ ਦੀ ਸਰਕਾਰ ਤੇ ਉਹਦਾ ਬੜਾ ਰੋਲ ਓਏ ਹੋਏ 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 ਆਹ ਉਹ ਔਰ ਮੈਂ ਉਹਨੇ ਕਰ ਨਹੀਂ ਸਿਰ ਮੈਂ ਕਰ ਹੀ ਨਹੀਂ ਸਿਰਿਆ ਮੈਨੂੰ ਅੱਬਾ ਜੀ ਤਾਰਕ ਸਾਹਿਬ ਨੇ ਨਾ ਉਹਨੇ ਕਿਹਾ ਤਿੰਨ ਪਤਾ ਨਹੀਂ ਕੀ ਕੈਰੈਕਟਰ ਹੈ ਜਿਹਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਇਹ ਜਿਹੜੇ ਗੱਲ ਕਰਦੇ ਨੇ ਨਾ ਉਹ ਉਹਨਾਂ ਤੇ ਸਾਰਿਆਂ ਨੂੰ ਵਿੱਕੀ ਭਾਈ ਨੂੰ ਕਿਹਾ ਸਾਹਿਬ ਨੂੰ ਕਿਹਾ ਜਿਸ ਦਮ ਸਾਹਿਬ ਕਿਹਾ ਤੂੰ ਹੀ ਨਜ਼ਰ ਆਏਗਾ ਤੋਹੀ ਆਂਦਾ ਸਰ ਮੈਂ ਇਸ ਗੱਲ ਦਾ ਚਸ਼ਮਦੀਦ ਗਵਾਵਾ ਕਿ ਤਾਰਕ ਜੀ ਦੇ ਸਾਹਿਬ ਜਿਹੜੇ ਉਸਤਾਦ ਸਾਡੇ ساری ਜ਼ਿੰਦਗੀ ਦਾ ਕਿ ਸਫ਼ਰ ਨਾਲ ਅਸੀਂ ਸ਼ੁਰੂ ਵੀ ਉਹਨਾਂ ਨੇ ਕੀਤਾ ਤੇ ਆਖਰੀ ਟਾਈਮ ਤੱਕ ਇੱਕ ਸਫ਼ਰ ਜਾਰੀ ਰਿਹਾ ਔਰ ਅੱਜ ਵੀ ਸਾਡੇ ਨਾਲ ਹੀ ਨੇ ਅੱਜ ਤੱਕ ਦੇ ਸਫ਼ਰ ਨੇ ਔਰ ਮੈਂ ਖੁਦ ਆਪਣੇ ਕੰਨਾਂ ਨਾਲ ਸੁਨੇ ਅਤੇ ਦੇਖਿਆ ਕਿ ਅੱਲਾਹ ਪਾਕ ਦੀ ਰਹਿਮਤ ਨਾ ਕਰਨ ਲਈ ਰੱਬ ਦੀ ਗੱਲ ਹੈ ਲੇਕਿਨ ਜਿਸ ਵਿੱਚ ਮਾਜੀ ਨੇ ਕਿਹਾ ਕਿ ਉਹਨੂੰ ਅੱਲਾਹ ਪਾਕ ਘੁਆਂਦੇ ਨੇ ਨਾ ਇਸੇ ਤਰੀਕੇ ਤਾਰਿਕ ਜਿਵੇਂ ਦੇਖਿਆ ਕਿ ਉਹਨਾਂ ਨੇ ਅਗਰ ਕਿਹਾ ਨਾ ਕਿ ਵੀ ਐਸੀ ਡਰਮ ਦੇ ਆ ਗੱਲ ਹਾਂਜੀ ਕਿ ਨਾਸਰ ਇਹ ਤੇਰਾ ਡਰਮ ਹੈ ਤੈਨੂੰ ਪਤਾ ਹੀ ਨਹੀਂ ਤੇ ਐਨਜੀ ਹੋਇਆ ਉਹਨਾਂ ਨੇ ਕਿਹਾ ਵਿੱਕੀ ਨਸੀਮ ਵਿੱਕੀ ਇਹ ਤੇਰਾ ਡਰਮ ਹੈ ਤੇ ਵਿੱਕੀ ਸਾਹਿਬ ਦੇ ਆਸਤੇ ਵੀ ਇਸ ਤਰ੍ਹਾਂ ਹੀ ਉਹਨਾਂ ਨੇ ਅਗਰ ਕਿਹਾ ਕਿ ਸਖਾਵਨ ਨਾਜਾ ਤੇਰਾ ਡਰਮ ਹੈ ਜਿਹੜੇ ਅੰਜੂ ਵਰਗੇ ਸਰਾਵਨਾਸਾ ਵੀ ਸਰਦਾਰ ਕਮਾਲ ਸਾਹਿਬ ਅੱਛਾ ਜਿਹੜੀ ਕੰਟੀਨਿਊਟੀ ਸੀ ਨਾ ਉਹ ਪੰਜ ਸਰਦਾਰ ਨੇ ਮੰਨਦੀ ਸੀ ਅੱਛਾ 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 ਠੀਕ ਹੈ ਹੋ ਚੁੱਕਾ ਡਰਾਮਾ ਜਮੈ ਵੀ ਗਿਆ ਸਰਦਾਰ ਹੁਸਨ ਦੀ ਸਰਦਾਰ ਹਾਂ ਜੀ ਕੰਟੀਨਿਊਟੀ ਜਿਹੜੀ ਨਾ ਉਹ ਪੰਜ ਸਰਦਾਰ ਨੇ ਮੰਨਦੀ ਸੀ ਵਾਹ ਵਾਹ ਔਰ ਅੱਛਾ ਕੰਟੀਨਿਊਟੀ ਸਰਦਾਰ ਕਮਾਲ ਸਾਹਿਬ ਇੱਕ ਸਾਡੇ ਐਸੇ ਮੈਂ ਕਹਿਣਾ ਕਿ ਪੜੇ ਲਿਖੇ ਇਸ ਕੰਮ ਦੇ ਤਾਲੀਮ یافتਾ ਫਨਕਾਰ ਨੇ ਕਿ ਕਿਆ ਬਾਤ ਹੈ ਉਹ ਇਨਸਾਨ ਵੀ ਬਹੁਤ ਵੱਡੇ ਆ ਲੇਕਿਨ ਮੈਨੂੰ ਉਹ ਮੈਂ ਤੁਹਾਨੂੰ ਜ਼ਿਕਰ ਕਿ ਮੇਰੇ ਦੋ ਬੰਦੇ ਤਾਂ ਮਤਲਬ ਜਿਨ੍ਹਾਂ ਨੇ ਅਮੂਰ ਦੀ ਗੱਲ ਨਹੀਂ ਕੀਤੀ ਇੱਕ ਪੰਜ ਸਰਦਾਰ ਤੇ ਕਿਸਨ ਵੇ ਤੁਸੀਂ ਮੇਰੇ ਜਿਨ੍ਹਾਂ ਦੇ ਕੋਲੋਂ ਮੈਂ ਬਹੁਤ ਕੁਝ ਸਿੱਖਿਆਗਾ ਉਹ ਦੁਨੀਆਦਾਰੀ ਹਾਂ ਕਿ ਮਤਲਬ ਕੋਈ ਕਿਤੇ ਨਹੀਂ ਮੈਂ ਕਦੀ ਪੰਜ ਸਰਦਾਰ ਨੂੰ ਨਹੀਂ ਵੇ ਕਿਸੇ ਨਾਲ ਕੋਈ ਗੱਲ ਕਰ ਲਈਏ ਕੋਈ ਗੱਲ ਨਹੀਂ ਬਿਲਕੁਲ ਮੈਂ ਇਹ ਗੱਲ ਮੈਂ ਤੁਹਾਨੂੰ ਵੀ ਕਿੰਨੀ ਵਾਰੀ ਵੇਖੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਾ ਅਵਾਇਡ ਕਰ ਦਿੰਦੇ ਹੋ ਤੇ ਉਹ ਜਿੱਨਾਂ ਜਗ੍ਹਾ ਤੇ ਮੈਂ ਵੀ ਕੀਤਾ ਨਾ ਤੇ ਮੈਨੂੰ ਫਾਇਦਾ ਹੀ ਹੋਇਆ ਹੁੰਦਾ ਬਿਲਕੁਲ ਬਿਲਕੁਲ ਅਵਾਇਡ ਕਰਦਾ ਨੁਕਸਾਨ ਨਹੀਂ ਫਾਇਦਾ ਹੀ ਹੁੰਦਾ ਫਾਇਦਾ ਹੀ ਹੋਇਆ ਜਿੱਥੇ ਕੋਈ ਏਸੀ ਗੱਲ ਨਹੀਂ ਹੁੰਦੀ ਅੱਲਾਹ ਪਾਕ ਖੈਰ ਕਰੇ ਫਿਰ ਜਦੋਂ ਥੀਏਟਰ ਸ਼ੁਰੂ ਹੋ ਗਿਆ ਨਾ ਇੱਥੇ ਆ ਕੇ ਹਾਂ ਹਾਂ ਉਸ ਬਾਅਦ ਮੈਨੂੰ ਜਿਹੜੇ ਕਰੈਕਟਰ ਵਿੱਕੀ ਪਾਈ ਨੇ ਕਰਾਇ ਲਏ ਨਾ ਹਮ ਹਮ ਐਜ਼ ਅ ਡਾਇਰੈਕਟਰ ਰਾਈਟਰ ਰਾਈਟਰ ਉਹ ਮੈਂ ਕਰਦਾ ਹੀ ਕਰੈਕਟਰ ਸੀ ਉਹਨੇ ਫਿਰ ਜਿਹੜਾ ਕੈਰੈਕਟਰ ਲਿਖਿਆ ਹੈ ਨਾ ਉਹ ਫਿਰ ਇੰਜ ਦਾ ਹੀ ਹੋਇਆ ਹੈ ਐਸਾ ਹੋਇਆ ਉਹਦੇ ਜਿਹਦੇ ਚ ਕੋ ਅਨਾਉਰ ਬੋਲਾ ਹੋਰ ਉਹ ਡਰਾਮਾ ਜਿਹੜਾ ਸੀ ਪੂਰਾ ਯੂਕੇ ਵੀ ਮੈਂ ਸਤ ਪਹਿਲੇ ਵਿਕੀ ਬੈਨ ਮੈਂ ਫੈਸਲਾਬਾਦ ਕਰਾਇਆ ਹਾਂ ਤੇ ਉਹਨ ਬਨ ਪਤਾ ਹੈਗਾ ਇਸ ਜਿਹੜਾ ਉਹ ਮੈਂ ਨਾ ਉਹ ਤੋਂ ਸਵਰਟ ਟ੍ਰੇਨ ਵਾਪਸ ਆਂਦੀ ਹੁੰਦੀ ਸੀ ਹਾਂ ਹਾਂ ਬਾਊਟ ਟ੍ਰੇਨ ਉਹਦਾ ਜਿਹੜੇ ਅਸੀਂ ਸਾਰੇ ਸਾਰੇ ਬਾਊਟ ਸੀ ਬੜਾ ਸਮਰ ਕੀਤਾ ਹਾਂ ਅੰਦਰ ਜੀ ਬਿਲਕੁਲ ਹਾਂ ਜੀ ਉਹ ਟ੍ਰੇਨ 'ਤੇ ਬੈਠੇ ਤੇ ਇਹ ਡਰਾਮੇ ਦੀ ਇਹ ਡਰਾਮਾ ਸੀ ਅਛਾ ਲਾ ਦਿੱਤੀ ਸੀ ਤੇ ਉਹ ਮਨ ਕਹਿੰਦਾ ਵਿਕੀਪਾਈਕਾ ਦਾ ਤੂੰ ਅੰਨੇ ਦਾ ਰੋਲ ਕਰਨਾ ਹੈ ਹਾਂ ਮੈਂਗਾ ਸ਼ਰਤਿਆ ਮਿੱਠੇ ਭਾਈ ਹਾਂ ਅਮਨੁੱਲਾ ਸਾਹਿਬ ਬੱਬੂ ਸਾਹਿਬ ਅੰਨੇ ਦਾ ਰੋਲ ਮੇਰੇ ਕੋਲ ਕਿੱਥੇ ਹੋਣਾ ਹੈ ਹੂੰ ਨਹੀਂ ਤੂੰ ਕਰੇਗਾ ਅੰਨੇ ਦਾ ਰੋਲ ਉਹ ਅੰਨੇ ਦਾ ਰੋਲ ਮੇਰੇ ਕੋਲ ਕਰਵਾਇਆ ਉੱਥੇ ਉਹ ਐਂਜੀ ਦਾ ਉਸੇ ਡਰਾਮੇ ਦੇ ਵਿੱਚ ਤਾਰਕ ਹਟੋਇਆ ਸੀ ਮਸਾਨਾ ਸਾਹਿਬ ਵੀ ਸਨ ਉਸ ਡਰਾਮੇ ਦੇ ਵਿੱਚ ਤਾਰਿਕ ਉਥੋਂ ਏ ਟੁਏ ਸਾਈ ਸਹੀ ਪਹਿਲਾ ਡਰਾਮਾ ਬਿਲਕੁਲ ਉਹ ਡਾਮੇ ਤੋਂ ਉਹ ਮੈਂ ਵੀ ਹਟਿਆ ਉਹ ਜਿਸਲੇ ਮੇਰਾ ਕਰੈਕਟਰ ਆਂਦਾ ਸੀ ਨਾ ਤੇ ਉਹ ਲੈਲਾ ਨੇ ਕਿਹਾ ਮੈਂ ਤਾਂ ਵੀਡੀਓ ਨਹੀਂ ਕਰਨੀ ਬੰਦ ਕਰ ਦਿਓ ਕੈਮਰੇ ਉਹ ਮੇਰਾ ਕਰੈਕਟਰ ਕੈਮਰੇ ਚ ਬੰਦ ਹੋ ਗਿਆ ਅੱਛਾ ਠੀਕ ਐ ਐਕਸਪੋਜ਼ ਨਹੀਂ ਹੋਇਆ ਉਹ ਹੋ ਨਹੀਂ ਕੋਇਆ ਉਹਨਾਂ ਜਿੰਨਾ ਗਰੀ ਕੁਝ ਛਿੰਟੀਆਂ ਹਾਈਲਾਈਟਸ ਉਹ ਜਿਹੜੀ ਵਿਕੀ ਬਾਈ ਨੇ ਕਰਵਾਈਆਂ ਉਹ ਤਾਂ ਹੋ ਗਿਆ ਅੱਛਾ ਫਿਰ ਜਦੋਂ ਮੁਹੱਬਤ ਸੀ ਐਨ ਜੀ ਹੂੰ ਉਸ ਸੁਬਾਤ ਮੁਬਸੀਨ ਜੀ ਫਲੋਰ ਜੀ ਦੀ ਕਿਹਾ ਸਾਹਿਬ ਦਾ ਡਰਾਮਾ ਲਿਖਿਆ ਉਸ ਸੁਬਾਤ ਫਿਰ ਫਿਰ ਗੱਲ ਉਹ ਉਸੇ ਕਰੈਕਟਰ ਨੇ ਅੰਨੇ ਵਾਲੇ ਨੇ ਮਤਲਬ ਕਿ ਉਹ ਇੰਨੇ ਹੋਇਆ ਉਹ ਫਿਰ ਤੁਸੀਂ ਆਫਤਾਬ ਇਕਬਾਲ ਸਾਹਿਬ ਦੇ ਸ਼ੋਅ ਦੇ ਵਿੱਚ ਹੈ ਜਿਹੜਾ ਐਸ ਐਚਓ ਉਹਨੂੰ ਅੰਨਾ ਤੇ ਨਹੀਂ ਲੇਕਿਨ ਟੀਰਾ ਸੀ ਟੀਰਾ ਕਰਕੇ ਉਹ ਇੱਕ ਪਰਫਾਰਮੈਂਸ ਉਹਦੇ ਵਿੱਚ ਵੀ ਇੱਕ ਸ਼ੇਡ ਦਿੱਤੀ ਉਸੇ ਰੋਲ ਚੋਂ ਕੱਢ ਕੇ ਐਸ ਰੋਲ ਨੂੰ ਓਏ ਓਏ ਕੋਈ ਸੀ ਬਰਸਦਾ ਬਾਹਰ ਪਰਫਾਰਮੈਂਸ ਹੋਰ ਕਿਆ ਸਿਚੁਏਸ਼ਨਲ ਡਰਾਮ ਹੈ ਅੱਛਾ ਨਾਜ਼ਰ ਸਾਹਿਬ ਇਹ ਡਰਾਮੇ ਹੋਏ ਜਿਨ੍ਹਾਂ ਨੇ ਇੱਕ ਪੋਰਸ਼ਨ ਤੁਹਾਡਾ ਏਸੀ ਦੌਰਾਨ ਜਦੋਂ ਤੁਸੀਂ ਰਾਈਸ ਕਰ ਰਹੇ ਸੋ ਮੈਂ ਇਸ ਨੂੰ ਪੁੱਛਣਾ ਚਾਹਾਂ ਕਿ ਲਾਹੌਰ ਦੇ ਵਿੱਚ ਫੈਸਲਾਬਾਦ ਚ ਜੁਗੇ ਪਲੇਟਫਾਰਮ ਤੇ ਕੀ ਕੁਝ ਵਜ੍ਹਾ ਸੀ ਕਿ ਤੁਸੀਂ ਮੁਲਤਾਨ ਇੱਕ ਵਕਤ ਤੁਹਾਡਾ ਗੁਜ਼ਰਿਆ ਔਰ ਮੁਲਤਾਨ ਤੁਸੀਂ ਕੁਛ ਅਰਸਾ ਕੰਮ ਕੀਤਾ ਹਾਂਜੀ ਤੇ ਉਹ ਉਹ ਕੀ ਵਜ੍ਹਾ ਬਣੀ ਕਿ ਲਾਹੌਰ ਦੀ بجائے ਤੁਸੀਂ ਮੁਲਤਾਨ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਅਸਲ ਤੇ ਨਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਤੁਹਾਨੂੰ ਨਾ ਕੋਈ ਕੁਝ ਲੋਗ ਨਾ ਕੁਛ ਅੰਗਾ ਸਮਝਦੇ ਨਹੀਂ ਕੁਝ ਨਹੀਂ ਸਮਝਦੇ ਹੂੰ ਹੂੰ ਕੁਝ ਲੋਗ ਮਤਲਬ ਕਿ ਕਹਿੰਦੇ ਹੁੰਦੇ ਨੇ ਕਿ ਭਾਈ ਜਿਵੇਂ ਮੈरेज ਇੰਦੇ ਵਿੱਚ ਇੱਕ ਐਸੀ ਕਿ ਇੱਥੇ ਅਗਰ ਕੁਝ ਕਰਦਾ ਵੀ ਰਵਾਂਗਾ ਨਾ ਹੂੰ ਹੂੰ ਤੇ ਉਦੋਂ ਮੈਨੂੰ ਕੋਈ ਪੈਸੇ ਦੀ ਜ਼ਰੂਰਤ ਸੀ ਹੂੰ ਹੂੰ ਇੱਥੇ ਕਰਦਾ ਵੀ ਰਵਾਂਗਾ ਨਾ ਤੇ ਕੋਈ ਨਿਜ਼ਾਮ ਨਿਜ਼ਾਮ ਅਜੇ ਬਹੁਤ ਲੈਂਚ ਬੜੇ ਬੰਦੇ ਨੇ ਤੇ ਅਗੂ ਸਾਰੇ ਬਾਦਸ਼ਾਹ ਖਲੋਤੇ ਨੇ ਤੇ ਹੌਲੀ ਹੌਲੀ ਤੇ ਉੱਥੇ ਮੈਨੂੰ ਇੱਕ ਡਰਾਮਾ ਅਸਰਉ ਸ਼ਾਹ ਸਾਹਿਬ ਨੇ ਆਫਰ ਕੀਤੀ 15000 ਰੁਪਏ ਦੋ ਅੱਛਾ ਉਹਨਾਂ ਨੇ ਵੀ ਅੰਨੇ ਵਾਲਾ ਰੋਲ ਵੇਖਿਆ ਸੀ ਅੱਛਾ ਗੁੱਡ ਠੀਕ ਹੈ ਉਸਨੇ ਉਥੇ ਅੱਛਾ ਮਲਤਾਨ ਤੋਂ ਪਹਿਲੇ ਡਰਾਮਾ ਇੱਥੇ ਹੋ ਚੁੱਕੇ ਹੈ ਇਹ ਡਰਾਮਾ ਉਸਕੇ ਲਈ ਨਹੀਂ ਅੱਛਾ ਉਹ ਲਕ ਲਈ ਪਹਿਲਾ ਪਿਛਿਆ ਵਾਲਾ ਫੈਸਲਾਬਾਦ ਵਾਲਾ ਹਾਂ ਠੀਕ ਹੈ ਉਹ ਵੇਖਿਆ ਸੀ ਉਹਨਾਂ ਨੇ ਓਕੇ ਉਹ ਜਿਸਲੇ ਉਹਨਾਂ ਨੇ ਵੇਖਿਆ ਉਹ ਵੀ ਤੁਹਾਨੂੰ ਪਤਾ ਮਲਤਾਨ ਉਹਦੇ ਡਰਾਮੇ ਦਾ ਬੜਾ ਰੇਲ ਸੀ ਹਰ ਜਗ੍ਹਾ ਤੇ ਤਾਰਕ ਤਾਰਕ ਫੈਸਲਾਬਾਦ ਤੋਂ ਸਿੱਧਾ ਉੱਥੇ ਚਲਾ ਗਿਆ ਮਲਤਾਨ ਤਾਰਕ ਉੱਥੇ ਸੁਪਰਸਟਾਰ ਹੋ ਚੁੱਕਿਆ ਸੀ ਤਾਰਕ ਟੈਡੀ ਹਾਂ ਠੀਕ ਅਸਲ ਵਿੱਚ ਸ਼ਾਹ ਸਾਹਿਬ ਨੇ ਮੈਨੂੰ ਨਾ ਉਹਨਾਂ ਨੇ ਡਰਾਮਾ ਮੈਂ ਨੂੰ ਉੱਥੇ ਏਡੇ ਬੰਦੇ ਜਾਣਦੇ ਹੀ ਨਹੀਂ ਸਨ ਖੈਰ ਉਹ ਡਰਾਮਾ ਅੰਨੇ ਵਾਲਾ ਹੀ ਲਾ ਲਿਆ ਉਹਨਾਂ ਨੇ ਉਹ ਜਿਹੜੇ ਡਰਾਮਾ ਲਿਖਿਆ ਨਾ ਉੱਥੇ ਪ੍ਰੋਡੂਸਰਾਂ ਨੇ ਡਾਇਰੈਕਟਰਾਂ ਨੇ ਡਰਾਮਾ ਤੋਂ ਨਾ ਅੱਛਾ ਨਹੀਂ ਗਿਆ ਉਹ ਮੈਨੂੰ ਅਗਲੀ ਪਾਰਟੀ ਨੇ ਕਾਸ ਕਰ ਲਿਆ ਅੱਛਾ ਕਿ ਭਾਈ ਇਹ ਐਕਟਰ ਤੇ ਹੈ ਕੁਝ ਇਹਦੇ ਉਹ ਕੁ ਜ਼ਵਾਰ ਨੇ ਕਾਸ ਕਰ ਲਿਆ ਮੈਨੂੰ ਜ਼ਵਾਰ ਬਲੋਚ ਸਾਹਿਬ हां जी ਸਾਡੇ ਮਲਦਾਨ ਦੇ ਬਹੁਤ ਅੱਛੇ ਬਲਕਿ ਪਾਕਿਸਤਾਨ ਦੇ ਡਾਇਰੈਕਟਰ ਬੜੇ ਕਾਮਯਾਬ ਬਣਾਉਂਦੇ ਉਹ ਫਿਰ ਉਹ ਫਿਰ ਉਸ ਅਗਲਾ ਡਰਾਮਾ ਮੇਰਾ ਤਾਰਿਕ ਨਾਲ ਹੋ ਗਿਆ ਓਕੇ ਠੀਕ ਹੈ ਤਾਰਿਕ ਦਾ ਉਥੇ ਮੌਲ ਸਵੇਰੇ 4 ਵਜੇ ਸ਼ੋ ਪੈਕ ਹੋ ਜਾਂਦਾ ਸੀ ਵਾ ਵ ਸ਼ਾਮ ਨੂੰ 4 ਵਜੇ ਸ਼ਾਮ ਨੂੰ ਪੈਕ ਸ਼ੂਟ ਹੋ ਗਿਆ ਪੈਕ ਹੋ ਗਿਆ ਟਿਕ ਟਕ ਵਿਗ ਗਈ ਹਾਂ ਜੀ ਜਿਹੜੇ ਤਾਰਿਕ ਹੁੰਦਾ ਸੀ ਮਾਸ਼ਾ ਅੱਲਾ ਠੀਕ ਉਹ ਇਹ ਦੋਨੇ ਇਕੱਠਿਆਂ ਕੀਤਾ ਨਾ ਹਾਂ ਉਹ ਇੱਕ ਨਾ ਜੋੜੀ ਹੋਈ ਸ਼ੁਰੂ ਹੋ ਗਿਆ ਹਾਂ ਉਹ ਤੇ ਫਿਰ ਮੈਂ ਕੋਈ ਸੱਤ ਸਾਲ ਉੱਥੇ ਹੀ ਰਹਿ ਗਿਆ ਉੱਥੇ ਦਾ ਉੱਥੇ ਮੇਰੀ ਪਹਿਲੀ ਮੁਲਾਕਾਤ ਆਗਮਾ ਜਸਮਨ ਹੋਈ اچھا ਹਾਂਜੀ ਫਿਰ ਸਲੀਮ ਉੱਥੇ ਆ ਗਿਆ اچھا ਆਗਮਾ ਜਸਮਨ ਸਾਹਿਬ ਔਰ ਸਲੀਮ ਸਾਹਿਬ ਐਂਡ ਆ ਦਿੱ ਜ਼ਿੰਦਗੀ ਇੰਨਾ ਹੋਈ ਹਾਂਜੀ ਅੱਛਾ ਤੁਸੀਂ ਵੇਖ ਲਓ ਚੀਜ਼ਾਂ ਕੀ ਇੰਟਰ ਹੋਈਆਂ ਮੇਰੀ ਜ਼ਿੰਦਗੀ 'ਚ ਇੱਕ ਆਗਮਾ ਜੀ ਤੇ ਦੂਸਰੀ ਸਾਈਡ ਤੇ ਕੋ ਸਲੀਮ ਲਵੇਲਾ ਸਲੀਮ ਲਵੇਲਾ ਸਾਹਿਬ ਠੀਕ ਉਹ ਇੰਟਰ ਹੋ ਗਏ ਅੱਛਾ ਤੇ ਮੈਂ ਵੈਸੇ ਵਧੀਆ ਲੈਣ ਲੱਗ ਲੈਂ ਲੈਂਦਾ ਸੀ ਫਿਰ ਅਸੀਂ ਇੱਕ ਘਰ ਕਰਾਇ ਤੇ ਲਿਆ ਤਿੰਨੇ ਉੱਥੇ ਰਹਿਣ ਲੱਗ ਅੱਛਾ ਇਨੀ ਦੇਰ ਨੂੰ ਇੱਕ ਗੱਡੀ ਮੈਰਾਨ ਮਤਲਬ ਮੈਨੂੰ ਹੁਲਾ ਗਈ ਅੱਛਾ ਤੇ ਆਗਾ ਮੈਂ ਤੇ ਇਹ ਤਿੰਨੇ ਉਹ ਫਿਰ ਇੱਕ ਉਹ ਜਿਹੜਾ ਬਣ ਗਿਆ ਰਿੰਗ ਗਿਆ ਹਾਂ ਹਾਂ ਕਿ ਹਰ ਧਾਮ ਵਿੱਚ ਇਕੱਠੇ ਕਾਸਟ ਉਹਨਾਂ ਕਰ ਲੈਣੇ ਜੀ ਮੈਂ ਕਹਿੰਦਾ ਜੀ ਐ ਆਓ ਮੈਂ ਠੀਕ ਉਹ ਇਸ ਤਰ੍ਹਾਂ ਹੋਣ ਲੱਗ ਪਿਆ ਇੱਕ ਉਹ سلسلہ ਟੀਮ ਬੰਨਣਾ ਸ਼ੁਰੂ ਟੀਮ ਬਣਨੀ ਸ਼ੁਰੂ ਹੋ ਗਈ ਮਤਲਬ ਬੰਦੇ ਕਹਿੰਦੇ ਨੇ ਭਾਈ ਇਹਨਾਂ ਲੈ ਲੋ ਤੀਨਨੂੰ ਉਹ ਕੋ ਲੋਰ ਵੀ ਡਰਮ ਜਾਂਦੇ ਹੁੰਦੇ ਸਨ ਇੱਕ ਸੈਟ ਤੇ ਅਸੀਂ ਕਰਦੇ ਰਹਿੰਦੇ ਖੋਤੇ ਉਹ ਫਿਰ ਜਿਹੜੀ ਸਾਡੀ ਲਾਈਫ ਉਹ ਗੁਜ਼ਰੀ ਨਾ ਤਿੰਨਾਂ ਦੇ ਅੱਛਾ ਉਹ ਹੁਣ ਇੱਕ ਯਾਨੀ ਕਿ ਸਟਰਗਲ ਤੋਂ ਬਾਅਦ ਰਾਈジング ਟਾਈਮ ਔਰ ਇੱਕ ਮਜ਼ੇਦਾਰ ਲਾਈਫ ਜੁਕੇ ਉਹਦੇ ਚ ਨਾਮ ਵੀ ਬਣ ਗਿਆ ਫੇਮ ਵੀ ਹੋ ਗਿਆ ਸ਼ੋਹਰਤ ਵੀ ਪੈਸੇ ਵੀ ਔਰ ਇੰਡੀਪੈਂਡੈਂਟ ਲਾਈਫ ਹਾਂਜੀ ਔਰ ਉਦੋਂ ਮੇਰੇ ਨਾਲ ਤੁਹਾਡੀ ਸ਼ਾਦੀ ਵੀ ਨਹੀਂ ਸੀ ਨਹੀਂ ਸੀ ਹੋਈ ਔਰ ਸਲੇਮ ਸਾਹਿਬ ਦੀ ਤਾਂ ਖੈਰ 100 ਸਾਲ ਪਹਿਲੇ ਦੀ ਉਹ ਉਹਦੇ ਤਾਂ ਬਹੁਤ ਸਾਰੇ ਉਹਦੇ ਤੱਕ ਉਹਦੇ ਤੋਂ ਬੱਚੇ ਨਹੀਂ ਵੀ ਹੋਏ ਸੀ ਇਹ ਪਤਾ ਮੈਨੂੰ ਬਾਅਦ ਚ ਲੱਗਾ ਆਗਾ ਸਾਹਿਬ ਤੇ ਵੀ شادی ਹੋ ਤੋ ਉਦੋਂ ਨਹੀਂ ਸੀ ਹੋਈ ਹਾਂ ਉਹ ਨੰਬਰ ਆਗਾ ਸਾਹਿਬ ਨਗਰ ਕਾਰਵੀ ਤਰ੍ਹਾਂ ਇੰਦੀ ਤੱਕ ਇਹ ਕੋਈ ਗੱਲ ਮੰਨਦਾ ਨਹੀਂ ਸੀ ਉਹਨਾਂ ਦੇ ਕਰ ਲੈ ਹਾਂ ਉਹ ਫਿਰ ਜਿੱਲੇ ਉਹਨਾਂ ਨੂੰ ਪਤਾ ਲੱਗਾ ਮੇਰਾ ਤੇ ਦਾ ਬਹੁਤ ਬਹੁਤ ਜ਼ਿਆਦਾ ਪਿਆਰ ਹੈ ਅਜ ਤੱਕ ਕਿ ਮੇਰਾ ਪਰ ਆਏਗਾ ਹਾਂ ਉਹ ਹਾਂ ਮਸ ਸਾਹਿਬ ਇਹ ਸਾਰੇ ਹਮ ਉਹਨਾਂ ਦੇ ਵਾਲਦ ਸਾਬ ਜੀ ਜੀ ਵਾਲਦ ਸਾਬ ਉਹ ਮੈਨੂੰ ਉਹ ਪਿਆ ਕਰ ਉਹਨਾਂ ਮੈਨੂੰ ਕਿਹਾ ਕਿ ਯਾਰ ਇਹਨੂੰ ਤੂੰ ਮਨਾ ਸਕਦਾ ਹੈ ਘਰ ਬੁਲਾਇਆ ਮੈਨੂੰ ਅੱਛਾ ਫੈਮਿਲੀ ਨੇ ਹਾਂ ਹਾਂ ਉਹਨਾਂ ਨੇ ਉਹਨੂੰ ਵਿਆਹ ਲਈ ਮਨਾ ਅੱਛਾ ਠੀਕ ਉਹ ਫਿਰ ਮੈਂ ਇਹਨੂੰ ਕਿਹਾ ਕਿ ਵਿਆਹ ਤੋਂ ਕਰ ਲੈ ਅੱਛਾ ਤਾਂ ਮੈਂ ਕਹਿੰਦੇ ਆਗਾ ਮਾਸਟਰ ਹਾਂਜੀ ਉਹ ਕੁਲ ਕਰਤੇ ਜਾਂਦਾ ਹੀ ਨਹੀਂ ਸੀ ਬੰਨ ਲਾਇਆ ਗਿਆ ਆ ਤੁਸੀਂ ਉਹ ਇਕੱਠੇ ਚ ਉਹ ਕਰ ਲੈਣੀ ਸੀ ਪਸੰਦ ਕਰਦੇ ਇਹਨਾਂ ਦੇ ਡਰਾਮੇ ਚ ਕੰਮ-ਕੁਮ ਕਰਨਾ ਆ ਆ ਕੇ ਵੀ ਵੈਸੇ ਵੀ ਉਹਨਾਂ ਨੇ ਸੀ ਪਸੰਦ ਕਰਦੇ ਤੇ ਨਹੀਂ ਮੈਂ ਨਹੀਂ ਮੈਂ ਉਹ ਫਿਰ ਮੈਂ ਰੱਖਣਾ ਮੈਂ ਭਾਜੀ ਇਹਨਾਂ ਦੇ ਵਾਲਦਿਆਂ ਨੂੰ ਭਾਜੀ ਕਹਿੰਦੇ ਭਾਜੀ ਨੂੰ ਮੈਂ ਉਹ ਫਿਰ ਉੱਥੇ ਲੱਗਿਆ ਤੇ ਉੱਥੇ ਗੋਗਲੂ ਜਖਲੋਤੇ ਹੈ ਨਾ ਜੇ ਨਿੱਕੇ ਨੇ ਕਿ ਹਾਂ ਬਾਮਾ ਦੇ ਨਾਲ ਮੰਗ ਮੈਂ ਕਿ ਮਾਫੀ ਆ ਕੇ ਮੈਂ ਉਹ ਤੇ ਇਹ ਨੇ ਉਹ ਮੇਰਾ ਯਾਰ ਸੀ ਮੇਰਾ ਯਾਰ ਹੈ ਪਰ ਆਏ ਕੋਈ ਗੱਲ ਹੋਵੇ ਮੇਰੀ ਮੋੜਦਾ ਹੀ ਨਹੀਂ ਉਹ ਫਿਰ ਮਨ ਗਿਆ ਉਸ ਵਾਰ ਇਹਦਾ ਵਿਆਹ ਹੋ ਗਿਆ ਤੇ ਉਹ ਫਿਰ ਉਸ ਉਹ ਲਾਈਵ ਜਿਹੜੀ ਨਾ ਉੱਥੇ ਮਲਦਾਨ ਅਲੀ ਇੱਕ ਬੜੀ ਹਾਂ ਹਾਂ ਬੜੀ ਖੂਬਸੂਰਤ ਲਾਈਫ ਸੀ ਹਾਂਜੀ ਔਰ ਅੱਛਾ ਤੁਸੀਂ ਜੀ ਸੱਲੇ ਉਹ ਆਗਾ ਸਾਹਿਬ ਜੋ ਕੋ ਮਲਤਾਨ ਦੇ ਸਨ ਉਹ ਕਰ ਲੈ ਨਹੀਂ ਤਾਂ ਮੈਂ ਫਿਰ ਤੁਸੀਂ ਇਕੱਠੇ ਇੱਕ ਕਰ ਲੈ ਇੱਕ ਕਰ ਹਾਂ ਉਹ ਕਾਰ ਦਾ ਉਹਨੂੰ ਚਲੋ ਜ਼ਿਕਰ ਹੋ ਗਿਆ ਮੈਂ ਪਿਛਲੇ ਦਿਨਾਂ ਦੇ ਵੀ ਤੁਹਾਨੂੰ ਨਾਲ ਵੀ ਖਾਇਦ ਇੱਕ ਗੱਲ ਹੋਈ ਸੀ ਉਹ ਤੁਸੀਂ ਤੁਹਾਡਾ ਵੀਡੀਓ ਕਲਿੱਪ ਵੀ ਚੈਨਲ ਤੇ ਮੇਰੇ ਚੱਲੇ ਆ ਆਗਾ ਮਾਈ ਸਾਹਿਬ ਦੀ ਵੀਡੀਓ ਜੋ ਕਿ ਆਨ ਨੇ ਬੜੀ ਪਸੰਦ ਕੀਤੀ ਜਾ ਰਹੀ ਹੈ ਸਲੀਮ ਸਾਹਿਬ ਦੇ ਵੀ ਇਹਨਾਂ ਨੇ ਉਸ ਘਰ ਦੀਆਂ ਕੁਝ ਗੱਲਾਂ ਕਰਦੇ ਆ ਨਾ ਤੁਹਾਨੂੰ ਬੜਾ ਟਾਰਗੇਟ ਕੀਤਾ ਉਜਰਾ ਉੱਥੇ ਇੱਕ ਜ਼ਿੰਦਗੀ guzri ਹਾਸਾ ਖੇਡਾ ਹੋਇਆ ਤੇ ਉਹ ਜਿਹੜੇ ਕੁਝ ਆਗਮਾ ਸਾਹਿਬ ਨੇ ਤਾਂ ਡਾਇਰੈਕਟ ਕੁਝ ਇਲਜ਼ਾਮ ਤراਸ਼ੀ ਵੀ ਕੀਤੀ ਦੇਖੋ ਬਤਾ ਕਿ ਹਾਂ ਜਿਸ ਗਰੀਬ ਬੰਦਾ ਕੁਝ ਵੀ ਕਹਿ ਸਕਦਾ ਤੁਹਾਨੂੰ ਕੀ ਮਤਲਬ ਇਹ ਉਹਦਾ ਹੱਕ ਹੈ ਅੱਛਾ ਠੀਕ ਮਤਲਬ ਉਦੋਂ ਇਹ ਗੁਰਬਤ ਦੇ ਮਾਰੇ ਸਨ ਅੱਛਾ ਠੀਕ ਹੈ ਉਦੋਂ ਮੈਂ ਉਹ ਕਰਦਾ ਕਰਾਏ ਮੈਂ ਦਿੰਦਾ ਸੀ ਅੱਛਾ ਹਾਂਜੀ ਠੀਕ ਹੈ ਜੇਕਰ ਇਹਡੇ ਤਗੜੇ ਹੁੰਦੇ ਤੇ ਆਪਣਾ ਨਾ ਦੇ ਲੈਂਦੇ ਕਿ ਉਹ ਤੋਂ ਬਾਅਦ ਮਤਲਬ ਕਿ ਘਰ ਦਾ ਕਿਰਾਇਆ ਹਾਂ ਤੇ ਫਿਰ ਜੋ ਉਥੇ ਖਰਾਜਾਤ ਨੇ ਹੂੰ ਹੂੰ ਉਹਨਾਂ ਚ ਇਹਨਾਂ ਦਾ ਕੋਈ ਹੱਥ ਨਹੀਂ ਹੁੰਦਾ ਆਪਣੇ ਪੁੱਲਿਆਂ ਮਤਲਬ ਕਿ ਜਿਵੇਂ ਸਲੀਮ ਹੈ ਕਿ ਉਹ ਇੱਕ ਦਿਨ ਫਰੂਟ ਲੈ ਕੇ ਆਇਆ ਹੈ ਹਾਇ ਉਹਦੇ ਆਤੇ ਥੈਲਾ ਸੀ ਛਾਪਰ ਸੀ ਫਰੂਟ ਚ ਕੀ ਕੀ ਸੀ ਉਹਦੇ ਚ ਮਗਰ ਚਾਰ ਕੰਗੋਰ ਸਨ ਅੱਛਾ ਚਾਰ ਕੰਗੋਰ ਅੱਧਾ ਥੈਲਾ ਸੀ ਹਾਂ ਸੇਬ ਦੀਆਂ ਖਾੜੇ ਸੀ ਠੀਕ ਹੈ ਅਮ 18-19 ਦਾਣੇ ਸਾਣਾ ਇਹਦੇ ਅਨਾਰ ਦੇ ਅੱਛਾ ਨਹੀਂ ਜਿਹੜੇ ਦਾਣੇ ਗੁਰ ਅਮਰਦਸ ਜੀ ਇਹ ਇੰਨੇ ਇਹਨਾਂ ਫੂਟ ਇਕੱਠਾ ਲਿਆਂਦਾ ਹੁੰਦਾ ਸੀ ਹਾਂਜੀ ਕਿ ਤੁਸੀਂ ਸੋਚ ਲਓ ਕਿ ਉਹਨੂੰ ਮਰੋੜ ਕੇ ਸ਼ਾਪਰ ਨੂੰ ਤੇ ਕਿੰਨਾ ਫਰਕ ਹੋਏਗਾ ਫਰੂਟ ਦੇ ਕੁਮਾਨਦਾ ਆ ਰਿਹਾ ਹੈ ਯਾਨੀ ਸ਼ਾਪਰ ਦੇ ਘਣ ਲਗੀ ਤੇ ਇਹਨਾਂ ਕੋ ਫਰੂਟ ਹੈ ਤਾਂ ਆਸਾਨੀ ਨਾਲ ਘੁੰਮ ਵੀ ਰਿਹਾ ਖੇਡਦਾ ਯਾਨੀ ਖੇਡਦਾ ਵੀ ਆ ਰਿਹਾ ਹਾਂ ਅੱਛਾ ਅੱਛਾ ਤੇ ਉਹ ਤਾਂ ਜਿਹੜਾ ਦੇਖੋ ਉਸ ਟਾਈਮ ਦੇ ਵਿੱਚ ਨਾ ਤੇ ਇਹਨਾਂ ਨੂੰ ਪਤਾ ਸੀ ਨਾ ਮੈਨੂੰ ਪਤਾ ਸੀ ਕਿ ਅੱਗੇ ਦਾ ਕੀ ਸਿਸਟਮ ਮਾਲਕ ਨੇ ਕੀ ਅਤਾ ਕਰ ਦੇਣਾ ਹੈ ਲੇਕਿਨ ਜਦੋਂ ਤੁਸੀਂ ਕਿਸੇ ਮਕਾਮ ਤੇ ਪਹੁੰਚੋ ਨਾ ਤੁਹਾਨੂੰ ਉਹ ਉਹ ਮਕਾਮ ਤੇ ਤੁਹਾਨੂੰ ਨਾ ਉਹ ਜਿਹੜੀਆਂ ਤੁਹਾਡੀਆਂ ਯਾਦਾਂ ਵਧੀਆਂ ਨਹੀਂਆਂ ਨਾ ਉਹਨਾਂ ਨੂੰ ਨਾ ਉਹ ਤੁਹਾਨੂੰ ਤੋ ਬੋਲ ਨਹੀਂ ਸਕਦੀਆਂ ਤੁਹਾਨੂੰ ਉਸ ਜ਼ਿੰਦਗੀ ਦਾ ਸਮਾਇਆ ਨਹੀਂ ਮਤਲਬ ਕਿ ਮੈਂ ਉਹ 7 ਸਾਲ ਆਪਣੀ ਲਾਈਫ ਚ ਕੱਢ ਨਹੀਂ ਸਕਦਾ ਕੱਢ ਨਹੀਂ ਸਕਦੇ ਬਲਕਿ ਉਹੀ ਤੇ 7 ਸਾਲ ਹੈ ਉਹੀ ਹੈ ਉਹੀ ਹੈ ਉਹ ਜਿਹੜੀ ਮਜ਼ੇਦਾਰੀ ਵਾਲ ਜਿਹੋ ਉਹਨਾਂ ਨੇ ਮਤਲਬ ਕਿ ਜਿਹੜਾ ਇੱਕ ਕਿ ਇੱਕ ਤਾਂ ਡਰਾਮਾ ਹੈ ਇੱਕ ਡਰਾਮੇ ਤੋਂ ਬਾਅਦ ਡਰਾਮਾ ਹੈ ਉਹ ਜਿਹੜਾ ਡਰਾਮੇ ਤੋਂ ਬਾਅਦ ਡਰਾਮਾ ਹੈ ਨਾ ਇਕੱਠੇ ਮਤਲਬ ਕਿ ਤੁਸੀਂ ਸੋਚੋ ਜਰਾ ਜ਼ਹਿਨ ਬਣਾਓ ਕਿ ਇੱਕ ਕਮਰੇ ਚ ਸੁਲੀਮ ਨਿਕਲ ਰਿਹਾ ਹੈ ਇੱਕ ਕਿਚੂ ਆਗਾ ਨਿਕਲ ਰਿਹਾ ਹੈ ਤੇ ਇੱਕ ਕਮਰਾ ਮੇਰਾ ਹੈ ਠੀਕ ਹੈ ਮੈਨੂੰ ਜਰਾ ਇਹਨਾਂ ਨੇ ਜਰਾ ਪਿਆਰ ਨਾਲ ਰੱਖਿਆ ਹੈ ਅੱਛਾ ਠੀਕ ਹੈ ਮੇਰੇ ਕਮਰੇ ਨੂੰ ਆਗ ਨੇ ਠੀਕ ਹੈ ਆਗ ਨੇ ਉਸ ਲਈ ਰੱਖਿਆ ਸੀ ਕਿ ਹਾਂਡੀ ਵਧੀਆ ਬਣਾਉਂਦਾ ਤੁਹਾਨੂੰ ਪਤਾ ਹੈ ਕੀ ਬਾਤ ਹੈ ਭਾਈ ਜਿਹੜੀ ਚੀਜ਼ ਉਹਨੇ ਮਤਲਬ ਬਣਾਈ ਹੈ ਅੱਛਾ ਐਂਡੀ ਲਾਤਾ ਹੁਣਾ ਐਂਡੀ ਲਾਤਾ ਬਾ ਤੇ ਉਹ ਆਗਾ ਉਸ ਕਰਦੀ ਅੰਮੀ ਸੀ ਹਾਂ ਔਰ ਉਹ ਅੰਮੀ ਜਿਹੜੀ ਤੋਤੀ ਬਨ ਕੇ ਤੇ ਉੱਤੇ ਬਨਾਈਨ ਪਾਈ ਏ ਹਾਂਜੀ ਹਾਂ ਉਸ ਅੰਮੀ ਨੇ ਉਹ ਅੰਮੀ ਫਿਰਦੀ ਸਾ ਅੰਮੀ ਫਿਰ ਰਹੀ ਉੱਥੇ ਉਹ ਅੱਛਾ ਠੀਕ ਹੈ ਤੇ ਇੱਕ ਅੰਮੀ ਫਿਰ ਰਹੀ ਏ ਇੱਕ ਮੇਰਾ ਉਹ ਧਿਆਨ ਰੱਖ ਰਿਹਾ ਨੇ ਕਿ ਇਹ ਥੋੜਾ ਨਿਜ਼ਾਮ ਹੈ ਫਰਾ ਸਾਡਾ ਠੀਕ ਹੈ ਹਾਂ ਖਿਆਲ ਰੱਖ ਹਾਂ ਤੇ ਇੱਕ ਉਧਰ ਸਲੀਮ ਜੀ ਸਾਹਿਬ ਜਿਹੜੇ ਜਦੋਂ ਮਰਦੀ ਕੰਗਪੋਵੇ ਉਧਰ ਕੁ ਮਰੀਜ਼ ਪਿਆ ਹੈ ਜੈ ਠੀਕ ਹੈ ਹਾਂਜੀ ਉਹ ਸਾਰੀ ਜਿਹੜਾ ਉਹ ਜਿਹੜਾ ਟਾਈਮ ਉਹ ਮਜ਼ਾ ਉਹ ਮਜ਼ੇਦਾਰ ਅੱਛਾ ਕੋਈ ਐਸੇ ਕੋਈ ਵਾਕਿਆਤ ਉਦੋਂ ਦੇ ਕੋਈ ਸ਼ੇਅਰ ਚੁਕੇ ਇਹ ਬੜੇ ਦਿਲਚਸਪ ਗੱਲਾਂ ਨੇ ਔਰ ਇਹ ਦੇਖਣਾ ਪੁਗਜ ਚੀਜ਼ਾਂ ਬਸ ਯਾਦਗਰੀ ਨੇ ਕੋਈ ਹੈ ਵੀ ਕੋਈ ਗਲਬਾਤ ਉਦੋਂ ਦੀ ਕੋਈ ਵਾਕਿਆਤ ਹਸਨ ਭਾਈ 943 ਨੇ ਸੁਣਾਉਣ ਵਾਲੇ ਲਈ ਹੈਗੇ ਅੱਛਾ ਜੀ ਜੀ ਚਾਹ ਉਸ ਕਰਦੀਆਂ ਕੰਨਾਂ ਘਵਾਣੇ ਵਾਕਿਆਤੇ ਬਹੁਤ ਨੇ ਅੱਛਾ ਹਾਂ ਲੇਕਿਨ ਉਹ ਵਾਲੇ ਇਸ ਤਰ੍ਹਾਂ ਜਿਹੜੇ ਨਾ ਉਹ ਨਹੀਂ ਅਸੀਂ ਕੋਈ ਕੱਢਨੇ ਆ ਕਿ ਚਲੋ ਜੀ ਥੋੜਾ ਝਾੜ ਪੂੰਝ ਕੇ ਕਰਕੇ ਇੱਕ ਥੋੜਾ ਜਿਹਾ ਵੀਰ ਸਾਫ ਸੁਥਰਾ ਜੀ ਉਦੋਂ ਸਲੀਮ ਸਲੀਮ ਇੱਕ ਆਰਟਿਸਟ ਨਾਲ ਉਹਨੂੰ ਸਲੀਮ ਨੇ ਕਿਹਾ ਕਿ ਮੈਂ ਸ਼ਾਦੀ ਕਰਨੀ ਹੈ ਅੱਛਾ ਕੋਈ ਆਰਟਿਸਟਸ ਉਹ ਅੱਛੀ ਹਾਂ ਆਰਟਿਸਟਸ ਅੰਡਰਸਟੈਂਡਿੰਗ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਉਹ ਸਾਡਾ ਸਿਸਟਮ ਵਿੱਚ ਸੀ ਕਿ ਜਿਵੇਂ ਹੁੰਦਾ ਨੇ ਕਿ ਅੱਗੇ ਖਲੋ ਜਾਣਾ ਹੈ ਹੂੰ ਹੂੰ ਕਿਤਨਾ ਤੂ ਇੱਕ ਕਮਰਾ ਈਜ਼ੀਓ ਮੈਂ ਜੋ ਤੇਰੇ ਨਾਲ ਉਹਦੀ والدہ ਵੀ ਉੱਥੇ ਰਹਿੰਦੀ ਸੀ ਉਹ ਮੇਰੇ ਉਸੇ ਉਸੇ ਘਰ 'ਚ ਉਹ ਜਾ ਰਹੇ ਹੋ ਤਾਂ ਵਿਦ ਆ ਫੈਮਿਲੀ ਦੀ ਤਰ੍ਹਾਂ ਲੜਕੀਆਂ ਨੇ ਉਹਨਾਂ ਦੀਆਂ والدہ ਉਹ ਨਾਲ ਹੁੰਦੀਆਂ ਸਨ ਰਾਇਸ਼ ਤੇ ਉਹਨਾਂ ਨੂੰ ਰਾਇਸ਼ ਤੇ ਉਹਨਾਂ ਕੇ ਸਾਡੇ ਅਸੀਂ ਨਾ ਹੋਟਲ ਉਹ ਉਹਨੇ ਇਹਨੇ ਕਿਹਾ ਕਿ ਭਾਈ ਤੁਸੀਂ ਉੱਥੇ ਘਰ ਉਹ ਘਰ ਸਾਡੇ ਕੋਲ ਇਸ ਰਾਇਸ਼ ਕੋਈ ਉੱਥੇ ਘਰ ਦਾ ਖਾਣਾ ਮਿਲਦਾ ਸੀ ਉੱਥੇ ਮਿਲਦਾ ਨਾਲੇ ਉੱਥੇ ਡਰਾਮੇ ਤਾਂ ਇੱਕੋ ਡਰਾਮੇ 'ਚ ਹੋਣਾ ਤੇ ਇੱਕੋ ਗੱਡੀ ਦੇ ਵਿੱਚ ਲੇ ਲੈ ਵੀ ਉਹਨਾਂ ਨਾਲ ਜਦੋਂ ਆਵੋਗਾ ਸਾਡੇ ਨਾਲ ਹੀ ਵਾਪਸ ਆ ਜਾਣਾ ਬਿਲਕੁਲ ਸਹੀ ਇਹਨ ਮੈਂ ਕਿਹਾ ਕਿ ਤੂੰ ਕੁੜੀ ਨਾਲ ਗੱਲ ਕਰ ਲੈ ਉਹਨੂੰ ਮੈਂ ਕੁੜੀ ਨੂੰ ਪੁੱਛਿਆ ਉਹਨੇ ਕਿਹਾ ਮੈਂ ਕਿਹਾ ਬੇਟਾ ਇਹ ਸ਼ਾਦੀ ਹਨ ਉਹਨਾਂ ਕਹਿੰਦੇ ਜੀ ਭਾਈ ਮੈਂ ਤਿਆਰ ਆ ਮੈਂ ਫੀਲ ਨਹੀਂ ਕਰਨਾ ਚਾਹੁੰਦੇ ਅੱਛਾ ਅਸੀਂ ਉਹਨਾਂ ਸਾਰਾ ਇੰਤਜ਼ਾਮ ਕਰ ਲੈ ਸਵੇਰੇ ਨਕਾਹ ਦਾ ਅਗੂ ਜਿਹੜਾ ਸਾਡਾ ਜਿਹੜਾ ਅਗਲਾ ਪੋਰਸ਼ਨ ਹੁੰਦਾ ਸੀ ਨਾ ਉਹ ਟੈਕਨੀਕਲ ਆਦਮੀ ਸੀ ਆਗਾ ਠੀਕ ਹੈ ਜਿਹਨੇ ਸਾਰਾ ਅਰੇਂਜਮੈਂਟ ਅਰੇਂਜਮੈਂਟ ਮਿੱਟ ਕਰਨਾ ਸੋਵਰਾਲੀ ਗੱਲ ਹਾਂ ਜੀ ਉਹ ਉਹਨੇ ਕਰਨਾ ਹੁੰਦਾ ਸੀ ਉਹਨਾਂ ਨੇ ਅਰੇਂਜ ਕਰ ਲਿਆ ਤੇ ਇਹ ਮਤਲਬ ਕਿ ਰਾਤ ਨੂੰ ਇਹ ਹੋਇਆਗਾ ਕਿ ਕਿ ਅਮ ਉਹ ਬਈ ਤੂੰ ਇਹ ਕੋਈ ਪੱਕੀ ਗੱਲ ਕਰ ਕਿ ਇਹਨਾਂ ਨੂੰ ਟਾਈਮ ਸਿਰ ਕੁੜੀ ਕੋਲ ਕੇ ਮੈਂ ਨਹੀਂ ਕਰਨਾ ਫਿਰ ਟੈਨਸ਼ਨ ਬਣ ਜੇਗੀ ਟੈਨਸ਼ਨ ਬਣ ਜੇਗੀ ਪਹਿਲੇ ਤਾਂ ਸਾਫ ਬੰਦੀ ਦਾ ਇਹ ਇਹ ਵੇੜੇ ਚ ਖਲੋ ਕੇ ਅੱਛਾ ਉਹਨਾਂ ਨਾਲ ਗੱਲ ਕਰ ਰਿਹਾਗਾ ਬੱਚੀ ਨਾਲ ਹਾਂਜੀ ਠੀਕ ਹੈ ਉਧਰੋਂ ਉਹਦੀ والدہ ਨਿਕਲੀ ਉਹਨੇ ਸੁਣ ਲਿਆ ਕਿ ਮੇਰੀ ਬੇਟੀ ਨੂੰ ਸ਼ਾਦੀ ਦਾ ਅੱਛਾ ਉਹਨੇ ਜੇ ਸੁਣਿਆ ਉਹਨਾਂ ਨੇ ਬੱਚੀ ਨੂੰ ਮਾਰਨਾ ਸ਼ੁਰੂ ਕਰਤਾ ਵਾਲਦਾਂ ਹਾਂਜੀ ਠੀਕ ਰੋਲਾ ਪੈ ਕੇ ਇੱਥੇ ਮੈਂ ਕਰਕੇ ਦਰਵਾਜ਼ਾ ਖੋਲਿਆ ਤੇ ਇਹ ਤੋੜ ਕੇ ਮੇਰੇ ਨਾਲ ਕਿਉਂ ਉਹ ਮਾਰ ਰਹੀ ਨੂੰ ਠੀਕ ਹੈ ਮੈਂ ਕਿਹਾ ਇਹ ਟਾਈਮ ਹੈਗਾ ਇੱਥੇ ਤਾਂ ਹੀਰੋ ਬੰਨਣਾ ਹੈ ਜਾ ਮੈਂ ਕਿਹਾ ਵਾਹ ਰੋਕੋ ਨੂੰ ਹਾਂ ਇਹ ਬਾਹਰ ਨਿਕਲਿਆ ਸਲੀਮ ਸਲੀਮ ਨੇ ਕੁੜੀ ਅੱਧਰ ਕੀਤੀ ਨੇ ਕਿ ਮਾਂ ਜੀ ਮੇਰੀ ਗੱਲ ਸੁਣੋ ਗੱਲ ਮੈਂ ਇਹਨਾਂ ਕਿ ਮੈਂ ਕੀਤੀ ਹੈ ਹਾਂ ਜੀ ਮੈਂ ਇਹਨੂੰ ਕਹਿ ਰਿਹਾ ਇਹ ਤਾਂ ਕੋਈ ਕਸੂਰ ਨਹੀਂ ਤੁਸੀਂ ਇਹ ਨਾ ਕਰੋ ਇਹ ਮਾਰਨਾ ਤਾਂ ਮੈਨੂੰ ਮਾਰ ਲਓ ਠੀਕ ਉਹ ਅਮੀ ਨੇ ਫਿਰ ਇਹਨੂੰ ਮਾਰਨਾ ਸ਼ੁਰੂ ਕਰਤਾ ਸਰੀਮ ਨੂੰ ਜੁੱਤੀਆਂ ਐਵੇਂ ਕਰਕੇ ਗਏ ਤੁਸੀਂ ਇਹਦੀ ਮੈਨੂੰ ਮਾਰ ਲਓ ਹਾਂਜੀ ਤੇ ਉਲਟਾ ਮਾਰਨ ਲੱਗ ਗਏ ਹਾਂ ਮਾਈ ਨੂੰ ਕਹਿੰਦਾ ਕਿ ਮਾਂ ਦੀ ਤੁਸੀਂ ਇਹਨਾਂ ਛੱਡ ਦਿਓ ਤੁਸੀਂ ਮਾਰਨਾ ਮੇਰਾ ਕਸੂਰ ਹੈ ਮੈਨੂੰ ਮਾਰੋ ਅੰਮੀ ਨੇ ਜੁੱਤੀ ਲਾ ਕੇ ਸਰੀਮ ਨੂੰ ਡੰਗ ਡੰਗ ਮੇਰੇ ਪੌਂਜੇ ਤੱਕ ਸਰੀਮ ਨੂੰ ਉਠਾਰਾ ਨਹੀਂ ਪੈ ਗਈ ਇਹ ਸਾਲ ਐਹੀ ਲੋਪਨਾਂ ਦਾ ਵੀ ਤੁਸੀਂ ਮਸੂਲ ਅੱਛਾ ਠੀਕ ਉਸ ਬਾਅਦ ਆਗ ਨੇ ਬੋਤਲ ਤੋੜ ਲਈ ਅੱਛਾ ਤੇ ਆ ਮਾਈ ਅੱਗੇ ਕਿਤੇ ਆਗਾ ਪਿੱਛੇ ਵੀ ਨੰਦ ਕੋ ਨਸੀਆ ਜਾਏ ਨਾਗਾ ਸਾਹਿਬ ਕੋ ਅੱਛਾ ਮੰਨ ਲਓ ਕਿ ਇਹਨੇ ਉਹ ਉਸਲੇ ਸਮਝ ਨਹੀਂ ਸੀ ਹੁੰਦੀ ਕੀ ਮੰਨ ਲਓ ਇਹਨੇ ਸਾਰੀਆਂ ਚੀਜ਼ਾਂ ਦਾ ਕਿ ਇੰਜ ਫੌਰਨ ਆਪਣੇ ਯਾਰ ਦੇ ਨਾਲ ਖਲੋ ਜਾਣਾ ਨਾ ਕਿ ਵੀ ਐਸ ਠੀਕ ਹੈ ਉਹ 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 ਜਿਹੜਾ ਫਿਕਰ ਹੈ ਨਾ ਔਰ ਉਹ ਜਿਹੜੀ ਮੂਵ ਮੇਰੀ ਅਜ ਤੱਕ ਅੱਖਾਂ ਕਿਉਂ ਨਹੀਂ ਗਈ ਅਸੀਂ ਇਕੱਠੇ ਬੈਠੇ ਹੁੰਦੇ ਹਾਂ ਨਾ ਉਦੋਂ ਵੀ ਇਹਦਾ ਜ਼ਿਕਰ ਜ਼ਰੂਰ ਹੁੰਦਾ ਹੈ ਯਾਨੀ ਕਿ ਉਹ ਜਿਹੜੇ ਨਕਾਬ ਪੜਾਣਾ ਉਹਨਾਂ ਦਾ ਵੀ ਰੇਂਜ ਸਾਰੀ ਆਗਾ ਜਾਂਦੇ ਆ ਸਵੇਰੇ ਆਗਾ ਸਾਹਿਬ ਸਵੇਰੇ ਆਗਾ ਸਾਹਿਬ ਦੇ ਸਰ ਇਹ ਰਾਤ ਨੂੰ ਕਿ ਬੰਦੇ ਕੋ ਟਾਈਮ ਸੇ ਜਾ ਕੇ ਉੱਥੋਂ ਭੱਜ ਭੁਜ ਨਾ ਜਾਂਦਾ ਇਹਨਾਂ ਕੋ ਹੋਰ ਮਸਲਾ ਬਣ ਜਾਏ ਲਾੜੇ ਦੇ ਉਹ ਮਿਨੇ ਖੁੰਨੇ ਪੇ ਰਾਤੀ ਸ਼ਗਨਾ ਦੇ ਜ਼ਖਮ ਸੇਕ ਰਹੇ ਆ ਆਪਣੇ ਉਹ ਜੀ ਉਹਨੇ ਆਪਣੀ ਕੁੜੀ ਲਈ ਨਿਕਲ ਗਈ ਉਹਨੇ ਕਿਹਾ ਯਾਰ ਬਹੁਤ ਹੀ ਫਨੀ ਔਰ ਦਿਲਚਸ अच्छा मैं ना, ना।, सारी सारी ना।, ना वो जड़ी थोड़ी जी इल्जाम तराशी है सर ना जिस तरह के फॉर एग्जांपल के इल्जाम तराशी नहीं कह सकते दोस्तों का ही माहौल है ਉਹ ਗੱਲ ਸ਼ੁਰੂ ਹੋਈ ਸੀ ਉੱਤੇ ਮੈਂ ਥੋੜੀ ਰਿਪੀਟ ਕਰਦੇ ਆ ਕਿਉਂਕਿ ਉਹ ਵੀਡੀਓ ਦੇ ਉੱਤੇ ਨੂੰ ਮੌਜੂਦ ਹੋਇਆ ਉਹ ਮੈਂ ਕਹਿੰਦੇ ਤਾਸ਼ ਅਸੀਂ ਰਾਤ ਨੂੰ ਬੈਠ ਕੇ ਖੇਡਨੇ ਹੁੰਨੇ ਸੀ ਹਾਂ ਗੱਲ ਇਸ ਤਰ੍ਹਾਂ ਸ਼ੁਰੂ ਹੋਈ ਕਿ ਵੀ ਅੱਛਾ ਤਾਸ਼ ਦੇ ਵਿੱਚ ਅਗਰ ਜੇ ਤੁਹਾਨੂੰ ਦੁੱਕੀ ਆ ਚੜ ਜਾਵੇ ਤੇ ਤੁਸੀਂ ਦੁੱਕੀ ਤਾਸ਼ ਸੰਭਾਲ ਲੈਂਦੇ ਸੋ ਕਿ ਬੈਂਕ 'ਚ ਤੁਹਾਨੂੰ ਪਤਾ ਛੋਟਾ ਪੱਤਾ ਸੰਭਾਲ ਕੇ ਰੱਖਦੇ ਨੇ ਤਾਂ ਕਿ ਨੰਬਰ ਜ਼ਿਆਦਾ ਨਾ ਪਿਆ ਤੇ ਉਹ ਫਿਰ ਉਹ ਦੁੱਕੀ ਸੰਭਾਲ ਕੇ ਰੱਖਦੇ ਸੀ ਉਹ ਛੁੱਟਦੇ ਸੋ ਉਹ ਕਹਿੰਦੇ ਜੀ ਅਗਰ ਮੇਰੇ ਕੋ ਦੁੱਕੀ ਆ ਵੀ ਜਾਂਦੀ ਸੀ ਤੇ ਐਸਲੀਮ ਸਾਹਿਬ ਮੈਨੂੰ ਕਹਿੰਦੇ ਸਨ ਕਿ ਵੀ ਇਹ ਮੈਨੂੰ ਲੱਗਦੀ ਏ ਮੈਨੂੰ ਸੁੱਟ ਦੇ ਉਹ ਕਹਿੰਦਾ ਪਿਛਲੇ ਬੰਦੇ ਨੇ ਮੈਂ ਕਿਵੇਂ ਸੁੱਟ ਦੇ ਆ ਦੁੱਕੀ ਉਹ ਤੇ ਅੱਗੇ ਚੱਲਦੀ ਏ ਤੇ ਫਿਰ ਨਾਸਰ ਸਾਹਿਬ ਮੈਂ ਕਿਹਾ ਨਾਸਰ ਕਹਿੰਦੇ ਨਾਸਰ ਸਾਹਿਬ ਕਹਿੰਦੇ ਨੇ ਕਿ ਤਾਸ਼ ਮੇਰੀ ਏ ਗੱਠੀ ਮੈਂ ਮੰਗਾਈ ਏ ਦੁੱਕੀਆਂ ਤੇ ਵੀ ਮੇਰਾ ਹੱਕ ਏ ਤੇ ਦੁੱਕੀ ਤੂੰ ਹੀ ਸੁੱਟੋ ਉਹ ਨਾਸ਼ਰ ਸਾਹਿਬ ਕਹਿੰਦੇ ਕੋ ਚਾਰੋ ਹੀ ਦੁੱਖੀਆਂ ਕਿਸੇ ਮਿਲ ਲੈਣਾ ਆਪਣੀ ਆਪਣੀ ਗੇਮ ਦੇ ਵਿੱਚ ਰੱਖ ਲੈਂਦੇ ਸਨ ਉਹਨਾਂ ਨੂੰ ਉੱਥੇ ਐਡਜਸਟ ਕਰ ਲੈਂਦੇ ਸਨ ਦੇਖੋ ਮੇਰੀ ਗੱਲ ਸੁਣੋ ਗੱਲ ਇਹ ਕੀ ਜਦੋਂ ਸਾਰੀ ਚੀਜ਼ ਹੈ ਮੇਰੀ ਹੂੰ ਤੇ ਮੈਂ ਲੈਣੀਆਂ ਦੁੱਖੀਆਂ ਨਹੀਂ ਕਿ ਤੁਹਾਨੂੰ ਲੈਣੀਆਂ ਨੇ ਇਹ ਉਦੋਂ ਸਿਰਫ ਦੁੱਖੀ ਸਨ ਅੱਛਾ ਇਹ ਦੁੱਖੀ ਨੂੰ ਵੇਖਦੇ ਸਨ ਹਾਂ ਦੁੱਖੀ ਹੋ ਕੇ ਨਾ ਦੁੱਖੀ ਹੋ ਕੇ ਇਹ ਟਾਈਮ ਉਹਦਾ ਗੁਜ਼ਰਿਆ ਉਹ ਇੰਜ ਦਾ ਗੁਜ਼ਰਿਆ ਅੱਛਾ ਹਾਂ ਅਜਨაზ ਸਾਬ ਪਲੀਜ਼ ਇੱਥੇ ਜੀ ਰੁਕ ਜੰਨੇ ਮੈਂ ਕਹਿ ਰਿਹਾ ਕਿ ਇਹ ਜਿਹੜੇ ਤਿੰਨ ਯੱਕੇ ਇੱਕੋ ਹੀ ਕਾਰ ਦੇ ਵਿੱਚ ਠੀਕ ਹੈ ਰਹਿੰਦੇ ਸਨ ਇਹਨਾਂ ਯੱਕਿਆਂ ਨੂੰ ਅਸੀਂ ਤਿੰਨ ਯੱਕੇ ਇਕੱਠੇ ਕਰਾਂਗੇ ਤੁਸੀਂ ਵੀ ਮੇਰੇ ਨਾਲ ਵਾਅਦਾ ਕੀਤਾ ਠੀਕ ਹੈ ਆਪਣਾ ਆਗਾ ਮਾਜੀ ਸਾਹਿਬ ਨੇ ਵੀ ਕਿਹਾ ਹੈ ਔਰ ਸਲੀਮ ਸਾਹਿਬ ਨੇ ਵੀ ਕਿਹਾ ਕਿ ਤਿੰਨੋਂ ਬੈਠਾਂਗੇ ਉਹਨੇ ਕਿ ਜਿਸਲੇ ਅਮਨੇ ਸਾਹਮਨੇ ਬੈਠਾਂਗੇ ਨਾ ਫਿਰ ਮੂੰਹ ਹੀ ਤੂੰ ਗੱਲ ਹੋਏਗੀ ਠੀਕ ਇਕੱਲਾ ਬੈਠਾ ਮੈਂ ਕੁਛ ਕਹੀ ਜਾਵਾਂ ਸਲੀਮ ਸਾਹਿਬ ਮੈਂ ਕਹੀ ਜਾਵਾਂ ਐ ਫਿਰ ਕੋ ਟਾਈਮ ਰੱਖਨੇ ਆ ਕਿਉਂਕਿ ਸਾਡੇ ਸੁਣਨ ਵਾਲੇ ਜਾਣਨ ਵਾਲੇ ਤੁਸੀਂ ਕਮੈਂਟਸ ਅਗਰ ਦੇਖੋ ਨਾ ਜਾ ਕੇ ਤੇ ਲੋਕੀ ਬੜੀ شدت ਦੇ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਇਹ ਤਿੰਨ ਯੱਕੇ ਜਿਹੜੇ ਨੇ ਇੱਕਠੇ ਬੈਠਣ ਤੇ ਅਸੀਂ ਆ ਸੁਣੋ ਫਿਰ ਜ਼ਿਆਦਾ ਮਜ਼ਾ ਆਏਗਾ ਉਹ ਯਾਦਾਂ ਫਿਰ ਜ਼ਿਆਦਾ ਵਧੀਆ ਸਾਂਝੀ ਹੋਣਗੇ ਸਾਂਝੀ ਹੋਣਗੇ ਇਸ ਕਰਕੇ ਨੂੰ ਮੈਂ ਲੁਕਾ ਰਹੇ ਹਾਂ ਠੀਕ ਹੈ ਅਜੇ ਇਸ ਗੱਲ ਤੇ ਉਹ ਅਸੀਂ ਇਨਸ਼ਾ ਅੱਲਾਹ ਤਾਲਾ ਸਪੈਸ਼ਲ ਇੱਕ ਨਿਸ਼ਸਤੀ ਅਨਿਸ਼ਸਤੀ ਇਹ ਰੱਖਾਂਗੇ ਠੀਕ ਹੋ ਗਿਆ ਤਿੰਨ ਯੱਕਿਆਂ ਦੀ ਅੱਛਾ ਮਲਤਾਨ ਦੇ ਵਿੱਚ 나ਸੀਰ ਫਾਤੀਹਾ ਉਹ ਉਸ ਤੋਂ ਬਾਅਦ ਫਿਰ ਲਾਹੌਰ ਆ ਲਾਹੌਰ ਅਮਾਨullah ਖਾਨ ਸਾਹਿਬ ਨੇ ਮੈਨੂੰ ਬੁਲਾਇਆ ਜੀ ਉਹਨਾਂ ਨੇ ਉਹਨਾਂ ਨੇ ਆਪਣਾ ਪ੍ਰੋਡਕਸ਼ਨ ਆਫ ਸਕੂਲ ਸੀ ਫਿਰ ਅਮਾਨ ਸਾਹਿਬ ਨੇ ਮੈਨੂੰ ਗੈਰਦੂ ਲਾਹੌਰ ਆ ਜਾ ਔਰ ਇੱਥੇ ਬੁਲਾ ਕੇ ਉਹਨਾਂ ਨੇ ਮੈਨੂੰ ਡਰਾਮਾ ਕਰਵਾਇਆ ਤੇ ਇੱਥੇ ਆ ਕੇ ਉਹਨਾਂ ਨੂੰ ਵੀ ਪਸੰਦ ਸੀ ਇਹਨੇ ਵਾਲਾ ਅੱਛਾ ਉਹ ਹੀ ਡਰਾਮਾ ਕਰਵਾਇਆ ਹੂੰ ਹੂੰ ਔਰ ਬਹੁਤ ਵਧੀਆ ਬਹਿ ਉਹ ਜਿਹੜਾ ਲਾਤੇ ਉਹਨਾਂ ਨੇ ਨਾ ਹਾਂ ਹਾਂ ਉਹ ਲੱਗ ਗਿਆ ਅੱਛਾ ਉਹ ਫਿਰ ਜਿਸ ਤਰ੍ਹਾਂ ਲੱਗ ਜਾਂਦਾ ਹਾਂ 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 ਉਹ ਅਮਾਨ ਸਾਹਿਬ ਸਨ ਉਹਨਾਂ ਦੇ ਤੇ ਪਿਆਰ ਸ਼ਿਕਸ ਕਮੀ ਕੋਈ ਨਹੀਂ ਸੀ ਕਮੀ ਕੋਈ ਨਹੀਂ ਸੀ ਉਹ ਲਾਤੇ ਉਹਨਾਂ ਨੇ ਉਹ ਜਿਹੜੇ ਲੱਗਿਆ ਉਹ ਜਿੰਨੇ ਦਿਨ ਉਹਨਾਂ ਨੇ ਡਰਾਮੇ ਕਰਦੇ ਰਹਿ ਫਿਰ ਜਦੋਂ ਉਹਨਾਂ ਨੇ ਛੱਡੇ ਪ੍ਰੋਡਕਸ਼ਨ ਫਿਰ ਜਿਹੜੇ ਅੱਗੋਂ ਪ੍ਰੋਡੂਸਰ ਆਏ ਅਲੀ ਰਜ਼ਾ ਰਾਹ ਮੇਰਾ ਜੀ ਅਲੀ ਰਜ਼ਾ ਅਲੀ ਰਜ਼ਾ ਸਾਡੇ ਫੀਲਡ ਦੇ ਇਸ ਡਰਾਮਾ ਫੀਲਡ ਦੇ ਇੱਕ ਬਹੁਤ ਹੀ ਹੁਨਰ ਹਾਲ ਪ੍ਰੋਡੂਸਰ ਹੁਨਾਰ ਮੈਂ ਸਹਿ ਕਰ ਰਹੇ ਆ ਕਿ ਬੜੀ ਕਮ ਏਜ ਦੇ ਵਿੱਚ ਹੀ ਮਤਲਬ ਕਿ ਕਮ ਏਜ ਦੀ ਨਹੀਂ ਉਹ ਤੇ ਮਾਂ ਦੀ ਗੋਦ ਚ ਹੀ ਕਿ ਮੈਡਮ ਨਹੀਦ ਖਾਨਮ ਜਿਹੜੀ ਕਿ ਸਾਡੇ ਸਟੇਜ ਦੀ ਟੈਲੀਵਿਜ਼ਨ ਦਾ ਇੱਕ ਬਹੁਤ ਵੱਡਾ ਨਾਮ ਨੇ ਰਾਈਟਰ ਡਾਇਰੈਕਟਰ ਪਰ ਪ੍ਰੋਡੂਸਰ ਔਰ ਬਹੁਤ ਸਾਰੇ ਲਾਹੌਰ ਦੇ ਵਿੱਚ ਆਰਟਿਸਟਾਂ ਦੇ ਵਿੱਚ ਉਹਨਾਂ ਨੇ ਬਣਾਇਆ ਤੇ ਕਰਕੇ ਉਹਨਾਂ ਨੂੰ ਯੂਜ਼ ਕਰਵਾਇਆ ਔਰ ਮਿਹਨਤ ਕਰਕੇ ਬੜੇ ਬੜੇ ਵੱਡੇ ਨਾਮ ਜਿਨ੍ਹਾਂ ਚੋਂ ਅਸਲ ਚੱਲਦੇ ਸਨ ਬਹੁਤ ਬਹੁਤ ਕੰਮ ਕੀਤਾ ਉਹ ਸਾਡੇ ਵੱਡੇ ਨੇ ਸਾਡੇ ਸੀਨੀਅਰ ਨੇ ਜਿਨ੍ਹਾਂ ਦੇ ਚੱਲੇ ਹੋਏ ਕਦਮਿਆਂ ਕਦਮਾਂ ਦੇ ਨਿਸ਼ਾਨਾਂ ਤੇ ਅਸੀਂ ਲੋਕ ਸਾਡੇ ਸਫਰ ਕਰ ਰਹੇ ਆ ਤੇ ਉਹਨਾਂ ਦੇ ਸਹਬਜ਼ਾਦੇ ਅਲੀ ਰਜ਼ਾ ਅਲੀ ਭਾਈ ਪਿਆਰਾ ਭਾਈ ਹਮਾਰਾ ਉਹ ਮਾਸ਼ਾਅੱਲਾ ਪ੍ਰੋਡੂਸਰ ਹੈ ਔਰ ਬਹੁਤ ਬੜਾ ਨਾਮ ਹੈ ਹਮਾਰੀ ਇਸ ਬਾਫਰੋਖ ਸੁਬਤ ਅਲੀ ਜੀ ਤੇ ਮੈਂ ਉਹ ਫਿਰ ਇੱਕ ਇਨ ਮਤਲਬ ਇੱਕ ਦੂਸਰੇ ਦੀ ਇਨੀ ਸਪੋਰਟ ਨੇ ਮੇਰੀ ਬਹੁਤ ਸਪੋਰਟ ਕੀਤੀ ਹੂੰ ਪੈਸੇ ਵਿਧਾਨ ਦੇ ਵਿੱਚ ਠੀਕ ਹੈ ਇਹ ਚੀਜ਼ ਦਾ ਮਤਲਬ ਕਦੀ ਵੀ ਨਹੀਂ ਆਇਆ ਕਿ ਉਹ ਐਸਾ ਆਇਆ ਕਿ ਪ੍ਰੋਡੂਸਰ ਅਲੱਗ ਨਾ ਬਣਿਆ ਹੋ ਨਾ ਕਦੀ ਮੈਂ ਉਹਦੇ ਨਾਲ ਐਕਟਰ ਬਣਿਆ ਜੀ ਉਹ ਸਪੋਰਟਿੰਗ ਜਿਹੜੀ ਨਾ ਫਿਰ ਉਹ ਜਿਹਨੂੰ ਉਹਦੇ ਲੈ ਕੇ ਆਈ ਠੀਕ ਹੈ ਉਹ ਗਰੂਪ ਉੱਥੇ ਆਲੀ ਬਾਈ ਨਾਲ ਹੋ ਰਿਹਾ ਅੱਛਾ ਅਮਨੁੱਲਾਹ ਸਾਹਿਬ ਦਾ ਦੇਖੋ ਇਹ ਵਸਬ ਰਿਹਾ ਹੈ ਕਿ ਉਹ ਇਸੇ ਤਰ੍ਹਾਂ ਹੀ ਗਰੂਮ ਆਰਟਿਸਟਾਂ ਨੂੰ ਜਗ੍ਹਾ ਦੇ ਨਹੀਂ ਨਵੇਂ ਆਰਟਿਸਟਾਂ ਨੂੰ ਲੇਕਿਨ ਟੈਲੈਂਟਡ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਮੇਰੇ ਉਹਨਾਂ ਨਾਲ ਗੱਲ ਹੋਤੀ ਕਹਿੰਦੇ ਕਿ ਉਹ ਜਿੰਨੇ ਦੋੜਨ ਵਾਲਾ ਘੋੜਾ ਨਾਲ ਨਜ਼ਰ ਆ ਜਾਂਦਾ ਤੇ ਲੰਗੜੇ ਘੋੜੇ ਦੀ ਮੈਂ ਕਦੀ ਇੰਜ ਕਰਕੇ ਬਾਹ ਉੱਚੀ ਨਹੀਂ ਕੀਤੀ ਦੀ ਉਹਨਾਂ ਦਾ ਇੱਕ ਆਪਣਾ ਐਕਸਪੀਰੀਅੰਸ ਸੀ ਇੱਕ ਤਜਰਬਾ ਉਹ ਫਿਰ ਕੁਝ ਦਿਨਾਂ ਬਾਅਦ ਬਾਉਂਚ ਹੀ ਕਰਦੇ ਸਨ ਪਤਾ ਚੱਲ ਜਾਂਦਾ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਕੀ ਡਿਊਟੀ ਹੁੰਦੀ ਸੀ ਕਿ ਉਹ ਜਿਸ ਨੇ ਇਸ ਤਰ੍ਹਾਂ ਦੀ ਸਾਈਡਸ ਦੇ ਉੱਤੇ ਕੰਮ ਕਰਕੇ ਲਾਹੌਰ ਚ ਆਂਦੇ ਸਨ ਤੇ ਉਹਨਾਂ ਨੇ ਉਹ ਹੋਏ ਉੱਥੇ ਇੱਕ ਮੁੰਡਾ ਨਾਸਰ ਚ ਨਿਉਟੀ ਉਹਨਾਂ ਨੇ ਤੇ ਬਾਵਾ ਮੇਰੀ ਉਹਨੇ ਬਚ ਕਰਾ ਇੱਥੇ ਲਾਹੌਰ ਦੇ ਵਿੱਚ ਮੈਂ ਪਛਾਣ ਤਾ ਤੁਹਾਡੀ ਆ ਹੀ ਨਹੀਂ ਤੁਸੀਂ ਅਗਰ ਫੈਸਲਾਬਾਦ ਤੋਂ ਇੱਥੋਂ ਕੇ ਆਏ ਹੋ ਜੀ ਜੀ ਤੇ ਲਾਹੌਰ ਦੀ ਤੇ ਆਡੀਅੰਸ ਹੀ ਹੋਰੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਫਿਰ ਡਰਾਮੇ ਦੇ ਦੌਰਾਨ ਜਦੋਂ ਕਲਾ ਪਾਣੀ ਤੇ ਉਹ ਨਾਲ ਦੱਸਣਾ ਕਿ ਇਹਦਾ ਨਾਂ ਨਾਸਰ ਚ ਨਹੀਂ ਉੱਟੀਏ ਹਾਂ ਇਹਦਾ ਨਾਂ ਸਖਾਵਤ ਨਾਜ਼ ਹੈ ਨਾ ਹੁੰਦੱਸ ਵੀ ਉਹਨਾਂ ਦੇ ਲੋਕਾਂ ਨੂੰ ਨਾ ਉਹ ਪਹਿਲੇ ਹੀ ਕਿ ਭੀ ਉਹ ਆਉਣ ਤੋਂ ਪਹਿਲੇ ਡਰਾਮੇ ਜਿਵੇਂ ਮੁੰਡਾ ਭਾਈ ਮੈਂ ਦੇਗਾ ਨਸੀਮ ਵਿੱਕੀ ਵੇਖਿਆ ਮੈਂ ਉਹ ਸਰਦਾਰ ਕਮਾਲ ਵੇਖਿਆ ਫੈਸਲਾ ਮੈਂ ਸਖਾਵਤ ਇਸ ਨਾਂ ਲੈ ਲੈ ਕੇ ਉਹਨਾਂ ਨੇ ਇੱਥੇ ਪ੍ਰੋਡੂਸਰਾਂ ਨੂੰ ਦੱਸਣਾ ਕਰਨਾ ਫਿਰ ਫਨਕਾਰਾਂ ਨੇ ਇੱਥੇ ਆਣਾ ਫਿਰ ਅਜੋ ਜੇ ਮੈਂ ਜਦੋਂ ਪਹਿਲੀ ਵਾਰ ਇੱਥੇ ਆਇਆ ਸੀ ਤੇ ਉਹ ਪੰਜਵਿਲ ਨੇ ਮਤਲਬ ਕਿ ਰੈਥਰ ਐਸਲ ਸੀ ਅਗਲਾ ਡਰਾਮ ਹੀ ਲੋਰ ਹੂੰ ਪੰਜਵਿਲ ਡਾਇਰੈਕਟਰ ਸਨ ਤੇ ਪੰਜਵਿਲ ਨੇ ਸਟੇਜ ਤੇ ਖੜੋ ਕੇ ਪਹਿਲੇ ਕਿਹਾ ਕਿ ਨਾਸਰ ਸਿਟੀ ਕੋਣ ਹੈ ਹੂੰ ਹੂੰ ਮੈਂ ਉੱਠ ਕੇ ਪਾਇਨ ਮੈਂ ਸ੍ਰੇਲਾ ਮਹਸਾਵਨ ਜੀ ਸ੍ਰੇਲਾ ਮਹਸਾਵਨ ਇਹ ਇਧਰ ਆ আচ্ছা ਇਹ ਮਹਾਨਸਾਵਨ ਤੇਰੀ ਤਰੀਫ ਕੀਤੀ ਕੋਈ ਗਲਤੀ ਹੋਈਗੀ ਦੇਖ ਵਾਓ ਉਹ ਵੀਰ ਪਾਇਨ ਨੇ ਮੇਰੇ ਕੋਲ ਰੋਲ ਕਰਵਾਇਆ ਹੂੰ ਹੂੰ ਡਰਾਮਾ ਮੇਰਾ ਸੀ ਇੱਥੇ ਬੁੱਧੂ ਕਈਂ ਦਾ ਅੱਛਾ ਅਤਰ ਸ਼ਾਹ ਖਾਂ ਸਾਫਾ ਲਿਖਿਆ ਜੀ ਉਹ ਟਾਈਟਲ ਰੋਲ ਜਿਹੜਾ ਨਾ ਉਹ ਮੈਂ ਕਿਹਦੇ ਸਾਈ ਦਾ 500 ਲਿਖ ਰਿਹਾ ਸੀ ਵਾ 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 ਅੱਛਾ ਆਰਫਾ صدیقی ਸਾਹਿਬ ਮਹਿਰਵਾਨ ਸੁਣ ਵਾ 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 ਅੱਛਾ ਲਾਹੌਰ ਚ ਆ ਕੇ ਉਹ ਟਾਈਟਲ ਰੋਲ ਬੁੱਧੂ ਕਹੀਂ ਲੇਕਿਨ ਉਥੋਂ ਕਿਤੇ ਜੁਕਤਾ ਤੇ ਬਲਾ ਤੇ ਉਹ ਤੁਸੀਂ ਦੈਂ ਤੇ ਅਗੂ ਰੋਲ ਕੀ ਭਾਈ ਨੇ ਖੁਸ਼ ਨਸੀਬੀ ਰਹੀ ਕਿ ਇਹ 우ਸਤਾਦ ਲੋਗ ਅਮਾਨੁਲਲਾਹ ਸਾਹਿਬ ਵਰਗੇ ਤਾਰਿਕ ਜਵੇਦ ਸਾਹਿਬ ਵਰਗੇ ਉਮਰ ਸ਼ਰੀਫ ਸਾਹਿਬ ਵਰਗੇ ਸੋਹੇਲ ਅਹਿਮਦ ਸਾਹਿਬ ਵਰਗੇ ਕਿੰਨੀ ਇਹ ਸਾਰੇ ਇੱਕ ਆਪਣੇ ਆਪਣੇ ਪੋਰਸ਼ਨ ਦੇਣਾ ਬੇताज ਬਾਦਸ਼ਾਹ ਨੇ ਕਿ ਇਹਨਾਂ ਦੀ ਇੱਕ ਕਮ ਦਾ ਜਿਹੜਾ ਸਕੂਲ ਲਈ ਹਾਂਜੀ ਤੇ ਉਹ ਤੁਸੀਂ ਸਾਰੇ ਸਕੂਲਾਂ ਦੇ ਵਿੱਚੋਂ تعلیم ਹਾਸਲ ਕੀਤੀ ਉਹ ਹੁਣ ਅੱਜੋ ਹੀ ਹੈ ਨਾ ਕਿ ਉਹ ਗੱਲ ਕਿ ਉਹ ਇਤਨਾ ਕਿ 우ਸਤਾਦਾਂ ਨੂੰ ਮੈਂ ਜ਼ਿਆਦਾ ਦੇਰ ਨਹੀਂ ਲੱਗਦੀ ਸਮਝਣੇ ਚ ਸੰਜਨ ਕੋਈ ਸਮਝਾ ਰਹੇ ਉਹਨਾਂ ਤੇ ਦੇਰ ਨਹੀਂ ਲੱਗਦੀ ਤਾਂ ਸਾਡੀ ਸਮਝ ਕੇ ਕੀ ਗੱਲ ਹੋ ਰਹੀ ਇਹ Nusrat ਸਿਰਫ ਪਾਕਿਸਤਾਨ ਚ ਹੀ ਨਹੀਂ ਬਲਕੇ ਤੁਹਾਨੂੰ ਇੰਟਰਨੈਸ਼ਨਲੀ ਸਟੱਡ ਦੇ ਉੱਤੇ ਜਿਸਲੇ ਵੱਡੇ ਕੰਪੀਟੀਸ਼ਨ ਚ ਗਏ ਹੋ ਔਰ ਅੱਜ ਤੁਸੀਂ ਯੂਕੇ ਔਰ ਰਚੜ ਦੇ ਪੰਜਾਬ ਦੀਆਂ ਫਿਲਮਾਂ ਕਰਦੇ ਹੋ ਹਾਂਜੀ ਔਰ ਬੈਲੈਂਸ ਉੱਤੇ ਕਰ ਰਹੇ ਹੋ ਯਾਨੀ ਕਿ ਉਹਨਾਂ ਦੇ ਹੀਰੋ ਔਰ ਤੁਸੀਂ ਲੋਕ ਹੀਰੋ ਨਹੀਂ ਤੁਹਾਡੇ ਲਈ ਜੋ ਸੋਚ ਰਹੇ ਨਾ ਤੁਹਾਡੇ ਲਈ ਦੇਖੋ ਇਹਦਾ ਕ੍ਰੈਡਿਟ ਜਾਂਦਾ ਸਭ ਤੋਂ ਪਹਿਲੇ ਰਿਦਮ ਵਾਇਨ ਨੂੰ ਹਮ ਅਮਰਿੰਦਰ ਗਿੱਲ ਨੂੰ ਹਮ ਹਮ ਕਾਰਜ ਗਿਲ ਨੂੰ ਜੀ ਤੇ ਆਪਣਾ ਡਾਇਰੈਕਟਰ ਜਨਜੋਤ ਹਮਮ ਤੇ ਉਹਨਾਂ ਦੇ ਕਰਤਾ ਕਰਤਾ ਜਰਮੈਲ ਬਾਜੀ ਹਮਮ ਪਹਿਲੀ ਫਿਲਮ ਸਾਡੀ ਉਸੀ ਸਾਰਿਆਂ ਦੀ ਜੀ ਫਿਰ 2 ਬਣੀ ਹਮਮ ਫਿਰ 3 ਬਣੀ ਹਮਮ ਤੇ ਉਹ ਉਹ ਮੈਨੂੰ ਕਹਿੰਦੇ ਨੇ ਕਾਰਜ ਦੇ ਭਾਈ ਕਹਿੰਦੇ ਨੇ ਕਹਿੰਦੇ ਬਾਜੀ ਅਗਰ ਸਾਡੀ ਫਿਲਮ ਨਹੀਂ ਹੈਗੀ ਤੇ ਤਾਂ ਫਿਰ ਕਰੋ ਜੋ ਸਾੜੀਆਂ ਹੀ ਨਹੀਂਆਂ ਨੇ ਤੇ ਫਿਰ ਬੋਰ ਕਰਨ ਦੀ ਕੀ ਲੋੜ ਤੇ ਉਹਨਾਂ ਦੂਸਰੇ ਜਿਹੜੇ ਸਾਨੂੰ ਉਹ ਸਾਰੇ ਉਹ ਵੀ ਪਰਾ ਸਨ ਹੂੰ ਹੂੰ ਐਵੇਂ ਹੀ ਹੋ ਗਿਆ ਗਿਪੀ ਵਾਜੂ ਗਿਆ ਅੱਛਾ ਮੈਂ ਨਾਸਰ ਜੀ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਅੱਲਾਹ ਪਾਕ ਨੇ ਨਸਰ ਨਸੀਬ ਕੀਤੀ ਤੁਸੀਂ ਫਾਤੇ ਹੋਏ ਪਾਕਿਸਤਾਨ ਦੇ ਪਾਕਿਸਤਾਨ ਦੇ ਕਲਚਰ ਚ ਇਸ ਇੰਡਸਟਰੀ ਚ ਨਾਮ ਬਣਿਆ ਕਿਉਂਕਿ ਸਟੇਜ ਦੇ ਉੱਤੋਂ ਤੁਹਾਡੀ ਡਾਇਰੈਕਟ ਜਿਹੜੀ ਅੱਲਾਹ ਪਾਕ ਨੇ ਛਲਾਂਗ ਫਿਲਮ ਇੰਡਸਟਰੀ ਚ ਤੁਸੀਂ ਪਾਕਿਸਤਾਨੀ ਫਿਲਮਾਂ ਚ ਐਜ਼ ਅ ਹੀਰੋ ਇੱਥੇ ਕਿੰਨੀਆਂ ਫਿਲਮਾਂ ਕੀਤੀਆਂ ਇਹ ਸਾਰਾ ਕੰਮ ਤੇ ਚੱਲ ਰਿਹਾ ਸੀ ਤੁਸੀਂ ਸੁਪਰਸਟਾਰ ਸੋ ਤੁਸੀਂ ਇਹ ਹੁਣ ਚਰਦੇ ਪੰਜਾਬ ਦੀਆਂ ਫਿਲਮਾਂ ਆ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਫਿਲਮਾਂ ਨੇ ਇਹ ਕਿਸ ਤਰ੍ਹਾਂ ਇਹ ਬਣੀ ਗੱਲ ਕਿ ਤੁਸੀਂ ਇੱਥੋਂ ਉੱਥੇ ਮੂਵ ਕੀਤਾ ਉਹਨਾਂ ਫਿਲਮਾਂ ਵਿੱਚ ਪਹਿਲੇ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਜਨਜੋਤ ਭਾਜੀ ਨਾਲ ਜੀ ਠੀਕ ਹੈ ਫਿਰ ਉਹ ਉਹਨਾਂ ਨਾਲ ਜਿਵੇਂ ਇੱਕ ਕਰਤਾ ਤਰਤਾ ਹੁੰਦਾ ਠਾਕੁਰ ਸਾਹਿਬ ਮੈਂ ਕਿਹਾ ਯਾਰ ਤੂੰ ਗੱਲ ਕਰ ਲੈ ਹਾਂ ਠੀਕ ਕਿਉਂਕਿ ਇੱਕ ਬੰਦਾ ਜਿਹੜਾ ਕਿਉਂਕਿ ਉਹ ਤੁਹਾਨੂੰ ਪਤਾ ਹੈਗਾ ਉਹਦਾ ਠੀਕ ਤੇ ਉਹ ਫਿਰ ਸਾਰੀ ਗੱਲ ਕਰ ਲਈ ਉਹਨਾਂ ਨੇ ਠੀਕ ਫਿਰ ਉਹ ਸ਼ੂਟ ਸ਼ੁਰੂ ਹੋ ਗਈ ਉੱਥੇ ਕਿ ਮਨੋ ਲ ਜਿਹੜਾ ਮਨੋ ਲ ਇੱਕ ਇਹ ਇੱਕ ਦੂਸਰੇ ਤੇ ਇਤਮਾਦ ਦੀ ਗੱਲ ਹੁੰਦੀ ਹੂੰ ਹੂੰ ਕਿ ਤੁਸੀਂ ਤੁਸੀਂ ਮੈਨੂੰ ਕਹੋਗੇ ਤੂੰ ਗੱਲ ਕਰ ਲਈ ਹੂੰ ਹੂੰ ਤੇ ਉਹ ਫਿਰ ਜਿਹੜੀ ਗੱਲ ਕੋਈ ਵੀ ਪ੍ਰੋਡਕਸ਼ਨ ਦੇ ਵਾਲਾ ਨਾ ਉਹ ਫਿਰ ਠਾਕ ਕਰਨੇ ਸਾਰੀ ਕਰ ਲਈ ਠੀਕ ਹੈ ਲੇਕਿਨ ਦੱਸ ਕੇ ਇੱਕ ਦੂਸਰੇ ਨਾਲ ਬਿਲਕੁਲ ਕਿ ਐਂਡ ਅਰੇਂਜ ਕਰ ਲਈ ਮੈਂ ਠੀਕ ਉਹ ਫਿਰ ਇਹਨੂੰ ਕਹੇ ਕਿ ਕਿ ਅਸਰੇ ਹੀ ਹੁੰਦਾ ਹੈ ਇਹ ਤੇ ਗਲਗੁਲੇ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਬੀਦੂ ਕਰਦੇ ਤੇ ਉਹ ਮੇਰੀ ਗੱਲ ਤੁਸੀਂ ਕਰ ਲਈ ਆ ਸੁਣ ਬਾਈ ਪਤਾ ਕੀ ਗੱਲੇਗਾ ਉਹ ਪਤਾ ਨਹੀਂ ਜਦੋਂ ਮਿਲੇ ਆ ਨਾ ਉਦੋਂ ਪਤਾ ਲੱਗਿਆ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਵਾਹ ਉਦੋਂ ਪਤਾ ਲੱਗਿਆ ਤੁਹਾਨੂੰ ਜ਼ਾਹਰ ਕਿ ਇਹ ਚੀਜ਼ਾਂ ਮੁਲਾਕਾਤ ਜੁ ਨਹੀਂ ਹੈ ਮੁਲਾਕਾਤ ਉਹ ਜਿਹੜੀ ਇੱਕ ਫਸਟ ਮੁਲਾਕਾਤ ਉਹਨਾਂ ਦੇ ਚਿਹਰਿਆਂ ਤੇ ਉਹ ਖੁਸ਼ੀਆਂ ਫਿਰ ਉਹ ਤਿੰਨ ਫਿਲਮਾਂ ਦੇ ਵਿੱਚ ਵਿੱਚ ਨਾ ਉਹ ਪਤਾ ਉਹ ਹੋਰ ਗੱਲ ਹੋ ਗਈ ਮੇਰੀ ਤੇ ਕੋਈ ਹੋਰ ਗੱਲ ਹੋ ਗਈ ਬਾਕੀ ਦਾ ਸਿਸਟਮ ਦਾ ਮੈਨੂੰ ਪਤਾ ਮਤਲਬ ਕੋ ਫੈਮਿਲੀ ਹੋ ਗਈ ਉਹ ਕਾਰਜ ਬਾਜੀ ਔਰਮਿੰਦਰ ਗਿੱਲ ਦੋਵੇਂ ਦੋਸਤ ਨੇ ਬਚਪਨ ਦੇ ਯਾਰ ਨੇ ਇਕੱਠੇ ਸਕੂਲ ਪੜ੍ਹੇ ਨੇ ਉਹਨਾਂ ਦਾ ਪ੍ਰੋਡਕਸ਼ਨ ਹੋ ਉਹਨਾਂ ਇੱਕ ਹੋ ਗਈ ਫਿਰ ਫੈਮਿਲੀ ਵਾਲੀ ਗੱਲ ਹੋ ਗਈ ਉਹ ਮਤਲਬ ਕਿ ਇਹ ਕੋਈ ਨਹੀਂਗਾ ਕੋਈ ਦਾਰਾ ਆਏਗਾ ਤੇ ਉਹ ਪਿਆਰ ਇੰਨਾ ਮਤਲਬ ਇੰਨਾ ਟਾਈਮ ਗੁਜ਼ਰਿਆ ਹੈ ਇਹ ਚੀਨਾਂ ਤੂੰ ਗੱਲ ਹੋਰ ਪਾਸੇ ਟੁਰ ਗਈ ਉਹ ਮਨ ਕੋਈ ਉਹ ਨਾਂ ਵੀ ਕਰ ਰਹੇ ਫਿਲਮ ਤੇ ਮੈਨੂੰ ਉਹ ਫੋਨ ਕਰਦੇ ਨੇ مشورہ ਲੈਂਦੇ ਨੇ یا ਕੋਈ ਕੰਮ ਹੋਵੇ ਕਿ ਭਾਜੀ ਇਹ ਕੰਮ ਕਰਾ ਦਿਓ ਬਿਲਕੁਲ ਅੱਛਾ ਸਾਡੇ ਪੰਜਾਬੀ ਦੀ ਮਿਸਲ مشهور ਦੇ ਘਰ ਦੀ ਮੁਰਗੀ ਦਾਲ ਬਰਾਬਰ ਇੱਥੇ ਤੁਸੀਂ ਫਿਲਮ ਇੰਡਸਟਰੀ 'ਚ ਕੰਮ ਕੀਤਾ ਐਜ਼ ਅ ਹੀਰੋ ਕੀਤਾ ਕਾਮਯਾਬ ਫਿਲਮਾਂ ਤੁਹਾਡੀਆਂ ਇੱਥੇ ਹੋਈਆਂ ਉਸ ਤੋਂ ਬਾਅਦ ਤੁਸੀਂ ਉੱਥੇ ਕੰਮ ਕਰ ਰਹੇ ਹੋ ਕੀ ਫਰਕ ਮਹਿਸੂਸ ਕਰਦੇ ਹੋ ਇੱਥੇ ਕੰਮ ਕਰਨ 'ਚ ਸਾਡੇ ਐਨਰ ਰਵਈਏ 'ਚ ਔਰ ਉੱਥੋਂ ਦੇ ਰਵਈਏ 'ਚ ਅਸਨ ਭਾਈ ਬੜੇ ਟੈਲੈਂਟਡ ਲੋਕ ਨੇ ਸਾਡੇ ਕੋਲ ਡਾਇਰੈਕਟਰ ਲੈ ਲੋ ਰਾਈਟਰ ਲੈ ਲੋ ਐਕਟਰ ਲੈ ਲੋ ਹੂੰ ਠੀਕ ਹੈ ਬਹੁਤ ਸਾਰੇ ਲੋਕ ਔਰ ਉਹਨਾਂ ਨੂੰ ਸਾਰਾ ਕੰਮ ਆਉਂਦਾ ਹੈਗਾ ਹੂੰ ਕੰਮ ਕਰਨਾ ਹੋਰ ਗੱਲ ਹੈਗੀ ਹੂੰ ਹੂੰ ਕਿਸੇ ਨੂੰ ਕੰਮ ਕਰਦੇ ਆਂ ਵੇਖਦੇ ਆਂ ਹੋਰ ਗੱਲ ਹੈ ਹਾਏ 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 ਵਾਹ ਵਾਹ ਜਦੋਂ ਕਿਸੇ ਨੂੰ ਕੰਮ ਕਰਦੇ ਆਂ ਵੇਖ ਕੇ ਤੁਸੀਂ ਖੁਸ਼ ਹੋ ਜਾਓਗੇ ਨਾ ਤੇ ਇਨਸ਼ਾਅੱਲਾ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਇੰਨਾ ਫਰਕ ਹੈ ਉਹਨਾਂ 'ਚ ਮੈਂ ਇਹ ਦੇਖਿਆ ਹੈਗਾ ਕਿ ਉਹਨਾਂ ਵਿੱਚ ਤੁਹਾਨੂੰ ਇੱਕ ਪ੍ਰੋਡਕਸ਼ਨ ਵਾਲਾ ਬੱਚਾ ਜਿਹੜਾ ਨਾ ਉਹ ਤੁਹਾਨੂੰ ਕੰਮ ਕਰਦੇ ਨਜ਼ਰ ਆਏਗਾ ਨਾ ਹੂੰ ਤੇ ਤੁਹਾਨੂੰ ਇਹ ਲੱਗੇਗਾ ਜਿਵੇਂ ਪ੍ਰੋਡਿਊਸਰ ਹੈਗਾ ਅੱਛਾ ਇਤਨੇ ਕੀ ਹੋਰ ਜ਼ਿੰਮੇਦਾਰੀਆਂ ਹੋਦੀ ਕਿ ਉਹ ਜਿਹੜੀ ਉਹਦੀ ਡਿਊਟੀ ਹੈ ਨਾ ਉਹ ਆਪਣੀ ਫਿਲਮ ਲਿਖ ਉਹ ਡਿਊਟੀ ਕਰ ਸਕਦਾ ਕਿਉਂਕਿ ਅਸੀਂ ਇੱਥੇ ਡਿਊਟੀਆਂ ਵੇਖੀਆਂ ਜਾਂ ਨੇ ਹੂੰ ਹੂੰ ਲੇਕਿਨ ਚੋ ਤੀਸਰੀ ਤੋਂ ਚੌਥੀ ਵਾਰ ਅਗਲੇ ਦਮ ਮੂੰ ਵਟਣਾ ਸ਼ੁਰੂ ਹੋ ਜਾਂਦਾ ਕਿ ਇੱਕ ਕਿਹੜਾ ਐਕਟਰ ਹੈਗਾ ਇਹਨੂੰ ਕੀ ਉਹ ਤੁਹਾਡੇ ਦਿਮਾਗ ਦੀ ਚੀਜ਼ ਹੁੰਦੀ ਹੈ ਉਹ ਤੁਹਾਡੇ ਅੱਗੇ ਹੁੰਦੀ ਮੈਂ ਕਿੰਨੀ ਵਾਰੀ ਤੱਕ ਇਹਨਾਂ ਨੂੰ ਪਤਾ ਲੱਗੇ ਮੈਂ ਜਾ ਵੀ ਨਹੀਂ ਤੈਨਾਂ ਕੋਲ ਤੇ ਹੁੰਦੀ ਉਹ ਤੁਹਾਡੀ ਇੱਜ਼ਤ ਰਿਸਪੈਕਟ ਸਭ ਤੋਂ ਪਹਿਲੇ ਤੁਹਾਡਾ ਚੀਫ ਕੈਮਰਾਮੈਨ ਇਹ ਨਹੀਂ ਹੋ ਸਕਦਾ ਕਿ ਉਹ ਸੈੱਟ ਤੇ ਪਹੁੰਚ ਗਿਆ ਹੋਵੇ ਤੇ ਹੀਰੋ ਸੁੱਤਾ ਹੈਗਾ ਐਸਾ ਨਹੀਂ ਇਹ ਜਾਏਗਾ ਤੇ ਉਹਨਾਂ ਨੇ ਕਿਹਾ ਨਾ ਉਹ ਆਜਣ ਤੇ ਜਾਂਦਿਆਂ ਸਭ ਤੋਂ ਪਹਿਲੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਣਾ ਵਾਹ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਉਹ ਪਤਾ ਨਹੀਂ ਲੱਗਦਾ ਉਹ ਗਾਮਤ ਦੇ ਵਿੱਚ ਇਨਾ ਮਜ਼ਾ ਲੈਂਦੇ ਨੇ ਜ਼ਿੰਦਗੀ ਦਾ ਮੈਂ ਜਿਹੜੀ ਐਮੀਨਾ ਫਿਲਮ ਕੀਤੀਗੀ ਅੰਨੀ ਦਾ ਮਜ਼ਾਕ ਹੈ ਇਹ ਸਾਡੀ ਅਪ੍ਰੈਲ ਚ ਆ ਰਹੀ ਫਿਲਮ ਮੈਂ ਠਾਕਰ ਸਾਹਿਬ ਐਮੀ ਵੀਰੇ ਤੇ ਰਾਈਟਰ ਡਾਇਰੈਕਟਰ ਉਹ ਰਕੇਸ਼ धवन ਚਲ ਮੇਰੇ ਪੋਤਲਾ ਰਾਈਟਰ ਆਜਾ ਮੈਕਸੀਕੋ ਚ ਗਿਆ ਡਾਇਰੈਕਟਰ ਰਾਈਟਰ ਉਪਰਾ ਨੇਸ ਮਤਲਬ ਦਸ ਨੇ ਫੈਮਿਲੀ ਵਾਲਾ ਮੋਲ ਹੋ ਗਿਆ ਸਾਰਾ ਤੇ ਉਹ ਜਿਹੜਾ ਕੰਮ ਦਾ ਟਾਈਮ ਹੁੰਦਾ ਨਾ ਉਹ ਬਿਲਕੁਲ ਫੋਕਸ ਕੰਮ ਤੇ ਰੱਖਦੇ ਨੇ ਔਰ ਹਰ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਡਿਊਟੀ ਨੂੰ ਸਮਝਦੇ ਆਂ ਔਰ ਜ਼ਿੰਮੇਵਾਰانہ ਤਰੀਕੇ ਨਾਲ ਕੰਮ ਕਰਦਾ ਹੈ ਉਥੇ ਜਿਹਦਾ ਜਿਹੜਾ ਕੰਮ ਹੈ ਨਾ ਉਹਨੇ ਉਹ ਹੀ ਕਰਨਾ ਹੈ ਅਗਰ ਉਹਦਾ ਇੱਕ ਕੰਮ ਹੈਗਾ ਕਿ ਉਹਨੇ ਸਿਰਫ ਤੁਹਾਡਾ ਡਰੈਸ ਤਿਆਰ ਕਰਨਾ ਹੈ ਤੇ ਡਰੈਸ ਤਿਆਰ ਕਰਨ ਵਾਲੇ ਤੁਹਾਨੂੰ ਚਾਹ ਪਿਆਰ ਲਿਆ ਕੇ ਤੇ ਪੁੱਛ ਲੈਣ ਕਿ ਕਿਉਂ ਕਰ ਰਹੇ ਹੋ ਤੁਸੀਂ ਹਮ ਇਹ ਤੁਹਾਡਾ ਕੰਮ ਨਹੀਂ ਹੈਗਾ ਉਹ ਕਿੱਥੇ ਜਿਹਦਾ ਕੰਮ ਹੈਗਾ ਭਾਵੇਂ ਮੁਰਵਦ ਨਾਲ ਦੇ ਰਿਹਾ ਹੈ ਡਿਊਟੀਆਂ ਜਿਹਦੀ ਜੋ ਡਿਊਟੀਆਂ ਉਹਨੇ ਉਹ ਕਰਨਾ ਹੈਗਾ ਉਹਨੇ ਕਰਨੀ ਹੈ ਔਰ ਜੀ ਜ਼ਿੰਮੇਵਾਰੀ ਨਾਲ ਕਰਨੀ ਹੈ ਔਰ ਇੱਜ਼ਤ ਦੇ ਕੇ ਕਰਨੀ ਹੈ ਜੀ ਸਰ ਕੋਈ ਤੁਹਾਨੂੰ ਮੈਂ ਮੰਨ ਲਓ ਕਿ ਸਾਰੇ ਅਸੀਂ ਐਕਟਰਾਂ ਨਾਲ ਕੰਮ ਕਰ ਲਿਆਗਾ ਉਹਨਾਂ ਚ ਇੰਨੀ ਮੁਹੱਬਤ ਹੈ ਕਿ ਉਹ ਤੁਹਾਡਾ ਸੈੱਟ ਤੇ ਜਾਂਦੇ ਹਨ ਨਾ ਮੂਡ ਚੇਂਜ ਕਰ ਦਿੰਦੇ ਨੇ ਮਤਲਬ ਜਿਸ ਤਰ੍ਹਾਂ ਗੁਗੀ ਬਾਜੀ ਨੇ ਬੀਨੂ ਢਿੱਲੂ ਹੋਏ ਕਰਮਜੀਤ ਨਮੋਲੇ ਐਮੀ ਵੇਰਕ ਹੋ ਗਿਆ ਅਮਰੀਂਦਰ ਗਿੱਲ ਹੋ ਗਿਆ ਛਿੰਨਿਆਂ ਬੰਦਿਆਂ ਨਾਲ ਅਸੀਂ ਕੰਮ ਕੀਤਾ ਹੈਗਾ ਹੂੰ ਹੂੰ ਉਹ ਤੁਹਾਡਾ ਮੂਡ ਹੀ ਠੀਕ ਕਰ ਦਿੰਦੇ ਨੇ ਵਾਹ ਮਜ਼ਾ ਬਹੁਤ ਆ ਲੈਨੇ ਨੇ ਲਾਈਵ ਦਾ ਇਕੈਰੀਨ ਜੱਟਾ ਦੇ ਅਸੀਂ ਸ਼ੂਟ ਕਰ ਰਹੇ ਸੀ ਤੇ ਇੱਕ ਆਰਟਿਸਟ ਹੈਗਾ ਸੰਗਾ ਹੂੰ ਹੂੰ ਮੁੰਡਾ ਹੈਗਾ ਬਹੁਤ ਵਧੀਆ ਐਕਟਰ ਹੈਗਾ ਅਸੀਂ ਉਹਤੇ ਸੈਂਟਰਲ ਨੂੰ ਸ਼ੂਟ ਕਰ ਰਹੇ ਹਾਂ ਉਹਨੂੰ ਗਿੱਪੀ ਬਾਜੀ ਉਹਦਾ ਇੱਕ ਕੰਮ ਹੈਗਾ ਕਿ ਬ੍ਰੇਕ ਇਚ ਉਹਨੇ ਇਹ ਨਹੀਂ ਹੁਣ ਕਿ ਉਹ ਬੈਠਾ ਚੁੱਪੇ ਨਹੀਂ ਉਹ ਬ੍ਰੇਕ ਤੋਂ ਬਾਅਦ ਇੰਜੋਏ ਕਰ ਦਿੰਦੇ ਨੇ ਉੱਥੇ ਉਹਨੂੰ ਘੀ ਪਾ ਜਦੋਂ ਸ਼ਾਗਿਰ ਦੇਗਾ ਹੂੰ ਹੂੰ ਉੱਥੇ ਬੈ ਕੇ ਨਾ ਮੈਂ ਬੈਠਾ ਤੇ ਮੈਂ ਉਹ ਬੰਦੇ ਨੂੰ ਕਿਹਾ ਮੈਂ ਯਾਰ ਉਹਨਾਂ ਨੇਲ ਕਟਰ ਚਾਹੀਦਾ ਹੂੰ ਹੂੰ ਉਹ ਮੇਕਅਪ ਮੈਨ ਉਹ ਫਟਵਾਰ ਲੈ ਆ ਤੇ ਮੈਂ ਉਹਨਾਂ ਲੰਡਨ ਨੂੰ ਸੈਂਟਰ ਲੰਡਨ 'ਤੇ ਬੈਠੇ ਤੇ ਮੈਂ ਨੇਲ ਕੱਟ ਰਿਹਾ ਹੂੰ ਤੂੰ ਮੇਰੇ ਨਾਲ ਬੈਠਾ ਸੀ ਕਹਿੰਦਾ ਭਾਈ ਮੈਨ ਵੀ ਦੇ ਦੂ ਮੈਂ ਵੀ ਕੱਟ ਲਾਂ ਮੈਂ ਹਲਤੋ ਵੀ ਕੱਟ ਲੈ ਹੁਣ ਉਹਨਾਂ ਨੇ ਕੀ ਗੇਮ ਬਣਾਈ ਉਹਨਾਂ ਨੇ ਕਿਹਾ ਉੱਥੇ ਨੇਲ ਕਿਨੇ ਕੱਟੇ ਨੇ ਉਹਨੇ ਅਰੇਂਜ ਕਰਕੇ ਦੇਖਿਆ ਨਾ ਕਿ ਮੈਂ ਕਿੱਥੇ ਨੇ ਉਥੇ ਤੁਸੀਂ ਨਹਿਲ ਘਟੇ ਨੇ ਕਦਨ ਭਾਜੀ ਨੇ ਵੀ ਘਟੇ ਨੇ ਉਥੇ ਮੈਨੂੰ ਨੇ ਕਿਹਾ ਗੋਗੀ ਭਾਈ ਭਾਈ ਤੁਸੀਂ ਵੀ ਘਟੇ ਨੇ ਮੈਂ ਕਿਹਾ ਹਾਂ ਜੀ ਮੈਂ ਵੀ ਘਟੇ ਨੇ ਕਹਿੰਦਾ ਉਹ ਕੈਮਰੇ ਚ ਆ ਗਿਆ ਉਥੇ ਨਹਿਲ ਕੱਟਣਾ ਮੁਸ਼ਕਲ ਹੈ ਇੱਕ ਕਾਲ ਕਰਾਤੀ ਕੁੜੀ ਪ੍ਰੋਡਕਸ਼ਨ ਵਾਲੀ ਗੋਰੀ ਬਣ ਕੇ ਉਹਨੇ ਕਿਹਾ ਜੀ ਡਿਪੋਟ ਕਰਾਂਗੇ ਅਸੀਂ ਇਹ ਨੰਦੇਲ ਘਟੇ ਨੇ ਤੁਸੀਂ ਯਕੀਨ ਜਾਣੋ ਤੇ ਭਾਈ ਮੈਂ ਬੈਠਨ ਤੇ ਨੂੰ ਗੁਗੀ ਪਾਜੀ ਦੇ ਨਾਲ ਤੇ ਮੇਰਾ ਅंसू ਡਿੱਗਿਆ ਤੇ ਗੁਗੀ ਪਾਜੀ ਨੇ ਸੀਨੇ ਨਾਲ ਲਾ ਲਿਆ ਬਿੰਨੂ ਪਾਜੀ ਬਹੁਤ ਸ਼ਰਾਰਤੀ ਨੇ ਸੀਨੇ ਨਾਲ ਲਾ ਲਿਆ ਪਾਜੀ ਕੀ ਹੋਇਆ ਸੀ ਤੁਹਾਡੇ ਨਾਲ ਹੈ ਤੇ ਉਹਨੇ ਕਿਹਾ ਗਿੱਪੀ ਨੇ ਕਿਹਾ ਮੇਰਾ ਤਾਂ ਨਾ ਕਿ ਇਹ 40 45 ਕਰੋੜ ਰੁਪਏ ਦਾ ਸਬਸਿਡ ਸਾਰੇ ਚੀਜ਼ਾਂ ਨੇ ਤੇ ਮੇਰਾ ਤਾਂ ਸਿਸਟਮ ਖਰਾਬ ਹੋ ਜਾਏਗਾ ਦੋ ਫਨਕਾਰੋ ਮੇਨ ਮੇਰਾ ਤਾਂ ਛਾਪਿਆ ਸਾਰਾ ਕੁਝ ਮੇਰੇ ਤੇ ਕਰੋੜਾ ਰੁਪਏ ਜਾ ਪੈਣੇ ਨੇ ਤੇ ਉਹ ਹੁਣ ਉਧਰ ਰੋ ਰਿਹਾ ਹੈ ਉਹਨ ਮੇਰਾ ਉਹਦਾ ਬੜਾ ਪਿਆਰ ਹੈ ਉਹਨੂੰ ਕਦੇ ਹੋ ਨਹੀਂ ਸਕਦਾ ਕਿ ਇਹ ਨਾਰਾ ਰਲਿਆ ਹੈ ਤੂੰ ਮੈਨੂੰ ਵੇਖ ਰਿਹਾ ਹੈ ਉਹਨੇ ਇਸ ਹੱਦ ਤੱਕ ਆ ਗਿਆ ਕਿ ਮੈਂ ਕਿ ਭਾਈ ਜੀ ਬਾਈ ਜੀ ਨੇ ਮਾਫ ਕਰਦੇ ਹੋ ਕੋਈ ਗੱਲ ਨਹੀਂ ਭਾਈ ਸਾਨੂੰ ਪਤਾ ਨਹੀਂ ਸੀ ਕਿ ਭਾਈ ਤਿੰਨੀ ਵਾਰੀ ਆਇਆ ਤੁਹਾਨੂੰ ਨਹੀਂ ਪਤਾ ਤੇ ਨੀਲ ਨਹੀਂ ਕੱਟੀ ਦੇ ਉਹ ਕਰਦਿਆ ਕਰਦੇ ਇਸ ਗੱਲ ਤੇ ਆ ਗਿਆ ਉਹਨੇ ਕਿ ਭਾਜੀ ਜਿੰਨਾ ਨੁਕਸਾਨ ਹੋਏਗਾ ਅਸੀਂ ਭਰਨ ਨੂੰ ਤਿਆਰ ਹੈ ਮੈਂ ਕਿ ਜਿੰਨਾ ਉਹਨੇ ਕਿ ਮੈਂ ਆਪਣਾ ਇੰਡੀਆ ਵਾਲਾ ਘਰ ਵੇਚ ਦਿਆਂਗਾ ਇਸ ਨੋਬਤ ਤੇ ਆ ਕੇ ਉਹਨੇ ਕਹਿੰਦਾ ਯਾਰ ਭਾਜੀ ਖੋਲ ਦਿਓ ਗੱਲ ਗੱਲ ਮੈਨੇ ਮਰ ਜਾ ਲੈ ਘਰ ਵਿਕਣ ਲੱਗ ਗਿਆ ਆ ਯਾਰ ਤੁਸੀਂ ਬੜੇ ਇੰਪੋਰਟ ਨੇ ਪੰਜਾਬੀ ਹੋਰ ਸਿੱਧੇ ਹੋ ਕੀ ਬਾਤ ਹੈ ਮਾਨਾ ਚਾਸਾ ਆ ਗਿਆ ਗੱਲ ਸੁਣ ਕੇ ਵਾਹ ਬਾਈ ਹੱਸ ਹੱਸ ਕੇ ਪਾਗਲ ਸੋਨੂੰ ਸੋਨੂੰ 씨 ਨਾਲ ਸੋਨੂੰ ਬਾਜਵਾ ਕੀ ਕਲਾਸ ਦੀ ਆਰਟਿਸਟ ਨੇ ਔਰ ਉਹ ਬਣਾ ਉਹ ਹੋਰ ਉਹ ਹਰ ਬੰਦਾ ਜਿੱਥੇ ਜਾਂਦਾ ਨਾ ਇਧਰ ਨੂੰ ਫਿਰ ਕਿਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਇਧਰ ਨੂੰ ਲਿਜਾ ਰਹਾ ਹੌਸਲਾ ਕਰੋ ਭਾਜੀ ਕੁਝ ਨਹੀਂ ਹੁੰਦਾ ਉਹ ਉਹ ਨਾਲ ਮੰਨ ਲਓ ਕਿ ਸ਼ੂਟ ਵੀ ਚੱਲ ਰਹੀ ਹੈ ਨਾਲੋਂ ਟੈਨਸ਼ਨ ਵੀ ਚੱਲ ਰਹੀ ਹੈ ਕਿ ਮਤਲਬ ਕਿ ਜਦੋਂ ਕਿਧਰੇ ਗੱਡੀ ਪੁਲਿਸ ਵਿੰਗੀ ਤੇ ਇੱਕ ਵਿਦਿਗ੍ਰਾਮ ਇਧਰ ਨੂੰ ਹੋ ਗਿਆ ਤੇ ਉਹਨ ਮੇਰੇ ਨਾਲ ਨਾਲ ਰਾਤ ਨੂੰ ਮੇਰੇ ਕੋਲ ਬੰਦ ਨਾ ਸੀ ਕੰਨਪਾਜੀ ਜਦੋਂ ਤੁਸੀਂ ਰੋਇਓ ਨਾ ਉਦੋਂ ਮੈਨੂੰ ਯਕੀਨ ਹੋਊਗਾ ਕਿ ਕੋਈ ਮਸਲਾ ਬਣ ਗਿਆ ਹੈ। ਉਹ ਹੋ 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 ਯਾਰ। ਯਾਨੀ ਕਿਸੇ ਨਾ ਪੱਕੇ ਤਰੀਕੇ ਨਾਲ ਜਿਹਨੂੰ ਅਸੀਂ ਕਹਿੰਦੇ ਕਿ ਛੇਜ਼ਾ ਔਰ ਮਜ਼ਾਕ ਔਰ ਕੀ ਤਰ੍ਹਾਂ ਬਹੁਤ ਇੰਜੀ। ਅੱਛਾ ਜੀ। ਕੰਨਪਾਜੀ। ਸ਼ੂਟਿੰਗ ਦੇ ਦੌਰਾਨ ਜਿਹੜਾ ਵੇ ਇਹ ਇਸੇ ਤਰ੍ਹਾਂ ਹੀ ਮੋਲ ਵਿੱਚ ਚੱਲ ਰਹੇ ਹੁੰਦਾ ਕੋਈ ਜੁਗਤ ਪਾਣੀ ਵੀ ਹੋ ਰਹੀ ਹੁੰਦਾ ਮੈਨੂੰ ਸ਼ਾਰਟ ਤੋਂ ਜਿਹੜਾ ਟਾਈਮ ਭਾਈ ਹਰ ਟਾਈਮ। ਚਾਰ ਟਾਈਮ ਮਜ਼ਾਕ। ਆਰ ਟਾਈਮ ਮਤਲਬ ਔਨਜੋਏ ਬੱਲਾ ਪਾਜੀ ਸਨ। ਹੂੰ। ਪੱਲਾ ਜੀ ਹਾਂ ਪੱਲਾ ਜੀ ਮਾਸ਼ਾ ਅੱਲ੍ਹਾ ਤੇ ਉਹ ਸਾਰੀ ਟੀਮ ਕਰੀਮ ਜੱਟਾ ਦੀ ਉਹ ਇਧਰ ਪਾਕਿਸਤਾਨ ਤੋਂ ਸਿਰਫ ਅੱਲਾ ਮੈਂ ਹੀ ਹਾਂ ਜੀ ਜੀ ਬਾਕੀ ਸਾਰੀ ਉਧਰ ਉਹ ਹੀ ਸਾਰੀ ਟੂਰ ਜੀ ਉਧਰ ਦੀ ਕਹਾਣੀ ਆਪਣੀ ਟੀਮ ਆਪਣੇ ਉਹ ਮਤਲਬ ਜਿਹੜੀ ਜਿਹੜੀ ਪਹਿਲੀ ਫਿਲਮ ਚ ਹੈ ਸਾਰੀ ਕਾਸਟ ਸਾਰੀ ਕਾਸਟ ਉਹ ਹੀ ਬਿਲਕੁਲ ਤੇ ਉਹਦੇ ਇਜ਼ਾਫਾ ਜਿਹੜਾ ਹੈ ਨਾ ਇਧਰੋਂ ਸਿਰਫ ਐਸ ਵਾਰੀ ਮੈਂ ਤੁਹਾਡਾ ਹੋਇਆ ਉਹ ਇੰਜੋਏ ਹੀ ਕਰ ਦਿੰਨੇ ਹੈ ਅੱਛਾ ਜੀ ਹਾਂ ਜੀ ਨਹੀਂ ਤੇ ਉਹ ਜਿਸ ਤਰ੍ਹਾਂ ਅਸੀਂ ਇੱਥੇ ਡਰਾਮੇ ਦੇ ਵਿੰਗ ਚ ਬੈਠ ਕੇ ਆਪ ਜੁਗਤਾ ਵੀ ਕਰੀ ਦੀ ਜਾਂਦੇ ਔਰ ਸਾਰਾ ਸੈਕਿੰਡ ਉਸ ਮੈਂ ਕਹਿੰਦਾ ਤੁਸੀਂ ਬੋਰਨੀ ਯੋਸਫ ਦੇ ਉਹਨਾਂ ਦੇ ਨਾਲ ਆ ਵੈਰੀ ਗੁੱਡ ਹਰ ਦੋ ਮਿੰਟ ਬਾਅਦ ਕੋਈ ਨਾ ਕੋਈ ਨਵੀਂ ਗੱਲ ਨਿਕਲਣੀ ਹੈ ਅੱਛਾ ਇਸ ਇਸ ਸਭ ਤੋਂ ਜ਼ਿਆਦਾ ਸ਼ਰਾਰਤੀ ਕੋ ਉਹਨੇ ਉੱਥੇ ਅੱਛਾ ਕੋਗੀ ਪਾ ਜਿਹੜੇ ਨੇ ਸਭ ਤੋਂ ਜ਼ਿਆਦਾ ਸ਼ਰਾਰਤੀ ਨੇ ਅੱਛਾ ਕਿਉਂਕਿ ਉਹ ਜਿਹੜੇ ਸ਼ਰਾਰਤ ਕਰ ਰਹੇ ਹੁੰਦੇ ਨੇ ਉਹਨਾਂ ਦੇ ਫੇਸ ਤੇ ਨਹੀਂ ਆਉਂਦੀ ਅੱਛਾ ਪੱਕੇ ਪੈਰੀ ਪੱਕੇ ਪੈਰੀ ਤੇ ਬਿੰਨੂ ਬਿੰਨੂ ਬੜੇ ਪੱਕੇ ਪੈਰੀ ਉਹਨਾਂ ਨੇ ਫੇਸ ਇਹਦਾ ਬਣਾ ਲੈਣਾ ਕਿ ਤੁਹਾਨੂੰ ਲੱਗਣਾ ਕਿ ਇਹ ਗੱਲ ਕੋਈ ਸਹੀ ਹੋ ਸਕਦੀ ਹੈ ਜੋ ਕਹਿ ਰਹੇ ਨੇ ਤੇ ਉਹ ਤੋਂ ਜਿਸ ਨੇ ਭਾਈ ਸਾਹਿਬ ਨੇ ਨਾਲ ਨਾਲ ਗਿੱਪੀ ਬਾਜੀ ਨੇ ਤੇ ਉਹ ਕੰਮ ਚੁੱਕਿਆ ਜਾ ਉਹ ਕੰਮ ਚੁੱਕਿਆ ਜਾ ਚੱਕ ਫਟੇ ਦਿੰਦੇ ਉਹ ਹਰ ਟਾਈਮ ਕੋਈ ਨਾ ਕੋਈ ਉਹਨਾਂ ਦੇ ਭਾਈ ਲੇਣਾ ਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਕਾਮੇਡੀ ਜਿੰਨਾ ਸੀਰੀਅਸ ਹੋ ਕੇ ਕੀਤੀ ਜਾਏ ਉਨਹੀਂ ਜ਼ਿਆਦਾ ਉਹਦਾ ਇੰਪੈਕਟ ਬਣੇਗਾ ਹਾਂ ਜੀ ਗੁੱਡ ਇਹ ਤੇ ਬੜੀ ਅੱਛੀ ਗੱਲ ਹੈ ਔਰ ਮਾਹੌਲ ਇਸੇ ਤਰ੍ਹਾਂ ਹੀ ਸਾਰਾ ਉੱਥੇ ਚੱਲ ਰਿਹਾ ਔਰ ਮਜ਼ੇ ਅਲੱਗ ਤਦ ਹੀ ਫਿਰ ਤੁਸੀਂ ਛੇਤੀ ਕਿਧਰੇ ਇਧਰ ਦਾ ਰੁਕ ਨਹੀਂ ਜਾਂਦੇ ਹੋ ਤੇ ਫਿਰ ਹਾਂ ਲੰਮਾ ਟਾਈਮ ਹੋਰ ਇੰਜੋਏ ਮੈਂ ਕਹਿੰਦਾ ਪਿਆਰ ਹੀ ਨਮ ਲੇ ਮਜ਼ੇ ਆ ਰਹੇ ਨੇ ਉਸ ਤੋਂ ਬਾਅਦ ਉਹ ਪਹਿਲੇ ਉਹ ਕਿਤੀ ਸੀ ਫਿਰ ਹੈ ਕਿ ਨਾ ਕੀ ਇਹ ਅੰਨੀ ਦਾ ਮਜ਼ਾਕ ਹੈ ਹਮ ਅਜੇ ਤੱਕ ਤਾਂ ਟਾਈਟਲ ਹੀ ਗੁਰੂ ਚੇਂਜ ਕਰਨਾ ਪੈਦਾ ਅੱਛਾ ਹੁਣ ਕਿਹੜੀ ਕਿਹੜੀ ਫਿਲਮ ਤੁਹਾਡੀ ਤਿਆਰ ਹੈ ਅਸਲ ਜਿਹੜੀ ਹੁਣ ਇਸ ਟਾਈਮ ਜਿਹੜੀ ਇੱਕ ਸਾਡੀ ਕੀ ਗੋਲਕ ਬੁਗਣੀ ਗਈ ਹਮ ਉਹ ਤਿਆਰ ਹੋ ਤਾਂ ਥੋੜਾ ਕੰਮ ਰਹਿੰਦਾ ਉਹ ਖਰਨ ਜਾਣਾ ਹਮ ਔਰ ਰਿਦਮ ਆਈ ਦੀ ਜੀ ਹਮ ਤੇ ਦੂਸਰੀ ਹੈਗੀ ਆਪਣਾ ਕੈਰੀਓਂ ਜੱਟਾ ਹਮ ਹਮ ਤਿਆਰ 3 29 ਜੂਨ ਨੂੰ ਲਗਣੀਗੀ ਹੂੰ ਇਥੇ ਪਾਕਿਸਤਾਨ ਵਿੱਚ ਪ੍ਰੀਮੀਅਰ ਗਾਂਗੇ ਸਾਰੀ ਟੀਮ ਆਈਗੀ ਇਧਰ ਹੂੰ ਸਾਰੀ ਕਾਸਟ ਆਈਗੀ ਇਥੇ ਅੱਛਾ ਜੀ ਪ੍ਰੀਮੀਅਰ ਗਾਂਗੇ ਇਥੇ ਪਾਕਿਸਤਾਨ ਵਿੱਚ ਉਹ ਸਾਰੀ ਟੀਮ ਆਈਗੀ ਪੂਰੀ ਟੀਮ ਵੈਰੀ ਗੁੱਡ ਹਾਂ ਠੀਕ ਤੇ ਇਹ ਐਮੀ ਦੇ ਨਾਲ ਉਹ ਆਗੀ ਅੰਨੀ ਦਾ ਮਜ਼ਾਕ ਹੈ ਅੱਛਾ ਅੱਛਾ ਇਹ ਤੇ ਉਹਨੂੰ ਕੰਟੀਨਿਉਟੀ ਤੁਹਾਡੀ ਸੀ ਨਾ ਕਿ ਸਟਰੀ ਦੇ ਤੇ ਜੁਮਲਾ ਚੱਲੇ ਉਹਦੇ ਤੋਂ ਹੀ ਇਹ ਬੰਦਾ ਟਾਈਟਲ ਬਣਿਆ ਉਹਦੇ ਮੇਰੇ ਨਾਲ ਕੀਗਾ ਮੇਰਾ ਪਿਆਰ ਸਭ ਨਾ ਲੇ ਹੂੰ ਹੂੰ ਐਮੀਨ ਉਮਰੀ ਜਾਨੇਗਾ ਮੈਨੂੰ ਕਿਸੇ ਬੰਦੇ ਨੇ ਨਾ ਉੱਥੇ ਨਾ ਇੱਕ ਐਸੀ YouTube ਪੁਰਦਨ ਬਧ ਹਮ ਉਹਨੇ ਮੈਨੂੰ ਸਵਾਲ ਕੀਤਾ ਉਹਨੇ ਕਿਹਾ ਤੁਸੀਂ ਇਹ ਮਰਿੰਦਰ ਗਿੱਲ ਦਾ ਕੰਮ ਕੀਤਾ ਗਿੱਪੀ ਕਰਵਾਲ ਦਾ ਕੰਮ ਕੀਤਾ ਐਮੀ ਵਿਰਖਣਾ ਕੰਮ ਕੀਤਾ ਤਿੰਨਾ ਚੋਂ ਵਧੀਆ ਕੌਣ ਹੈ ਹਮ ਹਮ ਮੈਂ ਕਿਹਾ ਤਿੰਨੇ ਗੁਲਾਬ ਦੇ ਫੁੱਲ ਨੇ ਸੋ ਕਲਰ ਚੇਂਜ ਨੇ ਹਾਏ 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 ਖੁਸ਼ਬੂਆਂ ਸਾਂਝੀ ਨੇ ਸੋ ਮੈਂ ਕਿਹਾ ਮੈਨੂੰ ਤਾਂ ਕਦੀ ਵੀ ਇਹਨਾਂ ਤਿੰਨ ਨਾਲ ਕੰਮ ਮੈਨੂੰ ਮੈਂ ਉਹ ਇੱਕ ਉਹਨਾਂ ਦੀ ਕੋਈ ਗੱਲ ਨਹੀਂ ਕੁਛ ਹੋਰ ਗੱਲ ਹੈ ਉਹਨਾਂ ਦੀ ਆਜਿਜ਼ੀ ਉਹਨਾਂ ਦੇ ਜਿੰਨੇ ਫਨਕਾਰ ਨੇ ਕੋਈ ਉੱਚਾ ਬੋਲਦਾ ਹੀ ਨਹੀਂ ਆਹਾ ਆਪਸੇ ਬੈਠੇ ਮਤਲਬ ਕਿ ਕੋਈ ਲੱਗਦਾ ਹੀ ਨਹੀਂਗਾ ਗਲਤ ਹੈ ਕਿ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੀ ਮੈਨੂੰ ਹਰ ਵੇਲੇ ਲੱਗਦਾ ਕੋਈ ਵਾਰਡ ਦੇ ਵਿੱਚ ਬੈਠੇ ਨੇ ਹੌਲੀ ਹੌਲੀ ਗੱਲ ਕਰਦੇ ਨੇ ਉੱਚਾ ਬੋਲਣ ਤੋਂ ਕੀ ਮਤਲਬ ਅੱਛਾ ਕਿਹਨੇ ਬਣਾਉਂਦਾ ਮੈਂ ਗਿਲ ਜਿਵੇਂ ਸੀਨ ਕਰਦਾ ਹੁੰਦਾ ਨਾ ਤੇ ਉਹ ਆਰਟਿਸਟਾਂ ਦੇ ਹੁੰਦੇ ਨੇ ਉਹਨਾਂ ਦਾ ਟੈਂਪੋ ਕਿ ਇਹ ਨਹੀਂ ਕਰਨਾ ਉਹ ਉਹ ਨੈਚੁਰਲ ਅਸਲ ਤੇ ਨੇ ਨੈਚੁਰਲ ਐਕਟਰ ਮੈਂ ਸਾਡੇ ਨਾਲ ਨਹੀਂ ਕਿ ਕਿ ਸ਼ੁਰੂਆਤ ਹੈ ਕਿ ਪਿੱਛੇ ਵੀ ਕਿਤੇ ਕੋ ਕੋ ਹੁੰਦਾ ਉਹਨੂੰ ਵੀ ਪਤਾ ਲੱਗ ਗਿਆ ਕਿ ਲਾਈਨ ਬੋਲੀ ਉਹਦੇ ਇਸ ਲਈ ਇਹ ਸਿਰਫ ਬੋਲਦੇ ਨੇ ਇਸ ਨਾਲ ਕੰਮ ਕਰਦੇ ਨੇ ਤੇ ਫਿਰ ਸਾਰੇ ਗੌਰ ਕਰਦੇ ਨੇ ਅਸਲ ਗੌਰ ਕਰਵਾਉਂਦੇ ਨੇ ਐਕਟਰ ਨੂੰ ਇਤਨਾ ਉਹ ਨੈਚਰਲ ਜਿੱਥੇ ਜਿੱਥੇ ਚਾਹੀਦਾ ਨਾ ਉਥੇ ਉਹਦੀ ਵਜੇ ਕੀ ਕਿ ਇੱਥੇ ਵੀ ਤੁਹਾਨੂੰ ਇਹੀ ਤਮੀਜ਼ ਏ ਔਰ ਸਾਰੇ ਆਰਟਿਸਟਾਂ ਨੂੰ ਇੱਥੇ ਹੀ ਇੱਕ ਰੁਝਾਨ ਬਣ ਗਿਆ ਸੀ ਪੰਜਾਬੀ ਫਿਲਮਾਂ ਦਾ ਕਿ ਸੈੱਟ ਤੇ ਜਦ ਤੱਕ ਤੁਸੀਂ ਉੱਚੀ ਨਾ ਨਾ ਬੋਲੋ ਉਹ ਵੀ ਦੇਰ ਤੱਕ ਤੁਹਾਨੂੰ ਸੈੱਟ ਦੇ ਉੱਤੇ ਯਾਨੀ ਵਧੀਆ ਨਹੀਂ ਲੱਗਦੇ ਵਧੀਆ ਨਹੀਂ ਲੱਗਣ ਦੇ ਹਾਂ ਅੱਛਾ ਸਨ ਭਾਈ ਉਹਦੇ ਸਭ ਤੋਂ ਮਹਿੰਮ ਬਤਾ ਬਾਤ ਕੀ ਗਈ ਰਾਈਟਰ ਹੂੰ ਸਾਡੇ ਰਾਈਟਰ ਦੀ ਗੱਲ ਹੀ ਨਹੀਂ ਮੰਨੀ ਜਾਂਦੀ ਹਾਂ ਉਹਨਾਂ ਦੇ ਰੈਕਟਰ ਇਹਨਾਂ ਮਹੰਮਦ ਨਰੀਸ਼ ਬਾਜੀ ਨੇ ਇੱਕ ਕੈਰੀਨ ਜੱਟਾ ਦੇ ਰਾਈਟਰ ਬਹੁਤ ਸਾਰੀ ਫਿਲਮਾਂ ਦੇ ਰਾਈਟਰ ਜਿਵੇਂ ਰਾਕੇਸ਼ ਦਮਨ ਨੇ ਹੋਰ ਉੱਤੇ ਬੜੇ ਵੱਡੇ ਵੱਡੇ ਨਾਂ ਨੇ ਰਾਈਟਰ ਡਾਇਰੈਕਟਰ ਜੀ ਲੋ ਉ ਗੱਲ ਮੰਨੀ ਜਾਂਦੀ ਰਾਈਟਰ ਦੀ ਜੋ ਜੋ ਨੇ ਲਿਖ ਦਿੱਤਾ ਨਾ ਪਹਿਲੇ ਤੇ ਉਹ ਲਿਖਣ ਨਾਲ ਦੀ ਗੱਲ ਨਹੀਂ ਮੰਨੀ ਜਾਣੀ ਤੇ ਹੋਰ ਕਿੰਦੀ ਗੱਲ ਮੰਨੀ ਜਾਣੀ ਜਦੋਂ ਤੁਹਾਨੂੰ ਇੱਕ ਸੀਨ 'ਚ ਦੋ ਤਿੰਨ ਨੇ ਜਿਗਰ ਸ਼ਾਮਲੇਗਾ ਜਦੋਂ ਜਦੋਂ ਇੱਕ ਸੀਨ 'ਚ ਤੁਹਾਨੂੰ ਦੋ ਤਿੰਨ ਲਫਟਰ ਨੂੰ ਲਿਖ ਕੇ ਦੇ ਦਿੱਤੇ ਨੇ ਉਦੇ ਤਰ੍ਹਾਂ ਦੀ ਸ਼ਾਇਦ ਕੋਈ ਜੇ ਤੁਸੀਂ ਵੀ ਆਰਟਿਸਟ ਹੋ ਤੁਸੀਂ ਕੋਈ ਅਗਰ ਮਤਲਬ ਤੁਹਾਡਾ ਕੋਈ ਫਿਕਰਾ ਨਿਕਲ ਗਿਆ ਨਾ ਕਿ ਫੌਰਨ ਕਹਿੰਦੇ ਨਾ ਪਾ ਜੀ ਇਹ ਰੱਖ ਲੋ ਇਹ ਕਰਨਾ ਜੇ ਲੇਕਿਨ ਪਹਿਲੇ ਉਹ ਕਹਾਣੀ ਸਕ੍ਰਿਪਟ ਸਰ ਉਸ ਸਕ੍ਰਿਪਟ ਦਾ ਜੁਮਲਾ ਹੁੰਦਾ ਹੈ ਉਸ ਸਿਚੁਏਸ਼ਨ ਨੂੰ ਅਗਲੀ ਪਿਛਲੀ ਗੱਲ ਨੂੰ ਤੁਹਾਡੇ ਰੋਲ ਦੀ ਨੇਚਰ ਨੂੰ ਲੈ ਕੇ ਚੀਜ਼ ਹਰ ਚੀਜ਼ ਸਿਰ ਜੋੜਦੇ ਨੇ ਸਿਲ ਜੋੜਦੇ ਹਰ ਚੀਜ਼ ਪੂਰੀ ਮਤਲਬ ਕਿ ਇਹ ਨਹੀਂ ਹੋ ਸਕਦਾਗਾ ਕਿ ਜਿਹਨੇ ਹਣਾ ਆਪਣਾ ਕੰਮ ਕਰਕੇ ਨਿਕਲ ਜਾਣਾ ਚੀਵੇਂ ਜਿੱਦਾਂ ਵੀ ਸੀਨ ਹੈ ਜੇ ਸੀਨ ਉਹ ਸੀਨ ਨੂੰ ਪਹਿਲੇ ਡਿਸਕਸ ਇਹ ਸੋ ਦਸ ਦੇ ਨੇ ਕਿਸ ਨੇ ਇਹਨੂੰ ਇੰਜ ਕਰ ਲਈਏ ਇਹਨੂੰ ਇੰਜ ਕਰ ਲਈਏ ਇਹ ਇੰਜ ਕਰ ਲਈਏ ਜ਼ਰੂਰ ਮਤਲਬ ਗੱਲ ਕਰਦੇ ਨੇ ਸ਼ਰਮ ਉਹ ਹੀ ਕਿਹਾ ਹਾਂ ਕਿ ਇਹ ਇਹ ਜਿਹੜਾ ਕੰਮ ਹੈਗਾ ਨਾ ਇਸੇ ਤਰ੍ਹਾਂ ਇਹ ਸਾਡੀ ਬਦਕਿਸਮਤੀ ਰਹੀ ਕਿ ਸਾਡੇ ਚ ਇਹ ਰਿਵਾਜ ਹੈ ਕਿ ਕਿਸੇ ਨੇ ਕੋਈ ਅੱਛੀ ਗੱਲ ਜੇ ਮਾਰੀ ਦੇ ਤੋ ਉਹਨ ਵੈਜੇ ਤੇਰਾ ਕੀ ਕੰਮ ਹੈਗਾ ਤੋ ਵਿੱਚ ਇਹ ਠੀਮ ਵਰਕੇਗਾ ਅੱਛਾ ਨਾਸਰ ਭਾਈ ਮੈਂ ਉਂਜ ਤੇ ਸਾਰੇ ਮਹਾਨ ਕਲਾਕਾਰ ਵਧੀਆ ਤੋਂ ਵਧੀਆ ਉਹੀ ਗੱਲ ਕਿ ਫੁੱਲ ਨੇ ਸਾਰੇ ਹੀ ਗੁਲਾਬ ਉਹ ਸੁਰੀਲੇ ਉਹ ਸੁਰੀਲ ਆਹਾ ਸੁਰੀਲੇ ਸੁਨ ਦੇਖੋ ਮਿਊਜ਼ਿਕ ਉਹਨਾਂ ਦੇ ਅੰਦਰ ਹੈਗਾ ਤੇ ਫਿਰ ਬੰਦੇ ਵਧੀਆ ਕਿਵੇਂ ਦਾ ਸੁਰੀਲੇ ਸਾਰੇ 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 ਸਿੰਗਰ ਸੁਪਰ ਮਾਰੇ ਸੁਰ ਸੁਹਣੇ ਗਾਣ ਦੇ اچھا ਮੈਨੂੰ ਨਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਉਹ ਕੁਝ عرصਾ ਪਹਿਲੇ ਇਸੇ ਕਿਤੇ ਕਰ ਰਹੇ تھے ਕਿ ਫਿਲਮ ਦਾ ਬੜਾ ਜ਼ਿਕਰ ਹੋ ਰਿਹਾ ਹੈ ਕਿ ਜੀ ਅੰਗਰੇਜ਼ ਫਿਲਮ ਦਾ ਉਹ ਬੜਾ ਮੈਨੂੰ ਵੀ ਤਜੱਸਸ ਹੋਇਆ ਔਰ ਮੈਂ ਉਹ ਫਿਲਮ ਦੇਖੀ ਕੈਰੀ ਜਟਾ ਤੋਂ ਬਾਅਦ ਦੂਸਰੀ ਫਿਲਮ ਠੀਕ ਉम्मे ਫਿਲਮ ਜਦੋਂ ਦੇਖ ਰਿਹਾ ਮੈਂ ਤੇ ਉਹਦੇ ਵਿੱਚ ਅਮਰਿੰਦਰ ਗਿੱਲ ਹਾਂ ਜੀ ਅਮਰਿੰਦਰ ਗਿੱਲ ਸਾਹਿਬ ਹੀ ਰੋਜੇ ਡੈਸ ਹਾਂ ਜੀ ਉਹਨਾਂ ਦੀ ਆਪਣੀ ਪ੍ਰੋਡਕਸ਼ਨ ਹੈ ਅੱਛਾ ਉਹ ਖੁਦ ਪ੍ਰੋਡੂਸਰ ਸਨ ਆਪਣੀ ਉਹਨਾਂ ਨੇ ਆਪਣੀ ਅੱਛਾ ਮੈਂ ਉਹ ਫਿਲਮ ਦੇਖ ਰਿਹਾ ਫਿਲਮ ਦਾ ਹਟ ਸਟੈਂਡਿੰਗ ਕੀ ਮਜ਼ਾ ਆਇਆ ਯਾਨੀ ਕਿ ਮੈਨਾਂ ਬਿਲਕੁਲ ਲੇਕਿਨ ਜਿਹੜੇ ਫਿਲਮ ਦੇਖਦੇ ਆਂ ਦੇਖਦੇ ਆ ਉਹ ਜਿਹੜੇ ਕਲਾਕਾਰ ਨੇ ਨਾ ਅਮਰਿੰਦਰ ਗਿੱਲ ਹਾਂ ਜੀ ਐਸਾ ਸਭ ਮੈਂ ਸਭ ਨੂੰ ਸਲੂਟ ਹੈ ਲੇਕਿਨ ਉਹ ਫਨਕਾਰ ਮੈਂ ਬੜੇ ਹੀ ਅਰਸੇ ਬਾਅਦ ਉਸ ਜਿਸ ਸਾਡੇ ਉਹ ਫਨਕਾਰ ਜਿਹੜੇ ਕਿ ਉਸ ਸੱਤਾ ਦੇ ਨੇ ਇੱਕ ਐਸਾ ਨੇਚਰਲ ਫਨਕਾਰ ਜਿਹੜਾ ਕਿ ਨਾ ਪਹਿਲੀ ਫਿਲਮ ਦੇ ਵਿੱਚ ਹੀ ਚੱਲਦੇ ਚੱਲਦੇ ਦੋ ਤਿੰਨ ਸੀਨਾਂ ਦੇ ਵਿੱਚ ਉਹ ਫਨਕਾਰ ਅੰਦਰ ਸਰਾਇਤ ਕਰ ਗਿਆ ਮੇਰੇ ਬਿਲਕੁਲ ਸਹੀ ਹੈ ਇਤਨਾ ਐਕਸਪ੍ਰੈਸ਼ਨ ਨੇਚਰਲ ਇਤਨਾ ਮਜ਼ੇਦਾਰ ਇਤਨਾ ਸਿਲਸਿਲਾ ਫਿਰ ਚੱਲ ਮੇਰਾ ਪੁੱਤ ਤੇ ਮੈਂ ਤੁਹਾਡੀ ਉੱਥੇ ਵੇਖੀ ਠੀਕ ਹੈ ਉਹਦਾ ਮੈਂ ਇੱਕ ਡਾਂਸ ਦਾ ਥੋੜਾ ਜਿਹਾ ਦੇਖਿਆ ਕਿ ਉਹ ਵਿੱਚ ਕਿਦਾਰੇ ਕੋ ਗਾਣਾ ਵੇਖਿਆ ਤੇ ਉਹਦਾ ਦਤਮ ਉਹਦੀ ਲੈ ਉਹਦੇ ਸਟੈਪਸ ਨਪੇ ਤੁਲੇ ਕਿਆ ਤਰਤੀਬ ਨਾਲ ਉਹ ਪਰਫਾਰਮੈਂਸ ਇਤਨੀ ਅੱਛੀ ਇਤਨੀ ਨੇਚਰਲ ਬੜੇ ਅਰਸੇ ਬਾਅਦ ਮੈਨੂੰ ਯੰਗਸਟਰਸ ਦੇ ਵਿੱਚ ਇਹ ਇਤਨਾ ਅਪੀਲ ਕੀਤਾ ਉਹ ਫਨਕਾਰ ਉਹ ਮੁੰਡਾ ਕਿ ਕਿਆ ਕਹਨੇ ਉਹਦੇ ਉਹਦਾ ਮਤਲਬ ਇਹ ਨਾ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਕਿ ਹਰ ਬੰਦੇ ਦਾ ਨ ਇੱਕ ਅਲੱਗ ਦਾ ਨਾ ਪੋਰਸ਼ਨ ਹੈਗਾ ਹੂੰ ਉਹ ਉਹ ਭੋਰ ਪਾਈ ਉਹ ਵੀ ਉਹ ਉਹ ਜਿਆਦਾ ਤੁਹਾਨੂੰ ਸੋਸ਼ਲ ਮੀਡੀਆ ਤੇ ਨਹੀਂ ਹੁੰਦਾ ਉਸ ਜਿਆਦਾ ਕੋਈ ਆਪਣੀ ਚੀਜ਼ ਪੋਸਟ ਐਸੇ ਨਹੀਂ ਬੰਦੇ ਕਿਦਰੇ ਵੀ ਉਹਨਾਂ ਬਹੁ ਘੱਟ ਐਸੇ ਉਹ ਤੁਹਾਡੇ ਨਾਲ ਤੱਕੇ ਤੁਹਾਨੂੰ ਦੋਸਤਾਂ ਨਾਲ ਜਨਰ ਹੈਪੀ ਬਰਥਡੇ ਕਹਿਤਾ ਹੋ ਗਿਆ ਇਹ ਗੱਲਾਂ ਮਤਲਬ ਉਹ ਜਿਆਦਾ ਦਿਮਾਗ ਚੁੱਪ ਜਾ ਫੰਗਾਰ ਤੇ ਉਹ ਫਿਲਮ ਲਈ ਉਹ ਫਿਲਮ ਦੇ ਵਿੱਚ ਐਮੀ ਵਿਰਕੇਗਾ ਕਿਹੜੀ ਫਿਲਮ ਚ ਅੰਗਰੇਜ਼ ਦੇ ਵਿੱਚ ਅੰਗਰੇਜ਼ ਐਮੀ ਵਿਰਕੇ ਡੈਬਿਊ ਹੁੰਦਾ ਅੰਮੀ ਫਿਰਦਾ ਠੀਕ ਹੈ ਜਿਆ ਕੋੜੀ ਤੇ ਨਹੀਂ ਮੁੰਡਾ ਆਹ ਉਹ ਜਿਹੜਾ ਉਹ ਸਰਦਾਰ ਕੋ ਲੱਠ ਜੀ ਫੜੀ ਇਹ ਤੇ ਉਹ ਗਾਣਾ ਜਿਹੜਾ ਚਾਮਦਾ ਫਿਰਦਾ ਘਰ ਦੇ ਵਿੱਚ ਉਹ 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 ਦੀ ਪਹਿਲੀ ਫਿਲਮ ਹੈ ਵਾਹ ਵਾਹ ਬਹੁਤ ਜਿਆ ਬੜਾ ਸੋਹਣਾ ਲੱਗਦਾ ਹਾਂ ਮਾਸ਼ਾ ਅੱਲਾ ਉਹ ਜੀ ਇਹ ਇਹ ਅਸਲ ਤੇ ਨਾ ਉਹ ਗੱਲ ਫਿਰ ਪੰਜ ਸਨ ਉੱਥੇ ਆ ਜਾਂਦੀ ਕਿ ਜਿਹੜਾ ਵੀ ਉਹ ਉਸ ਉਹ ਵੇਖੀ ਫਿਲਮ ਹਾਂ ਤੁਹਾਨੂੰ ਕਿਦਰੇ ਕੰਟੀਨਿਊਟੀ ਤੁਹਾਨੂੰ ਕਿਦਰੇ ਉਸ ਜਿਹੜੇ ਦੌਰ ਦੀ ਗੱਲ ਹੋ ਰਹੀ ਹੈ ਕਿ ਤੁਹਾਨੂੰ ਕਿਦਰੇ ਲੱਗਾ ਉਹਦੀ ਪ੍ਰੋਡਕਸ਼ਨ ਉਹਦੀ ਸਕਰੀਨ ਉਹਦੀ ਫਰੇਮਿੰਗ ਔਰ ਉਹਦੇ ਵਿੱਚ ਜੁੜੀ ਉਹਦੀ ਬੁਨਤ ਹੈ ਔਰ ਉਹ ਜਿਹੜੀ ਲਾਇਕਾ ਦੇ ਵਿੱਚ ਚੱਲ ਰਹੀ ਹੈ ਉਹ ਫਿਲਮ ਤੇ ਇੱਕ ਕਲਾਸਿਕ ਮੂਵੀ ਉਹ ਬੜਾ ਸੋਚ ਦੇ ਹਰ ਕੰਦੇ ਤੋਂ ਹਾਂਜੀ ਦੇਖੋ ਤਾਂ ਲੱਗਦਾ ਕਿ ਅੰਟੀਕ ਚ ਨਾ ਉਹ ਅੰਗਰੇਜ਼ ਫਿਲਮ ਮਤਲਬ ਇੱਕ ਉਹਨੇ ਦੌਰ ਹੀ ਚੇਂਜ ਕਰਤਾ ਸੀ ਕੀ ਬਾਤ ਕੀ ਬਾਤ ਉਹ ਦੌਰ ਹੀ ਚੇਂਜ ਕਰਤਾ ਸੀ ਬਹੁਤ ਉਸ इंडस्ट्री ਦਾ ਬਹੁਤ ਅੱਲਾ ਔਰ ਬੜਾ ਅੱਛਾ ਸਾਨੇ ਨਹੀਂ ਬੜਾ ਸੋਨਾ ਕੰਮ ਕੀਤਾ ਮਤਲਬ ਕਿ ਉਹ ਇੱਕ ਬੁਸ਼ਬ ਬਿੰਦਾ 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 ਹੁਣ ਇਹ ਇਹ ਇੱਕ ਇਹ ਕਹਾਣੀ ਤੇ ਬਹੁਤ ਨਾ ਚੁਆਇਸ ਆਉਣ ਪੜ ਦੇਣੇਗੀ ਹਮਮ ਕਹਾਣੀ ਨੂੰ ਪਹਿਲੇ ਜਿਹੜਾ ਵੀ ਰਾਈਟਰ ਸੁਣਾਉਂਦਾ ਹੈ ਇਹਨਾਂ ਨਾਲ ਕੋਈ ਵੱਖਰੀ ਗੱਲ ਹੋ ਮੈਨੂੰ ਜਿਦਾਂ ਗਿੱਪੀ ਬਾਜੀ ਉਹਦੀ ਉਹਦੇ ਆਪਣੀ ਤੇ ਫਿਲਮ ਚੱਲ ਰਹੀ ਹੈ ਉਹਦੇ ਨਾਲ ਚਾਰ ਪ੍ਰੋਡਕਸ਼ਨਾਂ ਚੱਲ ਰਹੀਆਂ ਹਨ ਹਾਂ ਨਵੇਂ ਬੰਦਿਆਂ ਨੂੰ ਚਾਂਸ ਦੇ ਰਹੇ ਨੇ ਜ਼ਾਹਰ ਜ਼ਾਹਰ ਠੀਕ ਹੈ ਉਹ ਹਰ ਤਰ੍ਹਾਂ ਦੀ ਫਿਲਮ ਬਣਾ ਰਿਹਾ ਆਪਣੇ ادارے ਚ ਬਹੁਤ ਅੱਛਾ ਮਤਲਬ ਐਕਸ਼ਨ ਮੂਵੀ ਉਹ ਬਣ ਰਹੀ ਨਾਟ ਐਵਨ ਮੂਵੀਆਂ ਨਹੀਂ ਉਹਦੀ ਫੌਨ ਮੇਰੇ ਖਿਆਲ ਪੰਜ ਤੋਂ 6 ਫਿਲਮ ਤਿਆਰ ਨੇ ਮੈਂ ਉਹਨੂੰ ਪੁੱਛਿਆ ਬਣਾ ਕਦੋਂ ਲੈਂਦੇ ਹੋ ਸਾਡੇ ਨਾਲ ਉਹ ਫਿਲਮ ਬਣਾ ਕੇ ਅਨਾਉਂਸ ਕਰ ਦੇਣੇ ਹੂੰ ਹੂੰ ਅਸੀਂ ਅਸੀਂ ਅਨਾਉਂਸ ਕਰਦੇ ਹਾਂ ਹਾਂ ਬਾਅਦ ਬਣਾਉਣੇ ਆ ਉਹ ਬਣਾ ਕੇ ਸਾਡੇ ਤੋਂ ਬਨਣ ਤੋਂ ਪਹਿਲੇ ਕਈ ਸਾਲ ਰੋਲਾ ਪਿਆ ਲੈਂਦਾ ਐਸ ਘਰ ਵਿਆਹ ਆਏਗਾ ਜਿਸ ਘਰ ਵਿਆਹ ਆਏਗਾ ਅੱਛਾ ਨਾਸਰ ਭਾਈ ਉੱਥੇ ਇੱਕ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਆਰਟਿਸਟਾਂ ਦੀ ਇਸਨਾਂ ਟੀਮਾਂ ਔਰ ਆਪਣੇ ਅਦਾਰੇ ਆਪਣੇ ਪ੍ਰੋਡਕਸ਼ਨ ਔਰ ਸੀਜ਼ ਔਰ ਆਪਣੇ ਉਹ ਸਾਰੇ ਫਿਲਮਾਂ ਬਣਾਉਂਦੇ ਨੇ ਅੱਛਾ ਸਾਡੇ ਇੱਥੇ ਇੱਥੇ ਪੰਜਾਬ ਦੇ ਵਿੱਚ ਵੀ ਆਪਣਾ ਇਫਤਖਾਰ ਠਾਕਰ ਸਾਹਿਬ ਨੇ ਕਰ ਦਿੱਟਣ ਚੁੱਕੇ ਹੈ ਇਸ ਤਰ੍ਹਾਂ ਹੀ ਸੁਪਰ ਪੰਜਾਬੀ ਫਿਲਮਾਂ ਦੀ ਮਾਸ਼ੱਲਾ ਤੁਹਾਡੀ ਸਾਰੇ ਅੰਦਰ ਫਿਲਮ ਐਕਚੁਅਲੀ ਤੇ ਉਹ ਹੁਣ ਤਕਮੀਲ ਦੇ ਬਿਲਕੁਲ ਕੰਪਲੀਟ ਹੋ ਚੁੱਕੀ ਹੈ ਹਰ ਚੀਜ਼ ਟਪਿੰਗ ਵਗੈਰਾ ਟੋਟਲ ਹੋ ਚੁੱਕੀ ਹੈ ਉਹਦਾ ਟ੍ਰੇਲਰ ਵੀ ਆ ਗਿਆ ਹੈ ਲੋਗਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਜੀ ਹਾਂ ਤੇ ਉਹ ਗੱਲ ਇਹ ਕੀ ਕਿ ਦੇਖੋ ਅਸੀਂ ਇੱਕ ਦੂਸਰੇ ਨਾਲ ਮੋਡਾ ਲਾਵਾਂਗੇ ਤਾਂ ਕੰਮ ਧੁਰੇਗਾ ਹੂੰ ਹੂੰ ਬਈ ਫਨਕਾਰ ਤੇ ਸਾਡੇ ਸਾਰੇ ਨੇ ਜਿਹੜੇ ਉੱਥੇ ਵੀ ਕੰਮ ਕਰ ਰਹੇ ਨੇ ਇੱਥੇ ਵੀ ਕਰ ਰਹੇ ਨੇ ਤੇ ਇਹ ਸਿਰਫ ਇਹਗਾ ਕਿ ਇੱਕ ਦੂਸਰੇ ਨੂੰ ਮੋਟਾ ਲਾਵਾਂਗੇ ਨਾ ਹੂੰ ਹੂੰ ਤੇ ਅਗੂ ਕੰਮ ਬਣਨਾ ਸ਼ੁਰੂ ਹੋ ਜਾਏਗਾ ਬੰਨ ਪਹਿਲੇ ਵੀ ਰਿਹਾ ਸਾਡੀ ਫਿਲਮ ਇੰਡਸਟਰੀ ਨੂੰ ਜਿਹੜਾ ਇੱਕ ਟੀਕਾ ਲੱਗ ਗਿਆ ਨਾ ਮੈਨੂੰ ਕਿ ਤੁਹਾਡੀ ਇੰਡਸਟਰੀ ਨੂੰ ਮਨਵਾ ਲਿਆ ਉਹ ਮੋਲਾ ਜੱਟ ਨੇ ਮਨਵਾ ਲਿਆ ਕੀ ਬਾਤ ਮੋਲਾ ਜੱਟ ਨੇ ਮੋਲਾ ਜੱਟ ਨੇ ਨਾ ਸਾਡੇ ਮਨੂ ਆਇਆ ਇਹ ਬੜੀ ਬਜਵਾਤ ਅੱਲਾਹ ਪਾਕ ਇਹਦਾ ਮਨਵਾਇਆ ਮਤਲਬ ਇਹ ਕਿ ਮਨੁ ਕਿ ਉਹ ਉਹਦਾ ਉਹ ਕਹਿਣ ਦਾ ਮੇਰਾ ਮਕਸਦ ਇਹਗਾ ਕਿ ਉਹਨੇ ਸਾਡੀ ਵੀ ਇੱਜ਼ਤ ਬਣਾਈ ਬੇਸ਼ੱਕ ਉਹ ਸਾਡੀ ਇੱਜ਼ਤ ਹੈ ਸਾਡੀ ਠੀਕ ਹੈ ਵੀ ਹੋਰ ਕੀ ਦੀ ਇੱਜ਼ਤ ਉਹ ਤਾਂ ਨਹੀਂ ਉਹਨੇ ਸਾਡੀ ਇੱਜ਼ਤ ਬਣਾਣੀ ਉਹ ਉਹ ਜਿਹੜੇ ਨੇ ਉਹ ਕੀ ਕਹਿੰਦੇ ਨੇ ਉਹਨਾਂ ਨੇ ਇਹ ਨਹੀਂ ਕਿ ਇਹ ਪਾਕਿਸਤਾਨ ਦੀ ਫਿਲਮ ਹੈ ਉਹ ਪੰਜਾਬ ਦੀ ਕਹਿੰਦੇ ਨੇ ਕਿ ਸਾਡੀ ਪੰਜਾਬੀ ਹੈ ਦੇਖੋ ਮੇਰੇ ਕੋਲ ਤਾਮਿਲ ਵਾਲਿਆਂ ਨੂੰ ਕੀ ਪਤਾ ਇਹ ਫਿਲਮ ਇਟੋਈ ਤਾਮਿਲ ਵਾਲਿਆਂ ਨੂੰ ਪਤਾ ਪੰਜਾਬ ਦੀ ਫਿਲਮ ਇਟੋਈ ਪੰਜਾਬੀ ਫਿਲਮ ਕੋਈ ਇਟੋਈ ਹਾਂ ਜੀ ਗਲਤੀ ਇਹ ਬੱਚੇ ਜੀ ਬੰਬੇ ਵਾਲਿਆਂ ਨੂੰ ਕੀ ਪਤਾ ਉਹਨਾਂ ਕੋਲ ਪੰਜਾਬ ਦੀ ਫਿਲਮ ਪੰਜਾਬੀ ਫਿਲਮ ਇਟੋਈ ਜੀ ਉਹਨਾਂ ਨੂੰ ਤੇ ਸਾਡੀ ਹੈ ਚਾਹੇ ਲੜ ਲੈਂਦਾ ਹੋਵੇ ਚਾਹੇ ਛੱਡਦਾ ਹੋਵੇ ਸਾਡੀ ਫਿਲਮ ਟ ਉਹਨਾਂ ਨੂੰ ਵੀ ਇੰਨੇ ਫਖਰ ਜਿੰਨਾ ਸਾਨੂੰ ਹੈ ਯਾਰ ਦੇਖੋ ਐ ਨਾ ਮੈਂ ਇੱਕ ਸ਼ੇਰ ਮੈਨੂੰ ਉਸਤਾਦ ਦਾਮੰਦ ਦਾ ਜੇ ਮੌਕੇ ਤੇ ਬੜਾ ਯਾਦ ਆਂਦਾ ਹੈ ਸ਼ੇਰ ਤੋਂ ਪਹਿਲੇ ਮੈਂ ਦੱਸਦਾ ਕਿ ਜਿਸ ਰੌਣ ਤੁਸੀਂ ਉੱਥੇ ਗਏ ਕੰਮ ਕੀਤਾ ਅਸੀਂ ਸੁਪਰ ਪੰਜਾਬੀ ਦੀ ਗੱਲ ਕਰ ਰਹੇ ਸੀ ਹਾਂਜੀ ਉਹ ਸੁਪਰ ਪੰਜਾਬੀ ਤੁਸੀਂ ਇੱਥੇ ਸ਼ੁਰੂ ਕੀਤੀ ਇਫਤਖਾਰ ਟਾਗਰ ਸਾਹਿਬ ਉਹਨੂੰ ਪ੍ਰੋਡਿਊਸ ਕਰ ਰਹੇ ਨੇ ਬੜੀ ਮਿਹਨਤ ਉਹਨਾਂ ਨੇ ਕੀਤੀ ਕਿਹਾ ਇਸ ਤਰ੍ਹਾਂ ਹੀ ਉਹ ਨੱਗੋਂ ਜਿਹੜੀਆਂ ਪ੍ਰੋਡਕਸ਼ਨ ਸ਼ੁਰੂ ਹੋਣੀਆਂ ਨੇ ਐਨਜੀ ਉਧਰੋਂ ਵੀ ਮੋਢਾ ਲੱਗੇਗਾ ਇੱਧਰ ਜੀ ਜੀ ਦੇਖੋ ਮੇਰੀ ਗੱਲ ਸਾਡੀ ਅਸਲ ਗੱਲ ਬਾਤ ਬਲਗੀ ਕਿਸੇ ਨੂੰ ਉਥੇ ਕਵੀਏ ਕਰੀ ਹੋ ਸਕਦਾ ਜਿਹਨਾਂ ਸਾਨੂੰ ਪਿਆਰ ਕਰਨੇ ਕਦੀ ਨਾ ਕਰ ਸਕਦੇ ਨੇ ਨਹੀਂ ਯਾ ਅਸੀਂ ਉਹਨਾਂ ਨੂੰ ਕੋਈ ਨਾ ਕਰਦੇ ਯਾ ਕਰ ਸਕਦੇ ਹੋ ਹੀ ਨਹੀਂ ਸਕਦਾ ਤੁਹਾਨੂੰ ਦੱਸਣਾ ਕਿ ਉਹ ਪ੍ਰੋਡਿਊਸਰ ਵਾਲਾ ਉਸ ਉਹ ਤਤਲਕ ਹੀ ਮੁੱਕ ਗਿਆ ਹਾਂ ਹਾਂ ਹੁਣ ਤਾਂ ਹੋ ਗਿਆ ਫੈਮਿਲੀ ਵਾਲਾ ਤਲਕ ਸਾਰਿਆਂ ਨਾਲ ਹਾਂ ਹਾਂ ਪਹਿਣਾ ਪਰਾਂ ਵਾਲਾ ਤਲਕ ਹੈ ਮੇਰਾ ਹਾਂ ਹਾਂ ਸਾਰਿਆਂ ਦਾ ਫੈਮਿਲੀ ਵਾਲਾ ਤਲਕ ਹੈ ਹੁਣ ਇਹ ਹੋਏਗਾ ਕਿ ਸਾਨੂੰ ਸਿਰਫ ਇਹ ਹੋਏਗਾ ਕਿ ਉਧਰ ਬੰਦਾ ਆਣਾ ਤੇ ਆਣਾ ਹਾਂ ਡੈਫੀਨਿਟਲੀ ਇਹ ਸੋਲੋ ਜਿਹੜੀ ਹੂੰ ਇਥੇ ਕੰਮ ਕਰਨ ਦੀ ਕਿ ਉਧਰੋਂ ਆਰਟਿਸਟ ਆਵੇ ਉਹ ਤੇ ਆਪਾਣਾ ਚਾਹੁੰਦੇ ਨੇ ਇਥੇ ਉਹ ਤੇ ਇਥੇ ਫਿਲਮ ਪ੍ਰੋਡਿਊਸ ਕਰਨਾ ਚਾਹੁੰਦੇ ਨੇ ਹਾਏ ਉਹ ਤਾਂ ਇਥੇ ਬਣਾਉਣਾ ਚਾਹੁੰਦੇ ਨੇ ਹਾਏ ਗਿੱਫੀ ਭਾਜੀ ਨੇ ਕਿਹਾ ਮੈਂ ਇਥੇ ਫਿਰ ਬਣਾਉਣਾ ਚਾਹੁੰਦਾ ਅੱਛਾ ਐਮਈ ਬਿਰਕ ਨੇ ਕਿਹਾ ਹਾਂ ਹਾਂ ਇਧਰੋਂ ਦੋ ਬੰਦੇ ਆਣਗੇ ਤੇ ਉਧਰੋਂ ਮੈਂ ਸਾਰੇ ਲੈਣਾ ਚਾਹੁੰਦਾ ਠੀਕ ਹੈ ਕੀ ਅਸਲ ਗੱਲ ਕੀ ਏ ਕਿ ਲਾਹੌਰ ਦੇ ਵਿੱਚ ਫਿਲਮ ਹਮ ਲਾਹੌਰ ਦੀ ਗੱਲ ਬਹੁਤ ਹੈਗੀ ਹਮ ਉਹ ਤੇ ਚਾਹੁੰਦੇ ਨੇ ਕਿ ਇਹ ਫਿਲਮਾਂ ਇਸ ਤਰ੍ਹਾਂ ਬਣਨ ਉਹ ਤੇ ਚਾਹੁੰਦੇ ਨੇ ਕਿ ਭਾਜੀ ਤੁਸੀਂ ਰਾਤ ਨੂੰ ਸਵੇਰੇ ਦੋ ਘਰੋਂ ਨਿਕਲੋ ਵਾਗਾ ਟੱਪੋਂ ਤੇ ਇਧਰ ਸ਼ੂਟ ਕਰਕੇ ਨਾ ਹੂੰ ਹੂੰ ਤੇ ਰਾਤ ਨੂੰ ਵਾਪਸ ਚਲੇ ਜਾਓ ਹੂੰ ਹੂੰ ਸਵੇਰੇ ਫਿਰ ਤੁਹਾਨੂੰ ਟਾਈਮ ਦੇਣਗੇ ਨਵੇਂ ਸ਼ੂਟੇ ਤੇ ਆ ਲਓ ਹੂੰ ਇਹ ਤਾਂ ਕੋਣ ਨਹੀਂ ਚਾਹੁੰਦਾ ਹੋਈ ਚਾਹੁੰਦੇ ਅਸੀਂ ਵੀ ਚਾਹੁੰਦੇ ਆ ਗੱਲ ਗਵਰਨਮੈਂਟ ਦੀ ਗਵਰਨਮੈਂਟ ਦੀ ਉਹ ਵੀ ਉਹ ਐ ਦਿਖਣਾ ਕਿ ਉਹ ਸ਼ੇਰ ਜਿਹੜਾ ਮੇਰੇ ਜ਼ਿਹਨ ਚ ਘੁੰਮ ਰਿਹਾ ਸੀ ਨਾ ਫਿਰ ਮੈਨੂੰ ਗੱਲ ਗੱਲ ਤੇ ਮੈਨੂੰ ਉਸਤਾਦ ਦਾਵੰਦ ਦਾ ਸ਼ੇਰ ਯਾਦ ਆਉਂਦਾ ਹੈ ਅਸੀਂ ਦੇਖੋ ਨਾ ਕਿ ਉੱਥੇ ਸਾਂਝ ਰਲਈ ਏ ਤੇ ਕੀ ਕਾਮਯਾਬੀਆਂ ਮੋਲਾ ਜੱਟ ਪੰਜਾਬ ਨੇ ਪੰਜਾਬ ਇਸ ਜ਼ਮੀਨ ਤੇ ਇੱਕ ਐਸਾ ਝੰਡਾ ਰੱਬ ਨੇ ਠੋਕਿਆ ਆ ਬੇਸ਼ੱਕ ਇਹ ਸੱਤ ਹੀ ਖੈਰਾ ਸਾਬਤ ਹੁੰਦਾ ਵਕਤ ਤੁਹਾਡੇ ਸਾਹਮਣੇ ਹੀ ਉਹ ਫੇਰ ਸ਼ੇਰ ਅੱਲਾ ਨੇ ਆ ਕਿ ਸਾਡੀ ਵੀ ਯਾਰੋ ਅਜਬ ਹੈ ਵੰਡ ਹੋਈ ਸਾਡੀ ਵੀ ਯਾਰੋ ਅਜਬ ਹੈ ਵੰਡ ਹੋਈ ਥੋੜਾ ਐਸ ਪਾਸੇ ਥੋੜਾ ਉਸ ਪਾਸੇ ਅਸਾਂ ਮੰਜ਼ਲੇ ਮਕਸੂਦ ਤੇ ਪਹੁੰਚਣਾ ਕੀ ਟਾਂਗਾ ਇਸ ਪਾਸੇ ਘੋੜਾ ਉਸ ਪਾਸੇ ਇਹ ਜਿੱਥੇ ਟਾਂਗਾ ਘੋੜੇ ਚ ਜੁੱਤੇਗਾ ਉੱਥੇ ਫਿਰ ਨਹੀਂ ਨਾਲੇ ਹਸਨભાઈ ਪੰਜਾਬੀ ਤੁਸੀਂ ਇਹ ਵੇਖੋ ਕਿ ਪੰਜਾਬੀ ਕਿੱਥੇ ਨਹੀਂ ਔਰ ਤਗੜਾ ਪੰਜਾਬੀ ਹੈ ਨਾ ਕੋਈ ਨਾ ਦੱਸੇ ਕਿ ਮੈਂ ਪੰਜਾਬੀ ਆ ਵਰਨਾ ਤੁਸੀਂ ਸਾਰੀ ਇੰਡਸਟਰੀ ਫੋਲੋ ਬਾਲੀਵੁੱਡ ਦੀ ਪੰਜਾਬੀ ਨਾ ਦੱਸੇ ਤੇ ਮੈਂ ਪੰਜਾਬੀ ਆ ਲੇਕਿਨ ਬਹੁਤ ਪੰਜਾਬੀ ਏ ਉਹ ਪੰਜਾਬੀ ਆਪਣੇ ਹੱਥਾਂ ਤੋਂ ਪੰਜਾਬੀ ਲੱਗ ਰਿਆ ਹੁੰਦਾ ਡੀਲ ਡੋਲ ਤੇ ਡੀਲ ਡੋਲ ਦਰਮਿੰਦਰ ਸਾਹਿਬ ਦੇ ਹੱਥ ਦੇਖੇ ਨੇ ਐਵੇਂ ਨਹੀਂ ਉਹ ਸੰਨੀ ਦੇਵਲ ਕੇ ਲੋਹੇ ਕੇ ਹੱਥ ਹੈ ਇਹ ਅਬਾਜੀਲ ਨੂੰ ਆਏ ਨੇ ਇਹ ਪੰਜਾਬ ਵੱਲੋਂ ਆਏ ਨੇ ਤੇ ਸਾਰੇ ਲੋਕ ਨਹੀਂ ਲੇਕਿਨ ਇਹ ਜਿਹੜਾ ਨਾ ਇਹ ਸਾਡਾ ਜਿਹੜਾ ਪੰਜਾਬ ਹੈਗਾ ਨਾ ਇਹ ਆਪਣੀ ਮਾਂ ਬੋਲੀ ਨੂੰ ਬਹੁਤ ਅੱਗੇ ਰੱਖਦੇ ਨੇ ਔਰ ਇਹਨੂੰ ਮਤਲਬ ਇਹ ਨਹੀਂ ਕਿ ਇਹ ਇਹ ਜੁੜੇ ਹੋਏ ਨੇ ਤੇ ਮੈਂ ਤੇ ਚੜਦੇ ਪੰਜਾਬ ਜਾਂ ਲਹਿੰਦੇ ਪੰਜਾਬ ਇਹ ਜੁੜ ਇਹ ਜੁੜੇ ਹੋਏ ਨੇ ਇਹ ਆਪਣੀ ਬੋਲੀ ਨਾਲ ਬਹੁਤ ਜੁੜੇ ਹੋਏ ਨੇ ਇਹ ਮਾਂ ਬੋਲੀ ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਹੈ ਕਿ ਇਹ ਮਾਂ ਬੋਲੀ ਨੂੰ ਅੱਗੇ ਰੱਖਿਆ ਤੇ ਦੱਸੋ ਕਿਹੜਾ ਸਕਸੈਸ ਹੋ ਸਕਦਾ ਜਿਹੜਾ ਮਾਂ ਨੂੰ ਟੱਪ ਕੇ ਪਰਲੇ ਪਾਸੇ ਜਾ ਕੇ ਤੇ ਕਾਮਯਾਬੀਆਂ ਲਿੱਲੇਗਾ ਓਏ ਇਸ ਇਹਦੇ ਪੈਰਾਂ ਦੇ ਵਿੱਚ ਤੇ ਸਾਡੇ ਸਕਸੈਸ ਹੈਗਾ ਬਸ ਇਹੀ ਹੈਗਾ ਕਿ ਉਹ ਜੇਕਰ ਇੱਕ ਕੰਮ ਹੋ ਜਾਵੇ ਜਾਂ ਥੋੜੀ ਕਿ ਰਿਲੀਫ ਮਿਲ ਜਾਵੇ ਹੋਏਗਾ ਇਨਸ਼ਾਅੱਲਾ ਅੱਲਾਹ ਨਾ ਕਿਉਂ ਨਹੀਂ ਹੋਏਗਾ ਇਸ ਕੰਮ ਨੂੰ ਅੱਛਾ ਸੁਪਰ ਪੰਜਾਬੀ ਫਿਲਮ ਤੁਸੀਂ ਕੀਤੀ ਹਾਂਜੀ ਕੀ ਕਹਿੰਦੇ ਹੋ ਫਿਲਮ ਦੇ ਬਾਰੇ ਤੁਸੀਂ ਦੇਖੋ ਮਿਹਨਤ ਤਾਂ ਕੀਤੀ ਬਹੁਤ ਸਾਰਿਆਂ ਨੇ ਹੂੰ ਹੂੰ ਤੇ ਦੇਖੋ ਰਿਜ਼ਲਟ ਅੱਲਾਹ ਬਾਗ ਨੇ ਦੇਣਾ ਹੁੰਦਾ ਬੇਸ਼ੱਕ ਇਹ ਤੇ ਕੰਮ ਐਸਾ ਹੈਗਾ ਕਿ ਜਦੋਂ ਸਕਰੀਨ ਲੇਕਿਨ ਜਿਹੜੀ ਅਸੀਂ ਇਹ ਆਪਣੀ ਫਿਲਮ ਆਪ ਜਿਹੜੀ ਅਸੀਂ ਪ੍ਰੋਡਿਊਸ ਕੀਤੀ ਹੈ ਹੂੰ ਹੂੰ ਕਰਨ ਦਾ ਮਕਸਦ ਹੀ ਇਹ ਸੀ ਹੂੰ ਹੂੰ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਦਾ ਕਿ ਸਾ ਸਾਡਾ ਮਤਲਬ ਉਹਨੇ ਫਿਲਮ ਸਾਡੀ ਲਈ ਇਹ ਵਰਲਡ ਵਾਈਜ਼ ਲਗਣੀ ਹੈ ਨਾ ਪੂਰਾ ਪੂਰਾ ਵਰਲਡ ਦੇ ਉਤੇ ਸਾਡਾ ਵਰਲਡ ਵਾਈਜ਼ ਲਗਣੀ ਫਿਲਮ ਤੇ ਇਹ ਰਿਜ਼ਲਟ ਇਹ 15 ਦਿਨਾਂ ਵਿੱਚ ਫਿਲਮ ਤਿਆਰ ਹੋ ਗਈ ਇਸ ਇਹਦੀ ਸ਼ੂਟ ਸ਼ੂਟ 15 ਦਿਨ ਦੇ ਵਿੱਚ 15 ਤੋਂ 16 ਦਿਨ ਲੱਗੇ ਨੇ ਸ਼ੂਟ ਦੇ ਦੇ ਜਦੋਂ ਤੁਸੀਂ ਤਿਆਰੀ ਨਾ ਲਾਹੋਗੇ ਨਾ ਹੂੰ ਹੂੰ ਤੇ ਉਹ ਫਿਰ ਉਹਦਾ ਪ੍ਰੋਡੂਸਰ ਦਾ ਇੱਕ ਤਨ ਨੁਕਸਾਨ ਘਟ ਹੁੰਦਾ ਹੂੰ ਹੂੰ ਅਗਰ ਚੀਜ਼ ਟਾਈਮ ਨਾਲ ਤਿਆਰ ਹੋ ਜਾਏ ਨਾ ਹੂੰ ਹੂੰ ਜਿੰਨਾ ਡਿਲੇ ਕਰੋਗੇ ਉਹਦਾ ਨੁਕਸਾਨ ਹੁੰਦਾ ਜਾਏਗਾ ਹਮ ਹਮ ਕੋਦਰ ਬੰਦੇ ਬੈਠੇ ਨੇ ਹੋਟਲ ਤੁਹਾਡਾ ਹਰ ਚੀਜ਼ ਹਰ ਚੀਜ਼ ਤੁਹਾਡਾ ਕਰੂਗਾ ਸਾਰੀ ਚੀਜ਼ਾਂ ਉਹ ਜਿਹੜਾ ਤੁਹਾਨੂੰ ਤੁਸੀਂ ਉਸ ਟਾਈਮ ਦਾ ਉਹ ਫਿਲਮ ਬਣਾਉਂਦੇ ਨੇ ਉਹ ਅਗਰ ਕਹਿੰਦੇ ਕਿ ਜੀ ਅਸੀਂ 22 ਦਿਨ ਬਣਾਉਣੀ ਹੈ ਬੰਗੀ ਪੀ ਭਾਈ ਦਾ ਰਿਕਾਰਡ ਹੈਗਾ ਉਹਨੇ ਜਦੋਂ ਦਿਨ ਦਿੱਤੇ ਨੇ ਭਾਈ ਇਹਨੇ ਦੇ ਖਤਮ ਕਰੋ ਮੁਕਾ ਦੇਣਾ ਹਮ ਹਮ ਫਿਲਮ ਮੁੱਕ ਜਾਂਦੀ ਕਿਉਂਕਿ ਉੱਥੇ ਰਹਿਣਾ ਤੁਹਾਡਾ 2 ਦਿਨ ਵੀ ਰਹਿਣਾ ਤੇ 80 ਬੰਦਾ ਨਾਲ the hotel ਜਦੋਂ ਤੁਸੀਂ ਟਾਈਮ ਨਾਲ ਜਿਹੜੀ ਚੀਜ਼ ਬਣਾਉਣੀ ਤੈਨੂੰ ਥੋੜੇ ਟਾਈਮ ਮੇ ਬਣਾ ਲਓ ਹਮਮ ਔਰ ਇਸ ਫਿਲਮ ਦੀ ਜਿਹੜੀ ਕਹਾਣੀ ਉਹ ਬਹੁਤ achi gi ਇਹ ਮਤਲਬ ਅਸੀਂ ਕਰੈਕਟਰ ਵਾਈਜ਼ ਲਾਈਟ ਕਾਮੇਡੀ ਸਿਚੁਏਸ਼ਨਲ ਕਾਮੇਡੀ ਗੀ ਠੀਕ ਹੈ 뮤직 ਉਥੋਂ ਬਣਾਇਆ ਇਹ 뮤직 ਛੜਦੇ ਪੰਜਾਬ ਵਾਲੇ ਉਹ ਨਾ ਕੀ ਇਹ ਉਥੋਂ 뮤직 ਬਣਾਇਆ ਹਮਮ ਇੱਥੇ ਦੇ ਲੋਕ ਨੇ ਆਰਟ ਸਾਡੇ ਸਾਰੇ ਆਪਣੇ ਨੇ ਕੋਈ ਸਾਡੇ ਮਤਲਬ ਪੀਪਲ ਬਈ ਕਿ ਕਰਾ ਚਿਤੂ ਹੋਰ ਨੇ ਮੋਸਨ ਨੇ ਮਤਲਬ ਇੱਕ ਗੁਲਦਸਤ ਗੁਲਦਸਤਾ ਜਿਹਾ ਬਣਾਇਆਗਾ ਉਮੀਦ ਹੈ ਲੋਕਾਂ ਨੂੰ ਸਾਡੇ ਇਸ ਟ੍ਰੇਲਰ ਬਹੁਤ ਰਿਸਪੌਂਸ ਬੜਾ ਰਿਸਪੌਂਸ ਵਾਲਾ ਟ੍ਰੇਲਰ ਹੈ ਔਰ ਦੂਸਰਾ ਇਹਗਾ ਕਿ ਇਹ ਫਿਲਮ ਜਿਹੜੀ ਇਹ ਨਾ ਇਹ ਸੁਪਰ ਪੰਜਾਬੀ ਨਾਸਰ ਚਨੋਟੀ ਸਾਹਿਬ ਦੀ ਕੱਲਿਆਂ ਦੀ ਨਈ ਇਫਤਖਾਰ ਠਾਕਰ ਸਾਹਿਬ ਦੀ ਕੱਲਿਆਂ ਦੀ ਨਈ ਜਾਂ ਆਗਾ ਮਾਜ਼ਾ ਸਾਹਿਬ ਜਾਂ ਸਲੀਮ ਅਲ ਬੇਲਾ ਸਾਹਿਬ ਜਾਂ ਮੋਸਨ ਅਬਾਸ ਜਾਂ ਸਾਡੇ ਹੀਰੋਨ ਜਾਂ ਬਾਕੀ ਸਾਰੇ ਸਭ ਤੋਂ ਮੁਲਕ ਸਾਹਿਬ ਹਰੇ ਨਹੀਂ ਇਸ ਹਰਿਆਣ ਦੀ ਫਿਲਮ ਨਹੀਂ ਇਹ ਸਾਡੇ ਪੰਜਾਬ ਦੀ ਫਿਲਮ ਹੈ ਹਾਂਜੀ ਇਹ ਸਾਡੀ ਫਿਲਮ ਹੈ ਬਲਕਿ ਫਿਰ ਮੇਰੇ ਪੂਰੇ ਪਾਕਿਸਤਾਨ ਦੀ ਫਿਲਮ ਹੈ ਹਾਂਜੀ ਬਿਲਕੁਲ ਠੀਕ ਹੈ ਇਹਨੂੰ ਅਸੀਂ ਜਿੰਨਾ ਕਿ ਵੀ ਇਹਨੂੰ ਅਸੀਂ ਸਪੋਰਟ ਕਰਾਂਗੇ ਇਹਨੂੰ ਅਸੀਂ ਇੱਕ ਵਾਰੀ ਨਿਕਲ ਕੇ ਆਵਾਂਗੇ ਸਿਨੇਮਾ ਹਾਲ ਦੇ ਵਿੱਚ ਇਹੀ ਹੌਸਲਾ ਵਸਾਈਏ ਇੱਕ ਦੂਸਰੀ ਦੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਐਸਲੇ ਜ਼ਰੂਰਤੇ ਇਹ ਕਿ ਆਪਣੀ ਫਿਲਮ ਨੂੰ ਸਿਰਫ ਆਰਟਿਸਟ ਹੀ ਜ਼ੋਰ ਨਾ ਲਾਂਚ ਇਹ ਸਾਡੀ ਆਡੀਅנס ਵੀ ਇੱਕ ਪੂਰਾ ਹੱਲਾ ਵਜੇਗਾ ਤੇ ਇਨਸ਼ਾਅੱਲਾ ਤਾਲਾ ਉਹਨਾਂ ਦੀ ਐਂਟਰਟੇਨਮੈਂਟ ਹੀ ਆਬਾਦ ਹੋਣੀ ਹੈ ਬਿਲਕੁਲ 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 ਤੇ ਉਹ ਬਿਹਤਰੀਨ ਹੋਏਗੀ ਤੇ ਇਹ ਚੁਕੇਗੀ ਕਿ ਅੱਛੀ ਐਂਟਰਟੇਨਮੈਂਟ ਮੂਵੀ ਹੈ ਇਹ ਉਹ ਰਹੀ ਔਸਲਾਬ ਜ਼ਾਇਤੂ ਲੈ ਕੇ ਅੱਗੇ ਤੱਕ ਜਿਹੜਾ ਨੈਸਸਸਟਾ ਦੇ ਉੱਤੇ ਹਾਂ ਜੀ ਆਲਵਾਇਜ਼ ਸਾਰੀ ਰਿਕਾਰਡ ਹਾਂ ਜੀ ਉੱਤੇ ਰਿਲੀਜ਼ ਹੋ ਰਹੀ ਹੈ ਹਾਂ ਜੀ ਇਨਸ਼ਾਅੱਲਾ ਤਾਲਾ ਅੱਲਾ ਪਾਕ ਸਾਡੀਆਂ ਬੜੀਆਂ ਦੁਆਵਾਂ ਨੇ ਇਸ ਫਿਲਮ ਦੇ ਨਾਲ ਸਾਰੀਆਂ ਫਿਲਮਾਂ ਦੇ ਨਾਲ ਹੀ ਅੱਲਾ ਪਾਕ ਮੈਂ ਖਾਸ ਤੌਰ ਤੇ ਕਿ ਮੋਲਾ ਜੱਟ ਨੇ ਜਿਹੜੀ ਇੱਕ ਰਾਹ ਹਮਵਾਰ ਕੀਤੀ ਹਾਂ ਜੀ ਉਹਨੂੰ ਫਟਾਫਟ ਫਟਾਫਟ ਇਹਨੂੰ ਰਾਹ ਨੂੰ ਨਾ ਸੀ ਇੰਜ ਕਰਕੇ ਬਿਲਕੁਲ ਇਹਦੇ ਤੋਂ ਫਾਇਦਾ ਲੈ ਲੈ ਚੁੱਕ ਲਈ ਹਾਂਜੀ ਹਾਂਜੀ ਬਿਲਕੁਲ 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 ਸਾਦੀ ਤੇ ਗੱਲ ਇਹ ਕੀ ਰਸਤਾ ਭਾਵੇਂ ਚੜਵੇਂ ਆ ਲੋ ਆਵੇ ਭਾਵੇਂ ਲੈਂਦੇ ਆ ਲੋ ਆਵੇ ਤੇ ਮੰਜ਼ਿਲ ਗੱਲ ਇਹ ਕੀ ਹੈ ਮੰਜ਼ਿਲ ਸਾਰੇ ਆ ਮੁਫਤਾ ਜੋ ਸੱਚੀ ਹੈ ਇੱਕੋ ਹੀ ਔਰ ਮੰਜ਼ਿਲ ਹੈ ਮੁਹੱਬਤ ਦੀ ਹਾਂਜੀ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਮੇਰਾ ਤੇ ਇਹ ਨਾਸਰ ਭਾਈ ਮਾਨ ਨੇ ਕਿ ਦੁਨੀਆ ਦੇ ਬਹੁਤ ਸਾਰੇ ਰੰਗ ਨੇ ਔਰ ਰੰਗ ਨਾ ਕਿਦਰੇ ਚਿੱਟਾ ਕਿਦਰੇ ਨੀਲਾ ਪੀਲਾ ਇਹ ਸਾਰੇ ਰੰਗ ਨੇ ਦੁਨੀਆ ਦੇ ਔਰ ਕੁਛ ਅਰਸੇ ਬਾਅਦ ਰੰਗ ਜ਼ਾਇਲ ਹੋ ਜਾਂਦੇ ਨੇ ਖੁਰ ਜਾਂਦਾ ਹੈ ਉਤਰ ਜਾਂਦਾ ਹੈ ਲੇਕਿਨ ਇਹ ਜਿਹੜਾ ਮੁਹੱਬਤ ਦਾ ਰੰਗ ਹੈ ਨਾ ਇਹ ਜਿਹੜਾ ਕਿ ਮੀਆਂ ਬੀਵੀ ਕਰਦੇ ਨੇ ਆਪਸ ਵਿੱਚ ਔਰ اولاد ਮਾਪਾਪਾ ਕਰਦੇ ਮਾਪਾਪਾ ਬਲ ਦੋਸਤ ਦੋਸਤਾਨਾ ਸਾਂਝਾਂ ਇਹ ਸਾਰੀਆਂ ਮੁਹੱਬਤਾਂ ਨੂੰ ਅਗਰ ਇਕੱਠਾ ਕਰ ਲਿੱਤਾ ਜਾਵੇ ਤਾਂ ਗ੍ਰੀਨ ਰੰਗ ਬਣਦਾ ਹੈ ਉਹ ਗ੍ਰੀਨ ਰੰਗ ਜਿਹੜਾ ਸਬਜ਼ੇ ਗੁੰਬਦ ਦਾ ਗ੍ਰੀਨ ਰੰਗ ਬੇਸ਼ੱਕ ਉਹ ਗ੍ਰੀਨ ਰੰਗ ਜਿਹੜਾ ਸਾਡੇ ਪਾਕਿਸਤਾਨ ਦੇ ਪਰਚਮ ਦਾ ਰੰਗ ਹੈ ਤੇ ਇਹ ਨਾਜ਼ਾਇਲ ਹੁੰਦਾ ਤੇ ਨਾ ਹੀ ਇੱਕ ਦਿਖੁਰਦਾ ਮੁਹੱਬਤਾਂ ਦਾ ਰੰਗ ਜਿਹੜਾ ਹੈ ਨਾ ਇਹ ਬਸ ਇਹਗਾ ਕਿ ਇਹਨੂੰ ਇਹ ਚੜਦਾ ਰਹਿਣਾ ਚਾਹੀਦਾ ਔਰ ਅਸਮਾਨਾਂ ਦੇ ਉੱਤੇ ਲਹਿਰਾਂਦਾ ਰਹਿਣਾ ਚਾਹੀਦਾ ਅਸਲ ਤੇ ਹਸਨ ਭਾਈ ਮੈਂ ਨਾ ਖੁਸ਼ ਤੁਹਾਨੂੰ ਜਿਹੜੀਆਂ ਚੀਜ਼ਾਂ ਨਹੀਂ ਨਾ ਕੁਝ ਜੀ ਤੁਹਾਨੂੰ ਪੇ ਕਰਦੀਆਂ ਨੇ ਹਮ ਮਤਲਬ ਜਿਸ ਤਰ੍ਹਾਂ ਸਾਨੂੰ ਕੋਈ ਪਤਾ ਸੀ ਕਿ ਕੈਮਰਾ ਕੀ ਹੁੰਦਾ ਹੈ ਥੱਲ ਕੀ ਹੁੰਦੀ ਉਹ ਹਫ਼ਤਾ ਉਹ ਸਭ ਨੇ ਦੱਸਿਆ ਆਹ ਵਾ 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 ਮੈਂ ਕਹਿੰਦਾ ਕਿ ਉਹ ਜਿਹੜੀ ਕਾਬਿਲ ਸਾਹ ਹਾਂਜੀ ਉਹ ਜਿਹੜੀ ਉਹ ਜਿਹੜੀ ਮੇਰੀ ਸਿਖਲਾਈ ਜਿਹੜੀ ਉਹ 12 12 ਸਾਲ ਦੀ ਕੀ ਨਾ ਹੂੰ ਉਹ ਜਿਹੜੀ ਮਤਲਬ ਕਿ ਜੋ ਮਤਲਬ ਕਿ ਉਹ ਉਹਨੇ ਕੌਨਫੀਡੈਂਸ ਇਨਾਕ ਵਧਾਤਾ ਹੂੰ ਹੂੰ ਉਹਨਾਂ ਨੂੰ ਫਿਲਮਾਂ ਸੀ ਕਰਨ ਗਏ ਹੂੰ ਮੈਂ ਹਰ ਵਾਰੀ ਉਹਨਾਂ ਤੋਂ ਪੁੱਛ ਕੇ ਜਾਨਣਾ ਹੁੰਦਾ ਯਾਨੀ ਡਾਇਰੈਕਟਰਾਂ ਨਾਲ ਤੇ ਉਹ ਜਿਹੜੀ ਚੀਜ਼ਾਂ ਟੈਕਨੀਕਲ ਗੱਲਾਂ ਜਿਹੜੀ ਜਨ ਹੂੰ ਉਹ ਜਿਹੜੇ ਅਸੀਂ ਉੱਥੇ ਕਰਦੇ ਸੀ ਨਾ ਤੇ ਉਹ ਉਹ ਵਿਖਦੇ ਹੁੰਦੇ ਸਨ ਕਿ ਕੋਈ ਇੱਕ ਹੀ ਗੱਲ ਕੀ ਗਈ ਯਾ ਮਤਲਬ ਸਾਨੂੰ ਨਹੀਂ ਸੀ ਪਤਾ ਕਿ ਲਾਈਟ ਮਤਲਬ ਕਿ ਘਟ ਤੁਹਾਡੀ ਘਟ ਰਹੀ ਹੈ ਲੇਕੇ ਹਾਂ ਹੁਣ ਤਸਵੀਰ ਹੀ ਬਣੀ ਉਹਨੇ ਤੇ ਅਗਲਾ ਬੰਦਾ ਅੱਗੇ ਖਲੋਤਾ ਹੋਵੇ ਨਾ ਤੇ ਬੰਦਾ ਥੋੜਾ ਅੱਗੇ ਹੋ ਜਾਂਦਾ ਕਿ ਲਾਈਟ ਘਟ ਰਹੀ ਹੈ ਲੇਕੇ ਕੋਈ ਜੀ ਸਾ ਮਤਲਬ ਇੰਨਾ ਉਸ ਭਾਈ ਨਾਲ ਕੰਮ ਕਰਕੇ ਇੰਨਾ ਕੁ ਸਿਖਲਾਈ ਹੋਈ ਕਿ ਮੈਂ ਦੱਸ ਨਹੀਂ ਸਕਦਾ ਦੇ ਵੀ ਕਹਿੰਦੇ ਤੇ ਉਹਨੂੰ ਵੀ ਮੈਂ ਮਤਲਬ ਕਿ ਨਾਲ ਕੇ ਪ੍ਰੋਗਰਾਮ ਮੈਂ ਨਹੀਂ ਕਰ ਰਿਹਾ ਮੈਂ ਅਸਲ ਤੇ ਉਹਨਾਂ ਕੋਲ ਨਾ ਜਦੋਂ ਵੀ ਛੁੱਟੀ ਮੰਗੀ ਹੈ ਨਾ ਹਾਂ ਹਾਂ ਤੇ ਉਹਨਾਂ ਦਿੱਤੀ ਗਈ ਅੱਛਾ ਕੋਈ ਗੱਲ ਨਹੀਂ ਠੀਕ ਅੱਛਾ ਯਾਨੀ ਕਿ ਫਾਜ਼ਲ ਅਮਰ ਤੁਸੀਂ ਖਬਰ ਹਾਲ ਕੀਤਾ ਤੋੜਾ ਹਫ਼ਤਾ ਵੀ ਇਕਬਾਲ ਸਾਹਿਬ ਨਾਲ ਤੁਸੀਂ ਕੰਮ ਕੀਤਾ ਔਰ ਸਿੱਖਿਆ ਵੀ ਬਹੁਤ ਕੋਈ ਸ਼ੱਕ ਨਹੀਂ ਕੋ ਉਸਤਾਦ ਨੇ ਬਹੁਤ ਲੋਗਾ ਨੇ ਉਹਨਾਂ ਕੋਲੋਂ ਫਾਇਦਾ ਹاصل ਕੀਤਾ ਹੈ ਔਰ ਉਸ ਤੋਂ ਬਾਅਦ ਹੁਣ ਇੱਕ ਸੁਣੋ ਆਪਣਾ ਟੀਵੀ ਤੇ ਮਸਤੀ ਦਾ ਪ੍ਰੋਗਰਾਮ ਚੱਲ ਰਿਹਾ ਔਰ ਤੁਸੀਂ ਇਸ ਲਈ ਉਹ ਕਰਦੇ ਤੇ ਇਹ ਥੋੜਾ ਜਿਹਾ ਮੈਨੂੰ ਵੀ ਅਸਲ ਇਹ ਇੱਕ ਥੋੜਾ ਜਿਹਾ ਹੁਣ ਆ ਲਾ ਗਿਆ ਆਪਸ ਦੇ ਵਿੱਚ ਕੋਈ ਉਲ੍ਹਾ ਤੇ ਨਹੀਂ ਕਿ ਗਲਤ ਨਹੀਂ ਇਹਦੀ ਕੀ وجہ ਇਜਾਜ਼ਤ ਲੈ ਕੇ ਤੁਸੀਂ ਇੱਧਰ ਤੁਸੀਂ ਨਹੀਂ ਨਹੀਂ ਮੇਰੀ ਗੱਲ ਇਹ ਤੱਕ ਨਹੀਂ ਉਹਨਾਂ ਨੇ ਹੋਈ ਅੱਛਾ ਇਹੋ ਜੀ ਗੱਲ ਵੀ ਕਰ ਸਕਦਾ ਮੈਂ ਲੇਕਿਨ ਉਹ ਪਰ ਆਏਗਾ ਹਾਂ ਉਹ ਕੋ ਤੁਹਾਡਾ ਕਿਹਾ ਨਹੀਂ ਬੋਲਦਾ ਨਹੀਂ ਗੱਲ ਲੈ ਅਲਲਾਨੀਆ ਉਹ ਉਹਨਾਂ ਨੇ ਕਰਦੇ ਵੀ ਨਹੀਂ ਤੇ ਮੋਂ ਉਹਦੇ ਮੂੰਹ ਵੀ ਸੁਣੇ ਮੈਂ ਕਿਸੇ ਦੀ ਗੱਲ ਵੀ ਮਨ ਨਾਲ ਕਰਦੇ ਆ ਲੇਕਿਨ ਆਪਣੀ ਕਰਨ ਤਾਂ ਮੇਰੀ ਹਿੰਮਤ ਹੀ ਨਹੀਂ ਪਈ ਅੱਛਾ ਇਹ ਮਨੋ ਜੇ ਸਮਝ ਲੋ ਕਿ ਹੁਣ ਥੋੜਾ ਨਾ ਐਵੇਂ ਇੱਕ ਜਿਵੇਂ ਆਲ ਆਲਕਸ ਕਹਿੰਦੇ ਨੇ ਆ ਹੋ ਕੇ ਸੁਸਤੀ ਦਾ ਮਜ਼ਾ ਸੁਸਤੀ ਦਾ ਮਜ਼ਾ ਆਦਿਆ ਕਿ ਤੂੰ ਮਨ ਨਾਲ ਕਿ ਉਹ ਨਹੀਂ ਜ਼ੋਰ ਹੀ ਜਾਂ ਹਿੰਮਤ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਤੁਹਾਡੀ ਗੱਲ ਕੱਟ ਰੇ ਇਹ ਸੁਸਤੀ ਨਹੀਂ ਹੁੰਦੀ ਇਹ ਪਤਾ ਕੀ ਹੁੰਦਾ ਇਹ ਪਿਆਰ ਦੀ ਅਦਬ ਦੀ ਇਤਰਾਮ ਦੀ ਇੰਤਹਾ ਜਿਸ ਨੇ ਹੁੰਦੀ ਹੈ ਨਾ ਕਿਸੇ ਪੋਰਸ਼ਨ ਦੀ ਉਹ ਚੁਰਤਾ ਉਹ ਗੱਲਾਂ ਉਹ ਉਹ ਚੁਰਰਦੀ ਨਹੀਂ ਯਾਰ ਮੈਂ ਕਿਵੇਂ ਯਾਰ ਮੈਂ ਕੀ ਕਿਸ ਤਰ੍ਹਾਂ ਗੱਲ ਕਰ ਰਹਾ ਮੈਂ ਕਿਸ ਤਰ੍ਹਾਂ ਕਰ ਮੇਰੇ ਕੋਲ ਉਹਨੇ ਕੰਮੀ ਨਾ ਕਰਾ ਲਿਆ ਮੇਰੇ ਕੋਲ ਦੇਖੋ ਮੈਨੂੰ ਉਹਦੇ ਤੋਂ ਬਗੈਰ ਇਹ ਤਾਂ ਜਾਨਵਰ ਗੱਲ ਕਦੀ ਮਜ਼ਾ ਆ ਹੀ ਨਹੀਂ ਸਕਦਾ ਹਾਂ ਇਹ ਮੈਂ ਤੁਹਾਨੂੰ ਕਹਿ ਰਿਹਾ ਹਾਂ ਹਾਂ ਜ਼ਾਹਰ ਹੈ ਹਾਂ ਕਿ ਲਾ ਇਲਾਹ ਇਲਾਹ ਮੁਹੰਮਦੁਲ ਰਜ਼ਵ ਬਗੈਰ ਮੈਂ ਮੁਰਾਏ ਇਹਦਾ ਉਹ ਮੈਂ ਜਿੰਨਾ ਮੈਂ ਉਹਨਾਂ ਨਾਲ ਕੰਮ ਕਰਕੇ ਇੰਜੋਏ ਕੀਤਾ ਮੈਂ ਜ਼ਿੰਦਗੀ ਜੀ ਘੜ ਹੀ ਨਹੀਂ ਸਕਦਾ ਔਰ ਜਿੰਨਾ ਮੈਨੂੰ ਜਿੰਨਾ ਮੈਂ ਕੰਮ ਕੀਤਾ ਹੈਗਾ ਜਿੰਨਾ ਕੰਮ ਉਹਨਾਂ ਨੇ ਮੇਰੇ ਕੋਲ ਲਿਆ ਹੈਗਾ ਜਿੰਨਾ ਮੈਨੂੰ ਨੇ ਕੰਮ ਦੱਸਿਆ ਹੈਗਾ ਹੁਣ ਮੈਂ ਉਸ ਕੰਮ ਨੂੰ ਇੰਜੋਏ ਕਰਨ ਲੱਗਾ ਆ ਕਿ ਠੀਕ ਹੈ ਉਸਤਾਦ ਸਾਹਿਬ ਵੱਡਾ ਭਰਾ ਵੀ ਉਸਤਾਦ ਐਵੇਂ ਕਹਿੰਦੇ ਕਿ ਹੋਮ ਗ੍ਰਾਉਂਡ ਦੇ ਵਿੱਚ ਹੀ ਬੰਦਾ ਖੇਡਦਾ ਹੈ ਜਿਹੜਾ ਬਾਹਰ ਗ੍ਰਾਉਂਡ 'ਚ ਜਾ ਕੇ ਇੱਕ ਸਿਰੇ ਤੇ ਉਹਨਾਂ ਦੇ ਸਿਰੇ ਹੀ ਹੈ ਨਾ ਜਿੱਥੇ ਵੀ ਹੁੰਦਾ ਹਾਥੀ ਫਿਰੇ ਗਰਾ ਗਰਾ ਜਿਸ ਦਾ ਹਾਥੀ ਉਸ ਕੰ ਸਰ ਦੇਖੋ ਨਾ 9 ਮੈਨ ਅੱਠ ਕੇ 9 ਫਿਲਮਾਂ ਕਰ ਚੁੱਕੇ ਆ ਜੀ ਠੀਕ ਹੈ ਤੋਂ ਕਿਵੇਂ ਕੀਤੀਆਂ ਨੇ ਹਮ ਉਹਨਾਂ ਇਜਾਜ਼ਤੋਂ ਕੀਤੀਆਂ ਨੇ ਇਜਾਜ਼ਤੋਂ ਠੀਕ ਹੈ ਉਹਨਾਂ ਮਤਲਬ ਕਿ ਉਹ ਉਹ ਖੁਸ਼ ਹੁੰਦੇ ਡੈਫੀਨਿਟਲੀ ਇੱਕ ਕਦੀ ਨਹੀਂ ਹੋ ਸਕਦਾ ਮੈਂ ਮੈਂ ਅਬ ਮੈਂ ਆਪਣੀ ਲਾਈਫ ਦੇ ਵਿੱਚ ਬੰਦੇ ਉਹਨਾਂ ਦੇ ਬਾਰੇ ਖਬਰੇ ਕੀ ਗੱਲ ਕਰਦੇ ਹੋਣਗੇ ਉਹ ਬਾਕੀ ਮੈਨੂੰ ਪਾਰ ਹੀ ਨਹੀਂ ਕਿਸਦਾ ਨਹੀਂ ਉਹ ਬੰਦੇ ਮਿਲੇ ਨੇ ਉਹ ਤੇ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਕਰਦੇ ਉਹ ਸਿਹਰਾਂਦੇ ਨੇ ਉਹਨਾਂ ਨੂੰ ਨਹੀਂ ਨਹੀਂ ਇੱਕ ਚੀਜ਼ ਹੁੰਦੀ ਨਾ ਇੱਕ ਬੰਦੇ ਨੂੰ ਸਮਝੇ ਨਹੀਂ ਜਾਣੇ ਨਹੀਂ ਭਾਈ ਮੈਨੂੰ ਪਤਾ ਹੈ ਘਰ ਮੈਂ ਜਿੰਨੀ ਮੁੱਦੀ ਗਲਤੀ ਕਰਦਾ ਮੈਨੂੰ ਮੈਨੂੰ ਪਤਾ ਉਹਨੇ ਮੈਨੂੰ ਕਹਨੇ ਕੁਝ ਨਹੀਂ ਮੈਂ ਬੰਦਾ ਉਹਨੂੰ ਕਹਦਾ ਕਿ ਮੈਂ ਕਹਿੰਦਾ ਉਹ ਬੰਦੇ ਵਾਲੀ ਗੱਲ ਕਰ ਤੇ ਜਿਹੜਾ ਬੰਦਾ ਹੁੰਦਾ ਨਾ ਉਹ ਇੰਜ ਦੀ ਗੱਲ ਕਰਦਾ ਇਹ ਪਤਾ ਨਹੀਂ ਕੋਣ ਗੱਲਾਂ ਕਰ ਦਿੰਦੇ ਕੋਈ ਮੈਂ ਗੱਲ ਕਰ ਰਿਹਾ ਕਿ ਮਤਲਬ ਕਿ ਜਿਹੜਾ ਬੰਦਾ ਉਹਨੂੰ ਮਿਲਿਆ ਹੀ ਨਹੀਂ ਹੂੰ ਉਸ ਭਾਈ ਨੂੰ ਮਿਲਿਆ ਹੀ ਨਹੀਂਗਾ ਉਹਦੇ ਬਾਰੇ ਮਤਲਬ ਕਿਆਸ ਕਰੀਆਂ ਤੇ ਲਾਵੇ ਕਿ ਇੰਜ ਨਹੀਂ ਇੰਜ ਹੁੰਦਾ ਇਹਨਾਂ ਨੇ ਮੈਨੂੰ ਅੱਜ ਇਹ ਦੱਸੇਗਾ ਕਿ ਉਹਦੇ ਉਹਦੇ ਦਿਲ ਦੇ ਵਿੱਚ ਜ਼ਿੰਦਗੀ 'ਚ ਕੋਈ ਗੱਲ ਰੱਖਦੇ ਨਹੀਂ ਰੱਖਦੇ ਨਹੀਂ ਕਰ ਦਿੰਦੇ ਆ اچھا ਵੈਸੇ ਇਹ ਜਿਹੜਾ ਉਹ ਮੈਨੂੰ ਵੀ ਪਤਾ ਚੱਲੇ ਹੈ ਕਿ ਉਹਨਾਂ ਨਾਲ ਤੁਸੀਂ ਕੋਈ ਗੱਲ ਕੀਤੀ ਹੈ ਜੇ ਮੈਂ ਡਾਇਰੈਕਟਰ ਇੱਧਰ ਆ ਗਿਆ ਉਹ ਡਾਇਰੈਕਟਰ ਇੱਧਰ ਆ ਗਏ ਤੁਸੀਂ ਗੱਲ ਰਹੇ ਹੋ ਔਰ ਉਹ ਮੈਂ ਇਸ ਫੀਲਿੰਗ ਨੂੰ ਸਮਝ ਨਾ ਚੁੱਕੇ ਇਹ ਗੱਲ ਤੇ ਤਰ ਡਿੱਕ ਜਗ੍ਹਾ ਤੇ ਨਾ ਮੇਰੀ ਤੇ ਜਗ੍ਹਾ ਜਗ੍ਹਾ ਤੇ ਇਹ ਗੱਲ ਹੁੰਦੀ ਕਿਈ ਵਾਰੀ ਮੈਂ ਡਾਂਟ ਜਿਨ ਕਿ ਗਿਲਾ ਵਾਦ ਜਾਂਦਾ ਕਿ ਯਾਰ ਤੂੰ ਕਮ ਇਜ਼ ਕਮ ਦੱਸ ਤੇ ਦਿੰਦਾ ਕਿਉਂਕਿ ਮੈਂ ਇਸ ਗੱਲ ਨੂੰ ਸਮਝ ਨਾ ਮੇਰਾ ਹੌਸਲਾ ਹੀ ਨਹੀਂ ਪੈ ਰਿਹਾ ਹੁੰਦਾ ਫੋਰ ਜਦ ਮੇ ਤੁਹਾਡੇ ਨਾਲ ਮੇਰਾ ਪਿਆਰ ਹੈਗਾ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ ਨਾ ਕਿ ਵੀ ਮੈਂ ਤੈਨੂੰ ਦੱਸਿਓ ਬਗੈਰ ਉਧਰ ਚਲਾ ਗਿਆ ਜਾਂ ਅਸੀਂ ਇਕੱਠਿਆਂ ਜਾਣਾ ਤੇ ਮੈਂ ਉਹਨਾਂ ਇਹੀ ਸੋਚੀ ਜਾਣਾ ਯਾਰ ਕਿਸ ਤਰ੍ਹਾਂ ਮੈਂ ਕਰ ਰਿਹਾ ਕਿ ਮੈਂ ਉਹ ਹੀ ਕੋਹ ਹੱਸ ਲੈਣਾ ਤੋ ਆ ਕੇ ਇਹ ਤਾਂ ਕਦੀ ਹੋਈ ਨਹੀਂ ਸਦਾ ਮੈਂ ਤਾਂ ਮੈਂ ਉਹ ਆਸਰ ਰਜ਼ਾ ਉਹ ਵੀ ਮੇਰਾ ਭਰਾ ਹੈਗਾ ਮੈਨੂੰ ਐਸਾ ਬੰਦਾ ਇੰਜ ਹੋਇਆ ਕਿ ਜਿਵੇਂ ਮੇਰਾ ਵੀ ਕੋਈ ਮਤਲਬ ਜਿਵੇਂ ਉਹ ਮੈਨੂੰ ਨਾ ਨਹੀਂ ਕਰਦੇ ਆਫਤਾਬ ਸਾਹਿਬ ਮੈਂ ਜੈ ਵੀ ਅੱਜ ਤੱਕ ਲਾਈਵ ਵਿੱਚ ਕੋਈ ਉਹਨਾਂ ਨੇ ਉਹਨਾਂ ਨੇ ਡਨ ਓਕੇ ਕੋਈ ਮਨ ਕੋਈ ਟੋਕ ਟਿਕਲੀ ਹੈ ਕੋਈ ਜਾਣਛਣ ਨਹੀਂ ਕੋਈ ਹਉ ਮਤਲਬ ਕੋਈ ਐਸਾ ਬੰਦਾ ਜਿਹਨੂੰ ਬੰਦਾ ਨਾ ਨਹੀਂ ਕਰ ਸਕਦਾ ਤੇ ਇਹ ਕਦੀ ਨਹੀਂ ਹੋ ਸਕਦਾ ਕਿ ਮੈਂ ਇਹ ਮੇਰੇ ਕੋਲ ਹੈ ਹੀ ਨਹੀਂ ਕਿ ਮੈਂ ਉਹਨਾਂ ਕੋਲ ਕਿ ਜੀ ਮੈਂ ਜਾ ਰਿਹਾ ਹਾਂ ਮੈਂ ਚਲਾ ਕੇ ਆਉਂਦੇ ਹਾਂ ਮਰਜ਼ੀ ਕਹਿ ਦੋਨੋਂ ਕੋਨ ਕੋ ਗਏ ਹੁਣ ਮੈਨੂੰ ਪਤਾ ਹੈਗਾ ਕੁਝ ਵੀ ਨਹੀਂ ਕਹਿਣਾ ਉਹ ਗੱਲ ਦੀ ਕਹਿੰਦਾ ਮੈਨੂੰ ਉਹ ਗੱਲ ਯਾਦ ਆ ਗਈ ਕਿ ਐਮ ਜੇ ਰਾਣਾ ਸਾਹਿਬ ਸਾਡੇ ਸੀਨੀਅਰ ਡਾਇਰੈਕਟਰ ਸ਼ਰਤੀਆ ਮਿੱਠੇ ਦੇ ਵੀ ਯੱਕੇ ਆਲੀ ਬੇਸ਼ੁਮਾਰ ਫਿਲਮਾਂ ਵੀ ਬਣਾਈ ਹੈ ਹਾਂ ਜੀ ਉਹਨਾਂ ਦਾ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਚੁੱਕੇ ਇੱਕ ਅੱਖ ਦਾ ਉਹਨਾਂ ਦਾ ਪ੍ਰੇਟ ਹੋਇਆ ਸੀ ਤੇ ਉਧਰ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਤੇ ਇੱਕ ਅੱਖ ਦੇ ਨਾਲ ਹੀ ਉਹ ਕਰਦੇ ਤੇ ਉਹਨਾਂ ਦੀ ਇੱਕ ਡਰਾਮੇ ਦੀ ਲਮੜਾ 'ਚ ਰਿਕਾਰਡਿੰਗ ਹੋ ਰਹੀ ਸੀ ਤੇ ਮੈਂ ਹੋ ਗਿਆ ਰਿਕਾਰਡਿੰਗ ਕਰਦੇ ਹਾਂ ਸੋਰੀ ਰੈਸਲ ਸੀ ਡਰਾਮੇ ਦੀ ਤੇ ਮੈਂ ਰੈਸਲ ਤੋਂ ਲੇਟ ਆ ਹੋ ਗਿਆ ਐਸਾ ਤੇ ਮੈਂ ਉਹਨੂੰ ਬੜਾ ਡਰ ਰਿਹਾ ਹਾਂ ਸਰ ਕਿ ਜਾਵਾਂਗਾ ਤੇ ਯਾਰ ਬੁਰੀ ਗੱਲ ਰੈਸਲ 'ਚ ਲੇਟ ਹੋਏਗਾ ਤੇ ਉਹਨਾਂ ਦਾ ਰੋਬ ਉਹ ਦਬਦਬਾ ਵੀ ਬੜਾ ਸੀ ਮੈਂ ਉਹ ਲਮੜਾ ਦਾ ਜਿਹੜਾ ਪਰਦਾ ਨਹੀਂ ਲੱਗਾ ਹੁੰਦਾ ਮੈਂ ਉਧਰੋਂ ਦੀ ਤੇ ਹਾਲ 'ਚ ਵੜਨ ਦੀ ਕੋਸ਼ਿਸ਼ ਕਰ ਰਿਹਾ ਤੁ ਜਦ ਮੈਂ ਪਰਦੇ ਦੇ ਪਿੱਛੇ ਆਇਆ ਤੇ ਉਧਰ ਕਿਤੇ ਮਸਾਨਾ ਸਾਹਿਬ ਹਾਲ 'ਚ ਬੈਠੇ ਸਨ ਤੇ ਬਾਹਰ ਨੂੰ ਆ ਰਹੇ ਸਨ ਉਹ ਵੀ ਲੁੱਕ ਕੇ ਉਹ ਅੰਜਲ ਅਸੀਂ ਦੋਵੇਂ ਮਸਾਨਾ ਸਾਹਿਬ ਤੇ ਮੈਂ ਪਰਦੇ ਦੇ ਪਿੱਛੇ ਹੋਏ ਤੇ ਮਸਾਨਾ ਸਾਹਿਬ ਮੈਨੂੰ ਕਹਿੰਦੇ ਲੁੱਕ ਲੁੱਕ ਕੇ ਕਿੱਧਰ ਭੱਜ ਰਹੇ ਆ ਉਹ ਮੈਂ ਕਿਹਾ ਮੈਂ ਰੈਸਲ ਤੋਂ ਲੇਟ ਹੋ ਗਏ ਆ ਤੇ ਐਮ ਜੀ ਰਾਣਾ ਸਾਹਿਬ ਤੁਹਾਨੂੰ ਪਤਾ ਉਹਨਾਂ ਦੇ ਮિજાਜ ਦਾ ਤੇ ਮੈਂ ਕਿਹਾ ਚੁੱਪ ਕਰਕੇ ਮੈਂ ਉੱਥੇ ਹਾਲ ਚ ਜਾ ਕੇ ਬਹਿ ਜਾਈਆ ਉਹਨਾਂ ਨੂੰ ਪਤਾ ਲੱਗੇ ਕਿ ਮੈਂ ਕਾਫੀ دیر ਦਾ ਆ ਹੂੰ ਤੇ ਮੈਨੂੰ ਕਹਿੰਦੇ ਕੱਤ ਤੱਕ ਬਚੇਗਾ ਆਖਰ ਤੇ ਖਾਂਤੇ ਨੋਣੀਆਂ ਨਹੀਂ ਤਾਂ ਜਿਹਦੇ ਦੋ ਖਚਾਰ ਹੋਣੀ ਹੈ ਉਹ ਨਹੀਂ ਉਹ ਤੈਨੂੰ ਪਤਾ ਕਿ ਵੱਡੇ ਭਾਈ ਉਹ ਵੱਡਾ ਭਾਈ ਬਹੁਤ ਬੋਲਦਾ ਚਲੋ ਅੱਲਾ ਖੈਰ ਕਰੇ ਉਹ ਸਾਨੂੰ ਮਾਨ ਨੇ ਇਸ ਗੱਲ ਦਾ ਉਹ ਬਿਲਕੁਲ ਨਾ ਜਿਹੜੀ ਤੁਸੀਂ ਗੱਲ ਕਰਦੇ ਹੋ ਉਸ ਤੋਂ ਢੇਰ ਉਤਲੀ ਆਲਾ ਗੱਲ ਉਹਨਾਂ ਕੋਲ ਹੁੰਦੀ ਏ ਉਹ ਇਸ ਗੱਲ ਦੀ ਕੋਈ ਨਹੀਂ ਪਤਾ ਕੀ ਗੱਲ ਹੈ ਉਹਨਾਂ ਦਾ ਚੱਲਦਾ ਹੈ ਚੱਲਦਾ ਜਿਹਦਾ ਚੱਲਦਾ ਨਾ ਉਹ ਥੋੜ੍ਹ ਕੋ ਨਹੀਂ ਹੁੰਦੀ ਮੈਂ ਤਾਂ ਹੁਣ ਇਧਰ ਕਰਨ ਲੱਗਾ ਮੈਂ 7 ਮਹੀਨੇ ਤੋਂ ਮੈਂ ਪ੍ਰੋਗਰਾਮ ਹੀ ਨਹੀਂ ਕਰ ਰਿਹਾ ਅੱਛਾ ਚਲਦਾ ਨਹੀਂ ਹਾਂ ਹਾਂ ਨਹੀਂ ਚਲ ਠੀਕ ਹੈ ਲੇਕਿਨ ਤੁਹਾਡੀ ਬਹਰਾਲ ਮੈਂ ਗੱਲ ਕਰਦਾ ਹਾਂ ਜੀ ਉਸ ਬਰੋਜ ਵਿੱਚ ਤੁਹਾਡੀ ਕਮੀ ਹਮੇਸ਼ਾ ਹੀ ਮਹਿਸੂਸ ਰਹੀ ਹੈ ਦੇਖੋ ਗੱਲ ਪਤਾ ਕੀ ਕੀ ਆ ਉਹ ਇੱਕ ਨੈਚੁਰਲੀ ਗੱਲ ਹੈ ਭਾਈ ਮੈਨੂੰ ਯਾਦ ਹੈਗਾ ਕਿ ਹਨੀਲ ਵੇਲਾ ਮੈਂ ਆਗਾ ਮਾਜਦ ਸੀ ਯੂਕੇ ਡਾਮਾ ਕਰਨ ਗਿਆ ਸੀ ਹੂੰ ਤੇ ਸ਼ਾਇਦ ਮੇਰੇ ਖਿਆਲ ਬੱਬੂ ਵੀ ਸੀ ਹੂੰ ਬੱਬੂ ਲੇਕਿਨ ਉਸ ਟਾਈਮ ਉਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਜਿਵੇਂ ਮਾਸ਼ਾਅੱਲਾ ਕਾਰੀਗਰ ਬਣਾ ਲਿਆ ਉਹਨਾਂ ਨੇ ਅਸੀਂ ਉੱਥੇ ਐਡਵਾਂਸ ਨਹੀਂ ਸਿਖਾ ਆ ਗਿਆ ਤੁਹਾਨੂੰ ਪਤਾ ਉੱਥੇ 21 ਦਿਨ ਦਾ ਸਾਡਾ ਡਰਾਮਾ ਹੁੰਦਾ ਐਡਵਾਂਸ ਐਪੀਸੋਡ ਨਹੀਂ ਤੁਸੀਂ ਇੱਥੇ ਕਰਾਉਂ ਮਤਲਬ ਥੋੜੇ ਹਨ ਕੋਈ ਮੁੱਕ ਗਿਆ ਇਹ ਕੋਈ ਦੇ ਉਹ ਕੱਲਾ ਰੁਪੀਆ ਨਾਲ ਪ੍ਰੋਗਰਾਮ ਕੀਤਾ ਸੀ ਉਹਨਾਂ ਨੇ ਹਾਂ ਤੇ 11 ਦੀ ਸੀ ਰੇਟਿੰਗ 11 ਉਹ ਆਪ ਅਸਲ ਤੇ ਇਸ ਪ੍ਰੋਗਰਾਮ ਦਾ ਇਹ ਜਿਹੜੇ ਮਰਜ਼ੀ ਚੈਨਲ ਤੇ ਹੋਵੇ YouTube ਤੇ ਹੋਵੇ ਅਫਤਬਸ ਆ ਬੈਠੇ ਨੇ ਤੇ ਉਹ ਪ੍ਰੋਗਰਾਮ ਹੈ ਉਹ ਅਗਰ ਨਹੀਂ ਬੈਠੇ ਉਹ ਛੱਡਣ ਕੇ 드라마 ਪ੍ਰੋਗਰਾਮ ਖਤਮ ਹੋਏਗਾ ਬਾਕੀ ਮੇਰੇ ਕਿਸੇ ਹੋਰ ਦੇ ਛੱਡਣ ਨਾਲ ਕਦੇ ਵੀ ਨਹੀਂ ਹੋ ਸਕਦਾ ਇਨਸ਼ਾ ਅੱਲਾਹ ਤਾਲਾ ਅੱਲਾਹ پاک ਖੈਰ ਕਰੇ ਇਹ ਸਾਂਝੇਗੀ ਇਹ ਕਿੱਥੇ ਇੱਕ ਦੂਜੇ ਤੋਂ ਬਗੈਰ ਸਾਰਾ ਹੀ ਹੈ ਕੁਜ਼ੂਰੀ ਕੰਮ ਦਾ ਤੱਲਕ ਹੁੰਦਾ ਨਹੀਂ ਦਾ ਕੰ ਲੈ ਗਈ ਓਹਨਾਂ ਚ ਕੋਈ ਤੱਲਕ ਨਹੀਂ ਹੈ ਉਹੀ ਤੇ ਤੱਲਕ ਹੈਗਾ ਕੰਮ ਦਾ ਤੱਲਕ ਅਸਲ ਤੇ ਪਹਿਲੇ ਪਹਿਲੇ ਹੁੰਦਾ ਪਹਿਲਾ ਤੱਲਕ ਹੈ ਅਜਰ ਨਾਸਰ ਭਾਈ ਤੁਸੀਂ ਪਹਿਲੀ ਵਾਰ ਜਦੋਂ ਲਾਹੌਰ ਆਏ ਸੋਹੇਲਾ ਮਾ ਸਾਦ ਦੇ ਡਰਾਮੇ ਚ ਉਹਨਾਂ ਨੇ ਕਿਹਾ ਕਿ ਯਾਰ ਮਾਨ ਸਾਹਿਬ ਦੀ ਜ਼ਵਾਨੀ ਸੁਣਨੀ ਹੈ ਔਰ ਜੀ ਬਈ ਖਿਲਾਜ ਤਸੀਨ ਪੇਸ਼ ਕੀਤਾ ਉਸ ਤੋਂ ਬਾਅਦ ਇਹ سلسلہ ਚੱਲਦਾ ਰਿਹਾ ਕੋਈ ਵੀ ਹੁੰਦਾ ਰਿਹਾ ਹੁਣ ਇਸ ਲੈ ਤੁਸੀਂ ਉਹ ਫਿਲਮਾਂ ਚ ਹੁਣ ਸੋਹੇਲ ਸਾਹਿਬ ਹਾਂਜੀ ਦੇ ਨਾਲ ਮੁਲਾਕਾਤ ਹੁੰਦੀ ਤੇ ਹੁਣ ਕੀ ਫਰਮਾਂਦੇ ਨੇ ਤੜਨ ਨਾਲ ਹਮੇਸ਼ਾ ਸਮਝਾਉਂਦੇ ਨੇ ਕੀ ਕੰਮ ਚੜਦੇ ਉਹ ਚੜਦੇ ਹਾਂ ਜੀ। ਔਰਟੋਲਵ ਦਾ ਪੰਜਵਲ ਦਸਦੀ ਰਹਿਣ ਨੇ। ਹਾਂ। ਪੰਜਵਲ ਨਾਲ ਮੁਲਾਕਾਤ ਹੋ ਜਾਵੇ ਤੇ ਉਹ ਇੰਨੀ ਹੁੰਦਾ ਕਿ ਜਿਵੇਂ ਚਾਂਚੜਲ ਨਾਲ ਗੱਲ ਹੁੰਦੀ ਹੈ। ਹਾਂ, ਜ਼ਾਹਿਰ। ਇਹ ਬਾਜ਼ਾਰ ਇੱਕ ਬਿਜ਼ੀ ਬਹੁਤ ਨਹੀਂ। ਜਬ ਤੱਕ ਕਿਦਰੇ ਕਿਸੇ ਵਿਆਹ ਸ਼ਾਦੀ ਤੇ ਤੇ ਕਿਦਰੇ ਮੁਝਾਵੇ। ਹੂੰ ਹੂੰ। ਤੇ ਉਹ ਦੇਖ ਕੇ ਹਸਣ ਲੱਗ ਮੰਨਦੇ ਨੇ। ਹੂੰ ਹੂੰ। ਮਤਲਬ ਮੈਂ ਦੋ ਬੰਦੇ ਜਿਹੜੇ ਨੇ ਜਿਵੇਂ ਪੰਜਵਲ ਨੇ ਤੇ ਬਸ ਹੀ ਮਾਸਾ। ਮੈਂ ਮਸੀਨ ਸੀ। ਵਜ਼ੀਰ ਬਾਦ ਸਾਹਿਬ ਦਾ ਤੁਸੀਂ ਜਿਆਦਾ ਦੇਰ ਅੱਖਾਂ ਚਾਰ ਨਹੀਂ ਕਰ ਸਕਦੇ ਸਰ ਉਹਨਾਂ ਦਾ ਤੇ ਇੱਕ ਤੇ ਅੱਖ ਵੀ ਮਾਸ਼ਾਅੱਲਾ ਮਸਤਾਨੀ ਉਤੋਂ ਐਡੀ ਐਡੀ ਉਤੋਂ ਸ਼ਰਾਰਤ ਨਾ ਭਰੀ ਹੋਈ ਕੀ ਬਾਤ ਹੈ ਤੇ ਉਹ ਵਾਕੀ ਉਹ ਐਸਾ ਹੀ ਹੈ ਮੁਹੱਬਤ ਅੱਲਾ ਪਿਆਰ ਅੱਲਾ ਮਾਹੌਲ ਹੈ ਔਰ ਸਵੇਰ ਸਾਹਿਬ ਵੀ ਕਿਉਂਕਿ ਮੈਂ ਸਮਝਦਾ ਮੈਂ ਕੋ ਤਰਨਲ ਕਿਸ ਕਦਰ ਮੁਹੱਬਤ ਕੋ ਗਾਹੇ ਬਗਾਹੇ ਮੈਂ ਬਹੁਤ ਕੰਮ ਵੀ ਕੀਤਾ ਹੈ ਜੀ ਜੀ ਔਰ ਕੰਮ ਸਿੱਖਿਆ ਵੀ ਅਸ਼ਾ ਸੂਹਿਲ ਸਾਹਿਬ ਨਾਲ ਨੂੰ ਦਰ ਪਤਾ ਹੈ ਕਿ ਅਦਬ ਇਤਰਾਮ ਔਰ ਪਿਆਰ ਮੁਹੱਬਤ ਹਾਂ ਸਾਡੇ ਭਰਾ ਨੇ ਵੀਰ ਨੇ ਔਰ ਮੈਂ ਉਹਨਾਂ ਨਾਲ ਅੱਜ ਕੱਲ੍ਹ ਗੇਰਦੇ ਆ ਕਿਸੇ ਤਰੀਕੇ ਨਾਲ ਕਾਬੂ ਚੜਨ ਤੇ ਸੂਹਿਲ ਸਾਹਿਬ ਨੂੰ ਜਰਾ ਚੈਨਲ ਤੇ ਐਤਨਾ ਉਹਨਾਂ ਦਾ ਇੰਟਰਵਿਊ ਕਰ ਉਹਨਾਂ ਕੀ ਉਹ ਜ਼ਾਹਰ ਹੈ ਉਹਨਾਂ ਦੇ ਉੱਤੇ ਨਹੀਂ ਕੋ ਹੁੰਦੀ ਕਿ ਵੀ ਉਹ ਚੁਗੇ ਉਹ ਚੈਨਲ ਤੇ ਦੁਨੀਆ ਤੇ ਕਰ ਰਹੇ ਨੇ ਉੱਤੇ ਥੋੜਾ ਜਿਹਾ ਉਹ ਨਹੀਂ ਉਹ ਵੀ ਸਾਡੇ ਮੌਜੂਦ ਵੀ ਸਾਡੇ ਥੀਏਟਰ ਦੇ ਹਵਾਲੇ ਨਾਲ ਆਈਜੀ ਪੰਜਾਬ ਸਾਨੂੰ ਆਹੋ ਜਿਵੇਂ ਆਈਜੀ ਸਾਡੇ ਥੀਏਟਰ ਦਾ ਮੈਂ ਕਹਿੰਦਾ ਸੀ ਵੀ ਤੇ ਕਹਿਦੇ ਆ ਆਈਜੀ ਜੀ ਆਈ ਹੈ ਉਹ ਹੁਣ ਮੈਂ ਉਹਨੂੰ ਮਜ਼ਾ ਹੈ ਨਾ ਚੱਲ ਰਿਹਾ ਮੈਂ ਉਹਨਾਂ ਤੁਹਾਡੀ ਵਸਾਤਤ ਦੇ ਨਾਲ ਤੁਸੀਂ ਇਸ ਲਈ ਤਸ਼ਰੀਫ ਫਰਮਾਓ ਇਸ ਕਰਕੇ ਕਿ ਉਹ ਅਥੈਂਟਿਕ ਬੰਦਾ ਬੈਠਾ ਹੋਵੇ ਨਾ ਉਹਨਾਂ ਨੂੰ ਮੈਂ ਪਹਿਲਾ ਕੇਰਾ ਪਾਇਆ ਉਹ ਮੇਰੇ ਤੋਂ ਨਿਕਲੇ ਦੂਜਾ ਕੇਰਾ ਪਾਇਆ ਨਿਕਲੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਫਿਰ ਮੈਂ ਕਿ ਕੇਰਾ ਪਾਇਆ ਮੈਂ ਕਿਹਾ ਇੱਕ ਪ੍ਰੋਗਰਾਮ ਮੈਂ ਤਰਤੀਬ ਦਿੱਤਾ ਮੈਂ ਕਿਹਾ ਸੁਹੇਲ ਬਰਾਦਰਾਨ ਗੁੱਲੂ ਬਾਈ ਨਾਲ ਗੱਲ ਕੀਤੀ ਜਾਂਜ਼ੇ ਬਾਈ ਨਾਲ ਉਹਨੇ ਕਹਿਆ ਯਾਰ ਕੋਈ ਮਸਲਾ ਨਹੀਂਗਾ ਆਈਜੀ ਨੂੰ ਮਨਾ ਲੈ ਜੇ ਇੰਸਾਨ ਹਮੈਗਾ ਛੱਡੋ ਕੋਈ ਗੱਲ ਨਹੀਂ ਅੱਜ ਮੈਂ ਡਾਇਰੈਕਟ ਉਸ ਤਰ੍ਹਾਂ ਨਹੀਂ ਕਹਿ ਰਿਹਾ ਮਜ਼ੇ ਮੈਂ ਕਹਿਆ ਸੋ ਯਾਰ ਕਿੱਥੇ ਉਹ ਕਹਿੰਦਾ ਠੀਕ ਹੈ ਉਹ ਫਿਰ ਟਾਲ ਮਟੋਲ ਜਿੰਦਗੀ ਅੱਛਾ ਹੁਣੇ ਪਿਛਲੇ ਦਿਨਾਂ ਚ ਸੁੰਦਸ ਚੱਲੇ ਆ ਸੁੰਦਸ ਫਾਊਂਡੇਸ਼ਨ ਦਾ ਇਫਤਖਾਰ ਠਾਕਰ ਹੁਣ ਉਹਦੇ ਵਿੱਚ ਠਾਕਰ ਸਾਹਿਬ ਨੇ ਇਸੇ ਤਰੀਕੇ ਖਾਲਦ ਬਾਡਰ ਸਾਹਿਬ ਉਹ ਸੁਹੇਲ ਵੜੈਜ ਸਾਹਿਬ ਉਹ ਸੁਹੇਲ ਸਾਹਿਬ ਨੇ ਵੀ ਬੜੀ ਐਫਰਟਸ ਲਈ ਹੁਣ ਮੈਂ ਇੱਕ ਉਧਰੋਂ ਦਾਣਾ ਪਵਾ ਰਿਹਾ ਉਧਰ ਮੈਂ ਆਹ ਉਹ ਸੁੰਦਸ ਲੋ ਮੈਂ ਕਹੀ ਤੁਸੀਂ ਗੱਲ ਕਰੋ ਉਹਨਾਂ ਦੇ ਨਾਲ ਜਾ ਕੇ ਉਧਰੋਂ ਫਸ ਜਾਣਗੇ ਨਹੀਂ ਫਸਣਗੇ ਤੇ ਕੋਈ ਗੱਲ ਨਹੀਂ ਮੈਂ ਕਹਿੰਦਾ ਜੇ ਤੁਸੀਂ ਗਵਾ ਰਹੇ ਨਾ ਸੁਹੇਲ ਸਾਹਿਬ ਨਾ ਸੁਣ ਜਣਾ ਨਾ ਸੁਣਨੇ ਅਸੀਂ ਵੀ ਉਹਨਾਂ ਦੇ ਭਰਾ ਮੋਰ ਕੁਜਰਾ ਵਾਲੇ ਦੇ ਗੇ एमनाबाद दे बाईपास ਤੋਂ ਮੈਨਾਂ ਨੂੰ ਘੇਰਨਾ ਆ ਕੇ ਇੰਜ ਕਰਕੇ ਕਿ ਆ ਜੋਜੀ ਬਸ ਸਿਰ ਉਨੇ ਵਾਲਾ ਅਸਲ ਮੈਨੂੰ ਦੁਨੀਆ ਚੈਨਲ ਦਾ ਜਿਹੜਾ ਉਹ ਛੱਡਦਾ ਨਹੀਂ ਪਿਆ ਨਹੀਂ ਉਹਨਾਂ ਦਾ ਅਸਲ ਹੋ ਗਿਆ ਕਿ ਮਸਰੂਫੀਅਤ ਜਿਹੜੀ ਨਾ ਅ ਮਤਲਬ ਕਿ ਉਹ ਯਕੀਨ ਜਾਨੋ ਕਿ ਮੈਂ ਮਤਲਬ ਇੰਨੀ ਵਾਰੀ ਮੈਂ ਸ਼ਰਮਿੰਦਾ ਨਾ ਸਰ ਸਾਹਿਬ ਇਹਨਾਂ ਚੋਲੀਆਂ ਨੂੰ ਚੁੱਕ-ਚੁੱਕ ਕੇ ਮਸਰੂਫੀਅਤ ਦੇਣਾ ਜੇ ਕਈ ਖਾਨੇ ਇਹਦੇ ਵਿੱਚ ਵੀ ਕਹਿੰਦੇ ਯਾਰ ਅੱਲਾਹ ਪਾਕ ਸੱਡਾ ਵੀ ਦੇ ਭਰਾ ਹੈ ਬਿਸ਼ੱਕ ਬਿਸ਼ੱਕ ਤੋ ਤੋੜੀ ਤੁਹਾਡੀ ਤੁਹਾਡਾ ਇਹ ਮਜ਼ਾ ਲਾ ਤਾਡੀ ਤਾਡੀ ਗੱਲ ਕੋਈ ਮੋੜ ਸਕਦਾ ਮੋੜ ਦੇ ਦੇ ਮੈਂ ਬਚੇ ਆਸਤੇ ਐਸਿਰ ਪਲਕੀ ਹੈ ਕਿ ਇਹ ਗੱਲ ਮੈਂ ਉਹਨਾਂ ਨੂੰ ਜਿਵੇਂ ਉਹ ਜੀ ਬਾਈ ਤੁਹਾਡੀ ਮਿਹਰਬਾਨੀ ਗਈ ਬਾਈ ਨਿਕਜੇ ਪਰ ਲਾ ਲੋ ਨਹੀਂ ਸਹਿਲ ਜੀ ਤੁਸੀਂ ਬਿਲਕੁਲ ਚੱਕਰ ਨਹੀਂ ਲਾਣਾ ਔਰ ਮੈਂ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਚੱਕਰ ਲੁਆਣਾ ਹੈ ਮੈਂ ਤੇ ਇਹ ਗੱਲ ਕਰ ਰਿਹਾ ਤੁਸੀਂ ਗਵਾਹ ਰਹਿਣਾ ਇਸ ਗੱਲ ਦੇ ਡਨ ਹੋ ਗਿਆ ਹਾਂ ਉਹ ਨਹੀਂ ਉਹ ਤੇ ਮੈਂ ਵੀ ਜਾ ਕੇ ਅਕ ਜੀ ਚੱਲੋ ਤੇ ਛੱਡ ਦੇਣਗੇ ਦੁਨੀਆ ਇਹ ਮਹਿਫਿਲ ਉਗਣਗੇ ਇਹ ਦੁਨੀਆ ਜੇ ਮਹਿਫਿਲ ਮੇਰੇ ਕਾਮ ਇਹ ਦੁਨੀਆ ਇਹ ਮਹਿਫਿਲ ਮੇਰੇ ਕਾਮ ਕਿ ਨਹੀਂ ਆਉਟ ਚਦੀਏ ਲੇਕਿਨ ਐਂਜ ਨਹੀਂ ਮੈਂ ਵੀ ਕਹ ਮਜ਼ਾ ਸ਼ੁਰੂ ਹੋਇਆ ਮੈਂ ਤੇ ਆਪਣੇ ਤੌਰ ਤੇ ਇਜ਼ਹਾਰ ਮੈਂ ਪਹਿਲੀ ਵਾਰ ਹੀ ਕੀਤਾ ਐ ਇਹ ਗੱਲ ਮੈਂ ਫੋਨ ਤੇ ਵੀ ਉਹਨਾਂ ਨੂੰ ਦਿਲ ਕਰ ਰਿਹਾ ਸੀ ਕਰਾਂ ਲੇਕਿਨ ਮੈਂ ਨਹੀਂ ਅਸੀਂ ਇਕੱਠਾ ਵਿੱਚ ਬੈਠੇ ਹਾਂ ਸਵੀਟ ਆ ਮਜ਼ਾ ਸਵੀਟ ਡਿਸ਼ ਅੱਛਾ ਨਾਸਿਰ ਸਾਹਿਬ ਇਸ ਮੁਹੱਬਤਾਂ ਦੇ ਸਰੂਜ ਦੇ ਵਿੱਚ ਉਹ ਵਾਲਿਦ ਉਹ ਬਾਪ ਜਿਨ੍ਹਾਂ ਆਪਣੇ ਹੱਥਾਂ ਨਾਲ ਲੋਕਾਂ ਦੇ ਮੂੰਹ 'ਚ ਮੁਰਕੀਆਂ ਪਾ ਕੇ ਤੇ ਉਹਦੇ 'ਚ ਆਪਣੀ ਔਲਾਦ ਦੇ ਉਰੋ마 ਜੀ ਜਿਨ੍ਹਾਂ ਨੇ ਤੁਹਾਡਾ ਥੋੜਾ ਜਿਹਾ ਟਾਈਮ ਦੇਖਿਆ ਲੇਕਿਨ ਹੁਣ ਵਕਤ ਦੇ ਨਾਲ ਨਾਲ ਅੱਗੇ ਮੰਜ਼ਿਲ ਹੈ ਅੱਲਾ ਪਕ ਨੇ ਇਸ ਮੌਕਾਤ ਹੁਣ ਮਾਜੀ ਦੀ ਅੱਬਾ ਦੀ ਕਮੀ ਮਹਿਸੂਸ ਹੁੰਦੀ ਬਹੁਤ ਬਹੁਤ ਜ਼ਿਆਦਾ ਪਰ ਦੇਖੋ ਮੇਰੀ ਗੱਲ ਸੁਣੋ ਹਸਨ ਭਾਈ ਇਹ ਤੇ ਜਿਵੇਂ ਕਹਿੰਦਾ ਨਾ ਖਲਾ ਇਹ ਪੂਰੇ ਤੇ ਹੋ ਨਹੀਂ ਸਕਦਾ ਤੁਹਾਨੂੰ ਹਰ ਖੁਸ਼ੀ ਨਾਲ ਯਾਦ ਆਉਂਦੇ ਨੇ ਔਰ ਤੁਹਾਨੂੰ ਹਰ ਗਮੀ ਨਾਲ ਯਾਦ ਆਉਂਦੇ ਨੇ ਕਿ ਖੁਸ਼ੀ ਚੰਨ ਰਾਤ ਦੀ ਕਾ ਚੰਨ ਰਾਤ ਹੈ ਸਵੇਰੇ ਹੀ ਦੇ ਤੇ ਜਿਹੜਾ ਸਵੇਰੇ ਯਾਦ ਆਉਂਦੇ ਨੇ ਨਾ ਇਹ ਹੀ ਦਾ ਦਿਨ ਮੈਨੂੰ ਕਿਸੇ ਨਾਮ ਲੱਗ ਲੱਗਦਾ ਮੈਂ ਕੱਲਾ ਲੱਗਿਆ ਰੱਬ ਦਾ ਦਿੱਤਾ ਸਾਰਾ ਕੁਝ ਹੈ ਲੇਕਿਨ ਬਹੁਤ ਮਿਸ ਕਰਦਾ ਮੈਂ ਬਹੁਤ ਮਿਸ ਕਰਦਾ ਇੰਨਾ ਮੈਂ ਤਾਂ ਦੱਸ ਨਹੀਂ ਸਕਦਾ ਠੀਕ ਹੈ ਉਹ ਬਣ ਗਿਆ ਜੋ ਕੁਝ ਬਣਨਾ ਹੈ ਲੇਕਿਨ ਉਹ ਦਿਨ ਯਾਦ ਆਉਂਦਾ ਉਹ ਦਿਨ ਬੜਾ ਮਤਲਬ ਕਿ ਉਹ ਉਹ ਈਦ ਪੜਨ ਤੋਂ ਬਾਅਦ ਘਰ ਦਾ ਉਹ ਘੰਟਾ ਡੇਢ ਘੰਟਾ ਨਾ ਮੈਂ ਬਹੁਤ ਮਿਸ ਕਰਦਾ ਬਹੁਤ ਮਿਸ ਕਰਦੇ ਹੋ ਉਸ ਲਈ ਵਿਜਲਾਈਸ ਕਰ ਰਹੇ ਹੋ ਕਿ ਇਹ ਮਾਂ ਜੀ ਵੀ ਬੈਠੇ ਹੁੰਦੇ ਜਾਂ ਲੱਗਦੇ ਹੋਣਾ ਕਿ ਇਹ ਬੈਠੇ ਨੇ ਜਾਂ ਵਾਲੇ ਸਾਹਿਬ ਇਹ ਬੈਠੇ ਨੇ ਮੈਂ ਕਹਿੰਨਾ ਕਿ ਇੱਕ ਚੀਜ਼ ਜਿਹੜੀ ਤੁਸੀਂ ਇਨਸਾਨ ਔਰ ਮੈਂ ਮਤਲਬ ਕਿ ਇੱਕ ਤੁਹਾਨੂੰ ਦੱਸੀ ਗੱਲ ਉਹ ਖੁਸ਼ੀ ਵਾਲੀ ਕਿ ਉਹ ਖੁਸ਼ੀ ਜਿਹੜੀ ਨਾ ਕਿ ਮੈਂ ਉੱਥੇ ਜਾ ਕੇ ਗੱਡੀ ਖੜੀ ਕੀਤੀ ਖੁਸ਼ੀ ਨਹੀਂ ਤੇ ਇੱਕ ਜ਼ਿੰਦਗੀ ਦੇ ਵਿੱਚ ਇੱਕ ਕਮੀ ਹੈ ਉਹ ਵੀ ਕਦੀ ਨਹੀਂ ਉਹ ਸੋਦੀ ਪੂਰੀ ਉਸ ਜਿਹਦੇ ਤੋਂ ਮੈਂ ਇੱਥੇ ਇਸ ਦਮੀ ਦਾ ਇੰਤਕਾਲ ਹੋਇਆ ਉਹ ਮੇਰੇ ਸਾਰੇ ਤੁਸੀਂ ਵੱਡੇ ਭਰਾ ਤੁਸੀਂ ਜਿਸ ਤਰ੍ਹਾਂ ਸਾਰਿਆਂ ਨੇ ਦਾ ਯਾਨਕਿ ਉਹ ਮੈਂ ਜ਼ਿੰਦਗੀ ਚ ਉਹ ਮੇਰਾ लॉस ਨਹੀਂ ਭਰ ਸਕਦਾ ਚਿਹਰਾ ਅਕਸਰ ਪ੍ਰੋਗਰਾਮਸ ਨਾਲ ਕੇ ਇਹ ਇੱਕ ਐਸਾ ਖਲਾਅ ਹੈ ਜੋ ਜ਼ਿੰਦਗੀ ਮੈਂ ਪੂਰ ਨਹੀਂ ਹੋ ਸਕਦਾ ਹੈ ਵਾਕਈ ਖਲਾਅ ਉਹ ਖਲਾਅ ਹੈ ਜਿਹਦਾ ਕੋਈ ਆਲਟਰਨੇਟ ਮੈਂ ਪਹੁੰਚਿਆ ਨਹੀਂ ਉਹ ਉਹਨਾਂ ਦੇ ਮਰਨ ਤੋਂ ਪਹਿਲੇ ਇੱਕ ਨੇ ਮਰਮ ਇਨਕ ਫੋਨ ਤੇ ਮੈਂ ਲੰਡਨ ਡਰਾਮਾ ਕਰ ਰਹੀ ਸੀ ਰੈਂਬੋ ਸਾਹਿਬ ਅੱਲਾ ਨੇ ਜਿੰਦਗੀ ਰੋ ਇਨਾ ਉਹਨਾਂ ਨੇ ਹੌਸਲਾ ਦਿੱਤਾ ਆਬਦ ਕਸ਼ਮੀਰੀ ਸਾਹਿਬ ਸਰ ਕਿ ਤੁਸੀਂ ਕੀ ਇਹ ਮੈਨੂੰ ਇਨਾ ਸਮਝਾ ਕੇ ਗਈ ਇੱਕ ਦਿਨ ਪਹਿਲੇ ਮਾਂ ਫੋਨ ਤੇ ਮੈਨੂੰ ਮੈਨ ਇੰਜੀਨੀ ਇੰਜਨੀ ਮਨ ਕੇ ਕੋਈ ਮਤਲਬ ਠੀਕ ਹਸਪੀਟਲ ਹੈ ਤੇ ਮੈਨੂੰ ਡਾਕਟਰ ਨਾਲ ਨੂੰ ਕਿਹਾ ਨੋ ਪਰਟੈਂਟ ਠੀਕ ਨੇ ਤੇ ਫੋਨ ਤੇ ਮੈਨੂੰ ਇਨਾ ਸਮਝਾ ਕੇ ਗਈ ਹਰ ਗੱਲ ਕਰ ਉਹ ਮੇਰੇ ਨਾਗੇ ਮੰਦਰੀ ਨਾ ਮੈਂ ਮੈਂ ਫਿਰ ਮੈਂ ਇਸ ਲਈ ਇਹ ਕਹਿੰਦਾ ਹਾਂ ਕਿ ਪਰ ਦਿਨਾਂ ਦਿਨਾਂ ਦੇ ਸਾਮ ਲੋ ਹਾਏ ਇਹਨਾਂ ਦੀ ਖidmat ਕਰ ਲੋ ਇਹ ਮੈਂ ਅਸਾਂ ਤੁਹਾਨੂੰ ਇੱਕ ਦੱਸਾਂ ਕਿ ਬਾਅਦ ਦਫਾ ਹੁੰਦਾ ਨਾ ਕਿ ਰਾਤ ਨੂੰ ਕਿਸੇ ਕੋਈ وجہ ਕਰਕੇ ਨੀਂਦ ਨਹੀਂ ਆਂਦੀ ਜਾਂ ਕੰਮ ਤੋਂ ਸਟ्रेस ਜਿਸ ਤਰ੍ਹਾਂ ਹੁੰਦਾ ਤੇ ਮੈਂ ਲੇਟ ਕੇ ਨਾ ਜਿਸ ਲਈ ਉਹ ਮਾਪੇ ਨੂੰ ਯਾਦ ਕਰਨਾ ਤੇ ਮੈਨੂੰ ਉਹਨਾਂ ਦੇ ਨਾ ਜਿਸਮ ਦੀ ਮਹਿਕ ਬੇਸ਼ੱਕ ਮੈਨੂੰ ਮਹਿਸੂਸ ਹੁੰਦੀ ਹੈ ਉਸ ਮਜ਼ਦੂਰ ਦਾ ਪਸੀਨਾ ਉਹਦੀ ਮਹਿਕ ਉਹ ਮਾਂ ਦੇ ਭਾਂਡੇ ਤੋਂ ਨਾ ਕੱਪੜੇ ਤੋਂ ਉਹਨਾਂ ਤੇ ਰੋਂਦਿਆਂ ਕਦੀ ਗੋਦ ਚ ਲੈ ਲੈਣਾ ਤੇ ਉਸ ਲਈ ਉਹਦੀ ਜਿਸਮ ਦੀ ਮਹਿਕ ਉਹ ਫਿਰ ਮੈਂ ਜਿਸ ਲਈ ਫੀਲ ਕਰਨਾ ਤੇ ਉਹ ਮਹਿਕ ਮੈਨੂੰ ਆਂਦੀ ਹੈ ਔਰ ਉਸ ਮਹਿਕ ਦੇ ਵਿੱਚ ਹੀ ਛਿੱਟੀ ਪਰੇਸ਼ਾਨੀ ਹੋਵੇ ਜਾਂ ਡਿਪਰੈਸ਼ਨ ਹੋਵੇ ਔਰ ਤੁਸੀਂ ਉਸ ਮਹਿਕ ਦੇ ਵਿੱਚ ਹੀ ਅੱਲਾਹ ਪਾਕ ਦਾ ਸ਼ੁਕਰ ਕਿਉਂਕਿ ਇਹ ਰੱਬ ਕਰਮ ਕਰ ਰਿਹਾ ਹੁੰਦਾ ਉਹ ਮਹਿਸੂਸ ਹੋ ਰਹੀ ਹੁੰਦੀ ਐ ਇੰਜ ਲੱਗਦੇ ਹੁੰਦਾ ਕਿ ਜਿਵੇਂ ਮੈਂ ਦੋਵਾਂ ਦੀ ਗੋਦ 'ਚ ਆ ਇਹ ਮੇਰਾ ਰੱਬ ਸੋਣਾ ਤੇ ਉਹ ਐਡੀ ਸੁੱਖ ਦੀ ਨੀਂਦ ਆ ਜਾਂਦੀ ਏ ਔਰ ਸੋ ਜਾਂਦਾ ਮੈਂ ਅਸਨ ਭਾਈ ਮਨਗੁੰਦਰ ਉਹ ਹੰਦੀ ਸਨ ਗੱਲ ਕਿ ਅਬੂ ਤੁਹਾਨੂੰ ਨਹੀਂ ਬਤਾ ਫਿਕਰ ਆਉਂਦਾ ਸੀ ਅਮੀ ਤੁਹਾਨੂੰ ਨਹੀਂ ਬਤਾ ਹੁਣ ਪਤਾ ਲੱਗਦਾ ਕਿ ਸਾਰਾ ਉਹਨਾਂ ਨੇ ਬਤਾਇਆ ਸਾਨੂੰ ਨਹੀਂ ਸੀ ਪਤਾ ਅੰਮ੍ਰਿਤਾਨ ਨੀ ਪਤਾ ਬਾਜੀ ਨਹੀਂ ਤੁਹਾਨੂੰ ਨਹੀਂ ਪਤਾ ਬਹੁਤ ਅੱਛੇ ਨਾਸਿਰ ਸਾਹਿਬ ਇਹ ਕਿ ਸਬਜੈਕਟ ਇਹ ਹੁਣ ਇਹ ਗੱਲ ਪਤਾ ਲੱਗੀ ਕਿ ਸਾਨੂੰ ਨਹੀਂ ਸੀ ਪਤਾ ਆਏ ਹਾਏ ਹਾਏ ਵਾ 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 ਅੱਛਾ ਹੁਣ ਕਿਧਰੇ ਆ ਕੇ ਇਹ ਸਾਰੀਆਂ ਫੀਲਿੰਗਾਂ ਬੰਦਾ ਫਿਰ ਆਪਣੇ ਬੱਚਿਆਂ ਚ ਵੀ ਦੇਖਦੇ ਆ ਹੁੰਦਾ ਹਾਂ ਹੈ ਉਹ ਹੁਣ ਜੈਰੀ ਆਪਣਾ ਹੈ ਹਾਂਜੀ ਜੈਰੀ ਮੇਰੀ ਬੇਟੀ ਮਰਵਾ ਮਰਵਾ ਫਕਾਰ ਅਜਾ ਵਕਾਰ ਤੇ ਇਹ ਤੇ ਉਹਨਾਂ ਅੱਲਾਹ ਪਾਕ ਨੇ ਨਾ ਇੱਕ ਨਗੀਨੇ ਇਹ ਦੋ ਬੇਟੇ ਉਹਦੀ ਇੱਕ ਸਾਡੀ ਤੀ ਹਾਂਜੀ ਇਹਨਾਂ ਦੇ ਬਾਰੇ ਸਾਡੇ ਨਾਲ ਇਹਨਾਂ ਦਾ ਕੋ ਆਪਸ ਦੇ ਵਿੱਚ ਪਿਆਰ ਮੁਹੱਬਤ ਔਰ ਤੁਹਾਡਾ ਇੱਕ ਸਿਲਸਿਲਾ ਔਰ ਭੈਣ ਸਾਡੀ ਨੇ ਇੱਕ ਫੈਮਿਲੀ ਦਾ ਉਹ ਉਹਨੇ ਮਤਲਬ ਕਿ ਅਸਲ ਪਤਾ ਗੱਲ ਕੀ ਹੈ ਅਸਨ ਭਾਈ ਇਹ ਮੇਰੇ ਔਰ ਤੁਹਾਡੇ ਤੇ ਡਿਪੈਂਡ ਨਹੀਂ ਕਰਦੀ ਗੱਲ ਕੋਈ ਚੀਜ਼ ਹੁੰਦੀ ਹੈ ਅਗਰ ਤੁਸੀਂ ਜਿਹੜਾ ਸੀ ਅਸੀਂ ਸ਼ੋਬਿਜ਼ ਦੇ ਲੋਕ ਹਨ ਅਸੀਂ ਤੇ ਨਹੀਂ ਹੋ ਸਕਦਾ ਕਿ ਪ੍ਰਾਪਰ ਹੀ ਇਨਾਂ ਟਾਈਮ ਦਈਏ ਘਰ ਬਣਾਉਂਦੀ ਏ ਤੁਹਾਡੀ ਵਾਈਫ ਬੇਸ਼ੱਕ ਘਰ ਲਈ ਘਰ ਲਈ ਜਿਹੜੀ ਘਰ ਦੀ ਮਾਰ ਕਹਿੰਦੀ ਹਾਂ ਉਹ ਤੁਹਾਡੀ ਤੁਹਾਡੀ ਔਲਾਦ ਦੇ ਅਦਬ ਤੋਂ ਪਤਾ ਲੱਗ ਜਾਏਗਾ ਤੁਹਾਡੇ ਦੋਸਤ ਸੱਜਣ ਯਾਰ ਨੂੰ ਕਿ ਇਹ ਦਿੱਤੀ ਇਹਦੀ ਕੀ ਤਰਬੀਅਤ ਏ ਔਰ ਕਿਨੇ ਕੀਤੀ ਏ ਇਹਨਾਂ ਦੀ ਮਾਂ ਤੁਹਾਡਾ ਨਾ ਕਿੰਨਾ ਸੰਸੀਅਰ ਹੈ ਤੁਹਾਡਾ ਕਿੰਨਾ ਦਬੇਤਰਾ ਹਰ ਚੀਜ਼ ਮਤਲਬ ਇਹ ਉਹ ਹੁਣ ਅਗੋਂ ਜਿਹੜੇ ਅਗਰ ਔਲਾਦ ਜਿਹੜੀ ਉਹ ਉਹਦਾ ਵੀ ਇੱਕ ਫੋਕਸ ਹੁੰਦਾ ਹੈ ਹਮ ਕਿ ਉਹ ਵੀ ਆਪਣੇ ਪਿਓ ਨੂੰ ਵਾਚ ਕਰ ਰਹੇ ਹੁੰਦੇ ਨੇ ਕਿ ਇਹ ਕਿਸ ਤਰ੍ਹਾਂ ਦਾ ਹੈ ਹਮ ਹਮ ਤੁਹਾਡੀ ਮਾੜੀ ਚੰਦੀ ਤੁਹਾਡੀ ਮਾੜੀ ਚੰਗੀ ਆਦਤ ਉਹਨਾਂ 'ਚ ਆਉਂਦੀ ਜ਼ਰੂਰ ਹੈ ਹਮ ਹਮ ਹੁਣ ਅਗਰ ਤੇ ਉਹ ਤੁਹਾਡੀ ਮਾੜੀ ਆਦਤ ਨੂੰ ਛੱਡ ਕੇ ਚੰਗੀ ਨੂੰ ਅਪਣਾ ਲੈਣ ਤੇ ਚੰਗੀ ਉਹਨਾਂ 'ਚ ਤੁਹਾਨੂੰ ਨਜ਼ਰ ਆ ਰਹੀ ਹੈ ਵਾਹ ਵਾਹ ਇਹਨਾਂ ਨੇ ਮੇਰੀ ਮਾੜੀ ਗੱਲਾਂ ਤੇ ਹੈ ਨਾ ਲੇਕਿਨ ਇਹ ਜਿਹੜੀ ਅਪਣਾਈ ਉਹ ਚੰਗੀ ਗੱਲ ਇਹਨਾਂ ਨੇ ਇਹਨ ਮੇਰੇ ਕਿ ਸਾਡੇ ਪਿਓ ਦੀ ਜਿਹੜੀ ਚੰਗੀ ਗੱਲ ਹੈ ਉਹ ਸਾਡੇ ਚਾਣੀ ਦਿੰਦਾ ਹਾਂ ਨਹੀਂ ਅੱਛਾ ਇਹ ਦੀਆਂ ਨੇ ਵਕਾਰ ਮਾਸ਼ਾਅੱਲਾ ਸਿਡਨੀ ਦਾ ਉੱਥੇ ਪੜ੍ਹ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਬਚਪਨ ਔਰ ਬਚਪਨ ਦੀ ਜਿਹੜੀ ਤਾਲੀਮ ਜਿਹੜੀ ਹਰ ਬੱਚੇ ਦਾ ਇੱਕ ਚਾਹ ਵੀ ਹੁੰਦਾ ਉਹ ਸੈਕਰੀਫਾਈ ਕੀਤਾ ਔਰ ਬੱਚੇ ਮਾਸ਼ਾਅੱਲਾ ਐਸਐਲਏ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਹੈ ਪੜ੍ਹ ਰਹੇ ਨੇ ਔਰ ਆਲਾ ਤਾਲੀਮ ਹਾਸਲ ਕਰ ਰਹੇ ਨੇ ਤੇ ਇਹ ਗੱਲ ਵੀ ਪਿਛਲੀ ਮੱਦੇ ਨਜ਼ਰ ਸੀ ਕਿ ਵੀ ਮੈਂ ਨਹੀਂ ਅਗਰ ਸੈਕਰੀਫਾਈ ਕੀਤਾ ਤੇ ਮੇਰੀ ਔਲਾਦ ਪੜੇ ਮੈਂ ਤੇ ਅਸਲ ਵੇਖਿਆ ਆਪਣਾ ਸਾਰਾ ਕੁਝ ਉਹਨਾਂ ਚ ਵੇਖਿਆ ਵਾਹ ਇਹ ਜਿਹੜੀ ਕਮੀ ਸੀ ਨਾ ਇਹ ਕਮੀ ਮੈਂ ਮੈਂ ਆਪਣੀ ਪੂਰੀ ਕਰ ਰਿਹਾ ਹਾਂ ਹਾਂ ਉਹ ਜਿਹੜੀਆਂ ਤੁਹਾਡੀਆਂ ਕਮੀਆਂ ਨੇ ਉਹ ਜਿਹੜੀ ਉਹ ਚੀਜ਼ਾਂ ਨਾ ਕੋਕੇ ਮੈਂ ਸ਼ੁਰੂ ਤੋਂ ਹੀ ਜਦੋਂ ਬਹੁਤ ਥੋੜੀ ਪੇਮੈਂਟ ਸੀ ਨਾ ਉਦੋਂ ਹੀ ਇਹਨਾਂ ਨੂੰ ਉਸ ਸਕੂਲੇ ਪਾਇਆ ਹੈ ਕੈਮਬ੍ਰਿਜ ਦੇ ਵਿੱਚ ਆਪਣਾ ਬੀਕਨੋਸ ਬੀਕਨੋਸ ਦੇ ਵਿੱਚ ਬਿਲਕੁਲ ਉਸ ਲਈ ਜਿਸ ਲਈ ਵਕਾਰ ਦਾ ਦਾਖਲਾ ਕਰਾਇਆ ਸੀ ਉਹਨਾਂ ਦੀ ਫੀਸ ਮੇਰੇ ਨਾਲ 7000 ਰੁਪਏ ਸੀ ਹਮ ਜਿਹੜੀ ਹੁਣ ਬਦਲ ਕਿੰਨੀ ਅੜੀ ਹੈ ਤੇ ਉਹ ਉਦੋਂ ਦੀ ਇਨਵੈਸਟਮੈਂਟ ਇਹ ਰੈਲੀ ਰੱਖੀ ਹੈ ਇਨਾ ਹੀ ਤਾਲੀਮ ਦੀ ਤਾਲੀਮ ਕਿ ਕੁਝ ਨਹੀਂ ਠੀਕ ਪਹਿਲੇ ਇਹਨਾਂ ਨੂੰ ਉਹਦਾ ਰਾਂਗੇਗਾ ਕਿ ਮਤਲਬ ਕਿ ਮਾਸ਼ੱਲਾ ਉਹ ਉਥੇ ਨਾ ਤੇ ਉਹਨੂੰ ਉਹ ਇੱਥੇ ਵੀ ਸੀ ਨਾ ਵਕਾਰ ਉਹ ਲੱਗਦਾ ਸੀ ਕਿ ਮੇਰੇ ਤੋਂ ਬਾਅਦ ਨਾ ਉਹ ਘਰ ਦਾ ਪਿਓ ਹੋਏਗਾ ਮਤਲਬ ਇਹ ਨਹੀਂ ਹੈਗਾ ਕਿ ਉਹ ਉਹ ਭੈਣ ਭੈਣ ਨੂੰ ਛੋਟੇ ਬਰਾ ਨੂੰ ਉਹ ਡੀਲ ਇੰਜ ਕਰਦਾ ਜਿਵੇਂ ਉਹ ਮੇਰਾ ਛੋਟਾ ਘਾਕੇ ਇੰਜ ਹੀ ਅੱਛਾ ਇਹਦੇ ਚ ਵੀ ਇਹ ਸਾਰਾ ਕੰਮ ਚੁੱਕੇ ਇਹ ਘਰ ਵਾਲੀ ਦਾ ਉਸ ਮਾਂ ਦਾ ਉਸ ਬੀਵੀ ਦਾ ਪੈਨ ਸਾਡੇ ਨੂੰ ਤੁਸੀਂ ਇਸ ਸਾਰੀ ਇਸ ਜੰਨਤ ਚੁਕੇ ਉਹ ਤੁਹਾਡਾ ਘਰ ਜਿਹੜਾ ਨਾ ਇੱਕ ਜੰਨਤ ਦਾ ਨਮੂਨਾ ਹੈ ਘਰ ਜੰਨਤ ਹੁੰਦੀ ਹੈ ਤੇ ਇਹਦੇ ਵਿੱਚ ਤੁਸੀਂ ਕਿਦਾਂ ਕ੍ਰੈਡਿਟ ਸਮਝਦੇ ਹੋ ਰੱਬ ਦੀ ਰਹਿਮਤ ਤੇ ਯਕੀਨਨ ਹੈ ਉਸ ਤੋਂ ਬਾਅਦ ਇਹਦੀ ਕੋਸ਼ਿਸ਼ ਕੀਤੀ ਹੈ ਸਾਰੇ ਨੇ ਉਹਦੀ ਯਾਨੀ ਕਿ ਤੁਹਾਡੀ ਵਾਈਫ ਹਾਂ ਜੋਦੀ ਕੀ ਉਹ ਸਾਰਾ ਕ੍ਰੈਡਿਟ ਤੁਸੀਂ ਉਹਦਾ ਇਹ ਤੂੰ ਨੇ ਜ਼ਿੰਦਗੀ ਮੇ ਆ ਕੇ ਜ਼ਿੰਦਗੀ ਬਦਲਦੀ ਆਏ ਹਾਏ ਮੇਰੀ ਜ਼ਿੰਦਗੀ ਸਜਾਦੀ ਵਾ 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 ਉਹ ਬਹੁਤ ਹੈ ਹਸਨ ਭਾਈ ਤੁਸੀਂ ਕਰੋ ਖੁਸ਼ ਹੋਗੇ ਨਾ ਹਮ ਹਮ ਤੇ ਤੁਸੀਂ ਬਹੁਤ ਸਾਰੇ ਜਗ੍ਹਾ ਤੋਂ ਨਾ ਤੁਸੀਂ ਕਿਸੇ ਨੂੰ ਮਤਲਬ ਜਦੋਂ ਤੁਸੀਂ ਘਰੋਂ ਖੁਸ਼ ਨਹੀਂ ਹੋਗੇ ਨਾ ਹਮ ਹਮ ਤੇ ਫਿਰ ਤੁਸੀਂ ਗੱਲ ਉਥੇ ਆ ਹੀ ਨਹੀਂ ਸਕਦੀ ਤੁਹਾਡੀ ਸਪੋਰਟ ਤੁਹਾਡੀ بیوی ਹੀ ਬੇਸ਼ੱਕ ਤੇ ਉਹ ਸਾਰੀ ਚੀਜ਼ਾਂ ਨੂੰ ਮੈਂ ਇਹ ਸਮਝਦਾਗਾ ਕਿ ਮੇਰੇ ਲਾਈਫ ਦੇ ਵਿੱਚ ਉਸ ਦਾ ਬਹੁਤ ਵੱਡਾ ਹੱਥ ਹੈਗਾ ਕੋ ਮੈਨੂੰ ਬਰਦਾਸ਼ਤ ਕਰਨਾ ਅਖਦੀ ਐਸਾ ਹੋਇਆ ਹੀ ਨਹੀਂਗਾ ਕਿ ਮਤਲਬ ਕਿ ਪਹਿਲੇ ਘਰ ਘਰ ਤੂੰ ਮੈਂ ਕਦੀ ਜ਼ਿੰਦਗੀ ਚ ਲਾਈਵ ਇਜ਼ੀ ਹੋਇਆ ਹੀ ਨਹੀਂ ਫੋਕਸ ਰੱਖਿਆ ਫੋਕਸ ਹਮੇਸ਼ਾ ਰੱਖਿਆ ਕਰਤੇ ਰੱਖਿਆ ਐਸੇ ਰਹੇਗਾ ਸ਼ੁਰੂ ਤੋਂ ਹੀ ਕਿ ਹਾਂਜੀ ਅੱਛਾ ਮੈਂ ਲੇਕਿਨ ਜੇ ਤੁਹਾਡਾ ਸਵਾਲ ਹੈ ਨਾ ਉਹਦਾ ਜਵਾਬ ਇਹ ਹੀ ਸੀ ਕਿ ਉਹਨੇ ਉਹਨੇ ਮੈਂ ਆਪਣੀ ਉਸ ਦੀ ਅੱਖਾਂ ਚ ਔਰ ਮੱਥੇ ਦੇ ਉੱਤੇ ਇੱਕ ਐਕਸਪ੍ਰੈਸ਼ਨ ਦੇਖਿਆ ਜਦੋਂ ਵੀ ਉਹਦੇ ਐਸੇ ਹਿੱਸੇ ਦੇ ਉੱਤੇ ਨਾ ਉਹ ਐਕਸਪ੍ਰੈਸ਼ਨ ਮੈਂ ਦੇਖਿਆ ਸ਼ੁਕਰ ਅਲਮਦੁਲਿਲਾ ਹਮੇਸ਼ਾ ਹੀ ਉਹ ਮਾਲਕਾਂ ਦੇ ਮੰਨਣ ਲਈ ਵਾਹ ਹੋਰ ਮੌਲਾ ਦੇ ਮੰਨਣ ਲਈ ਸਰਕਾਰਾਂ ਦੇ ਮੰਨਣ ਲਈ ਤੇ ਉਹ ਜਿਹੜਾ ਸਾਡ ਗੁਰੂ ਅੱਜ ਜੋ ਵੀ ਕੁਝ ਹੈ ਸਭ ਉਹਨਾਂ ਦੀ ਕਾਇਬਨਵਾਜ਼ੀ ਸਰਕਰਨਵਾਜ਼ੀ ਮੇਰੇ ਅੱਲਾਹ ਪਾਕ ਦੀ ਤੇ ਪੰਜ ਤਨ ਪਾਕ ਦੀ ਉਹ ਹੀ ਅੱਛਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਮੈਂ ਇੱਕ ਜੂਲਾ ਅਰਜ਼ ਕੀਤਾ ਸੀ ਕਿ ਮੇਰੇ ਮੁਰਸ਼ਿਦ ਆਏ ਨੇ ਅੱਜ ਅੱਛਾ ਤੁਸੀਂ ਮੈਨੂੰ ਮੁਰਸ਼ਿਦ ਨਹੀਂ ਕਹਿਣਾ ਤੁਸੀਂ ਮੇਰੇ ਵੱਡੇ ਭਰਾ ਹੋ ਦੇਖੇ ਤੁਸੀਂ ਮੇਰੇ ਤਾਰਫ ਦੇ ਵਿੱਚ ਮੁਰਸ਼ਿਦ ਆ ਰਹੇ ਨੇ ਫਲਾਂ ਹੋ ਰਿਹਾ ਹੈ ਕਿਸੇ ਦੇ ਕੀ ਗੱਲ ਕੀ ਅਗੋਂ ਐਸਾ ਨਹੀਂ ਹੁੰਦਾ ਐਸਾ ਨਹੀਂ ਹੁੰਦਾ ਅੱਛਾ ਕਿਸੇ ਤਨ ਪਾਇਨ ਤੁਸੀਂ ਚੰਗੇ ਬਲੇ ਕਾਮੇਡੀਅਨ ਸੀ ਤੁਹਾਨੂੰ ਕੀ ਹੋ ਗਿਆ ਮੈਨੂੰ ਤਾਂ ਲੱਗਦਾ ਤੁਸੀਂ ਇਸ ਬਰਾਮ ਦੇ ਚ ਸ਼ਾਇਰ ਨਾ ਬਣ ਜਾਓ ਵੀ ਮਾਨਾ ਅੱਛਾ ਤੁਹਾਡੇ ਚ ਸਭ ਤੋਂ ਵੱਡੀ ਕੀ ਗੱਦ ਦੀ ਗੱਲ ਹੈ ਕਿ ਤੁਸੀਂ ਉਹ ਦਾਈ ਤੁਹਾਨੂੰ ਪਤਾ ਵੀ ਸਾਡਾ ਸਾਰਾ ਹੈਗਾ ਕਿ ਇਹ ਨੇ ਇਹਨਾਂ ਨੇ ਕੀ ਜ਼ਿੰਦਗੀ ਦੇ ਵਿੱਚ ਕੋ ਬਕਵਾਸ ਵੀ ਕੀਤੀ ਹੈ ਇਹਨਾਂ ਨੇ ਉਹ ਵੀ ਕੀਤਾ ਹੈ ਇਹਨਾਂ ਨੇ ਵੀ ਕੀਤਾ ਹੈ ਕੁਕਤ ਤੁਸੀਂ ਸਾਡੇ ਲਈ ਇੱਕ ਆਈਡੀਆ ਲਓ ਇਹ ਮੈਂ ਮੈਂ ਅੱਲਾ ਦੀ ਕਸਮੇ ਮੈਂ ਪਤਾ ਮੈਂ ਕਹਿੰਦਾ ਕੋਈ ਗੱਲ ਠੀਕ ਹੈ ਚੈਨਲ ਤੇ ਬਹੁਤ ਸਾਰੇ ਮੈਨਸਤੀ ਨੇ ਦੋਸਤਾਂ ਦੇ ਵੀ ਆਏ ਨੇ ਹੁੰਦੇ ਹਰ ਬੰਦੇ ਤੇ ਜੇਬੇ ਚੈਨਲ ਹੈ ਤੇ ਉਹਦੇ ਨੂੰ ਸਲਾਮ ਲੈ ਕੇ ਕਹਿੰਦਾ ਐ ਦੱਸਣਾ ਅਗਰ ਖਲਗਾ ਕਰਨਾ ਕੁਝ ਕਹਾਂ ਦੇਖੋ ਉਹ ਇਹ ਹੈ ਲੇਕਿਨ ਇੱਕ ਹੁੰਦਾ ਨਾ ਕਿ ਜਿੱਥੇ ਨਾ ਜਾ ਕੇ ਮਤਲਬ ਕਿ ਮੈਂ ਤਕਲੀਫ ਜਾਂ ਮੈਨੂੰ ਹੁੰਦਾ ਹੈ ਕਿ ਉਹ ਸਿਰ ਤੁਹਾਡਾ ਤੁਹਾਡੇ ਵੱਲੋਂ ਜਿਹੜਾ ਨਾ ਮੈਨੂੰ ਤੇ ਇਹ ਮੈਂ ਤੁਹਾਡੇ ਨਾਲ ਤੁਹਾਡੇ ਮੈਂ ਹੋਰ ਵੀ ਗਿਲੇ ਲਾਣੇ ਨੇ ਅੱਲਾ ਖੈਰ ਕਰ ਮੈਨੂੰ ਪਹਿਲੀ ਗੱਲ ਤੇ ਇਹ ਕਿ ਦੇਖੋ ਮੈਂ ਜਿਸ ਜਗ੍ਹਾ ਤੇ ਬੈਠਾ ਹਾਂ ਮੈਂ ਇਮਾਨਦਾਰੀ ਨਾਲ ਕਹਿੰਦੇ ਮੈਨੂੰ ਤੁਹਾਡੇ ਵੱਲੋਂ ਹਮੇਸ਼ਾ ਠੰਡੀ ਹਵਾ ਆਈ ਏ ਮੇਰਾ ਕੋਈ ਗਿਲਾ ਨਹੀਂ ਮੈਂ ਤੇ ਇਤਨਾ ਖੁਸ਼ ਹੁਣਨਾ ਵਾਂ ਇਤਨਾ ਮੇਰਾ ਦਿਲ ਕਰਦਾ ਮੈਂ ਤੇ ਜੇ ਤੁਸੀਂ ਮੇਰੇ ਨਾਲ ਵੀ ਗੱਲ ਹੋ ਰਹੀ ਏ ਕਿ ਮੇਰੇ ਛੋਟੇ ਵੀਰ ਹੀ ਨੇ ਮੇਰੇ ਪੁੱਤਰ ਨੂੰ ਠੀਕ ਹੈ ਨਾ ਮੈਨੂੰ ਹਮੇਸ਼ਾ ਆਪਣੇ ਪੁੱਤਰਾ ਮੰਨ ਗਰ ਸਮਝਣਾ ਔਰ ਤੁਹਾਡ ਨਾਲ ਇੱਕ ਮੁਹੱਬਤ ਦਾ ਰਿਸ਼ਤਾ ਹੈ ਅਲਹਮਦੁਲਿਲਾ ਉਸ ਮੁਹੱਬਤ ਦੇ ਵਿੱਚ ਮੇਰਾ ਕੋਈ ਕਮਾਲ ਨਹੀਂਗਾ ਉਸ ਸਾਰਾ ਕਮਾਲ ਤੁਹਾਡਾ ਹੈ ਕਿ ਤੁਸੀਂ ਇਸ ਕਦਰ ਮੁਹੱਬਤ ਦਿੱਤੀ ਇਸ ਕਦਰ ਅਦਬ ਕੀਤਾ ਇਤਰਾਮ ਕੀਤਾ ਪਿਆਰ ਕੀਤਾ ਔਰ ਦੂਸਰਾ ਜਿਹੜੀ ਗੱਲ ਲੇਗੀ ਨਾ ਕਿ ਤੁਹਾਨੂੰ ਮੁਰਸ਼ਦ ਨੂੰ ਤੁਸੀਂ ਜਿਹੜਾ ਮੈਂ ਤੁਹਾਨੂੰ ਮੁਰਸ਼ਦ ਕਹਿੰਦਾ ਇਹ ਕੋਈ ਖੁਸ਼ਾਮਦੀ ਲਫ਼ਜ਼ ਦੀ ਵਜ੍ਹਾ ਕਰਕੇ ਨਹੀਂ ਕੋਈ ਐਸਾ ਹੈਗਾ ਕੋਈ ਤੁਸੀਂ ਦੱਸੋ ਕਿ ਦਿਲ ਤੇ ਹੱਥ ਰੱਖ ਕੇ ਕਿ ਮੈਂ ਤੁਹਾਨੂੰ ਜਿਹੜਾ ਮੁਰਸ਼ਿਦ ਕਹਿੰਦਾ ਮੈਂ ਗਲਤ ਕਹਿਣਾ ਦੇਖੋ ਮੇਰੀ ਗੱਲ ਸੁਣੋ ਕੁਛ ਨਾ ਇੱਕ ਨਾ ਵਕਤ ਹੁੰਦਾ ਹੈ ਹਾਂ ਕਿ ਜਿਸ ਤਰ੍ਹਾਂ ਮਨਨ ਇੱਕ ਬਜ਼ੁਰਗ ਸਨ ਹਮ ਹਮ ਤੇ ਉਹਨਾਂ ਨੇ ਇੱਕ ਬੰਦੇ ਨੇ ਕਿਹਾ ਕਿ ਦੁਆ ਕਰਦੇ ਮੇਰੇ ਲਈ ਹਮ ਹਮ ਚੋ ਕਰ ਨਹੀਂ ਸੀ ਰਹਿ ਹਮ ਹਮ ਉਹਨਾਂ ਫਿਰ ਕਿਹਾ ਕਿ ਭਵਜਨ ਦੁਆ ਕਰ ਦਿਜੀਏ ਹਮ ਹਮ ਤੇ ਉਹ ਨਹੀਂ ਕਰ ਰਿਹਾ ਸੀ ਕਿ ਉਹਨਾਂ ਨੇ ਕਿ ਤੁਸੀਂ ਦੁਆ ਨਹੀਂ ਕਰ ਰਿਹਾ ਮੈਂ ਤੁਹਾਨੂੰ ਇਲਤਜਾ ਕਰ ਰਿਹਾ ਹੂੰ ਹੂੰ ਤੁਨੇ ਕਿ ਦੁਆ ਕਰਾਣੇ ਸੇ ਫਾਇਦਾ ਕੋਈ ਨਹੀਂ ਹੈ ਕੋਈ ਐਸਾ ਕੰਮ ਕਰ ਕੇ ਦੁਆ ਨਿਕਲ ਜਾਏ ਹੂੰ ਹੂੰ ਕੋਈ ਐਸਾ ਕੰਮ ਕਰੋ ਨਾ ਤੇ ਦੁਆ ਨਿਕਲੇ ਤੁਸੀਂ ਭਾਈ ਨੂੰ ਬਹੁਤ ਸਾਰੇ ਐਸੇ ਕੰਮ ਕੀਤੇ ਨੇ ਤੁਹਾਡੇ ਲਈ ਦਿਲੋਂ ਦੁਆ ਨਿਕਲਦੀ ਤੇ ਜਦੋਂ ਤੁਸੀਂ ਕੋਈ ਦੁਆ ਕਿਸੇ ਨਾਲ ਕਿਸੇ ਲਈ ਮੈਂ ਕਰਦੇ ਹੋ ਨਾ ਮੈਂ ਕਹਿੰਦਾ ਦੁਆ ਤੇ ਰਾਇਗਾ ਜਾਂਦੀ ਹੀ ਨਹੀਂਗੀ ਉਹ ਕਿਸੇ ਹਵਾਲੇ ਨਾਲ ਬੰਦੇ ਨੂੰ ਲੱਗ ਜਾਏ ਲੇਕਿਨ ਇੱਕ ਫੋਕਸ ਜਾਂ ਗੱਲ ਜਾਂ ਇੱਕ ਚੀਜ਼ ਜਿਹੜੀ ਹੁੰਦੀ ਨਾ ਉਹ ਕਰਕੇ ਨਾ ਮਾਲਕ ਦੀਤਾ ਹੈ ਕਿ ਅੱਲਾਹ ਦੀ ਰਹਿਮਤ ਨਾਲ ਮੈਂ ਨਾ ਮੈਨੂੰ ਪੰਜ ਸਰਦਾਰ ਮਨਾ ਕਰਦੇ ਨੇ ਕਿ ਤੂੰ ਕੋਈ ਗੱਲ ਨਾ ਕਰੀ ਬਫੋਰ ਰਾਤ ਰੱਖ ਦੇ ਲੈ ਤੂੰ ਕੋਈ ਗੱਲ ਨਾ ਕਰੀ ਤੇ ਤੋਂ ਫਾਦਰ ਬਾਈ ਸਰਦਾਰ ਦਾ ਜੋ ਯਾਰ ਮੈਂ ਚਲੋ ਜ਼ਿਆਦਾ ਤਫਸੀਲ ਚ ਨਹੀਂ ਜਾਂਦਾ ਇਸ ਮੁਝੇ ਤਾਂ ਮੈਨੂੰ ਐਸੀ ਦੁਆ ਲੱਗੀ ਇਹ ਅੱਲਾਹ ਪਾਕ ਨੇ ਐਸਾ ਕਰਮ ਕੀਤਾ ਹੈ ਕਿ ਐਸੀ ਰਹਿਨਮਾਈ ਇਹਨਾਂ ਨੇ ਮੇਰੀ ਦੇਖੋ ਮੁਰਸ਼ਦ ਹੁੰਦਾ ਰਹਿਨਮਾ ਠੀਕ ਹੈ ਵੈਸੇ ਤੇ ਅਸੀਂ ਜਿਸ ਮੁਰਸ਼ਿਦ ਦੇ ਸਾਰੇ ਮੰਨਣ ਆ ਉਹ ਸਾਡੇ ਮੁਰਸ਼ਿਦ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਆ ਕੇ ਦੋ ਜਹ ਉਹ ਫਿਰ ਨਾਮਜ਼ਦ ਕਰਕੇ ਕਿ ਸਾਡੇ ਮੁਰਸ਼ਿਦ ਹਜ਼ਰਤ ਅਲੀ ਕਰਮੁੱਲਾ ਵਜੋ ਅਲੈਹਿ ਸਲਾਮ ਨੂੰ ਇਹ ਸਾਡਾ ਮੁਰਸ਼ਿਦ ਖਾਨਾ ਹੈ ਸਾਰਾ ਹੁਣ ਇਹ ਕਹਿੰਦੇ ਕਿ ਦੁਨੀਆ ਦੇ ਉੱਤੇ ਛੋਟੀ ਛੋਟੀਆਂ ਡਿਊਟੀਆਂ ਲੱਗੀਆਂ ਨੇ ਕਿ ਇਹ ਰਹਿਨਮਾਈ ਦੁਆ ਤੇ ਮੇਰੇ ਨਾਲ ਜੋ ਕਿ ਐਸਾ ਹੋਇਆ ਹੈ ਕਿ ਮੁਰਸ਼ਿਦ ਉਹਨਾਂ ਨੇ ਇੱਕ ਐਨਜੀ ਖੜੇ ਹੋ ਕੇ ਇੱਕ ਗੱਲ ਦੀ ਰਹਿਨਮਾਈ ਫਰਮਾਈ ਉਰ ਉਸ ਤੋਂ ਬਾਅਦ ਇੱਕ ਦੁਆ ਦਿੱਤੀ ਔਰ ਅੱਲਾਹ ਪਾਕ ਨੇ ਇਹਦੇ ਮੂੰਹ ਚੋਂ ਨਿਕਲੀ ਦੁਆ ਫੌਰਨ ਕਬੂਲ ਫਰਮਾਈ ਔਰ ਤੁਸੀਂ ਇਹ ਸਮਝੋ ਕਿ ਕਿੱਡੀ ਕੋ ਅਬਰਪਟਲੀ ਕਬੂਲ ਹੋਏਗੀ ਕਿ ਉਹ ਦੁਆ ਕਬੂਲ ਹੋਈ ਐਸੀ ਹੈ ਦੇਖੋ ਮਜ਼ੇ ਆ ਰਹੇ ਸ਼ੁਕਰ ਲਾਉਂਦਾ ਮੇਰੇ ਮਾਲਕ ਦੀ ਰਹਿਮਤ ਨਾਲ ਇਹਨਾਂ ਨੇ ਮੈਨੂੰ ਮਨਾ ਕੀਤਾ ਮੈਂ ਵੀ ਵਾਦਾ ਕੀਤਾ ਕਿ ਅਸੀਂ ਤਫਸੀਲਾਂ ਕਦੀ ਇਸ ਗੱਲ ਨੂੰ ਡਿਸਕਸ ਨਹੀਂ ਕਰਾਂਗੇ ਬਹਰਾਂ ਇੱਕ ਰੋਹਾਨੀਅਤ ਵਿੱਚ ਜਦੀ ਵਜ੍ਹਾ ਕਰਕੇ ਲਫ਼ਜ਼ੇ ਮੁਰਸ਼ਦ ਮੇਰੇ ਆਸ-ਪਾਸੇ ਮੇਰੇ ਭਾਈ ਨੇ ਚੋਰੇ ਵੀ ਮੇਰੇ ਪੁੱਤਰ ਨੇ ਔਰ ਮੈਂ ਤੁਹਾਨੂੰ ਇਹ ਵੀ ਇੱਕ ਗੱਲ ਦੱਸਾਂ ਕਿ ਨਾਸਰ ਭਾਈ ਨਾਲ ਜਿਹੜੀ ਮੇਰੀ ਪਹਿਲੀ ਮੁਲਾਕਾਤ ਸੀ ਤੇ ਨਾਸਰ ਭਾਈ ਦੀਆਂ ਮੈਂ ਪੂਰੀ ਰਾਤ ਅੱਛਾ ਉਹ ਕਿ ਸਸਪੈਂਸ ਰਹੇਗਾ ਸੀ ਇਹ ਗੱਲ ਕਰਾਂ ਉਹ ਅਗਲੇ ਐਪੀਸੋਡ ਵਿੱਚ ਨਹੀਂ ਉਹ ਉਹ ਗੱਲ ਨਹੀਂ ਕਰਾਂਗੇ ਉਹ ਸਿਰਫ ਇੰਨੀ ਗੱਲ ਲਈਏ ਕਿ ਦੇਖੋ ਜਿਵੇਂ ਕੋ ਕਿਸੇ ਨੇ ਰਹਿਮਾਈ ਕਰਨੀ ਹੁੰਦੀ ਹੈ ਨਾ ਤਾਂ ਰੱਬ ਦਾ ਕੀ ਨਿਜ਼ਾਮ ਹੈ ਮੇਰੀ ਪਹਿਲੀ ਮੁਲਾਕਾਤ ਨਾਸਰ ਤੋਂ ਬਹੁਤ ਛੋਟਾ ਸੀ ਔਰ ਬੜਾ ਫਜ਼ੀਕ ਵਾਈਜ਼ ਪਤਲਾ ਸੀ ਔਰ ਮੈਂ ਜਿਹੜੀ ਰਾਤ ਇਹਨਾਂ ਦੀ ਮੇਰੀ ਮੁਲਾਕਾਤ ਹੈ ਸਾਰੀ ਰਾਤ ਮੈਂ ਐਸੋ ਛੋਟੇ ਮੁਰਸ਼ਿਦ ਦੀਆਂ ਨਾ ਪਿੰਨੀਆਂ ਲੱਤਾਂ ਕੁੱਟਦਾ ਰਿਹਾ ਠੀਕ ਹੈ ਸਾਰੀ ਰਾਤ ਮੈਂ ਇਹਨਾਂ ਦੀਆਂ ਲੱਤਾਂ ਕੁੱਟੀਆਂ ਤਿੰਨ ਪੌ ਫੁੱਟਨ ਤੱਕ ਤੇ ਸ਼ਾਇਦ ਉਹੀ ਇੱਕ ਗੱਲ ਸੀ ਉਹਨੂੰ ਕੀ ਵਜ੍ਹਾ ਸੀ ਕੀ ਗੱਲ ਸੀ ਉਹ ਮੇਰਾ ਰੱਬ ਜਾਣਦਾ ਬਿਹਤਰ ਤੇ ਉਹ ਲੇਕਿਨ ਇਹ ਹੈ ਕਿ ਸ਼ਾਇਦ ਉਹ ਦੁਆ ਨਿਕਲੀ ਜਿਹੜੀ ਉਸਲੇ ਜੁਮਲੇ ਬਣ ਕੇ ਉਸ ਘੜੀ ਨਿਕਲੀ ਤੇ ਇਹ ਹੈ ਰੱਬ ਦਾ ਨਿਜ਼ਾਮ ਮੈਂ ਇਰਾਬੀ ਪਤਾ ਗੱਲ ਕੀ ਕੀ ਜਿੰਨਾ ਤੁਸੀਂ ਜਿੰਨਾ ਤੁਸੀਂ ਇਹ ਤੇ ਨਹੀਂ ਕੋ ਬੰਦ ਵਾਲੀ ਤੇ ਕੋਈ ਵੀ ਨਹੀਂ ਸਾਡੇ ਜੇ ਤੁਸੀਂ ਤੇ ਅਮੂਰ ਅਸੀਂ ਤੇ ਲਿਖਨੇ ਕਿ ਤੁਸੀਂ ਜਿੰਨਾ ਅਹਿਸਾਸ ਕਰਦੇ ਜਾਓਗੇ ਨਾ ਹੂੰ ਹੂੰ ਬਹੁਤ ਸਾਰੀ ਚੀਜ਼ਾਂ ਤੁਹਾਡੀਆਂ ਜਿਹੜੀਆਂ ਨਾ ਉਹ ਵਧੀਆ ਹੋਂ ਲੱਗ ਬਣ ਗਈਆਂ ਹਾਂ ਬੇਸ਼ੱਕ ਤੁਹਾਡੇ ਲਈ ਵਧੀਆ ਹੋ ਜਾਣਗੇ ਬਿਲਕੁਲ ਬਿਲਕੁਲ ਐਸਾ ਹੀ ਐਸਾ ਹੀ ਐਸਾ ਜਦੋਂ ਤੁਸੀਂ ਇਸ ਚੀਜ਼ ਨੂੰ ਸਮਝ ਜਾਓਗੇ ਨਾ ਜਿੰਨੇ ਜੋ ਦੇਖੋ ਤੁਸੀਂ ਮੇਰੇ ਘਰ ਸੋ ਅਸੀਂ ਇਸ਼ਾਰਾ ਕਰਉਂਦੇ ਹਾਂ ਨਾ ਸਾਬੇ ਅਸੀਂ ਇਹ ਤਾਂ ਰੱਬ ਨੇ ਦਿੱਤਾ ਹੈ ਕੋਈ ਮੰਗਣਾ ਲਾਉਂਦਾ ਨਾ ਤੇ ਇਹਦੇ ਦੌਰਾਨ ਇੱਕ ਫੈਸਲਾ ਸ਼ੁਰੂ ਹੋ ਜਾਂਦਾ ਹੈ ਕਿ ਇਹਨੂੰ ਧਿਆਨ ਨਾ ਦੇਆ ਜਿਕੇ ਹੈ ਨੇ ਕੋਲ ਵੀ ਹੈ ਤੇ ਨਾ ਉਹ ਇਹਨੇ ਕਰਦੇ ਕਰਦੇ ਤੇ ਮਤਲਬ ਕਿ ਇਸ਼ਾਰਾ ਖੁੱਲ ਗਿਆ ਅਗਲੇ ਇਸ਼ਾਰੇ ਤੇ ਜਾ ਕੇ ਲੱਭਣ ਲੱਗ ਪੈਂਦੇ ਆ ਕਿ ਦੇਣਾ ਜਮਨ ਵਿੱਚ ਚਾਹੀਦਾ ਸੀ ਹੁਣ ਅਗਲੇ ਇਸ਼ਾਰੇ ਤੇ ਲੱਭਣ ਲੱਗ ਪੈਂਦਾ ਕਿ ਦੇਣਾ ਤੇ ਹੁਣ ਲੈਣ ਵਾਲਾ ਕੋਈ ਨਹੀਂ ਵਾਹ 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 ਆਪਣੀ ਉਸ ਗਲਤੀ ਦਾ ਅਹਿਸਾਸ ਅਗਲੇ ਇਸ਼ਾਰੇ ਤੇ ਹੁੰਦਾ ਤੇ ਲੈਣ ਵਾਲਾ ਕੋਈ ਨਹੀਂ ਹੁੰਦਾ ਲੈ ਲੈ ਲੱਗ ਜਾਂਦਾ ਵਾਹ ਇਸ ਲਈ ਜਿਹੜਾ ਮੌਕਾ ਮਿਲੇ ਆ ਕਰ ਲਓ ਫੋਰਨ ਫੋਰ ਕਰ ਲਓ ਕੋਈ ਪਤਾ ਨਹੀਂ ਅਗਲਾ ਮੋੜਨ ਸੀ ਜਾਏਗਾ ਵੀ ਮੇਰੇ ਇਹ ਨਹੀਂ ਹੈਗਾ अच्छा नाज़ साहब जिंदगी जो खुशी गम दा इंतजार है और हसीन इंतजार है जिंदगी ਕਦੀ ਐਸਾ ਫਿਤਰਤ ਤੇ ਕਿ ਗਮ ਅਸਰ ਕਰਦਾ ਖੁਸ਼ੀ ਵੀ ਅਸਰੰਦਾਜ਼ ਹੁੰਦੀ ਹੈ ਲਾਈਫ ਦਾ ਕਿਹੜਾ ਐਸਾ ਦਿਨ ਜਿਸ ਦਿਨ ਬਹੁਤ ਜ਼ਿਆਦਾ ਖੁਸ਼ ਹੋਏ ਹੁਸੀਂ ਲਾਈਫ ਦੇ ਇੱਕ ਤੇ ਜਿਹੜਾ ਵਕਾਰ ਦੀ ਬਦਾਇਸ਼ ਦਾ ਬੇਟੇ ਕਿ ਉਹ ਐਸੀ ਖੁਸ਼ੀ ਦਾ ਨਹੀਂ ਉਤਰ ਪਕਾਰ ਨਾ ਚੈਦੀ ਹੀਰੋ ਨਹੀਂ ਹੀਰੋ ਬੱਚੇ ਯਕੀਨਨ ਤੁਸੀਂ ਇਹ ਨਾਲ ਤਸਵੀਰਾਂ ਵੇਖਦੇ ਹੋ ਉਹਨਾਂ ਦੀਆਂ ਇਹ ਇਹਨਾਂ ਦੀ ਵੀ ਗੱਲ ਲੱਗੇ ਕਹਿੰਦੇ ਆ ਜਬ ਵਕਾਰ ਦੀ ਪਦائش ਦੇ ਉੱਤੇ ਉਹ ਖੁਸ਼ੀ ਅੱਲਾਹ ਪਾਕ ਨੇ ਕਿਉਂਕਿ ਨੇਮਤ ਹੈ ਇਹ ਰੱਬ ਪਾਕ ਦਾ ਇੱਕ ਸ਼ੁਕਰ ਹੁੰਦਾ ਹੈ ਇਹ ਖੁਸ਼ੀ ਵੀ ਹਾਂ ਠੀਕ ਹੈ ਅੱਲਾਹ ਪਾਕ ਕਦੀ ਤੁਹਾਨੂੰ ਇਸ ਲਈ ਖੁਸ਼ੀਆਂ ਦੇਵੇ ਔਰ ਔਰ ਖਾਹਿਸ਼ ਮਤਲਬ ਅੱਛਾ ਫਿਰ ਉਹ ਵਕਾਰ ਦੇ ਫਿਰ ਮੈਂ ਨਾ ਜਿਵੇਂ ਉਹਨਾਂ ਨੇ ਕਿ ਦੁਆਵਾਂ ਕਰਕੇ ਤੀ ਲਈ ਹਾਂ ਹਾਂ ਰਹਿਮਤ ਮੈਂ ਆ ਮੈਂ ਮੈਂ ਕੋਈ ਕੰਮ ਜਿਹੜਾ ਨਾ ਹਸਨ ਭਾਈ ਉਦੇ ਪੁੱਛੇ ਤਾਂ ਬਗਾਨ ਨਹੀਂ ਕਰਦਾ ਹੂੰ ਹੂੰ ਮੈਨ ਨਿਕਲਦਾ ਹੀ ਨਹੀਂਗਾ ਮੈਂ ਉਸ ਦਿਨ ਪਹਿਲੇ ਦਿਨ ਜਾਣਾ ਸੀ ਸ਼ੂਟ ਤੇ ਸੋਨੂ ਟੀਵੀ ਦੀ ਸੋਨੂ ਟੀਵੀ ਦੇ ਸ਼ੂਟ ਤੇ ਤੇ ਉਹ ਸੁੱਤੀ ਸੀ ਅੱਛਾ ਤੇ ਮੈਂ ਨਹੀਂ ਗਿਆ ਮੈਂ ਕਿਹਾ ਉੱਠੇਗੀ ਇਹ ਮਿਲੇਗੀ ਤੇ ਫਿਰ ਮੈਂ ਜਾਣਾ ਹਾਏ ਹਾਏ ਮੱਕਤੀ ਵੀ ਨਵਾਂ ਡਰਾਮਾ ਸ਼ੁਰੂਆਤ ਤੇ ਉਹਨੂੰ ਮਿਲ ਕੇ ਇਹ ਨਹੀਂ ਉਸਦਾ ਕਿ ਉਹਨੂੰ ਮਿਲਣ ਤੋਂ ਬਗਾਰ ਚਲਾ ਜਾਵਾਂ ਖਰੀਬ ਨਹੀਂ ਹੁੰਦੀ ਯਾਰ ਜੀ ਕਿ ਇਹ ਤੇ ਦੇਖੋ ਕਰਮ ਹੈ ਤੁਸੀਂ ਉਸ ਰਹਿਮਤ ਦਾ ਮੱਥਾ ਚੁੰਮ ਕੇ ਜਾਂਦੇ ਹੋ ਤੇ ਦੋਗ ਵਸ ਗੱਲ ਕਰਦੀ ਅਮ ਤੁਹਾਡੇ ਭਤੀਜੇ ਦਾ ਮਨ ਤਿੰਨ ਅੱਲਾਪਾਗ ਨੇ ਬੇਟੀਆਂ ਦਿੱਤੀਆਂ ਔਰ ਤੀਸਰੀ ਦੀ ਜਦੋਂ ਇਹ ਸ਼ਾਦੀ ਹੋਈ ਸੀ ਦਿੱਤੇ ਆ ਕਿ ਸਲਾਮਤ ਰੱਖੀ ਤੇ ਨਾਸਰ ਭਾਈ ਉਹ ਘਰ ਰਸਦਾ ਵਸਦਾ ਲੱਗ ਮਾਸ਼ਾ ਅੱਲਾਹ ਭਤੀਜੇ ਵੀ ਨੇ ਤੁਹਾਡੇ ਪਰਜਾਈ ਵੀ ਤੁਹਾਡੀ ਘਰ ਉਸ ਨੇ ਅੱਲਾਪਾਗ ਦਾ ਸ਼ੁਕਰ ਤੇ ਕਰਮ ਅੱਲਾਹ ਬਾਕੀ ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਜਿਸਲੇ ਤੀਜੀ ਧੀ ਵੀ ਵਿਆਹ ਕੁਝ ਯੂਕੇ ਗਈ ਪ੍ਰਦੇਸ਼ਨ ਤੇ ਮੈਨੂੰ ਘਰ ਵੰਡਣ ਨੂੰ ਪੈਂਦਾ ਮੈਂ ਉੱਥੇ ਆਪਣੇ ਆਪ ਨੂੰ ਬੜਾ ਮੈਂ ਮੇਰੇ ਕੋਲ ਨਾ ਜ਼ਿਆਦਾ ਦਿਲ ਰਿਆ ਨਹੀਂ ਜਾਂਦਾ ਕਿ ਉਹ ਮੈਨੂੰ ਕਿ ਧੀਆ ਨਹੀਂ ਨਹਿ ਗਈ ਉਸ ਵੇੜੇ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਕਿੰਨੀ ਦੇਰ ਮਤਲਬ ਪੜਨ ਗਿਆ ਨਾ ਹਾਂ ਤੇ ਮੈਂ ਕਿੰਨੀ ਦੇਰ ਮੈਂ ਨਹੀਂ ਆ ਤੋ ਦੋ ਤਿੰਨ ਤਿੰਨ ਮਹੀਨੇ ਮੈਂ ਨਹੀਂ ਸੰਭਲ ਸਕਿਆ ਰੋਣਾ ਹੀ ਦੀ ਸ਼ੁਰੂ ਕਰਦਾ ਹਾਏ ਹਾਲੇ ਕੀ ਐ ਕਿ ਧੀ ਜਗੀ ਤੁਸੀਂ ਉਹ ਕਿਵੇਂ ਗੱਲ ਹੋਈ ਕਿ ਮੈਨੂੰ ਉਹਦੀ ਕਾਲ ਆਈ 10 12 ਦਿਨ ਪਹਿਲੇ ਦਿਗਲੇ 1 ਸਾਲ ਹੋ ਗਿਆ ਉਹਨ ਗਿਆ ਹਾਂ ਹਾਂ ਤੇ ਮੈਂ ਆਪਣੀ ਉਸ ਦੁੜਾ ਨਾ ਇੱਕ ਤੇ ਆਪਣੇ ਆਪ ਵਿੱਚ ਹੋ ਗਿਆ ਥੋੜਾ ਕਿ ਕਰਨ ਲੱਗ ਪਏ ਹਾਂ ਉਹ ਠੀਕ ਹੈ ਤੇ ਗੋ ਮਰਵਾਣ ਜਾਣਾ ਤੇ ਅਗਲਾ ਦੁੱਖ ਸ਼ੁਰੂ ਹੋ ਗਿਆ ਕਿ ਉਹਨੇ ਨੇ ਵੀ ਜਾਣਾ ਠੀਕ ਹੈ ਉਹ ਮੈਨੂੰ ਦੀ ਕਾਲ ਆਈ ਵੀਡੀਓ ਕਾਲ ਉਹਨੇ ਅਸਨ ਭਾਈ ਕੀਤੀ ਮੈਨੂੰ ਤੇ ਕੀ ਹਾਲ ਹੈ ਪਪਾ ਤੇ ਟੁਰ ਟੁਰ ਰਿਹਾ ਸੀ ਆ ਰਿਹਾ ਸੀ ਉਹਨ ਕੀ ਹਾਲ ਹੈ ਪਪਾ ਠੀਕ ਹੈ ਮੈਂ ਹਾਂ ਮੈਂ ਠੀਕ ਹਾਂ ਮੈਂ ਤੂੰ ਸੁਣਾ ਤੂੰ ਠੀਕ ਹੈ ਤੇ ਹੁਣ ਕਿੱਥੋਂ ਪਹਟਾ ਰਹੇ ਹੁੰਦੇ ਕਹਿੰਦਾ ਮੈਂ ਪਾਪਾ ਦੀ ਜੌਬ ਤੋਂ ਆ ਰਿਹਾ ਮੈਂ ਕਿਹਾ ਕੀ ਟਾਈਮ ਹੋਇਆ ਇਸ ਟਾਈਮ ਤੇ ਕਹਿੰਦਾ ਰਾਤ ਦਿਨ ਕੋਈ 2:30 ਦਾ ਟਾਈਮ ਹੈ ਮੈਂ ਕਿਹਾ ਤੂੰ ਮੈਨੂੰ ਕਾਲ ਮਿਲਾਈ ਇਹ ਕਹਿੰਦਾ ਜੀ ਪਪਾ ਮੈਂ ਕਿਹਾ ਸਹੀ ਤਾਂ ਡੱਲ ਲੱਗ ਰਿਹਾ ਸੀ ਨਾ ਕਹਿੰਦਾ ਹਾਂ ਹਸਨ ਭਾਈ ਮੈਂ ਉਸ ਬਾਅਦ ਤੂੰ ਇਸ ਮੈਂ ਕਿਹਾ ਯਾਰ ਜਦ ਤੱਕ ਤੇਰਾ ਫਲੈਟ ਨਹੀਂ ਆਂਦਾ ਤੂੰ ਗੱਲ ਕਰਦਾ ਰਹਿ ਮੇਰੇ ਨਾਲ ਇੱਕ ਜਦੋਂ ਕਿਤਨੇ ਗਏ ਹੀ ਨਹੀਂ ਕਿਧਰੇ ਕੋਈ ਗੱਲ ਹੀ ਨਹੀਂ ਨਾ ਕੋਈ ਮੈਂ ਸਿਰਫ ਅਸੀਂ ਦਿਲ ਤੇ ਪੱਥਰ ਇਸ ਲਈ ਰੱਖ ਰਹੇ ਕਿ ਚਲੋ ਯਾਰ ਇਹਨਾਂ ਦਾ ਕੋਈ ਮਸਤਕਬਲ ਬਣ ਜਾਏਗਾ ਵਰਨਾ ਇਸ ਪੋਜੀਸ਼ਨ ਤੇ ਮੈਂ ਨਹੀਂ ਆਗਾ ਕਿ ਮੈਂ ਇਹਨਾਂ ਨਾਲ ਆਪਣੇ ਕੋਲ ਰੱਖਦਾ ਮੈਨੂੰ ਰੱਬ ਨੇ ਆਗ ਸਤਿ ਸ਼ੁਕਰ ਨਾ ਪਾਗ ਸਭ ਠੀਕ ਹੈ ਲੇਕਿਨ ਇਹ ਜ਼ਰੂਰੀ ਹੈ ਇੱਕ ਮਤੇ ਇਸ ਲਈ ਮੈਂ ਕਹਿ ਰਿਹਾ ਹਾਂ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹਨਾਂ ਦੇ ਆਸਤੇ ਸਾਡੇ ਮੁਲਕ ਆਸਤੇ ਸਾਡੀ ਕੌਮ ਆਸਤੇ ਇਹ ਸਾਰੇ ਆਸਤੇ ਕੁਝ ਮਨ ਕੇ ਆ ਗਏ ਤੇ ਅੱਛਾ ਜੈਲੀ ਸਾਹਿਬ ਦਾ ਕੀ ਪ੍ਰੋਗਰਾਮ ਹੈ ਉਹ ਆਲਾ ਤਾਲੀਮ ਦਾ ਹੀ ਹੈ ਤੁਹਾਡੇ ਵੱਲੀ ਹੈ ਤੇ ਨਹੀਂ ਨਹੀਂ ਉਹ ਵਾਂਜੀ ਉਹ ਅਸਲ ਤੇ ਉਹ ਉਹਨਾਂ ਨੂੰ ਸ਼ੌਕ ਤੋਂ ਹੋਏਗਾ ਕਿ ਫੁੱਟਬਾਲਰ ਬਣਦਾ ਹੂੰ ਹੂੰ ਤੇ ਉਹ ਬਣ ਵੀ ਗਿਆ ਫੁੱਟਬਾਲਰ ਦਾ ਹੋ ਗਿਆ ਅੱਛਾ ਫੁੱਟਬਾਲਰ ਦਾ ਗੋਪਲ ਹੋਏ ਮਾਝਾ ਤੇ ਮੈਨੂੰ ਮੈਨੂੰ ਉਹ ਮੇਰੇ ਉਹ 13 ਸਾਲ ਦਾ ਮਾਸ਼ਾਅੱਲਾ ਤੇ ਮੇਨ ਨਾਲ ਗੱਲ ਇੰਜ ਕਰਦਾ ਜਿਵੇਂ ਕੋਈ ਬੱਚਾ ਨਹੀਂਗਾ ਕੋਈ ਹਾਂ ਜੀ ਪਾਪਾ ਜੀ ਉਹ ਮੈਂ ਕਹਿੰਦਾ ਇੱਕ ਵੱਡਾ ਤੇ ਮੇਰੇ ਤੋਂ ਉੱਚਾ ਕੱਦ ਮਾਸ਼ਾਅੱਲਾ ਮੇਰੇ ਤੋਂ ਇਨਾ ਉੱਚਾ ਦੇ ਪਤਾ ਮੈਨੂੰ ਉਹਨੂੰ ਸ਼ੌਕ ਉਹਨੂੰ ਹੈ ਉਹਨੂੰ ਹੈ ਇਸ ਫੀਲਡ ਦੇ ਵਿੱਚ ਅਰੇ ਕੋਨੇ ਆਪਣੇ ਸਕੂਲ ਉੱਤੇ ਥੀਏਟਰ ਵੀ ਕੀਤਾ ਹੈ acting gal directional retinal producer ਮੈਂ ਤਾਂ ਹਸਨ ਭਾਈ ਮਤਲਬ ਕਿ ਉਹ ਜਿਹੜੇ ਟਿਕਟੋਕ ਨਹੀਂ ਬਣਦੇ ਤੇ ਉਹ ਇੱਕਦਮ ਫੇਸ ਚੇਂਜ ਹੋ ਜਾਂਦਾ ਹੈ ਕਪੜੇ ਚੇਂਜ ਹੋ ਜਾਂਦੇ ਨੇ ਮੈਂ ਜਾਨਕਿ ਉਹਨੇ ਕੁਝ ਵੀਡੀਓ ਬਣਾਏ ਨੇ ਆਪਣੇ YouTube ਚੈਨਲ ਉੱਪਰ ਮਤਲਬ ਉਹ ਆਪਣੇ ਸ਼ੌਕ ਨਾਲ ਤੇ ਉਹਦੀ ਐਡੀਟਿੰਗ ਆਫ ਕਰਦਾ ਹੈ ਅੱਛਾ ਹਾਂ ਜੀ ਐਡੀਟਿੰਗ ਕਰਦਾ ਹੈ ਸਾਰਾ ਕੁਝ ਟੋਟਲ ਉਹਦਾ ਜਬ ਬੈਕਗ੍ਰਾਉਂਡ ਚੇਂਜ ਇਹ ਜੀਜ਼ਨ ਉਹਨੂੰ ਇਸ ਚੀਜ਼ ਦਾ ਸ਼ੌਕ ਹੈ ਬਸ ਠੀਕ ਹੈ ਉਹਨੂੰ ਬਿਲਕੁਲ ਉਹਦੀ ਹੌਸਲਾ ਵਧਾਈ ਕਰੋ ਔਰ ਔਰ ਉਹਨੂੰ ਮਤਲਬ ਫੁੱਟਬਾਲ ਖੇਡਣ ਦਾ ਸ਼ੌਕ ਹੈ ਉਹ ਦੇਖੋ ਇੰਨੀ ਮਾਲੂਮਾਤ ਹੈਗੀ ਫੁੱਟਬਾਲਰਾਂ ਦੀ ਔਰ ਇੰਨੇ ਫੁੱਟਬਾਲਰਾਂ ਦੇ ਨਾਮ ਉਹਨੂੰ ਯਾਦ ਨੇ ਔਰ ਉਹਨਾਂ ਦੀ ਹਿਸਟਰੀ ਇਹ ਜੀ ਉਹ ਮੇਰਾ ਇੱਕ ਦੋਸਤ ਨੇ ਮੈਨੂੰ ਕਿਹਾ ਸੀ ਕਿ ਇੱਕ ਕੋਈ ਦੇਖੋ ਪ੍ਰੋਗਰਾਮ ਕਰਨਾ ਮੈਂ ਕਿਹਾ ਯਾਰ ਹੁਣੇ ਨਹੀਂ ਕਿਉਂਕਿ ਦਾ ਪੜਾਈ ਹਲ ਪਹਿਲੇ ਵੀ ਹਾਂ ਤੇ ਜ਼ੇਨ ਉਧਰ ਥੋੜਾ ਡਿਵਾਈਡ ਹੋ ਗਿਆ ਨਾ ਅਗਰ ਬੈਗ ਨੇ ਕੈਮਰੇ ਤੇ ਤੇ ਫਿਰ ਉਹ ਕੰਮ ਰਹਿ ਜਾਂਦਾ ਰਹਿ ਜਾਂਦਾ ਤੇ ਵਿਕਰ ਮਾਸ਼ਾਅੱਲ੍ਲਾ ਉੱਥੇ ਠੀਕ ਪੜਾਈ ਕਰਦੇ ਆ ਔਰ ਸਾਰੀ ਸਸਦਾ ਉਹ ਤੇ ਸੁਣਿਆ ਕਾਲਜ ਦਾ ਕੋਈ ਉੱਥੇ ਉਹ ਲੈਕਚਰ ਵੀ ਦੇਣ ਲੱਗੇ ਆ ਮਾਸ਼ਾਅੱਲ੍ਲਾ ਨਹੀਂ ਜਿਹੜਾ ਨਾਲ ਆਪਣੇ ਸਟੂਡੈਂਟ ਨੂੰ ਹੈਲਪ ਕਰਦਾ ਹੈ ਹੈਲਪ ਕਰਦਾ ਹੈ ਨਾ ਬਾਕੀ ਉੱਥੇ ਜਿਹੜਾ ਮੇਰੇ ਮਤਲਬ ਕਿ ਦੋਸਤ ਨੇ ਰਕੇਸ਼ ਭਾਈ ਹਮ ਹਮ ਮਨੂੰ ਮੇਰੇ ਮਾਮ ਕਿੰਨੇ ਪੀਵਾ ਬਜਾ ਨੇ ਜੀ ਜੀ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਬੜੀ ਉਹ ਉਹ ਕੁਤੇ ਕੀ ਕਰਦੇ ਨੇ ਬਹੁਤ ਜ਼ਿਆਦਾ ਮਾਸ਼ਾਅੱਲ ਉਹ ਟੈਨਸ਼ਨ ਨਹੀਂ ਕੋਲ ਉਹਨਾਂ ਦੇ ਹੁੰਦੇ ਸਨ ਟੈਨਸ਼ਨ ਨਹੀਂ ਹੁੰਦੀ ਉਹ ਟੈਨਸ਼ਨ ਨਹੀਂ ਤੇ ਕੋਈ ਈਦ ਦੇ ਦਿਨ ਤੇ ਵਾਰ ਆਵੇ ਤੇ ਕੋਈ ਦੀ ਵਿਧੀ ਉੱਥੇ ਭੇਜਦੇ ਹੋ ਨਹੀਂ ਜੀ ਹੁਣ ਤੋਂ ਭੇਜ ਦਿੰਦੇ ਆ ਮੈਨੂੰ ਕੌਣ ਵਿਕਰ ਅੱਛਾ ਜੀ ਆਓ ਉਹਦੀ ਮਾਂ ਜਿਹੜੀ ਹੈ ਨਾ ਹਾਂ ਉਹ ਜੋ ਕਰਕੇ ਉਹਨੂੰ ਪਾਏ ਆਂਦੇ ਨੇ ਦੱਸਦੇ ਨਹੀਂ ਮੈਨੂੰ ਅੱਛਾ ਤੇ ਅੱਛਾ ਬੜਾ ਹਾਂ ਮਾਸ਼ਾਅੱਲ ਤੁਹਾਨੂੰ ਈਦੀ ਭੇਜੀ ਉਹਨਾਂ ਨੇ ਮੈਨੂੰ ਭੇਜੀ ਕਿੰਨੀ ਭੇਜੀ 1 ਲੱਖ ਰੁਪਏ ਵੈਰੀ ਗੁੱਡ ਮਾਸ਼ਾਅੱਲਾ ਚਲੋ ਇਹਦਾ ਮਤਲਬ ਸਹੀ ਪੜ੍ਹਾਈ ਹੋ ਰਹੀ ਹੈ ਉੱਥੇ ਇਸ ਗੱਲ ਤੋਂ ਲੱਗਾ ਮੈਂ ਮੈਂ ਉਹਨੂੰ ਕਹਿਆ ਯਾਰ ਉਹਨੇ ਮੈਨੂੰ ਕਿਹਾ ਪਾਪਾ ਮੈਂ ਨਾ ਜੌਬ ਮੈਂ ਕਿਹਾ ਕਰ ਲੈ ਯਾਰ ਹੂੰ ਬਈ ਪਤਾ ਤੇ ਲੱਗੇ ਸਟਰਗਲ ਹੂੰ ਬਈ ਉੱਥੇ ਵੀ ਸਮਝ ਆ ਜਾਏਗੀ ਨਾ ਚੀਜ਼ਾਂ ਦੀ ਕਿਉਂਕਿ ਉੱਥੇ ਕੰਮ ਕਰਨਾ ਬਹੁਤ ਸਮਝ ਆਉਂਦੀ ਹੈ ਹੂੰ ਹਾਂ ਡੈਫੀਨਿਟਲੀ ਉਹ ਤਾਂ ਸਾਰੇ ਕਰਦੇ ਨੇ ਜ਼ਰ ਫਾਈਨ ਸਾਰੇ ਕਰਦੇ ਨੇ ਸਾਲ ਹੋ ਗਿਆ ਉਹਨੂੰ ਮਤਲਬ ਉਹ ਕਰ ਉਹਨੂੰ ਰੋਟੀ ਬਣਾਣੀ ਤੱਕ ਆ ਗਈ ਵੈਰੀ ਗੁੱਡ ਸਰਪ੍ਰਦੇਸ਼ ਬੜਾ ਕੁਝ ਸਿਖਾਉਂਦਾ ਉਹਨਾਂ ਦਾ ਉਹ ਇੰਡੀਪੈਂਡੈਂਟ ਰਹਿਣਾ ਇੱਕ ਕੌਨਫੀਡੈਂਸ ਦਿੰਦਾ ਬੜੀ ਗੱਲ ਹੁੰਦੀ ਏ ਚੀਜ਼ ਦੀ ਅੱਛਾ ਜਿਹੜੀ ਸਾਡੀ ਭਾਬੀ ਨੇ ਐਨੀ ਉਜ਼ਾਰੇ ਕੇ ਪੁੱਤਰਾਂ ਦਾ ਇਤਮਾਨ ਹੁੰਦਾ ਉਹ ਮਾਨ ਨੂੰ ਚੁੱਕ ਕੇ ਭੇਜਦੇ ਨੇ ਪੈਸੇ ਅੱਛੀ ਗੱਲ ਈ ਅੱਛਾ ਐਨੀ ਦਾ ਸ਼ਾਪਿੰਗ ਦੇ ਵਿੱਚ ਕਿਹਸਾ ਮિજાਜ ਏ ਕਿ ਜਿਸਲੇ ਜੋ ਕਿ ਬੀਵੀ ਸ਼ਾਪਿੰਗ ਕਰਦੀ ਏ ਔਰ ਐਨੀ ਨੂੰ ਵੀ ਸ਼ੌਕ ਹੈ ਕਿ ਖਾਵਤ ਨਾਲ ਲੇ ਤੇ ਫਿਰ ਸ਼ਾਪਿੰਗ ਵਾਸਤੇ ਗਏ ਹਾਂ ਅਸੀਂ ਅੱਛਾ ਪਤਾ ਕੀ ਅਸੀਂ ਨਾ ਮੈਂ ਨਾ ਜਿਹੜਾ ਮੇਰਾ ਪਹਿਲੇ ਟੂਰ ਹੁੰਦਾ ਸੀ ਨਾ ਜਿਹੜਾ ਥੀਏਟਰ ਦਾ ਦਾਮੇ ਦਾ ਉਹ ਮੈਂ ਕਦੀ ਵੀ ਟੂਰ ਉਹ ਪੈਸਿਆਂ ਲਈ ਕਰਨ ਦਾ ਹੀ ਨਹੀਂ ਸੀ ਉਹ ਮੇਰਾ ਹੁੰਦਾ ਸੀ ਕਿ ਮੈਂ ਇਹ ਟੂਰ ਤੇਰਾ ਹੈ ਅੱਛਾ ਉਹ ਮੈਂ ਆਪਣੀ ਉੱਥੇ ਜੋ ਖਾਣ ਵੀ ਆਪਣਾ ਤੇ ਬਾਕੀ ਕਾ ਕੇ ਜੋ ਵੀ ਹੈ ਨਾ ਇਹ ਨਹੀਂ ਕਿ ਮਤਲਬ ਉੱਥੋਂ ਆਇਆ ਤੇ ਇਹ ਫੜ ਪੈਸੇ ਇਹ ਉੱਥੋਂ ਦੇ ਨੇ ਨਹੀਂ ਉਹ ਮੁਕਾ ਖਤਮ ਮਨ ਜੋ ਪੇਮੈਂਟ ਲਈ ਉੱਥੇ ਪੇਮੈਂਟ ਵੀ ਚੁੱਕੇ ਹਿਊਜ ਪੇਮੈਂਟ ਉੱਥੇ ਉਹ ਉਹ ਉੱਥੇ ਨੇ ਇਥੇ ਮੈਂ ਦੁਬਈ ਸੀ ਤੇ ਦੁਬਈੋਂ ਮੈਂ ਨਾ ਉਹ ਮੈਂ ਉਹਨੂੰ ਕਹਿੰਦਾ ਫਿਰ ਜਿਹੜੀ ਚੀਜ਼ਾਂ ਤੇਰੇ ਲੈਣੀਆਂ ਨੇ ਭੇਜ ਦੇ ਹਮ ਹਮ ਤੇ ਉਹ ਮੈਂ ਨਾ ਵਟਸਐਪ ਤੇ ਨਾ ਉਹ ਚੀਜ਼ਾਂ ਭੇਜਦੀ ਹੁੰਦੀ ਸਾਰੀਆਂ ਅੱਛਾ ਮੇਕਅਪ ਦਾ ਸਮਾਨ ਠੀਕ ਹੈ ਉਮੈ ਦੁਬਈ ਮਾਲ ਮੇਰਾ ਦੋਸਤ ਫੈਸਲ ਹੈ ਉਹ ਨਾਲ ਗਿਆ ਮੇਰੇ ਹਮ ਤੇ ਉੱਥੇ ਨਾ ਉਹ ਮਾਲ ਦੇ ਵਿੱਚ ਉਹ ਜਾ ਕੇ ਚੀਜ਼ਾਂ ਜਿਹੜੀਆਂ ਨੇ ਜਿਸ ਸ਼ਾਪ ਤੇ ਗਏ ਤੇ ਉਹ ਇਹਨਾਂ ਕਰ ਕਰਕੇ ਵਿਖਾਈ ਜਾਂਦੇ ਕਿ ਉਹ ਨਰੀ ਇਹ ਉੱਥੇ ਕੀ ਉੱਥੇ ਕੀ ਅੰਦਰ ਹੀ ਉਹਦੇ ਤੇ ਉਹ ਇਕੱਠਾ ਜਿਦਾ ਹੈ ਜਿਉ ਹੈ ਜੀ ਇਹ ਐਵਲਨ ਜੀ ਉਹ ਸਾਰਾ ਕੁਝ ਸਾਰੀ ਸ਼ਾਪ ਵਿੱਚ ਉਹ ਸਾਰੀ ਸ਼ਾਪ ਇਕੱਠੀ ਕਰਕੇ ਨਾ ਉਹ ਉੱਥੇ ਰੱਖੀ ਕਾਊਂਟਰ ਤੇ ਆ ਗਈ ਕਾਊਂਟਰ ਤੇ ਆ ਗਈ ਠੀਕ ਹੈ ਤੇ ਉਹ ਹੁਣ ਬਿੱਲ ਬਣਦਾ ਹੈਗਾ ਜाहिर ਹੈ ਹਾਂ ਜੀ ਉਹਨ ਐ ਖਰਦਿਆ ਕਰਦੇ 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 ਅਖੀਰ ਤੇ ਉਹਨਾਂ ਨੇ ਮੈਂ ਕਾਰਡ ਆਪਣਾ ਲੈਣਾ ਉਹਦੇ ਉੱਤੇ ਲਾਇਆ ਤੇ ਤੁਹਾਡੀ ਪੇਮੈਂਟ ਹੋ ਗਈ ਜੀ ਉਹਦੇ ਚ ਹਸਨભાઈ ਇੱਕ ਨਿਕਲਦਾ ਹੁੰਦਾ ਹੈ ਲਿਸਟੋਂ ਬਿੱਲ ਸਿੱਧਾ ਨਿਕਲਦਾ ਆ ਉਹ ਮਤਲਬ ਕਿ ਉਹ ਬਿੱਲ ਵਿੱਚ ਆਵਾਜ਼ ਆਣੀ ਕਰ ਕਰ ਕਰਨ ਉਹ ਮੈਂ ਵੇਖੇ ਕਿ ਨਿਕਲਦਾ ਨਿਕਲਦਾ ਨਾ ਭਾਈ ਇੰਨਾ ਚਲੋ ਇੱਥੇ ਮੁੱਕ ਜਾਏਗਾ ਹਾਂ ਹਾਂ ਇੱਥੋਂ ਸ਼ੁਰੂ ਹੋਇਆ ਇੱਥੇ ਮੁੱਕ ਜਾਏਗਾ ਇੱਥੋਂ ਸ਼ੁਰੂ ਹੈ ਇੱਥੇ ਮੁੱਕ ਜਾਏਗਾ ਹਾਂ ਇੱਥੋਂ ਸ਼ੁਰੂ ਆਈ ਜਾਂਦਾ ਜਾਂਦਾ ਨਾ ਮੈਂ ਸਮਝਾਂਗਾ ਖਬਰੇ ਮਸ਼ੀਨ ਖਰਾਬ ਹੋ ਗਈ ਹੈ ਅੱਛਾ ਉਹ ਰਸੀਦਾ ਨਿਕਲੀ ਆ ਇਹ ਕੋਈ ਰਸੀਦ ਲੰਬੀ ਠੀਕ ਆ ਮੈਂ ਕਿਹਾ ਖਬਰੇ ਮਸ਼ੀਨ ਖਰਾਬ ਹੋ ਗਈ ਹੈ ਤੇ ਉਹ ਮੇਰੇ ਦੋਸਤ ਨੇ ਫੈਸਲਾ ਲਿਆ ਕਿ ਯਾਰ ਯਾਨੀ ਕਿ ਉਹ ਜਿਹੜੀ ਜਿਹੜੀ ਆ ਕੁੜੀਆਂ ਚੀਜ਼ਾਂ ਇਕੱਠੀਆਂ ਕਰ ਰਹੀਆਂ ਨੇ ਅਗਰ ਉਹਨਾਂ ਕਹਿੰਦੇ ਕਿ ਮੈਂ ਆਪਣੀ ਵਾਈਫ ਲਈ ਲੈ ਰਿਹਾ ਤਾਂ ਇੱਕ ਹੈਰਾਨਗੀ ਵਾਲੀ ਗੱਲ ਹੁੰਦੀ ਤੇ ਮਸ਼ੂਕ ਲਈ ਤੇ ਹੋ ਸਕਦਾ ਤੇ ਵਾਈਫ ਲਈ ਤੇ ਇੰਨਾ ਕੋਲ ਨਹੀਂ ਦੈਟਸ ਵਾਟ ਜਿਹੜੀ ਸਟਾਲ ਦੇ ਕਰੋਤੀ ਹੁੰਦੀ ਹੈ ਜਿਹੜੀ ਸ਼ਾਪਿੰਗ ਜਾਂਦੀ ਹੈ ਆ ਗਏ ਅੱਛਾ ਹਾਂ ਉਹ ਜਿਹੜੇ ਕਹਿੰਦੇ ਨੇ ਆਪਣੀ ਵਾਈਫ ਲਈ ਲੈ ਰਹੇ ਨੇ ਕੋਈ ਹੋਈ ਇਨਾ ਵਧੀਆ ਇਨਸਾਨ ਆਹ ਨਾ ਇਹ ਤਾਂ ਬੜੀ ਦਾਦ ਹੁੰਦੀ ਹਾਂ ਇਹਨਾਂ ਲੇਲੀਆਂ ਚੀਜ਼ਾਂ ਮੇਰੇ ਹਾਂ ਲੈ ਲੀਆਂ ਨੇ ਹੂੰ ਮੈਂ ਕਿਹਾ ਜਦੋਂ ਬਿੱਲ ਬਾਹਰ ਨਿਕਲੇ ਨਾ ਮੈਂ ਕਿਹਾ ਜਦੋਂ ਮੈਂ ਪੈਸੇ ਪੇ ਕੀਤੇ ਨੇ ਹੂੰ ਉਸ ਬਾਅਦ ਦੁਬਈ ਮਾਲ ਦੇ ਵਿੱਚ ਐਲਾਨ ਹੋਇਆ ਹੈ ਹੂੰ ਅਰਬੀ ਦੇ ਵਿੱਚ ਦਾ ਹਾਜ਼ਾ ਆਈ ਦਾ ਜਿੰਨੀ ਸ਼ਿਫਟਡ ਉਹ ਅਰਬੀ ਚ ਐਲਾਨ ਕਰਦੇ ਨੇ ਤਾਂ ਮੈਂ ਕਿਹਾ ਕੀ ਗੱਲ ਹੋ ਰਹੀ ਸਮਝ ਨਹੀਂ ਆ ਰਹੀ ਫਿਰ ਉਰਦੂ ਚ ਉਹਨਾਂ ਨੇ ਕੀਤੀ ਹਾਂ ਉਹਨਾਂ ਨੇ ਕਿਹਾ ਜੀ ਅੱਜ ਕੀ ਜਿੰਨੀ ਵੀ ਸੇਲ ਹੋਣੀ ਸੀ ਨਾ ਹੋ ਗਈ ਹੈ ਦੁਬਈ ਮਾਲ ਖਾਲੀ ਕਰਦੇ ਹੋ ਕੋਈ ਤਾਜਰ ਆਇਆ ਹੈ ਅੱਜ ਅੱਜ ਉਹਨੇ ਅਨੇ ਵਾ ਚੀਜ਼ਾਂ ਖਰੀਦ ਲਈਆਂ ਨੇ ਇੰਨਾ ਮੇਕਅਪ ਅਜੇ ਤੱਕ ਕਿਸੇ ਨੇ ਨਹੀਂ ਖਰੀਦਿਆ ਉਹ ਇਤਲਾ ਮੈਂ ਕਿ ਦੁਬਈ ਦੇ ਜਿਹੜਾ ਨਾ ਸ਼ਹਜ਼ਾਦਾ ਮਾਲ ਉਹਨੂੰ ਪਹੁੰਚੀ ਅੱਛਾ ਉਹ ਆਪਣੀ ਸਾਰੇ ਹਮਲੇ ਦੇ ਨਾਲ ਨਾ ਦੋਈ ਮਾਲਸ਼ ਆ ਗਿਆ ਅੱਛਾ ਹਾਂ ਜੀ 8-10 ਰੁਪਈਆ ਨੇ ਮੇਰੇ ਸਾਹਮਣੇ ਤਲਵਾਰ ਦਾ ਡਾਂਸ ਕੀਤਾ ਤੋਂ ਸ਼ਾਫਰ ਮੇਰੇ ਹੱਥੇ ਸਨ ਤਸਨ ਗੱਡੀ ਤੱਕ ਛੱਡਣ ਆਏ ਨਹੀਂ ਹੋ ਦੁਬਈ ਦੇ ਮਾਲਕ ਕੀ ਐਸਾ ਫਾਟਾ ਇਸਦਾ ਜਿਹੜਾ ਆਪਣੀ ਵਾਸੀ ਨੇ ਵਾਸੀ ਤੇ ਬਾਕੀ ਤੇ ਹੁੰਦਾ ਹੀ ਤੇ ਉਹ ਸਮਾਨ ਜਿਹੜੀ ਗੱਡੀ ਚ ਤੁਸੀਂ ਇਕੱਜ ਗਏ ਹੋਗੇ ਤੇ ਉਹ ਤੇ ਸਮਾਨ ਵੀ ਰਗੇ ਆ ਮਤਲਬ ਮੈਂ ਕਹਿੰਦਾ ਕਿ ਤੁਸੀਂ ਸੋਚ ਨਹੀਂ ਸਕਦੇ ਜੀ ਹਾਂ ਤਾਂ ਇਹ ਇਹ ਉਹਦਾ ਉਹਦਾ ਸਿਰਫ ਇੱਕੋ ਹੀ ਇੱਕ ਖਾਚ ਹੁੰਦੀ ਆ ਯਾ ਇਹ ਤਾਂ ਇਹ ਵੀ ਸਾਬਤ ਹੋਇਆ ਕਿ ਉਹਨੂੰ ਤੁਹਾਡੇ ਤੇ ਕਿੰਨਾ ਮਾਨ ਨੇ ਔਰ ਤੁਹਾਨੂੰ ਉਹ ਮੰਨਦਾ ਕਿੰਨਾ ਇਤਰਾਮ ਹੈ ਮੈਂ ਤੁਹਾਨੂੰ ਦੱਸਣਾ ਹਸਨ ਭਾਈ ਬੀਵੀ ਹੋਣਾ ਅਲੱਗਾ ਗੱਲ ਏ ਤੇ ਯਾਰ ਉਹਨਾਂ ਵਾਲੇ ਦਾ ਗੱਲ ਹੈ ਉਮਰੀ ਯਾਰ ਵੀ ਹੈ ਵਾਹ 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 ਉਹ ਜਿਹੜੀ ਤੁਸੀਂ ਇੱਕ ਦੂਸਰੇ ਨਾਲ ਜਿਹੜੀ ਸ਼ੇਅਰ ਕਰਦੇ ਹੋ ਗੱਲਾਂ ਹਾਂ ਉਹ ਮਤਲਬ ਉਹ ਬੜੀ ਹੈ ਨਾ ਇੱਕ ਮਤਲਬ ਦੋਸਤਾਨਾ ਮਾਹੌਲ ਹੈ ਯਾਨੀ ਮਤਲਬ ਕਹਿੰਦੇ ਮੇਰੀ ਯਾਰ ਵੀ ਹੈ ਹਾਂ ਤੇ ਉਹ ਫਿਰ ਤੁਹਾਡਾ ਯਾਰ ਹੋਵੇ ਤਾਂ ਤੁਹਾਨੂੰ ਤਾਂ ਹੀ ਤੁਹਾਨੂੰ ਕਹਿੰਦੇ ਮੇਰਾ ਯਾਰ ਤੁਹਾਨੂੰ ਸੁੱਖ ਦਿੰਦਾ ਦੇ ਵਾਹ ਉਹ ਮਾਲਕ ਦੀ ਬੜੀ ਰਹਿਮਤ ਹੈ ਅੱਲਾਹ ਪਾਕ ਜੁੰਦੇ ਜਾਗਦੇ ਰਹੋ ਇਹ ਘਰ ਇਸੇ ਤਰੀ ਖੁਸ਼ੀਆਂ ਨਾਲ ਭਰੇ ਅੱਲਾਹ ਸਭ ਨੂੰ ਸਲਾਮਤ ਰੱਖੇ ਅੱਲਾਹ ਪਾਕ ਸਭ ਨੂੰ ਸਲਾਮਤ ਰੱਖੇ ਔਰ ਨਾਸਰ ਸਾਹਿਬ ਅਜ ਬੜੀਆਂ ਹੀ ਉਹ ਗੱਲਾਂ ਜਿਹੜੀਆਂ ਮੇਰਾ ਖਿਆਲ ਹੈਗਾ ਕਿ ਕਦੀ ਕਿਦਰੇ ਨਹੀਂ ਹੋਈਆਂ ਔਰ ਕਿਸੇ ਇੰਟਰਵਿਊ ਚ ਕਿਦਰੇ ਤੁਹਾਡੀ ਇੱਕ ਪੂਰੀ ਇੱਕ ਬਾਇਓਗ੍ਰਾਫੀ ਮੈਂ ਕਦੀ ਮੈਂ ਕਦੀ ਵੀ ਜ਼ਿਕਰ ਨਹੀਂ ਆਇਆ ਮੇਰੀ ਫੈਮਿਲੀ ਦਾ ਹਾਂ ਫੈਮਿਲੀ ਦਾ ਕਦੇ ਵੀ ਨਾ ਹੀ ਤੁਸੀਂ ਕਰਦੇ ਹੋ ਤੁਹਾਡਾ ਇੱਕ ਆਪਣਾ ਮਿਜ਼ਾਜ ਹੈ ਲੇਕਿਨ ਚਲੋ ਇਹ ਮੇਰੀ ਖਾਇਸ਼ ਸੀ ਕਿ ਮੈਂ ਚਾਹ ਰਿਹਾ ਨਹੀਂ ਨਹੀਂ ਤੁਸੀਂ ਤਾਂ ਕਰਦੇ ਫਰਦ ਹੋ ਨਾ ਹਾਂ ਕਿ ਇਹ ਬਾਇਓਗ੍ਰਾਫੀ ਹੈ ਅੱਛਾ ਮੈਨੂੰ ਇਹ ਸ਼ੌਕ ਪਤਾ ਹੈ ਇਹ ਪ੍ਰੋਗਰਾਮ ਦਾ ਇੱਕ ਤੇ ਸਜਾਦ ਜਾਨੀ ਸਾਹਿਬ ਅੱਲਾ ਉਹਨਾਂ ਦੀ ਜ਼ਿੰਦਗੀ ਤੰਦਰੁਸਤ ਕਿ ਉਹਨਾਂ ਨੇ ਉਹ ਮੇਰਾ ਬਚਪਨ ਦਾ ਇੱਕ ਆਈਡੀਆ ਮੈਂ ਦਿੱਤਾ ਔਰ ਉਹਦੇ ਥਰੂ ਹੀ ਮੈਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਇਹ ਮੈਂ ਨਾ ਅਕਸਰ ਸੋ ਦੇਖਣਾ ਹੁੰਦਾ ਸੀ ਕਿ ਮਨਵਰ ਜੀ ਸਾਹਿਬ ਦੇ ਬਾਰੇ ਮੈਂ ਨਾ ਸੁਣਨੋ ਅਫਜ਼ਲ ਖਾਨ ਸਾਹਿਬ ਕੋ ਵੀ ਉਹ ਕਿਸ ਨਾ ਕਿਥੇ ਪ੍ਰਦੇਸਾਂ ਕਿਹੜੀਆਂ ਗਲੀਆਂ ਚ ਕਿਵੇਂ ਰਹਿੰਦੇ ਸਨ ਜਿਹੜੇ ਸਾਡੇ ਸਟਾਰ ਹਾਂ ਜੀ ਤੇ ਉਹਨਾਂ ਕੋਲ ਸੁਣਨਾ ਕਿਉਂਕਿ ਮੈਂ ਲੱਭ ਨਾ ਸਾਂ ਮੈਨੂੰ ਇਹ ਚੀਜ਼ਾਂ ਮਿਲਦੀਆਂ ਨਹੀਂ ਸਨ ਕਿਦਰੋਂ ਨੈਟ ਦੇ ਉੱਤੇ ਫਰਮਾ ਜੀ ਅਕਮਲ ਸਾਹਿਬ ਮੁਹੰਮਦ ਅਲੀ ਸਾਹਿਬ ਇਹਨਾਂ ਸੀਨੀਅਰਜ਼ ਆਰਟਿਸਟਾਂ ਦੇ ਬਾਰੇ ਪੁੱਛਣਾ ਹੁੰਦਾ ਸੀ ਮੈਂ ਦਿਲ ਕਰਦਾ ਬਿਲਕੁਲ ਉਹ ਆਪਣੇ ਸੀਨੀਅਰਜ਼ ਕੋ ਪੁੱਛਨੀ ਆ ਪੈਂਦੀ ਐ ਸਾਨੂੰ ਉਹ ਵੇ ਦੱਸਦੇ ਸਨ ਪੂਰੀ ਕੋਈ ਰਾਤ ਉਹਨਾਂ ਦੀਆਂ ਗੱਲਾਂ ਸੁਣਦੇ ਤੇ ਮੇਰੇ ਦਿਲ 'ਚ ਸ਼ੌਕ ਪੈਦਾ ਆਇਆ ਕਿ ਯਾਰ ਇਹ ਸਟਾਰਸ ਔਰ ਪਬਲਿਕ ਜਿਸ ਤਰ੍ਹਾਂ ਮੈਂ ਉਹਨਾਂ ਦਾ ਫੈਨ ਆ ਇਸ ਤਰ੍ਹਾਂ ਤੁਹਾਡੀ ਦੁਨੀਆ ਫੈਨ ਨੇ ਹਾਂ ਜੀ ਇਹ ਤੁਹਾਡੇ ਬਾਰੇ ਕੁਝ ਜਾਣਨਾ ਚਾਹੁੰਦੇ ਨੇ ਉਹ ਇਹ ਦੇਖੋ ਇੱਕ ਐਸਾ ਪਲੇਟਫਾਰਮ ਉਹ ਵੇ ਜਿੱਥੇ ਸਾਰੇ ਦੇਖੋ ਇਹ ਮੇਨ ਬਾਤ ਆਏਗੀ ਜੀ ਜੀ ਕਿ ਤੁਸੀਂ ਕੋਈ ਚੀਜ਼ ਐਸੀ ਤੁਸੀਂ ਕੋਈ ਮਤਲਬ ਕੋਈ ਚੀਜ਼ ਤੁਹਾਡਾ ਆਈਡੀਆ ਜਿਹੜੀ ਚੀਜ਼ ਜਿਹੜੀ ਵੇਖੀ ਜਾਵੇ ਹੂੰ ਫੈਮਲੀ ਵਿੱਚ ਵੀ ਤੇ ਵੈਸੇ ਵੀ ਜੀ ਜੀ YouTube ਦੇ ਉੱਤੇ ਤੁਹਾਨੂੰ ਇੱਕ ਮਾਰਜਨ ਹੁੰਦਾ ਹੈ ਜੀ ਕਿ ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ ਜੀ ਤੇ ਜੇ ਤੁਸੀਂ ਉਹ ਚੀਜ਼ ਦੇ ਰਹਾ ਕਿ ਉਹ ਗੱਲ ਨਹੀਂ ਕਰਨਾ ਨਹੀਂ ਕਰਨਾ ਬਿਲਕੁਲ ਸਹੀ ਠੀਕ ਹੈ ਤੇ ਉਹ ਉਹ ਤੁਹਾਡਾ ਉਹ ਤੁਹਾਡੀ ਧੀ ਦਿਖ ਰਹੀ ਹੈ ਭੈਣ ਦਿਖ ਰਹੀ ਹੈ بیوی ਦਿਖ ਰਹੀ ਹੈ ਮਾਂ ਦਿਖ ਰਹੀ ਹੈ ਅਗਰ ਉਹ ਰੁਕ ਗਏ ਨੇ ਤੁਹਾਡੇ ਤੇ ਹਾਂ ਉਹ ਤੁਹਾਡੀ ਗੱਲਾਂ ਸੁਣ ਲਈ ਜਿਸ ਤਰ੍ਹਾਂ ਮੈਂ ਇਸ ਚੀਜ਼ ਦਾ ਕਰੈਡਿਟ ਦੇਣਾ ਜਾਨੀ ਬਾਈ ਨੂੰ ਹੂੰ ਮੇਰੇ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਲੇਕਿਨ ਇੱਕ ਚੀਜ਼ ਉਸ ਬੰਦੇ ਦੀ ਕੁਆਲਿਟੀ ਹੈਗੀ ਹੂੰ ਉਹਨੂੰ ਲੋਕ ਬੜਾ ਬੜਾ ਲੋਕ ਉਹਨੂੰ ਪਸੰਦ ਕਰਦੇ ਨੇ ਮੈਂ ਮੈਂ ਆਪ ਉਹਨੂੰ ਬਹੁਤ ਪਸੰਦ ਕਰਨਾ ਉਹਨਾਂ ਦੇ ਨਾਲ ਜਿਹੜੇ ਮੁੰਡੇ ਕੰਮ ਕਰਦੇ ਨੇ ਹੂੰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਤੁਹਾਡੇ ਨਾਲ ਤੁਹਾਡੇ ਉਹ ਮੈਂ ਕਹਿੰਦਾ ਸਿਕਲਾਈ ਤਾਂ ਕਿਸੇ ਕੋਲ ਵੀ ਹੋ ਸਕਦੀ ਹੈ ਸਿੱਖਿਆ ਜਾ ਸਕਦਾ ਹੈ ਬਿਲਕੁਲ ਲੇਕਿਨ ਤੁਹਾਡਾ ਪ੍ਰੋਗਰਾਮ ਤੁਹਾਡਾ ਉਹ ਹੋਵੇ ਜਿਹੜਾ ਲੋਕ ਕਹਿੰਨ ਭਈ ਹਾਂ ਇਹ ਹਟਕੇ ਸਾਰੇ ਜੀ ਅੱਛਾ ਇਹ ਜਿਸ ਤਰ੍ਹਾਂ ਚੈਨਲ ਦੇ ਉੱਤੇ ਅਸਰਮੁਹਰਤ ਚੈਨਲ ਤੇ ਚੱਲ ਰਹੇ ਨੇ ਪ੍ਰੋਗਰਾਮਸ ਤੁਹਾਡੇ ਤੁਹਾਡੀ ਕੀ ਪੀਣੀ ਨਹੀਂ ਗਈ ਹੈ ਕਿ ਕੁਝ ਮਿਲਦੇ ਆਸਤੇ ਕੁਝ ਐਸੇ ਤਰ੍ਹਾਂ ਹੀ ਕੋਈ مشورہ ਕੋਈ ਗੱਲ ਕੋਈ ਰਹਿਨਮਾਈ ਜਾਂ ਕੋਈ ਐਸੀ تنਕੀਦ ਕਿ ਜੜੀਆਂ ਗੱਲਾਂ ਮੈਦੇ ਚ ਕੱਢਾ ਜਾਂ ਕੀ ਮਹਿਸੂਸ ਕਰ ਰਹੇ ਹੋ ਅਸਰਮੁਹਰਤ ਚੈਨਲ ਆਸਤੇ ਮੈਂ ਪਤਾ ਗੱਲ ਕੀ ਤੁਸੀਂ ਇਹਦੇ ਤੇ ਨੈਗੇਟਿਵ ਗੱਲ ਵੀ ਹੋਵੇ ਨਾ ਹੂੰ ਹੂੰ ਉਹਨੂੰ ਬਹੁਤ ਜਲਦੀ ਖੋਲ ਦਿਆ ਕਰੋ ਅੱਛਾ ਕਿ ਅਸੀਂ ਕਿਸੇ ਨੂੰ ਕੋਈ ਮਜ਼ਾਕ ਕੀਤਾ ਹੈ ਹਾਂ ਹਾਂ ਇਹ ਕੋਈ ਅਸੀਂ ਬਾਤ ਕੀਤੀ ਹੈ ਹਾਂ ਹਾਂ ਠੀਕ ਹੈ ਕਿ ਅਸੀਂ ਇਹ ਇੱਕ ਚੀਜ਼ ਕੀਤੀ ਸੀ ਹਾਂ ਹਾਂ ਤੇ ਇਹਦੇ ਚ ਕੋਈ ਸੀਰੀਅਸ ਗੱਲ ਨਹੀਂ ਹਾਂ 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 ਬਿਲਕੁਲ ਠੀਕ ਹੈ ਕੁਝ ਲੋਕ ਮਹਿਸੂਸ ਕਰਦੇ ਨੇ ਫਰਜ਼ ਕਰੋ ਕੋਈ ਗੱਲ ਹੋਈ ਹੈ ਨਾ ਅਸੀਂ ਤਾਂ ਕਰਨਾ ਹੁੰਦਾ ਆਪਸ ਵਿੱਚ ਮਜ਼ਾਕ ਹੂੰ ਹੂੰ ਗੱਲਾਂ ਕਰਨੀਆਂ ਹਾਂ ਹਾਂ ਕਿ ਆਸਾ ਖੇਡਾ ਕੁਝ ਲੋਕ ਸੀਰੀਅਸ ਹੋ ਜਾਂਦੇ ਨੇ ਬਾਅਦ ਕਿ ਪਤਾ ਨਹੀਂ ਵਾਕਈ ਹੈ ਤੂੰ ਮਤਲਬ ਕਿ ਤੁਸੀਂ ਤੇ ਇੰਜ ਸੀ ਤੂੰ ਹੈ ਕੁਝ ਲੋਕ ਸੱਚੀ-ਮੁੱਚੀ ਸੀਰੀਅਸ ਹੋ ਜਾਂਦੇ ਨੇ ਆਹ ਹੋ ਜਿਸ ਤਰ੍ਹਾਂ ਵਿਲਨ ਨੂੰ ਬੜੀਆਂ ਗਾਲਾਂ ਪੈਂਦੀਆਂ ਟੁੱਟ ਪੈਣਾ ਇਹਦੇ ਹੱਥ ਟੁੱਟਣ ਉਹਨੇ ਮਾਰ ਵੀ ਉਹਨੇ ਕੋਈ ਸੱਚੀ-ਮੁੱਚੀ ਥੋੜਾ ਮਾਰਾ ਉਹਦਾ ਆਹ ਉਹ ਉਹਨੂੰ ਨਾ ਉਹਦੇ ਸਿਆਸਤਦਾਨਾਂ ਮੰਗਰ ਬਾਅਦ ਇਕੱਠੇ ਫੇਰ ਚਾਹ ਪੀਂਦੇ ਆ ਜਿਵੇਂ ਉਹ ਲੜਾਈ ਔਰ ਜਿਵੇਂ ਉਹਨਾਂ ਕਿ ਉਹ ਕੋਈ ਜਮ ਬਾਕ ਦੇ ਅੰਦਰ ਜੀ ਉਹ ਉਧਰ ਦੇਖੋ ਪਰ ਨਾ ਮਜ਼ਾਕ ਕੀਤਾ ਹਾਂ ਹਾਂ ਉਹ ਚੱਲਦੇ ਨੇ ਪਹਿਲੇ ਆਹ ਲੋਕਾਂ ਨੇ ਬਹੁਤ ਵੇਖੇ ਲੇਕਿਨ ਇਹ ਕਹੇ ਉਹਨੂੰ ਜਲਦੀ ਨਾ ਉਸ ਜੀ ਨੂੰ ਨਾ ਖੋਲ ਦਿੱਤਾ। ਖੋਲ ਦਿੱਤਾ। ਔਰ ਮੈਂ ਜਿਹੜਾ ਤੁਹਾਨੂੰ ਰਿਕੁਐਸਟ ਕੀਤੀ ਸੀ ਪ੍ਰੋਗਰਾਮ 'ਚ ਕਿ ਆਗਾ ਮਾਜੇ ਸਾਹਿਬ, ਸਲੀਮ ਸਾਹਿਬ ਔਰ ਤੁਸੀਂ ਕਿ ਵੈਸੇ ਤੇ ਜ਼ਿੰਦਗੀ ਸਾਂਝੇ ਇਕੱਠੀ ਹੋਈ ਔਰ ਅੱਲਾਹ ਪਾਕ ਮਰਦੇ ਦਮ ਤੱਕ ਸਾਰਾ ਇਸ ਤਰੀਕੇ ਸਾਂਝਾ ਰੱਖੇ। ਲੇਕਿਨ ਉਹ 7 ਸਾਲ ਜਿਹੜੇ ਸੁਨਹਿਰੀ ਗੁਜ਼ਰੇ ਨੇ ਉਹਦੇ 'ਚ ਮਕਸਦ ਇਹ ਹੀ ਸੀ ਕਿ ਅਸੀਂ ਜਿਸ ਲਈ ਤੁਸੀਂ ਤਿੰਨੋਂ ਬੈਠੇ ਹੋ ਉਹ ਵਰਗਾ ਤਿੱਕ ਤੇ ਮਾਹੌਲ ਅਸੀਂ ਯਾਦ ਕਰਾਂਗੇ। ਜ਼ਰਾ ਮਜ਼ੇਦਾਰ ਔਰ ਪਬਲਿਕ ਨੂੰ ਪਤਾ ਲੱਗੇਗਾ ਉਹਦੇ 'ਚ ਮਜ਼ੇਦਾਰ ਗੱਲ ਐ ਕਿ ਇਹ ਹੈ। ਕੋਈ ਜੀ ਕੋਈ ਨੈਗੇਟਿਵਿਟੀ ਨਹੀਂ ਗਈ ਮੈਨੂੰ ਪਤਾ ਕਿ ਆਗਾ ਕਿੰਨਾ ਇhtਰਾਮ ਕਰਦੇ ਨਹੀਂ ਬੜਾ ਸ੍ਰੀ ਸਾ ਤੁਹਾਡਾ ਤੁਸੀਂ ਕਿੰਨਾ ਪਾਵਰ ਸਹੀ ਦੇ ਫੈਮਲੀ ਸਾਡਾ ਕਾਮ ਬਾਲਾ ਦੇ ਵਿੱਚ ਬੱਚੇ ਪੈਨ ਐਡੀ ਕਿ ਜ਼ਬਰਦਸਤ ਸਾ ਜੀ ਇੱਕ ਚੀਜ਼ ਹੁੰਦੀ ਨਾ ਕਿ ਤੁਸੀਂ ਮਤਲਬ ਮੈਂ ਮਤਲਬ ਕਿ ਹਰ ਆਰਟਿਸਟ ਦਾ ਆਪਣਾ ਹੱਕ ਹੁੰਦਾ ਜੋ ਮਰਜ਼ੀ ਕਰੇ ਗੱਲ ਬਾਤ ਉਹਦਾ ਹੱਕ ਹੈਗਾ ਮਤਲਬ ਮੈਂ ਬਹੁਤ ਸਾਰੇ ਵੇਖੇ ਨੇ ਬਹੁਤ ਸਾਰੇ ਆਰਟਿਸਟ ਨੇ ਜਿਹਨਾਂ ਆਪਸਾ ਆਪਸ ਦੇ ਖਿਲਾਫ ਗੱਲ ਕਰਕੇ ਨਾ ਉਹ ਗੱਲ ਜਿਹੜੀ ਹੁੰਦੀ ਨਾ ਹੂੰ ਹੂੰ ਉਹ ਜਦੋਂ ਉੱਥੇ ਗਿਆ ਹੁੰਦਾ ਉਹਦੋਂ ਤੇ ਗੱਲ ਨਹੀਂ ਹੁੰਦੀ ਉਹਦੋਂ ਕ੍ਰੈਡਿਟ ਹੁੰਦਾ ਉਹਦੇ ਨਾਲ ਕੰਮ ਕਰਨਾ ਉਸ ਭਾਈ ਨਾਲ ਕੰਮ ਕਰਨਾ ਕ੍ਰੈਡਿਟ ਵਾਲੀ ਗੱਲ ਹੁੰਦੀ ਉਹ ਮੈਂ ਤਾਂ ਸੱਚ ਕਰ ਰਿਹਾਗਾ ਕਿ हसन ਭਾਈ ਜੇਸ ਬੰਦੇ ਨੇ ਉਹਦੇ ਨਾਲ ਕੰਮ ਕਰ ਲਿਆ ਤਾਂ ਕੋਈ ਜ਼ਰੂਰਤ ਐਸੀ ਗੱਲ ਮੈਂ ਨਹੀਂ ਕਰ ਰਿਹਾ ਕਿ ਉਹ ਬੰਦਾ ਨੇ ਮੈਂ ਵੀ ਤਾਂ ਨਹੀਂ ਕਰ ਰਿਹਾ ਮੈਂ ਵੀ ਤਾਂ ਇੱਧਰ ਕਰ ਰਿਹਾ ਲੇਕਿਨ ਉੱਥੇ ਜਿਸ ਬੰਦੇ ਨੇ ਥੋੜਾ ਟਾਈਮ ਕੱਢ ਲਿਆ ਨਾ ਉਹਦੇ ਸਾਰੇ ਖੌਫ ਉਤਰ ਜਾਂਦੇ ਨੇ ਦੇ ਕੋ ਇਤਨਾ ਕੌਨਫੀਡੈਂਸ ਲੈ ਕੇ ਆਉਂਦਾ ਕੌਨਫੀਡੈਂਸ ਉਹਦੇ ਉਸ ਬੰਦੇ ਚ ਇਨਾ ਆ ਜਾਂਦਾ ਕਿ ਅੱਗੂ ਜਿੱਥੇ ਕੰਮ ਕਰ ਰਿਹਾ ਨਾ ਉੱਥੇ ਅਗਲਾ ਬੰਦਾ ਪੁੱਛ ਰਿਹਾ ਹੁੰਦਾ ਕਿ ਕਿਵੇਂ ਕਰੀਏ ਕਿ ਉਹਨੂੰ ਪਤਾ ਹੁੰਦਾ ਕਿ ਇਹ ਜਿੱਥੋਂ ਕਰਕੇ ਆਇਆ ਨਾ ਇਹਨੂੰ ਪਤਾ ਹੈ ਇਹ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੇ ਅੰਦਰ ਤੁਸੀਂ ਜ਼ਰਾ ਕੰਮ ਕਰਕੇ ਆਏ ਹੁੰਦੇ ਉਹਨੂੰ ਤੇ ਛੋਟੀਆਂ ਛੋਟੀਆਂ ਗੱਲਾਂ ਉਹਨਾਂ ਨੂੰ ਤਾਂ ਫਰਕ ਪੈਂਦਾ ਹੀ ਨਹੀਂ ਕਦੀ ਵੀ ਜ਼ਿੰਦਗੀ ਚ ਨਹੀਂ ਪਿਆ ਬਿਲਕੁਲ ਇਹ ਸਿੱਧਾ ਉਹ ਵੈਸੇ ਵੀ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਬਾਲਾਤਾ ਸੀ ਉਹ ਖੁਦ ਇਕ ਉਸਲਾਪਾਕ ਨੇ ਉਹਨਾਂ ਨੂੰ ਉਸ ਮਕਾਮ ਤੇ ਪਹੁੰਚਾਤਾ ਹੈ ਅਸਰભાઈ ਮੈਂ ਤੁਹਾਡਾ ਬੇहद مشکور ਹਾਂ ਤੁਸੀਂ ਅੱਜ ਅਸੀਂ ਬੜੀ ਅੱਛੀ ਗੱਪਸ਼ਪ ਕੀਤੀ ਹੈ ਮੈਨੂੰ ਖੁਦ ਬਹੁਤ ਮਜ਼ਾ ਆਇਆ ਹੈ ਔਰ ਮੇਰੀ ਇੱਕ ਖਾਹਿਸ਼ ਦੀ ਅੱਜ ਤਕਮੀਲ ਹੋਈ ਹੈ ਕਿ ਉਹਨਾਂ ਅਲਹਮਦੁਲਿਲਾ ਮੇਰੇ ਕੋਲ ਤੁਹਾਡੀ ਕੈਸੀ ਬਾਇਓਗ੍ਰਾਫੀ ਹੈ ਕਿ ਅਸੀਂ ਇਹਨੂੰ ਪੂਰਾ ਪਹਿਲੇ ਤੇ ਕੁਝ ਪੋਰਸ਼ਨਸ ਦੇ ਵਿੱਚ ਕਰਾਂਗੇ ਫਿਰ ਇਹਨੂੰ ਸਾਰੀ ਨੂੰ ਜੋੜ ਕੇ ਉਹ ਅਸੀਂ ਇੱਕ ਐ ਜਿਹੜੇ ਸਾਡੇ ਤੁਹਾਡੇ ਚਾਹਨ ਵਾਲੇ ਨੇ ਇਹਨਾਂ ਵਾਸਤੇ ਮਹਿਫੂਜ਼ ਹੋ ਜਾਏਗੀ ਇਫਰ ਅਗਲੀਆਂ ਵੀ ਆਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਵੀ ਇਹ ਤੋਂ ਫੈਜ਼ੀਆ ਉਹਨਗੀਆਂ ਔਰ ਇਸ ਕਲ ਨੂੰ ਜਾਇਕਰਨ ਕਰ ਤੁਹਾਡੇ ਬਾਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਉਹਨਾਂ ਨੂੰ ਪਤਾ ਚੱਲ ਜਾਵੇਗਾ ਥੈਂਕ ਯੂ ਸਨ ਭਾਈ ਤੁਸੀਂ ਬੁਲਾਇਆ ਮੈਨੂੰ ਬਾਕੀ ਇਹ ਜਿੰਨੇ ਲੋਕ ਨੇ ਸਨ ਪਿਆਰ ਕਰਦੇ ਨੇ ਇਹ ਸਿਰਫ ਅਸੀਂ ਜਿੰਨਾ ਵੀ ਕੰਮ ਕਰਦੇ ਹਾਂ ਤੁਹਾਡੇ ਲਈ ਕਰਨੇ ਆ ਕਿ ਤੁਹਾਡੇ ਚਿਹਰਿਆਂ ਤੇ ਹਾਸੇ ਤੁਹਾਡੀ ਜ਼ਿੰਦਗੀਆਂ 'ਚ ਹਾਸੇ ਕੋਈ ਚੀਜ਼ਾਂ ਐਸੀ ਹੁੰਦੀਆਂ ਨੇ ਅਗਰ ਸਾਡੇ ਕੋਲ ਕੋਈ ਮਿਸਟੇਕ ਹੋ ਜਾਵੇ ਗਲਤੀ ਹੋ ਜਾਵੇ ਤਾਂ ਆਪ ਹੀ ਮਾਫ ਕਰਦਿਆ ਕਰੋ ਜੀ ਹੁੰਦੇ ਰਹੋ ਸਲਾਮਤ ਰਹੋ ਹਮੇਸ਼ਾ ਖੁਸ਼ ਰਹੋ ਤੇ دیکھتے ਰਹੋ ਹਸਨ ਮੁਰਾਦ ਚੈਨਲ صدقے جا بچਪਨ ਦੀਆਂ ਗੱਲਾਂ ਤੇ ਦਿਲ ਦੀਆਂ ਗੱਲਾਂ ਤੁਹਾਨੂੰ ਇੱਥੇ ਮਿਲਣਗੀਆਂ ਥੈਂਕ ਯੂ ਬਹੁਤ ਸ਼ੁਕਰੀਆ